ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਗਿਲਸ ਮੈਂਟੋਰ। ਬੱਚੇ, ਗਿਲਸ ਮੈਂਟੋਰ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਆ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ, ਠੀਕ ਆ, ਹੈਪੀ ਬਸੰਤ ਪੰਚਮੀ ਰਾਜੇ, ਰਿਪਬਲਿਕ ਡੇ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਤੁਹਾਨੂੰ ਪਤਾ ਹੀ ਹੈ ਰਾਜੇ, ਥੋੜ੍ਹੀ ਮੈਂ ਆਪਣਾ ਬੈਕਗਰਾਊਂਡ ਮੈਂ ਤੁਹਾਨੂੰ ਦੱਸ ਦਿੱਤੀ ਸੀ, ਅੱਜ ਆਪਣੇ 26 ਜਨਵਰੀ ਦੀਆਂ। ਠੀਕ ਆ ਬੱਚੇ, ਆ ਜਾਓ ਕਿਉਂਕਿ ਲਾਈਵ ਆ ਜਾਓ ਸਾਰੇ ਨੇ, ਫਿਰ ਆਪਾਂ ਆਪਣੇ ਸੈਸ਼ਨ ਨੂੰ ਕਰਦੇ ਹਾਂ ਸਟਾਰਟ। ਤੁਹਾਨੂੰ ਪਤਾ ਹੀ ਹੈ ਰਾਜੇ, ਅੱਜ ਕੀ ਆਪਣੀ ਮਹਾ ਮੈਰਾਥਨ ਆ, ਠੀਕ ਆ। ਮੋਸਟ ਕੁਐਸਚਨਸ ਮੈਂ ਲੈ ਕੇ ਆਈ ਹਾਂ ਜਿੰਨੇ ਆਪਣੇ ਐਗਜ਼ਾਮ ਦੇ ਅਕੋਰਡਿੰਗ ਇੰਪੋਰਟੈਂਟ ਹੈਗੇ ਨੇ। ਕਿਸ ਦੇ ਰਿਲੇਟਡ ਬੱਚੇ? ਆਪਣਾ ਜੋ ਪੰਜਾਬੀ ਕੁਆਲੀਫਾਈਂਗ ਪੇਪਰ ਹੈ। ਫਟਾਫਟ ਆਪਣੇ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਬੱਚੇ, ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਗਿਲਸ ਮੈਂਟੋਰ ਨੂੰ। ਫਿਰ ਆਪਾਂ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਹਾਂ 1-2 ਮਿੰਟ ਤੱਕ, ਠੀਕ ਆ। ਕਿਉਂਕਿ ਆ ਜਾਓ ਬੱਚੇ, ਸਾਰਿਆਂ ਨੇ ਫਾਸਟ ਆ ਜਾਓ, ਫਿਰ ਆਪਾਂ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਹਾਂ। ਯਸ, ਸਿਮਰ ਹੋ ਗਿਆ, ਮਮਤਾ, ਗੁਰਅਸੀਸ, ਹਰਦੀਪ ਕੌਰ, ਪਨੀਸਰ, ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ ਜੀ। ਮੋਹਿਤ ਸ਼ਰਮਾ ਬੱਚੇ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ, ਮੇ ਬੀ ਆਪਣੇ ਸਰ ਨੇ ਦੱਸਿਆ ਹੀ ਸੀ ਵੀ ਆਲਮੋਸਟ ਸੇਮ ਹੀ ਹੋਏਗਾ। ਬਾਕੀ ਜੋ ਵੀ ਨਿਊ ਇਨਫੋਰਮੇਸ਼ਨ ਆਏਗੀ ਬੱਚੇ, ਤੁਹਾਡੇ ਸਭ ਨੂੰ ਮਿਲ ਹੀ ਜਾਣੀ ਹੈ, ਠੀਕ ਆ। ਤਾਂ ਆ ਜਾਓ ਫਿਰ ਲਾਈਵ ਆ ਜਾਓ, ਫਟਾਫਟ ਫਿਰ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਹਾਂ। ਜਲਦੀ ਤੋਂ ਜਲਦੀ ਬੱਚੇ, ਸਾਰੇ ਬੱਚੇ ਆਪਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਫਿਰ ਆਪਾਂ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਹਾਂ ਬੱਚੇ 1-2 ਮਿੰਟ ਤੱਕ, ਠੀਕ ਆ। ਹਾਂਜੀ ਹਾਂਜੀ, ਖਾਲਸਾ, ਗੌਰਵ ਸੇਠੀ, ਸਤਿ ਸ਼੍ਰੀ ਅਕਾਲ ਬੱਚੇ, ਆ ਜਾਓ ਕਿਉਂ ਫਾਸਟ ਆ ਜਾਓ ਕਰਾਂਦੀ। ਬਹੁਤ ਹੀ ਇੰਪੋਰਟੈਂਟ ਸੈਸ਼ਨ ਹੋਣ ਵਾਲਾ ਹੈਗਾ ਆਪਣਾ ਅੱਜ ਦਾ, ਬਹੁਤ ਹੀ ਇੰਪੋਰਟੈਂਟ ਸੈਸ਼ਨ ਬੱਚੇ। ਵਿਨਕ, ਰੋਜ਼ੀ, ਗਗਨਦੀਪ, ਪੂਨਮ, ਮੋਹਿਤ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ, ਵੈਰੀ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ। ਥੋੜ੍ਹਾ ਜਿਹਾ ਆਪਣਾ ਪਹਿਲਾਂ ਹੋ ਗਿਆ ਸੈਸ਼ਨ, ਟਾਈਮ ਵੈਸੇ 6 ਵਜੇ ਦਾ ਸੀ, ਬਟ ਥੋੜ੍ਹੀ ਆਪਾਂ ਆਪਣਾ ਥੋੜ੍ਹਾ ਪਹਿਲਾਂ ਕਰ ਲਿਆ ਸੈਸ਼ਨ, ਠੀਕ ਆ ਬੱਚੇ। ਅਮਨ, ਸੌਰਵ, ਸਤਿ ਸ਼੍ਰੀ ਅਕਾਲ ਬੱਚੇ, ਗਗਨ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜਲਦੀ ਆ ਜਾਓ, ਕਿਉਂਕਿ ਆ ਜਾਓ ਬੱਚੇ, ਫਿਰ ਆਪਾਂ ਆਪਣੇ ਸੈਸ਼ਨ ਨੂੰ ਕਰਦੇ ਹਾਂ ਸਟਾਰਟ। ਇੰਪੋਰਟੈਂਟ ਸੈਸ਼ਨ ਹੋਣ ਵਾਲਾ ਹੈਗਾ, ਆਲਮੋਸਟ ਮੈਕਸੀਮਮ ਕੁਐਸਚਨਸ ਮੈਂ ਲੈ ਕੇ ਆਈ ਹਾਂ, ਠੀਕ ਹੈ ਰਾਜੇ। ਜਲਦੀ ਆ ਜਾਓ, ਆਪਾਂ ਆਪਣੇ ਸੈਸ਼ਨ ਨੂੰ ਕਰਦੇ ਹਾਂ ਸਟਾਰਟ ਫਿਰ 1-2 ਮਿੰਟ ਤੱਕ। ਅਮਨਦੀਪ, ਸੌਰਵ, ਗਗਨ, ਗੁੱਡ ਈਵਨਿੰਗ ਬੱਚੇ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਹਾਂਜੀ, ਟਾਈਮ 6 ਵਜੇ ਦਾ ਸੀ ਬੱਚੇ, ਟਾਈਮ 6 ਵਜੇ ਦਾ ਸੀ, ਬਟ ਥੋੜ੍ਹਾ ਜਿਹਾ ਪਹਿਲਾਂ ਹੋ ਚੁੱਕਿਆ, 1 ਆਰ ਪਹਿਲਾਂ ਹੋ ਚੁੱਕਿਆ ਹੈਗਾ, ਡੋਂਟ ਵਰੀ। ਬਟ ਠੀਕ ਆ ਰਾਜੇ। ਮੋਹਿਤ, ਗਗਨਦੀਪ ਸਿੰਘ ਬੱਚੇ, ਮੇਰੀ ਗੱਲ ਸੁਣੋ, ਇਸ ਚੀਜ਼ ਦੀ ਹਾਲੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ, ਠੀਕ ਹੈ, ਇਸ ਚੀਜ਼ ਦੀ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਹੈ, ਤੁਹਾਨੂੰ ਜਲਦੀ ਹੀ ਇਨਫੋਰਮੇਸ਼ਨ ਮਿਲ ਜਾਏਗੀ ਰਾਜੇ ਇਸ ਦੀ, ਠੀਕ ਹੈ ਜੀ। ਪੂਨਮ ਸਿੰਘ, ਲੈ ਮੈਮ ਅੱਜ ਵਿਰਾਜ ਬੈਚ ਕੋਈ ਕਲਾਸ ਨਹੀਂ ਲੱਗੀ, ਆਈ ਡੋਂਟ ਨੋ ਬੱਚੇ, ਵੈਸੇ ਵੀ ਮੈਰਾਥਨ ਸੀ ਅੱਜ ਨਾ, ਪਹਿਲਾਂ ਆਪਣੇ ਗਿਲ ਸਰ ਨੇ ਮੈਰਾਥਨ ਲਿੱਤੀ ਆ, ਤਾਂ ਹੁਣ ਫਿਰ ਮੇਰੀ ਮੈਰਾਥਨ ਚੱਲ ਰਹੀ ਆ, ਉਹਦੀ ਵਜ੍ਹਾ ਕਰਕੇ ਥੋੜ੍ਹਾ ਜਿਹਾ, ਠੀਕ ਆ। ਰੋਜ਼ੀ ਰਾਣੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਆ ਜਾਓ ਫਿਰ ਸ਼ੇਅਰ ਕਰਤਾ ਰਾਜੇ, ਵੱਧ ਤੋਂ ਵੱਧ ਆਪਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ, ਬਹੁਤ ਹੀ ਇੰਪੋਰਟੈਂਟ ਸੈਸ਼ਨ ਆ ਬੱਚੇ ਆਪਣਾ ਅੱਜ ਦਾ। ਮੈਕਸੀਮਮ ਕੁਐਸਚਨ ਗਗਨ 6 ਵਜੇ ਆ ਜੀ, ਗਗਨ 6 ਵਜੇ ਆ ਜੀ, ਓਕੇ ਓਕੇ ਓਕੇ। ਮਨਪ੍ਰੀਤ ਬੈਂਸ, ਹੈਲੋ ਹੈਲੋ ਬੱਚੇ, ਹੈਲੋ ਹਰਦੀਪ, ਓਕੇ, ਥੈਂਕ ਯੂ ਬੱਚੇ, ਥੈਂਕ ਯੂ। ਚਲੋ ਫਿਰ ਆਪਾਂ ਕਰੀਏ ਸਟਾਰਟ ਆਪਣੇ ਸੈਸ਼ਨ ਨੂੰ, ਜਲਦੀ ਫਟਾਫਟ ਮੈਸੇਜ ਕਰ ਦਿਓ ਮੈਨੂੰ ਸਾਰਿਆਂ ਨੇ, ਫਿਰ ਆਪਾਂ ਆਪਣੇ ਸੈਸ਼ਨ ਨੂੰ ਕਰਦੇ ਹਾਂ ਸਟਾਰਟ। ਕੋਸ ਬਹੁਤ ਹੀ ਇੰਪੋਰਟੈਂਟ ਸੈਸ਼ਨ ਆ ਰਾਜੇ, ਬਹੁਤ ਹੀ ਇੰਪੋਰਟੈਂਟ ਸੈਸ਼ਨ ਹੈ, ਮੈਕਸੀਮ ਚੀਜ਼ਾਂ ਮੈਂ ਤੁਹਾਨੂੰ ਕਵਰ ਕਰਵਾ ਦੂੰਗੀ ਆਪਣੇ ਵੱਲੋਂ, ਠੀਕ ਆ। ਅੱਜ ਦੇਖਦੇ ਆਪਾਂ ਆਪਣੀ ਕਿੰਨੀਆਂ ਚੀਜ਼ਾਂ ਆਪਣੀਆਂ ਕਵਰ ਅਪ ਹੁੰਦੀਆਂ ਹੈਗੀਆਂ ਨੇ। ਤਾਂ ਚਲੋ ਫਿਰ ਹੁਣ ਆਪਾਂ ਕਰਦੇ ਹਾਂ, ਥੈਂਕ ਯੂ ਮੋਹਿਤ ਕੁਮਾਰ, ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ। ਦੇਖੋ ਹਮੇਸ਼ਾ ਟੀਚਰ ਅਤੇ ਸਟੂਡੈਂਟ ਦਾ ਰਿਲੇਸ਼ਨ ਇੱਕੋ ਜਿਹਾ ਹੀ ਹੁੰਦਾ ਹੈਗਾ, ਠੀਕ ਆ। ਦੇਖੋ ਅਗਰ ਤੁਹਾਨੂੰ ਪਸੰਦ ਆ ਰਹੀ ਹੈ ਚੀਜ਼, ਆ ਰਹੀ ਇੱਕ ਸਮਝ ਆ ਰਹੀ ਹੈ ਤਾਂ ਮੈਂ ਹੈਗੀ ਹਾਂ, ਅਦਰਵਾਈਜ਼ ਨਹੀਂ, ਠੀਕ ਆ ਰਾਜੇ। ਤਾਂ ਵੱਧ ਤੋਂ ਵੱਧ ਲਾਈਕ ਕਰ ਦਿਓ ਬੱਚੇ, ਸ਼ੇਅਰ ਕਰ ਦਿਓ, ਸ਼ੇਅਰ ਕਰ ਦਿਓ। ਹਾਂਜੀ ਹਾਂਜੀ, ਚਲੋ ਸਟਾਰਟ ਕਰਦੇ ਹਾਂ ਆਪਾਂ। ਚਲੋ ਫਿਰ ਅਜੇ ਫਸਟ ਕੁਐਸਚਨ ਆਪਾਂ ਆਪਣਾ ਸਟਾਰਟ ਕਰਨ ਲੱਗੇ ਆਪਣੀ ਅੱਜ ਦੀ ਮਹਾ ਮੈਰਾਥਨ ਦਾ ਬੱਚੇ। ਤਾਂ ਫਸਟ ਕੁਐਸਚਨ ਦਾ ਆਂਸਰ ਕਰੋ, ਹਰ ਇੱਕ ਬੱਚੇ ਨੇ ਰਾਜੇ ਅਟੈਂਪਟ ਕਰਨਾ, ਠੀਕ ਆ, ਚਾਹੇ ਗਲਤ ਹੀ ਕਰੋ ਬਟ ਆਂਸਰ ਹਰ ਇੱਕ ਬੱਚੇ ਦਾ ਆਉਣਾ ਚਾਹੀਦਾ ਮੇਰੇ ਕੋਲ, ਠੀਕ ਆ ਜੀ। ਚਲੋ ਫਸਟ ਕੁਐਸਚਨ ਆਂਸਰ ਕਰੋ। ਦੀਪਾਸ਼, ਗੁੱਡ ਈਵਨਿੰਗ ਰਾਜੇ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ। ਪਹਿਲਾ ਕੁਐਸਚਨ ਦੇਖੋ ਆਪਣਾ ਕੀ ਹੈ, ਜਿਹੜਾ ਸ਼ਬਦ ਵਾਕ ਵਿੱਚ
ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰੇ ਕੀ ਕਹਿਲਾਉਂਦਾ ਹੈ ਰਾਜੇ? ਤਾਂ ਦੱਸੋ ਪਹਿਲੇ ਕੁਐਸਚਨ ਦਾ ਆਂਸਰ ਕਰੋ ਬੱਚੇ, ਕੀ ਆਏਗਾ ਆਪਣਾ ਕਾਰਕ, ਸੰਬੰਧ, ਕਿਰਿਆ ਵਿਸ਼ੇਸ਼ਣ ਜਾਂ ਫਿਰ ਆਪਣਾ ਯੋਜਕ? ਆਂਸਰ ਕਰੋ ਰਾਜੇ ਆਂਸਰ। ਜਿਹੜੇ ਬੱਚਿਆਂ ਦਾ ਸਹੀ ਆਂਸਰ ਆਇਆ ਦੇਖਦੇ ਹਾਂ, ਹਰਦੀਪ, ਜੀਤ, ਰੋਜ਼ੀ, ਮਨਪ੍ਰੀਤ, ਮਮਤਾ, ਦੀਪਾਂਸ਼, ਗੁਰਅਸੀਸ, ਨਵਿੰਦਰ, ਰੋਜ਼ੀ। ਵੈਰੀ ਗੁੱਡ ਬੱਚੇ, ਵੈਰੀ ਗੁੱਡ। ਤਾਂ ਸਭ ਦਾ ਆਂਸਰ ਸਹੀ ਹੀ ਆਇਆ ਰਾਜੇ। ਤਾਂ ਓਬੀਅਸ ਜੀ ਗੱਲ ਦੇਖੋ, ਸਟੇਟਮੈਂਟ ਤੇ ਪਤਾ ਲੱਗ ਚੁੱਕਿਆ ਕਿ ਦੂਜੇ ਸ਼ਬਦਾਂ ਦੇ ਨਾਲ ਸੰਬੰਧ ਦੀ ਗੱਲ ਹੋ ਰਹੀ ਆ। ਸੰਬੰਧ ਰਾਜੇ ਕੌਣ ਕਰੇਗਾ? ਓਬੀਅਸ ਜੀ ਗੱਲ, ਸੰਬੰਧਕ ਜਿਹੜਾ ਹੁੰਦਾ ਰਿਲੇਸ਼ਨ ਨੂੰ ਪ੍ਰਗਟ ਕਰਦਾ। ਤਾਂ ਆਪਸ਼ਨ ਨੰਬਰ ਸਹੀ ਆ, ਜਿਹੜੇ ਬੱਚੇ ਬੀ ਆਂਸਰ ਕਰ ਰਹੇ ਨੇ, ਸਭ ਦਾ ਆਂਸਰ ਸਹੀ ਹੈ ਰਾਜੇ। ਨੈਕਸਟ ਕੁਐਸਚਨ ਦੇਖੋ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਮੈਨੂੰ ਘੜੀ ਘੜੀ ਤੰਗ ਨਾ ਕਰੋ। ਵਾਕ ਵਿੱਚ ਘੜੀ ਘੜੀ ਕੀ ਆ ਰਾਜੇ? ਦੱਸੋ ਮੈਨੂੰ ਘੜੀ ਘੜੀ ਤੰਗ ਨਾ ਕਰੋ, ਵਾਕ ਦੇ ਵਿੱਚ ਘੜੀ ਘੜੀ ਕੀ ਹੈ ਰਾਜੇ? ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਆਪਣੇ ਨਿਸ਼ਚੈਵਾਚੀ ਕਿਰਿਆ ਵਿਸ਼ੇਸ਼ਣ ਆ ਬੱਚੇ, ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਆ, ਕਾਲ ਵਾਚਕ ਕਿਰਿਆ ਵਿਸ਼ੇਸ਼ਣ ਜਾਂ ਫਿਰ ਆਪਣਾ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ? ਆਂਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ, ਮੈਨੂੰ ਘੜੀ ਘੜੀ ਤੰਗ ਨਾ ਕਰੋ। ਧਿਆਨ ਨਾਲ ਆਂਸਰ ਕਰਨਾ ਬੱਚੇ, ਸੀ ਡੀ। ਬਸ 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 ਹੋ ਗਏ, ਮੈਨੂੰ ਪੱਕਾ ਪਤਾ ਸੀ ਗਲਤ ਕਰੋਗੇ, ਬੀ ਸੀ ਡੀ। ਹੁਣ ਏ ਰਹਿ ਗਈ ਆਪਸ਼ਨ, ਉਹ ਵੀ ਆਂਸਰ ਕਰ ਦਿਓ, ਉਹ ਵੀ ਆਂਸਰ ਕਰ ਦਿਓ। ਸਭ ਦਾ ਆਂਸਰ ਸਹੀ ਆ, ਸਭ ਦਾ ਆਂਸਰ ਸਹੀ ਆ ਰਾਜੇ, ਸੋਰੀ ਗਲਤ ਆ, ਸਭ ਦਾ ਆਂਸਰ ਗਲਤ ਆ। ਜਿਹੜੇ ਬੱਚੇ ਸੀ ਆਂਸਰ ਕਰ ਰਹੇ ਨੇ, ਬੀ ਆਂਸਰ ਕਰ ਰਹੇ, ਸਭ ਦਾ ਆਂਸਰ ਕੀ ਆ? ਗਲਤ ਹੈ ਬੱਚੇ। ਘੜੀ ਘੜੀ ਮੀਨਸ ਕੀ ਆ? ਘੜੀ ਘੜੀ ਕੀ ਆ? ਸੰਖਿਆ। ਘੜੀ ਘੜੀ ਕਾਊਂਟ ਹੋ ਰਿਹਾ ਨਾ, ਘੜੀ ਘੜੀ ਕਾਊਂਟ ਹੋ ਰਹੀ ਹੈ ਚੀਜ਼ ਬੱਚੇ, ਤਾਂ ਉਹ ਕੀ ਹੈ? ਸੰਖਿਆ ਹੈਗੀ ਆ। ਤਾਂ ਆਪਣਾ ਕੀ ਆਏਗਾ ਬੱਚੇ? ਸੰਖਿਆ ਵਾਚਕ ਆਏਗਾ, ਨਾ ਕਿ ਕਾਲ ਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਆਏਗਾ। ਨੈਕਸਟ ਕੁਐਸਚਨ ਰਾਜੇ ਆਪਣੇ ਗੁਰੂ ਪੀਰੀਅਡ ਤੋਂ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਕਲੀਅਰ ਬੱਚੇ? ਨੈਕਸਟ ਕੁਐਸਚਨ ਆਂਸਰ ਕਰੋ, ਗੁਰੂ ਗੋਬਿੰਦ ਸਿੰਘ ਜੀ ਦੇ ਸੰਦਰਭ ਵਿੱਚ ਹੇਠ ਲਿਖੇ ਕਥਨਾਂ ਨੂੰ ਵਿਚਾਰੋ। ਆਂਸਰ ਕਰੋ ਬੱਚੇ ਆਪਣੇ 10th ਗੁਰੂ ਜੀ ਦੇ ਰਿਲੇਟਡ ਕੁਐਸਚਨ ਹੈ, ਆਂਸਰ ਕਰੋ ਆਂਸਰ। ਬਿਲਕੁਲ ਬਿਲਕੁਲ, ਸਾਰੇ ਖੁਸ਼ ਹੋ ਗਏ ਨਾ, ਜਿਨ੍ਹਾਂ ਨੇ ਆਂਸਰ ਸਹੀ ਕੀਤਾ ਸੀ ਵੀ ਮੈਮ ਨੇ ਕਹਿਤਾ ਸਾਡਾ ਸਹੀ ਆ ਤੇ ਬਾਅਦ ਦੇ ਵਿੱਚੋਂ ਗਲਤ ਕਹਿਤਾ, ਠੀਕ ਹੈ ਰਾਜੇ? ਨਹੀਂ ਬੱਚੇ, ਉਹਨਾਂ ਨੇ ਕਾਊਂਟ ਹੋ ਰਹੀ ਹੈ ਚੀਜ਼, ਸੰਖਿਆ ਆ ਰਹੀ ਹੈ, ਘੜੀ ਘੜੀ ਹੁਣ ਸੰਖਿਆ ਆ ਰਹੀ, ਉਹ ਚੀਜ਼ ਮੀਨਸ ਕਾਊਂਟ ਹੋ ਰਹੀ ਹੈ ਉਹ ਚੀਜ਼, ਠੀਕ ਹੈ? ਤਾਂ ਥੋੜ੍ਹਾ ਧਿਆਨ ਨਾਲ ਆਂਸਰ ਕਰਿਆ ਕਰੋ, ਬਿਕੋਜ਼ ਇਹੀ ਚੀਜ਼ਾਂ ਆਪਾਂ ਨੂੰ ਡੋਬ ਦੇਣਾ ਇਹਨਾਂ ਚੀਜ਼ਾਂ ਨੇ। ਤਾਂ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਆਂਸਰ ਕਰੋ ਰਾਜੇ, ਕਿਉਂਕਿ ਆਂਸਰ ਕਰੋ ਬੀ ਆਂਸਰ ਦੇ ਰਹੇ ਹੋ, 1 ਅਤੇ 3, 1 ਐਂਡ 3। ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਜਾਂ 5K ਦੇ ਸਿਧਾਂਤਾਂ ਦੀ ਸਥਾਪਨਾ ਕੀਤੀ ਰਾਜੇ, ਬਿਲਕੁਲ ਸਹੀ। ਫਸਟ ਸਟੇਟਮੈਂਟ ਆਪਣੀ ਬਿਲਕੁਲ ਸਹੀ ਹੈ, ਤਾਂ ਡੀ ਆਪਸ਼ਨ ਤਾਂ ਰਾਜੇ ਕੱਟ ਹੀ ਦਿਓ, ਸੋਰੀ ਸੀ ਆਪਸ਼ਨ ਤਾਂ ਆਪਾਂ ਕੀ ਕਰ ਦੇਵਾਂਗੇ? ਕੱਟ ਹੀ ਦੇਵਾਂਗੇ, ਬਿਕੋਜ਼ ਫਸਟ ਆਪਸ਼ਨ ਨਹੀਂ ਹੈ। ਦੇਖੋ ਨਨਕਾਣਾ ਸਾਹਿਬ ਪਾਕਿਸਤਾਨ ਗੁਰੂ ਗੋਬਿੰਦ ਸਿੰਘ ਦੇ ਜਨਮ ਸਥਾਨ ਰਾਜੇ, ਤਾਂ ਬਿਲਕੁਲ ਗਲਤ, ਆਪਣੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਰਾਜੇ। ਤਾਂ ਸੈਕਿੰਡ ਸਟੇਟਮੈਂਟ ਹੋ ਚੁੱਕੀ ਹੈ ਆਪਣੀ ਗਲਤ। ਤੋ ਨੈਕਸਟ ਥਰਡ ਸਟੇਟਮੈਂਟ ਦੇਖਦੇ, ਤਾਂ ਬਿਲਕੁਲ ਰਾਜੇ ਗੁਰੂ ਗੋਬਿੰਦ ਸਿੰਘ ਨੇ ਜਫਰਨਾਮਾ ਲਿਖਿਆ ਸੀ ਪਰਸ਼ੀਅਨ ਭਾਸ਼ਾ ਦੇ ਵਿੱਚ। ਫਸਟ ਐਂਡ ਥਰਡ ਸਟੇਟਮੈਂਟ ਵੀ ਰਾਜੇ ਆਪਣੀ ਬਿਲਕੁਲ ਸਹੀ ਆ। ਤਾਂ ਆਪਸ਼ਨ ਨੰਬਰ ਕੀ ਆਏਗਾ ਆਪਣਾ? ਬੀ ਆਏਗਾ। ਤੇ ਸਿੱਖ ਧਰਮ ਦੇ ਬਾਨੀ ਕੌਣ ਸੀਗੇ ਰਾਜੇ? ਆਪਣੇ ਸਿੱਖ ਧਰਮ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? ਆਪਣੇ ਪਹਿਲੇ ਗੁਰੂ ਜੀ ਨੇ ਹੀ ਕੀਤੀ ਸੀ, ਆਪਣੇ ਗੁਰੂ ਨਾਨਕ ਦੇਵ ਜੀ ਨੇ। ਤਾਂ ਆਪਸ਼ਨ ਨੰਬਰ ਬੀ ਆਏਗਾ ਬੱਚੇ। ਜਿਹੜੇ ਬੱਚਿਆਂ ਨੇ ਆਂਸਰ ਬੀ ਕੀਤਾ, ਸਭ ਦਾ ਆਂਸਰ ਸਹੀ ਆ, ਵੈਰੀ ਗੁੱਡ ਬੱਚੇ, ਆਲਮੋਸਟ ਸਾਰੇ ਬੱਚਿਆਂ ਦਾ ਆਂਸਰ ਸਹੀ ਆ ਰਿਹਾ। ਹੁਣ ਆ ਥੋੜ੍ਹੇ ਪੁਆਇੰਟਸ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੱਚੇ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਬਰਥ ਕਦੋਂ ਹੋਇਆ ਬੱਚੇ? 1666 ਈਸਵੀ ਦੇ ਵਿੱਚ, ਆਪਣਾ ਕਿੱਥੇ? ਪਟਨਾ ਸਾਹਿਬ, ਬਿਹਾਰ, ਗੁਰਗੱਦੀ। ਦੇਖੋ ਰਾਜੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ, ਆਪਣੇ 10ਾਂ ਦੇ 10ਾਂ ਗੁਰੂ, ਠੀਕ ਹੈ ਰਾਜੇ? ਗੁਰਗੱਦੀ ਪੀਰੀਅਡ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਸਾਰੇ ਗੁਰੂਆਂ ਜੀ ਦਾ। ਗੁਰਗੱਦੀ ਕਦੋਂ ਮਿਲੀ ਹੈ ਬੱਚੇ? 1675 ਈਸਵੀ ਦੇ ਵਿੱਚ।
ਜੋਤੀ ਜੋਤ ਆਪਾਂ ਨੂੰ ਪਤਾ 1708 ਈਸਵੀ ਦੇ ਵਿੱਚ ਨਾ ਸ਼ੁਰੂਆ ਮਾਰ ਦਿੱਤਾ ਸੀ। ਦੋ ਪਠਾਨ ਸੀ, ਨਾਮ ਉਹਨਾਂ ਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਨੰਦੇੜ ਮਹਾਰਾਸ਼ਟਰ ਦੇ ਵਿੱਚ। ਕਲੀਅਰ ਬੱਚੇ ਸਾਰੇ ਸਾਰੇ? ਨੈਕਸਟ ਆ ਗਿਆ ਸਲਾਈਡ, ਥੋੜ੍ਹੀ ਜਿਹੀ ਇੰਪੋਰਟੈਂਟ ਆ, ਕਿਉਂ ਆਪਣੇ ਜਿਹੜੇ ਚਾਰ ਸਾਹਿਬਜ਼ਾਦੇ ਆ ਉਹਨਾਂ ਬਾਰੇ ਥੋੜ੍ਹੀ ਆਪਾਂ ਨੂੰ ਪੁਆਇੰਟਸ ਪਤਾ ਹੋਣੀਆਂ ਚਾਹੀਦੀਆਂ। ਦੇਖੋ ਆਪਣੇ ਗੁਰੂ ਗੋਬਿੰਦ ਸਿੰਘ ਦੀਆਂ ਤਿੰਨ ਵਾਈਫ ਸੀ ਬੱਚੇ, ਤਿੰਨ ਵਾਈਫ ਸੀਗੀਆਂ ਨਾ, ਕਿਹੜੇ ਸੀ? ਆਪਣੇ ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ ਅਤੇ ਮਾਤਾ ਸਾਹਿਬ ਜੀ, ਜਿਹੜੇ ਰਾਜੇ ਆਪਣੇ ਬਾਬਾ ਅਜੀਤ ਸਿੰਘ ਜੀ ਸੀਗੇ, ਬਾਬਾ ਅਜੀਤ ਸਿੰਘ ਜੀ। ਠੀਕ ਹੈ ਰਾਜੇ, ਕਿਹਨਾਂ ਦੀ ਕੁੱਖੋਂ ਹੋਈ ਸੀ? ਆਪਣੇ ਮਾਤਾ ਸੁੰਦਰੀ ਜੀ। ਬਾਕੀ ਤਿੰਨੋਂ ਸਾਹਿਬਜ਼ਾਦੇ ਰਾਜੇ ਆਪਣੇ ਮਾਤਾ ਜੀਤੋ ਜੀ ਦੀ ਕੁੱਖੋਂ ਹੋਏ ਸੀ। ਕਲੀਅਰ ਬੱਚੇ, ਇਹ ਥੋੜ੍ਹੇ ਆਪਾਂ ਨੂੰ ਪੁਆਇੰਟ ਪਤਾ ਹੋਣੇ ਚਾਹੀਦੇ ਨੇ, ਕੋਜ ਕਈ ਵਾਰ ਪੁੱਛ ਲੈਂਦੇ ਨੇ। ਬਾਕੀ ਮੈਂ ਰਾਜੇ ਲਿਖਤਾ, ਠੀਕ ਆ, ਜਿਹੜੇ ਆਪਣੇ ਵੱਡੇ ਸਾਹਿਬਜ਼ਾਦੇ ਆ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਆਪਣੀ ਚਮਕੌਰ ਸਾਹਿਬ ਦੀ ਜੰਗ ਵਿੱਚ। ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਆ ਬੱਚੇ, ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ। ਠੀਕ ਆ ਬੱਚੇ, ਸਾਰੇ ਦੇ ਸਾਰੇ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਨੈਕਸਟ ਪੁਆਇੰਟ ਦੱਸੋ ਰਾਜੇ, ਵਿਆਕਰਨ ਦੀ ਭਾਸ਼ਾ ਵਿੱਚ ਸਮੇਂ ਨੂੰ ਕੀ ਕਿਹਾ ਜਾਂਦਾ ਹੈ? ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ, ਨੈਕਸਟ ਕੁਐਸਚਨ। ਪੀਡੀਐਫ ਮੈਂ ਹਲੇ ਐਕਚੁਅਲੀ ਨਾ, ਤੁਸੀਂ ਹਟ ਨਹੀਂ ਰਹੇ ਹੈਗੇ, ਠੀਕ ਆ, ਤੁਸੀਂ ਹਟ ਨਹੀਂ ਰਹੇ ਹੈਗੇ ਬੋਲਣੋ। ਅੱਜ ਕੱਲ੍ਹ ਦੀ ਵੀਡੀਓ 'ਤੇ ਬੱਚਿਆਂ ਦੇ ਕਮੈਂਟਸ ਆਏ ਪਰਸੋਂ, ਕਿਉਂ ਯਾਰ ਹੱਦ, ਤੁਹਾਡਾ ਕੋਈ ਰਾਈਟਸ ਨਹੀਂ ਬਣਦਾ ਹੈਗਾ, ਤੁਸੀਂ ਕਿਸੇ ਵੀ ਟੀਚਰ ਨੂੰ ਕੁਛ ਵੀ ਕਹੋ। ਤਾਂ ਫਿਲਮ ਪਹਿਲਾਂ ਮੈਂ ਸ਼ੇਅਰ ਕੀਤੀਆਂ ਸੀ, ਬਟ ਹੁਣ ਦੇਖਦੀ ਹਾਂ ਸ਼ੇਅਰ ਕਰਾਂਗੀ ਜਾਂ ਨਹੀਂ ਕਰਾਂਗੀ। ਠੀਕ ਆ ਜੀ, ਆਨਸਰ ਕਰੋ, ਆਨਸਰ ਕਰੋ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ, ਨੈਕਸਟ ਕੁਐਸਚਨ ਦਾ ਆਨਸਰ ਕਰੋ ਬੱਚੇ। ਬਿਲਕੁਲ ਬਿਲਕੁਲ, ਵਿਆਕਰਨ ਦੀ ਭਾਸ਼ਾ ਦੇ ਵਿੱਚ ਰਾਜੇ ਆਪਾਂ ਸਮੇਂ ਨੂੰ ਕੀ ਬੋਲਦੇ ਹਾਂ? ਆਪਾਂ ਕਾਲ ਬੋਲਦੇ ਹਾਂ। ਸਮੇਂ ਨੂੰ ਬੱਚੇ ਆਪਾਂ ਕੀ ਬੋਲਦੇ ਹਾਂ? ਕਾਲ ਬੋਲਦੇ ਹੈਗੇ ਆ। ਤਾਂ ਆਪਾਂ ਨੂੰ ਆਨਸਰ ਕੀ ਆਏਗਾ? ਸੀ ਆਏਗਾ। ਜਿਹੜੇ ਬੱਚੇ ਨੇ ਆਨਸਰ ਸੀ ਕੀਤਾ, ਵੈਰੀ ਗੁੱਡ ਬੱਚੇ। ਲੋ ਨੈਕਸਟ ਕੁਐਸਚਨ ਦਾ ਆਨਸਰ ਕਰੋ, ਹੇਠ ਲਿਖੇ ਵਾਕ ਦੀ ਵਰਤਮਾਨ ਕਾਲ ਦੀ ਕਿਸਮ ਦੱਸੋ ਬੱਚੇ, ਕਿਹੜੀ ਕਿਸਮ ਹੈ? ਆਪਣੇ ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ। ਉਹ 4 ਘੰਟਿਆਂ ਤੋਂ ਬਾਗ ਵਿੱਚ ਕੰਮ ਕਰ ਰਿਹਾ ਹੈ, ਦੱਸੋ ਹੇਠ ਲਿਖੇ ਵਾਕ ਦੀ ਵਰਤਮਾਨ ਕਾਲ ਦੀ ਕਿਸਮ ਦੱਸੋ, ਕਿਹੜਾ ਆਨਸਰ ਆਏਗਾ ਬੱਚੇ? ਉਹ 4 ਘੰਟਿਆਂ ਤੋਂ ਬਾਗ ਵਿੱਚ ਕੰਮ ਕਰ ਰਿਹਾ ਹੈ, ਆਨਸਰ ਕਰੋ ਰਾਜੇ। ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ, ਨੈਕਸਟ ਕੁਐਸਚਨ ਦਾ। ਵੈਸੇ ਹੁਣ ਪੀਡੀਐਫ ਜਿਹੜੀ ਹੈਗੀ ਆਪਣੀ ਐਪ 'ਤੇ ਮਿਲਣੀ ਆ, ਆਪਣੀ ਐਪ ਕਰ ਲਓ ਤੁਸੀਂ ਡਾਊਨਲੋਡ ਬੱਚੇ, ਗਿਲਸ ਮੈਂਟੋਰ, ਠੀਕ ਆ, ਅਤੇ ਉੱਥੋਂ ਤੁਹਾਨੂੰ ਸਾਰੀਆਂ ਪੀਡੀਐਫ ਮਿਲ ਜਾਣੀਆਂ, ਜੋ ਵੀ ਮੇਰੀਆਂ ਯੂਟਿਊਬ ਦੀਆਂ ਕਲਾਸਿਸ ਦੀਆਂ ਹੈਗੀਆਂ ਨੇ। ਕਲੀਅਰ ਬੱਚੇ, ਚਲੋ ਆਨਸਰ ਕਰੋ ਨੈਕਸਟ ਕੁਐਸਚਨ ਦਾ। ਹੇਠ ਲਿਖੇ ਵਾਕ ਦੀ ਵਰਤਮਾਨ ਕਾਲ ਦੀ ਕਿਸਮ ਦੱਸੋ ਬੱਚੇ, ਕੀ ਆਨਸਰ ਆਏਗਾ? ਡੀ ਬੀ ਬੀ ਡੀ ਬੀ ਡੀ ਬੀ ਡੀ, ਬਸ ਬੀ ਡੀ ਬੀ ਡੀ ਸਟਾਰਟ ਹੋ ਗਿਆ। ਜਿਹੜੇ ਬੱਚਿਆਂ ਨੇ ਆਨਸਰ ਬੀ ਕੀਤਾ, ਸਭ ਦਾ ਆਨਸਰ ਸਹੀ ਨਹੀਂ ਹੈ, ਸਭ ਦਾ ਆਨਸਰ ਗਲਤ ਹੈ ਬੱਚੇ। ਕਿਹੜੀ ਆਏਗੀ? ਆਪਣੀ ਪੂਰਨ ਚਾਲੂ ਵਰਤਮਾਨ ਕਾਲ ਆਏਗੀ। ਕਿਹੜੀ ਆਏਗੀ ਬੱਚੇ? ਪੂਰਨ ਚਾਲੂ ਵਰਤਮਾਨ ਕਾਲ। ਨੈਕਸਟ ਕੁਐਸਚਨ ਦਾ ਆਨਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ। ਪਵਨਦੀਪ ਕੌਰ, ਗੁੱਡ ਈਵਨਿੰਗ ਬੱਚੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ। ਜਿਹੜੇ ਬੱਚਿਆਂ ਨੇ ਆਨਸਰ ਡੀ ਕੀਤਾ, ਸਭ ਦਾ ਆਨਸਰ ਸਹੀ ਹੈ ਰਾਜੇ। ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ, ਗੁਰਅਸੀਸ, ਵੈਰੀ ਗੁੱਡ, ਪ੍ਰੈਜੈਂਟ ਪਰਫੈਕਟ ਕੰਟੀਨਿਊਸ, ਵੈਰੀ ਗੁੱਡ, ਵੈਰੀ ਗੁੱਡ ਰਾਜੇ। ਨੈਕਸਟ ਕੁਐਸਚਨ ਦਾ ਆਨਸਰ ਕਰੋ, ਖਾਲਸਾ ਦੇ ਨਾਂ ਨਾਲ ਜਾਣੀ ਜਾਂਦੀ ਚੰਗੀ ਤਰ੍ਹਾਂ ਸੰਗਠਿਤ ਸਿੱਖ ਫੌਜ। ਓਬਵੀਅਸ ਜੀ ਗੱਲ ਬੱਚੇ, ਆਪਣੀ ਖਾਲਸਾ ਪੰਥ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? ਆਪਣੇ 10th ਗੁਰੂ ਜੀ, ਗੁਰੂ ਗੋਬਿੰਦ ਸਿੰਘ ਜੀ। ਇਹ ਤਾਂ ਮੈਂ ਪ੍ਰੋਪਰ ਤੁਹਾਨੂੰ ਐਪ ਦੇ ਵਿੱਚ ਬਹੁਤ ਘੈਂਟ ਸਟੋਰੀ ਵੀ ਸੁਣਾਈ ਹੋਈ ਹੈ ਨਾ, ਐਪ ਵਾਲੇ ਬੱਚਿਆਂ ਨੂੰ ਸਾਰਿਆਂ ਨੂੰ ਹੀ ਪਤਾ ਮੈਂ ਸਟੋਰੀ ਸੁਣਾਈ ਹੋਈ ਹੈਗੀ ਰਾਜੇ। ਵਿਸਾਖੀ ਡੇ 'ਤੇ ਅਨੰਦਪੁਰ ਸਾਹਿਬ, ਠੀਕ ਆ, ਗੁਰੂ ਜੀ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਸੀਗਾ। ਪ੍ਰੋਪਰ ਸਟੋਰੀ ਆਈ ਥਿੰਕ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਰਾਜੇ, ਸਾਰੇ ਬੱਚਿਆਂ ਨੂੰ ਪਤਾ ਹੀ ਹੈ, ਬਟ ਆਪਣੇ 5 ਪਿਆਰਿਆਂ ਦੇ ਨਾਮ ਬਹੁਤ ਘੱਟ ਬੱਚਿਆਂ ਨੂੰ ਯਾਦ ਰਹਿੰਦੇ ਨੇ, ਅਤੇ ਆਪਾਂ ਨੂੰ ਬੱਚੇ ਪਤਾ ਹੋਣੇ ਚਾਹੀਦੇ ਨੇ, ਠੀਕ ਆ। ਤਾਂ ਆਪਣੇ 5 ਪਿਆਰਿਆਂ ਦੇ ਨਾਮ ਮੈਂ ਲਿਖ ਦਿੱਤੇ ਨੇ, ਆਪਣੇ ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ। ਨੈਕਸਟ ਕੁਐਸਚਨ ਦੇਖੋ,
ਦੇਖਦੇ ਆ ਨੈਕਸਟ ਕੁਐਸਚਨ ਕੌਣ ਸਹੀ ਕਰ ਰਿਹਾ। ਪੱਕਾ ਗਲਤ ਕਰੋਗੇ, ਮੋਸਟਲੀ ਇਹ ਕੁਐਸਚਨ ਜਿਹੜਾ ਹੈਗਾ ਤੁਸੀਂ ਗਲਤ ਕਰੋਗੇ। ਆਪਣਾ ਨੈਕਸਟ ਕੁਐਸਚਨ, ਹੇਠ ਦਿੱਤੇ ਤਖਤ ਸਾਹਿਬ ਵਿੱਚੋਂ ਕਿਹੜਾ ਤਖਤ ਸਾਹਿਬ ਨੰਦੇੜ ਸਾਹਿਬ ਵਿੱਚ ਸਥਿਤ ਹੈ? ਤਾਂ ਦੱਸੋ ਬੱਚੇ ਕਿਹੜਾ ਤਖਤ ਸਾਹਿਬ ਨੰਦੇੜ ਸਾਹਿਬ ਵਿੱਚ ਸਥਿਤ ਹੈ? ਆਂਸਰ ਕਰੋ ਜੀ। ਅਵਨੀਤ ਸ਼ਰਮਾ, ਸਤਿ ਸ਼੍ਰੀ ਅਕਾਲ ਬੱਚੇ। ਜਿੰਨੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਮੇਰੇ ਵੱਲੋਂ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੱਚੇ। ਲਓ ਜੀ ਅਗਲੇ ਕੁਐਸਚਨ ਦਾ ਆਂਸਰ ਕਰੋ। 30 ਮਾਰਚ ਕੌਣ ਕਰ ਰਿਹਾ? ਗਗਨਦੀਪ ਸਿੰਘ ਬੀ। ਹੁਣ ਬਸ ਥੋੜ੍ਹੀ ਸਪੀਡ ਸਲੋ ਹੋ ਗਈ ਹੈ ਨਾ, ਪਹਿਲਾਂ ਫਟਾਫਟ ਕਮੈਂਟਸ ਆ ਰਹੇ ਸੀ, ਹੁਣ ਹੋ ਗਈ ਤੁਹਾਡੀ ਸਭ ਦੀ ਸਪੀਡ ਸਲੋ। ਬੀ 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 ਤਾਂ ਆਂਸਰ ਕੀ ਆ? ਵੈਰੀ ਗੁੱਡ ਬੱਚੇ, ਸਭ ਦਾ ਆਂਸਰ ਸਹੀ ਆ। ਮਨਜੀਤ, ਗੁਰਸੀ, ਸਰੋਜੀ, ਸਿਮਰ, ਐਸ ਪੀ, ਗੁਰਬੇਜ, ਗਗਨਦੀਪ, ਪਵਨ, ਰੋਜ਼ੀ, ਹਰਦੀਪ, ਸ਼ਰਮ ਬੱਚੇ, ਵੈਰੀ ਗੁੱਡ, ਵੈਰੀ ਗੁੱਡ ਬੱਚੇ, ਵੈਰੀ ਗੁੱਡ ਰਾਜੇ, ਸਭ ਦਾ ਆਂਸਰ ਸਹੀ ਆ। ਓ ਸੋਰੀ, ਸਲਾਈਡ ਹੀ ਹੋ ਗਈ ਰਾਜੇ। ਇਹ ਆਪਣੇ ਪੰਜ ਤਖਤ ਸਾਹਿਬ ਹੈਗੇ ਨੇ, ਪਤਾ ਹੋਣੇ ਚਾਹੀਦੇ ਨੇ, ਠੀਕ ਆ? ਥੋੜ੍ਹੇ ਜਿਹੇ ਮੈਂ ਪੁਆਇੰਟਸ ਪੰਜ ਤਖਤ ਸਾਹਿਬ ਬਾਰੇ ਤੁਹਾਨੂੰ ਲਿਖ ਦਿੱਤੇ ਨੇ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਦੇਖੋ ਰਾਜੇ, ਸਭ ਤੋਂ ਆਪਣਾ ਪਹਿਲਾ ਤਖਤ ਕਿਹੜਾ ਸੀ? ਸ਼੍ਰੀ ਅਕਾਲ ਤਖਤ ਸਾਹਿਬ, ਆਪਣੀ ਦਰਸ਼ਨੀ ਡਿਉਢੀ ਦੀ ਰਾਈਟ ਸਾਈਡ 'ਤੇ ਨਾ। ਕਿਹੜੇ ਗੁਰੂ ਜੀ ਨੇ ਬਣਵਾਇਆ ਸੀ? ਆਪਣੇ ਸਿੱਖ ਗੁਰੂ ਜੀ, ਗੁਰੂ ਗੋਬਿੰਦ ਸਿੰਘ ਜੀ। ਪਤਾ ਨਾ ਆਪਣੇ ਗੁਰੂ ਜੀ ਨੇ ਵੀ ਕਿਹਾ ਸੀ ਵੀ ਹਾਂ ਕਿ ਉਹ ਆਪਣਾ ਤਖਤ ਕਿਉਂ ਨਹੀਂ ਹੋਣਾ ਚਾਹੀਦਾ, ਆਪਣੀ ਵੀ ਇੱਕ ਸੀਟ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਬੈਠ ਕੇ ਲੋਕਾਂ ਦੀਆਂ ਪ੍ਰੋਬਲਮ ਸੁਣ ਸਕੀਏ। ਐਡਾ ਉੱਚਾ ਤਖਤ ਹੈਗਾ, ਠੀਕ ਹੈ ਬੱਚੇ, ਆਪਾਂ ਨੂੰ ਸਭ ਨੂੰ ਪਤਾ ਹੈਗਾ, ਬਟ ਆਹ ਨਾਮ ਪਤਾ ਹੋਣਾ ਚਾਹੀਦਾ। ਅਕਾਲ ਬੰਗਾ ਵੀ ਬੋਲਦੇ ਆ ਬੱਚੇ, ਆਪਣੇ ਪਹਿਲੇ ਤਖਤ ਸਾਹਿਬ ਨੂੰ ਅਕਾਲ ਬੰਗਾ ਵੀ ਬੋਲਦੇ ਆ। ਸੈਕਿੰਡ ਤਖਤ ਕਿਹੜਾ ਬੱਚੇ? ਆਪਣਾ ਦਮਦਮਾ ਸਾਹਿਬ, ਠੀਕ ਆ, ਦਮਦਮਾ ਸਾਹਿਬ। ਦਮਦਮਾ ਬੱਚੇ ਉਹੀ ਪਲੇਸ ਆ ਜਿੱਥੇ ਆਪਣੇ ਬੈਠ ਕੇ ਗੁਰੂ ਜੀ ਨੇ ਦਮ ਲਿਆ ਸੀ, ਜਿੱਥੇ ਆਪਣੇ ਬੈਠ ਕੇ ਗੁਰੂ ਜੀ ਨੇ ਆਪਣਾ ਦਸ਼ਮ ਗ੍ਰੰਥ ਲਿਖਿਆ ਸੀਗਾ। ਯਾਦ ਆ ਸਾਰਿਆਂ ਨੂੰ ਪੁਆਇੰਟਸ? ਉਹੀ ਆ ਰਾਜੇ, ਜਿੱਥੇ ਗੁਰੂ ਜੀ ਨੇ ਲਿਖ ਕੇ ਆਪਣਾ ਗੁਰੂ ਗ੍ਰੰਥ ਸਾਹਿਬ ਆਪਣੀ ਕਲਮ ਅਤੇ ਸਿਆਹੀ ਉੱਥੇ ਹੀ ਤਾਰ ਦਿੱਤੀ ਸੀ। ਸਾਰੀ ਸਟੋਰੀ ਤੁਹਾਨੂੰ ਪਤਾ, ਮੈਂ ਸਾਰੀ ਸਟੋਰੀਜ਼ ਤੁਹਾਨੂੰ ਦੱਸੀਆਂ ਹੋਈਆਂ ਨੇ। ਪਹਿਲਾ ਤਖਤ ਆਪਣੇ 6th ਗੁਰੂ ਜੀ ਨੇ, ਠੀਕ ਆ, ਸੈਕਿੰਡ ਤਖਤ ਆਪਣੇ 10th ਗੁਰੂ ਜੀ ਨੇ ਰਾਜੇ ਬਿਲਡ ਕੀਤਾ ਸੀ, ਬਣਾਇਆ ਸੀ। ਫਿਰ ਆ ਗਿਆ ਆਪਣਾ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਰਾਜੇ, ਅਨੰਦਪੁਰ ਸਾਹਿਬ। ਇਹ ਆਪਣੇ 9th ਗੁਰੂ ਜੀ ਨੇ, ਕਿੰਨਾ ਨੇ ਬੱਚੇ? ਆਪਣੇ 9th ਗੁਰੂ ਜੀ ਨੇ। ਅਤੇ ਫਿਰ ਇੱਥੇ ਹੀ ਆਪਣੇ 10ਵੇਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਾਰੇ ਦੇ ਸਾਰੇ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਫਿਰ ਆ ਗਿਆ ਰਾਜੇ ਆਪਣਾ ਤਖਤ ਸ਼੍ਰੀ ਪਟਨਾ ਸਾਹਿਬ, ਆਪਾਂ ਨੂੰ ਪਤਾ ਬਿਹਾਰ, ਤਖਤ ਸ਼੍ਰੀ ਪਟਨਾ ਸਾਹਿਬ ਬੱਚੇ ਆਪਣਾ ਕਿੱਥੇ ਹੈਗਾ? ਬਿਹਾਰ। ਇਹ ਕੀ ਹੈਗੀ? ਆਪਣੀ ਜਨਮ ਅਸਥਾਨ ਹੈਗਾ ਆਪਣੇ 10th ਗੁਰੂ ਜੀ ਦਾ। ਅਤੇ ਫਿਰ ਆ ਗਿਆ ਰਾਜੇ ਆਪਣਾ ਤਖਤ ਸ਼੍ਰੀ ਹਜ਼ੂਰ ਸਾਹਿਬ, ਇਹ ਆਪਣਾ ਆਂਸਰ ਆਉਣਾ ਸੀ, ਨੰਦੇੜ ਸਾਹਿਬ, ਜਿੱਥੇ ਆਪਣੇ ਗੁਰੂ ਜੀ ਦੀ, ਮਹਾਰਾਸ਼ਟਰ ਦੇ ਵਿੱਚ ਗੁਰੂ ਜੀ ਅਸੈਸੀਨੇਟਡ। ਠੀਕ ਹੈ ਰਾਜੇ, ਕਲੀਅਰ ਸਭ ਨੂੰ? ਸਾਰੇ ਦੇ ਸਾਰੇ ਪੁਆਇੰਟਸ ਯਾਦ ਰੱਖਿਓ ਬੱਚੇ ਆਪਣੇ। ਨੈਕਸਟ ਕੁਐਸਚਨ ਦਾ ਆਂਸਰ ਦਿਓ, ਦੇਖਦੇ ਆਂਸਰ ਕੌਣ ਸਹੀ ਕਰ ਰਿਹਾ। ਆਪਣੇ ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਬਿਲਕੁਲ ਰਾਜੇ, ਦੋ ਤਖਤ ਸਾਹਿਬ ਆਪਣੇ, ਸੋਰੀ, 3 ਤਖਤ ਸਾਹਿਬ ਆਪਣੇ ਪੰਜਾਬ ਦੇ ਵਿੱਚ ਨੇ, ਦੋ ਕੀ ਆ ਬੱਚੇ ਆਪਣੇ ਬਾਹਰ ਨੇ, ਨੰਦੇੜ ਹੋ ਗਿਆ ਆਪਣਾ ਮਹਾਰਾਸ਼ਟਰ ਅਤੇ ਆਪਣਾ ਬਿਹਾਰ ਦੇ ਵਿੱਚ। ਨੈਕਸਟ ਕੁਐਸਚਨ ਦੱਸੋ ਰਾਜੇ, ਬੂਪੀ ਡਾਊਨ ਆ ਚੁੱਕੇ ਨੇ, ਹੁਣ ਬੂਪੀ ਡਾਊਨ ਆ ਚੁੱਕੇ ਨੇ ਆਪਣੇ। ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ ਜੀ। ਆਂਸਰ ਕਰੋ ਰਾਜੇ ਨੈਕਸਟ ਕੁਐਸਚਨ ਦਾ। ਮੈਮ ਸਾਹ ਲਿਓ, ਸਾਹ, ਉਹ ਤੁਹਾਨੂੰ ਲੱਗ ਰਿਹਾ ਉਦਾਂ ਹੀ ਮੇਰਾ ਸਹੀ ਆ। ਮੈਮ ਸਾਹ ਲਿਓ, ਨੈਕਸਟ ਕੁਐਸਚਨ ਆਂਸਰ ਕਰੋ। ਇਹਨਾਂ ਵਿੱਚੋਂ ਕਿਹੜਾ ਜੋੜਾ ਸਹੀ ਤਰ੍ਹਾਂ ਮੇਲ ਨਹੀਂ ਖਾਂਦਾ? ਦੇਖੋ ਰਾਜੇ, ਕਿਹੜਾ ਨਹੀਂ ਖਾਂਦਾ, ਕਿਹੜਾ ਨਹੀਂ ਖਾਂਦਾ? ਮੀਰੀ ਐਂਡ ਪੀਰੀ ਰਾਜੇ, ਦੋ ਤਲਵਾਰਾਂ ਸੀ, ਕਿਹੜੇ ਸੀ? ਆਪਣੇ 6th ਗੁਰੂ ਜੀ, ਹੈ ਨਾ, ਆਪਣੀ ਸਪਿਰਚੁਅਲ ਐਂਡ ਆਪਣੀ ਮਿਲਟਰੀ ਪਾਵਰ। ਕਲੀਅਰ ਬੱਚੇ? ਫਿਰ ਆਪਣਾ ਆਦਿ ਗ੍ਰੰਥ ਸਾਹਿਬ, ਬਿਲਕੁਲ ਸਹੀ ਆ ਬੱਚੇ, ਬਟ ਕਿਹੜਾ ਬੱਚੇ? ਪੋਥੀ ਸਾਹਿਬ। ਕਿਹੜਾ ਆਪਣਾ?
ਪੋਥੀ ਸਾਹਿਬ, ਇਹ ਇੱਥੇ ਪੁਆਇੰਟ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਪਣਾ ਕਿਹੜਾ ਬੱਚੇ ਪੋਥੀ ਸਾਹਿਬ। ਹੁਣ ਦੇਖੋ ਦਲ ਖਾਲਸਾ, ਨੋ ਗਲਤ ਹੈ, ਦਲ ਖਾਲਸਾ ਆਪਣੇ ਕੌਣ ਸੀ ਬੱਚੇ, ਨਵਾਬ ਕਪੂਰ ਸਿੰਘ, ਨਵਾਬ ਕਪੂਰ ਸਿੰਘ। ਤੇ ਮੰਜੀ ਰਾਜੇ ਇਹ ਵੀ ਆਪਣਾ ਗਲਤ, ਆਪਣੇ ਕੌਣ ਸੀਗੇ, ਥਰਡ ਗੁਰੂ ਜੀ। ਇੱਦਾਂ ਹੀ ਬੱਚੇ ਸਾਰੇ ਦੇ ਸਾਰੇ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਮੋਸਟਲੀ ਚੀਜ਼ਾਂ ਮੈਂ ਤੁਹਾਨੂੰ ਕਵਰ ਕਰਵਾਈ ਦੇਣੀ ਅੱਜ, ਆਪਸ਼ਨ ਨੰਬਰ ਬੀ ਆਏਗਾ ਜੋ ਕਿ ਆਪਣਾ ਸਹੀ ਹੈ। ਹੁਣ ਆਪਣੇ ਆਦਿ ਗ੍ਰੰਥ ਸਾਹਿਬ ਬਾਰੇ ਕੁਝ ਪੁਆਇੰਟਸ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਕਲੀਅਰ ਬੱਚੇ, ਆਦਿ ਗ੍ਰੰਥ ਸਾਹਿਬ ਪੋਥੀ ਸਾਹਿਬ ਰਾਜੇ ਲਿਖਿਆ ਕਿਹਨਾਂ ਨੇ ਸੀ, ਆਪਣੇ ਭਾਈ ਗੁਰਦਾਸ ਜੀ ਨੇ, ਠੀਕ ਹੈ ਰਾਜੇ। ਫਿਰ ਆਪਣਾ ਆਦਿ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਇੰਸਟਾਲ ਕਦੋਂ ਕੀਤਾ ਗਿਆ ਰਾਜੇ, 1 ਸਤੰਬਰ 1604 ਈਸਵੀ ਦੇ ਵਿੱਚ। ਇਹ ਪੁਆਇੰਟ ਹੋ ਗਿਆ। ਫਿਰ ਮੈਂ ਲਿਖਤਾ ਬੱਚੇ ਆਪਣੇ ਗ੍ਰੰਥੀ ਕੌਣ ਸੀ, ਠੀਕ ਹੈ, ਪਹਿਲੇ ਹੈੱਡ ਗ੍ਰੰਥੀ ਕੌਣ ਸੀ, ਬਾਬਾ ਬੁੱਢਾ ਜੀ। ਸੈਕਿੰਡ ਕੌਣ ਸੀ, ਆਪਣੇ ਭਾਈ ਗੁਰਦਾਸ ਜੀ। ਥਰਡ ਕੌਣ ਸੀ ਬੱਚੇ, ਆਪਣੇ ਭਾਈ ਮਨੀ ਸਿੰਘ ਜੀ। ਫਿਰ ਜਿਹੜੇ ਆਪਣੇ ਪਹਿਲੇ ਜਥੇਦਾਰ ਹੁੰਦੇ ਆ ਅਕਾਲ ਤਖਤ ਸਾਹਿਬ ਦੇ, ਗੁਰਦਾਸ ਜੀ। ਸੈਕਿੰਡ ਜਥੇਦਾਰ ਕੌਣ ਆ ਬੱਚੇ, ਆਪਣੇ ਭਾਈ ਮਨੀ ਸਿੰਘ ਜੀ। ਸਾਰੇ ਦੇ ਸਾਰੇ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇਹ ਸਾਰੇ ਨੋਟਸ ਮੇਰੇ ਐਪ ਵਾਲੇ ਆ ਬੱਚੇ, ਠੀਕ ਹੈ, ਮੈਂ ਖੁਦ ਹੀ ਆਪਣਾ ਕਰਦੀ ਹੁੰਦੀ ਹਾਂ ਨੋਟਸ, ਸਾਰੇ ਦੇ ਸਾਰੇ ਨੋਟਸ ਹੈਗੇ ਨੇ ਮੇਰੇ ਐਪ ਵਾਲੇ। ਹੁਣ ਦੇਖੋ ਭਾਈ ਮਨੀ ਸਿੰਘ ਜੀ ਬਾਰੇ, ਉਹੀ ਰਾਜੇ ਆਪਣੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਆਪਣੀ ਅਰਦਾਸ ਦੇ ਵਿੱਚ ਵੀ ਹੁੰਦਾ, ਇਹ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਪਣੇ ਭਾਈ ਮਨੀ ਸਿੰਘ ਜੀ ਦੀ। ਰਾਜੇ ਵੈਰੀ ਵੈਰੀ ਇੰਪੋਰਟੈਂਟ, ਜਿਹਨੂੰ ਕੀ ਬੋਲਦੇ ਆ, ਸਿੱਖਾਂ ਦੀ ਭਗਤ ਮਾਲਾ ਆਪਣੀ, ਕਿਹੜੀ ਆ ਬੱਚੇ, ਭਗਤ ਰਤਨਾਵਲੀ, ਆਪਾਂ ਨੂੰ ਪਤਾ ਹੋਣੀ ਚਾਹੀਦੀ ਆ। ਇੱਕਾਂ ਦੀ ਹੋਰ ਰਾਈਟਿੰਗ ਆ ਗਿਆਨ ਰਤਨਾਵਲੀ, ਉਹ ਵੀ ਯਾਦ ਰੱਖਿਓ। ਫਿਰ ਦੇਖੋ ਰਾਜੇ ਆਪਣੇ ਗੁਰੂ ਅਰਜਨ ਦੇਵ ਜੀ ਨੇ, ਠੀਕ ਆ। ਫਿਰ ਦੇਖੋ ਆਪਣਾ ਫਾਊਂਡੇਸ਼ਨ ਸਟੋਨ ਕਿਹਨਾਂ ਨੇ ਰੱਖਿਆ ਸੀ ਹਰਿਮੰਦਰ ਸਾਹਿਬ ਦਾ, ਆਪਣੇ ਸੂਫੀ ਸੰਤ ਮੀਆਂ ਮੀਰ ਜੀ। ਸਾਰੇ ਦੇ ਸਾਰੇ ਪੁਆਇੰਟਸ ਯਾਦ ਰੱਖਿਓ ਬੱਚੇ। ਨੈਕਸਟ ਕੁਐਸਚਨ ਦੇਖੋ ਜੀ, ਹੇਠ ਲਿਖੀਆਂ ਲਿਖਤਾਂ ਵਿੱਚੋਂ ਕਿਹੜੀ ਇੱਕ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ? ਆਂਸਰ ਕਰੋ ਬੱਚੇ, ਕਿਹੜੀ ਲਿਖਤ ਆਪਣੇ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਹੈ? ਆਂਸਰ ਕਰੋ ਜੀ, ਆਂਸਰ। ਨੈਕਸਟ ਕੁਐਸਚਨ ਦਾ ਆਂਸਰ ਕਰੋ, ਸਭ ਸਿੱਖਣ ਕੋ ਹੁਕਮ ਹੈ, ਬਿਲਕੁਲ ਬੱਚੇ, ਗੁਰੂ ਮਾਨਿਓ ਗ੍ਰੰਥ। ਨੈਕਸਟ ਕੁਐਸਚਨ ਦਾ, ਸਤਿ ਸ਼੍ਰੀ ਅਕਾਲ ਪੰਜਾਬ ਜੋਬ ਅਲਰਟ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਪੱਕਾ ਪੱਕਾ ਇੱਥੇ ਗਲਤ ਕਰੋਗੇ, ਪੱਕਾ ਹੀ ਗਲਤ ਕਰੋਗੇ ਆਂਸਰ ਉੱਪਰ, ਕਿਉਂ ਮੈਂ ਕਿਹਾ ਸੀ ਨਾ DB, ਪਤਾ ਹੀ ਸੀ DB, ਕਮਾਲ ਹੋ ਗਈ ਯਾਰ। ਇਹ ਸਾਰੀਆਂ ਰਾਈਟਿੰਗਸ ਆਪਣੇ 10th ਗੁਰੂ ਜੀ ਦੀਆਂ ਨੇ, ਸਾਰੀਆਂ ਹੀ ਰਾਈਟਿੰਗਸ ਆਪਣੇ 10th ਗੁਰੂ ਜੀ ਦੀਆਂ ਨੇ। ਅਕਾਲ ਉਸਤਤ ਵੀ ਆਪਣੇ 10th ਗੁਰੂ ਜੀ ਨੇ ਲਿਖੀ ਆ, 24 ਅਵਤਾਰ ਵੀ ਬੱਚੇ, ਚੌਪਈ ਸਾਹਿਬ ਵੀ, ਅਤੇ ਆਪਣੀ ਵਾਰ ਸ਼੍ਰੀ ਭਗੌਤੀ ਹੀ। ਮੈਨੂੰ ਪਤਾ ਸੀ ਗਲਤ ਕਰੋਗੇ, ਸਾਰੀਆਂ ਦੀਆਂ ਸਾਰੀਆਂ ਲਿਖਤਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ। ਅੱਗੇ ਮੈਂ ਲਿਖ ਵੀ ਦਿੱਤੀਆਂ ਬੱਚੇ। ਜਾਪ ਸਾਹਿਬ ਹੋ ਗਿਆ ਆਪਣਾ, ਬਚਿੱਤਰ ਨਾਟਕ ਬੱਚੇ ਆਪਣੇ ਦਸ਼ਮ ਗ੍ਰੰਥ ਦਾ ਪਾਰਟ ਵੀ ਹੈ, ਇਹ ਵੀ ਚੀਜ਼ ਯਾਦ ਰੱਖਿਓ। ਆਪਣੀ ਆਟੋਬਾਇਓਗ੍ਰਾਫੀ ਹੈਗੀ, ਠੀਕ ਆ, ਚੰਡੀ ਦੀ ਵਾਰ, ਅਕਾਲ ਉਸਤ ਸਵਾਏ, ਚੌਪਈ ਸਾਹਿਬ, ਸਾਰੀਆਂ ਲਿਖੀਆਂ ਪਈਆਂ ਬੱਚੇ, ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਲਿਖਤਾਂ ਆਪਣੇ ਹਰੇਕ ਗੁਰੂ ਜੀ ਦੀਆਂ। ਹੁਣ ਬਾਅਦ 'ਚੋਂ ਫਿਰ ਮੱਥੇ 'ਤੇ ਹੱਥ ਮਾਰੇ ਹੋ, ਫਿਰ ਸਵੇਰ ਛੇਤੀ ਅਮੋਜੀ ਭੇਜਣ ਲੱਗ ਜਾਂਦੇ ਹੋ, ਹੈ ਨਾ। ਚਲੋ ਅੱਜ ਤੁਸੀਂ ਲੇਟ ਹੋ ਗਏ ਮੈਮ। ਗੁਰਵਿੰਦਰ ਸਿੰਘ, ਮੈਂ ਤਾਂ ਨਹੀਂ ਲੇਟ ਹੋਈ ਬੱਚੇ, ਮੈਂ ਤਾਂ ਐਗਜੈਕਟ 5 ਵਜੇ ਕਲਾਸ ਸਟਾਰਟ ਕਰ ਦਿੱਤੀ ਸੀ, ਤੁਸੀਂ ਲੇਟ ਹੋ। ਲੋ ਨੈਕਸਟ ਕੁਐਸਚਨ ਦਾ ਆਂਸਰ ਕਰੋ, ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ? ਧਿਆਨ ਨਾਲ ਆਂਸਰ ਕਰਿਓ ਜੀ। ਹਾਲੇ ਤਾਂ ਨਜ਼ਾਰਾ ਆਏਗਾ ਕਾਕਾ ਜੈਲਦਾਰ ਸਾਹਿਬ, ਹਾਲੇ ਤਾਂ ਨਜ਼ਾਰਾ ਆਏਗਾ। ਸਾਰੇ ਕੁਐਸਚਨ ਹੀ ਟ੍ਰਿਕੀ ਨੇ,
ਸਾਰੇ ਕੁਐਸਚਨਸ ਹੀ ਟ੍ਰਿਕੀ ਨੇ ਬੱਚੇ, ਮੈਮ ਇਸ ਸਾਲ PDF ਪ੍ਰੋਵਾਈਡ ਕਰਵਾਉਂਗੇ ਚੈਨਲ ਤੇ। ਕੋਈ ਗੱਲ ਨਹੀਂ, ਪਹਿਲਾਂ ਸੁਧਰ ਜਾਓ ਤੁਸੀਂ ਥੋੜ੍ਹਾ ਜਿਹਾ ਨਾ ਸੁਧਰ ਜਾਓ, ਹੈ ਨਾ। ਤੁਸੀਂ ਥੋੜ੍ਹਾ ਬੋਲਣਾ ਆਉਂਦਾ ਹੈਗਾ ਤੁਹਾਨੂੰ, ਮੈਂ ਕਿਹਾ ਚਲੋ ਬੋਲ ਹੀ ਲਓ, ਚੰਗੀ ਤਰ੍ਹਾਂ ਹੀ ਬੋਲ ਲਓ ਤੁਸੀਂ। ਮੈਮ ਤੁਸੀਂ ਲੇਟ ਹੋ ਗਏ। ਗੁਰਵਿੰਦਰ ਸਿੰਘ, ਮੈਂ ਨਹੀਂ ਹੋਈ ਲੇਟ, ਤੁਸੀਂ ਹੀ ਲੇਟ ਹੋਏ। ਆਂਸਰ ਕੀ ਕਰ ਰਹੇ ਹੋ? CACAD। ਹੁਣ ਪੈਣ ਵਾਲੇ ਛਿੱਤਰ ਤੁਹਾਡੇ ਸਭ ਦੇ। ਹਾਏ ਰੱਬਾ, ਕੀ ਬਣੂਗਾ ਤੁਹਾਡਾ, ਕੀ ਬਣੇਗਾ ਤੁਹਾਡਾ, ਮੈਨੂੰ ਦੱਸਿਓ। ਹੁਣੀ ਕਰਵਾ ਕੇ ਹਟੀ ਹਾਂ। ਆਦਿ ਗ੍ਰੰਥ ਸਾਹਿਬ, ਪੋਥੀ ਸਾਹਿਬ ਆਪਣੇ ਕਿਹਨਾਂ ਨੇ ਲਿਖੇ? ਆਪਣੇ ਫਿਫਥ ਗੁਰੂ ਜੀ ਨੇ, ਗੁਰੂ ਅਰਜਨ ਦੇਵ ਜੀ। ਬਿਲਕੁਲ, ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਵੀ ਆਪਣੇ ਗੁਰੂ ਅਰਜਨ ਦੇਵ ਜੀ ਨੇ। ਹੁਣੀ ਤੱਕ ਕਰਵਾ ਕੇ ਹਟੀ ਹਾਂ, ਕਿੱਥੇ ਹੈ ਤੁਹਾਡਾ ਧਿਆਨ? ਤੇ ਆਪਣਾ ਤਰਨ ਤਾਰਨ ਸਾਹਿਬ ਰਾਜੇ, ਹੱਦ ਹੋ ਗਈ। ਆਪਣਾ ਤਰਨ ਤਾਰਨ ਸਾਹਿਬ ਤੇ ਪਲੱਸ ਆਪਣਾ ਕਿਹੜਾ ਬੱਚੇ? ਕਰਤਾਰਪੁਰ। ਕਿਹੜਾ ਹੋ ਗਿਆ ਆਪਣਾ? ਕਰਤਾਰਪੁਰ, ਬਟ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੈ। ਇਹ ਦੋਨੋਂ ਸ਼ਹਿਰ ਕਿਹਨਾਂ ਨੇ ਵਸਾਏ? ਆਪਣੇ ਫਿਫਥ ਗੁਰੂ ਜੀ ਨੇ। ਤਾਂ ਆਲ ਕਰੈਕਟ ਆਏਗਾ, ਆਲ ਕਰੈਕਟ ਆਏਗਾ। ਕੀ ਧਿਆਨ ਕਿੱਥੇ ਹੈ ਤੁਹਾਡਾ? ਆਲ ਹੀ ਆਏਗਾ। ਚਲੋ ਨੈਕਸਟ ਕੁਐਸਚਨ ਦੇਖੋ। ਆਹ ਦੇਖੋ, ਕੰਟੈਂਪਰੇਰੀ ਰੂਲਰ ਬੱਚੇ ਕਿਹੜੇ ਕਿਹੜੇ ਹੈਗੇ ਨੇ? ਆਪਣੇ ਅਕਬਰ ਦੇ ਜਹਾਂਗੀਰ ਸੀ, ਹੈ ਨਾ, ਆਪਣੇ ਪਹਿਲੇ ਸ਼ਹੀਦਾਂ ਦੇ ਸਰਤਾਜ ਬੋਲਦੇ ਆਪਾਂ ਆਪਣੇ ਫਿਫਥ ਗੁਰੂ ਜੀ ਨੇ। ਇੱਕ ਬੱਚੇ ਚੀਜ਼ ਹੋਰ ਯਾਦ ਰੱਖਿਓ, ਆਪਣੇ ਪੰਜਵੇਂ ਗੁਰੂ ਜੀ ਤੋਂ ਬਾਅਦ, ਠੀਕ ਆ, ਜਿਹੜੀ ਆਪਣੀ ਗੁਰਗੱਦੀ ਹੁੰਦੀ ਹੈ ਬੱਚੇ, ਆਪਣੇ ਘਰ ਹੀ ਰਹਿੰਦੀ ਆ। ਮੀਨਸ, ਠੀਕ ਆ, ਅੱਗੇ ਦੀ ਅੱਗੇ ਜਿਹੜੇ ਵਾਰਿਸ ਹੈਗੇ ਉਹੀ ਬਣਦੇ ਹੈਗੇ ਨੇ। ਪੁਆਇੰਟਸ ਪਤਾ ਹੋਣੇ ਚਾਹੀਦੇ ਨੇ, ਵੈਰੀ ਵੈਰੀ ਇੰਪੋਰਟੈਂਟ ਬੱਚੇ। ਆਦਿ ਗ੍ਰੰਥ ਸਾਹਿਬ ਕਿਹੜਾ? ਬਟ ਪੋਥੀ ਸਾਹਿਬ, ਇਹ ਪੁਆਇੰਟ ਯਾਦ ਰੱਖਿਓ, ਪੋਥੀ ਸਾਹਿਬ। ਸੁਖਮਨੀ ਸਾਹਿਬ ਹੋ ਗਿਆ, ਪੜ੍ਹਦੇ ਹੋਣਗੇ ਕਿ ਨਹੀਂ ਕਰਦੇ ਹੋਣਗੇ ਪਾਠ? ਮੈਂ ਤਾਂ ਆਪ ਛੱਡਿਆ ਹੋਇਆ ਕਰਨਾ ਡੇਲੀ, ਮੇਰੇ ਤਾਂ ਮੰਮਾ ਤੋਂ ਮੈਨੂੰ ਗਾਲਾਂ ਪੈਂਦੀਆਂ ਨੇ, ਠੀਕ ਆ। ਦਸਵੰਧ ਸਿਸਟਮ ਬੱਚੇ, ਹਰ ਸਿੱਖ ਨੂੰ ਦਸਵਾਂ ਹਿੱਸਾ ਦਾਨ ਕਰਨਾ ਚਾਹੀਦਾ। ਕਲੀਅਰ ਬੱਚੇ? ਫਿਰ ਆਪਣਾ ਤਰਨ ਤਾਰਨ ਸਾਹਿਬ ਹੋ ਗਿਆ, ਤੇ ਆਪਣਾ ਕਿਹੜਾ ਹੋ ਗਿਆ ਬੱਚੇ? ਕਰਤਾਰਪੁਰ, ਜਿਹੜਾ ਜਲੰਧਰ। ਆਲਸੋ ਰਾਜੇ ਇੱਕ ਚੀਜ਼ ਹੋਰ ਯਾਦ ਰੱਖ ਲਿਓ ਇੱਥੇ, ਚਲੋ ਦੱਸ ਦਿੰਦੀ ਹਾਂ। ਜਿਹੜਾ ਆਪਣਾ ਕਰਤਾਰਪੁਰ ਜਲੰਧਰ ਹੈ ਨਾ, ਇੱਥੇ ਹੀ ਆਪਣੀ ਪਹਿਲੀ ਬੀੜ, ਠੀਕ ਆ, ਆਪਣੀ ਪਹਿਲੀ ਬੀੜ ਇੱਥੇ ਹੀ ਪਿਰਜ਼ਾਵਰ ਆ ਜੀ, ਜਿਹਨੂੰ ਕੀ ਬੋਲਦੇ ਆ? ਕਰਤਾਰਪੁਰੀ ਬੀੜ ਬੋਲਦੇ ਆ। ਕਲੀਅਰ ਸਭ ਨੂੰ? ਨੈਕਸਟ ਕੁਐਸਚਨ ਦੇਖੋ। ਇਹ ਵੀ ਗਲਤ ਕਰੋਗੇ, ਇਹ ਵੀ ਕੁਐਸਚਨ ਗਲਤ ਕਰੋਗੇ। ਮੈਮ ਅੱਜ 2 ਵਜੇ ਵਾਲੀ ਕਲਾਸ ਲੱਗੀ ਸੀ ਜਾਂ ਨਹੀਂ? ਮੰਗਤ ਦੀ ਬੱਚੇ, ਅੱਜ ਆਪਣੀ ਮੈਰਾਥਨ ਸੀ ਤਾਂ ਕਰਕੇ 2 ਵਜੇ ਵਾਲੀ ਕਲਾਸ ਨਹੀਂ ਲੱਗੀ ਸੀ ਰਾਜੇ। ਚਲੋ ਗਲਤ ਕਰੋਗੇ ਕੁਐਸਚਨ, ਕੁਐਸਚਨ ਗਲਤ ਕਰੋਗੇ ਤੁਸੀਂ ਸਾਰਿਆਂ ਨੇ। ਸਾਰੇ ਕੁਐਸਚਨ ਹੀ ਟ੍ਰਿਕੀ ਹੈਗੇ ਨੇ ਮੇਰੇ। ਨੈਕਸਟ ਕੁਐਸਚਨ ਆਨਸਰ ਕਰੋ ਬੱਚੇ। ਪ੍ਰਤੱਖ ਦਾ ਵਿਰੋਧੀ ਸ਼ਬਦ ਦੱਸੋ ਕਿਹੜਾ ਆਏਗਾ? ਮੈਨੂੰ ਪਤਾ ਸੀ ਏ ਏ। ਚਲੋ ਦੇਖਦੇ ਕੀ ਆਨਸਰ ਕਰ ਰਹੇ ਹੋ। ਏ ਬੀ। ਏ ਬੀ ਕਿਆ ਬਾਤ ਆ, ਜਗਸੀਰ ਸਿੰਘ ਕਹਿੰਦੇ ਚਲੋ ਦੇਖਦੇ ਹਾਂ ਆਪਾਂ ਏ ਬੀ ਆਨਸਰ ਕਰਦੇ ਹਾਂ ਨਾ, ਤਾਂ ਆਨਸਰ ਕਰੋ ਏ ਬੀ। ਕਿਆ ਬਾਤ ਆ, ਏ ਡੀ ਹੈ, ਏ ਡੀ ਵੀ ਆ। ਜਿਹੜੇ ਬੱਚੇ ਨੇ ਏ ਡੀ ਆਨਸਰ ਕੀਤਾ ਨਾ, ਉਹਨਾਂ ਨੇ ਪੱਕਾ ਮੇਰੀ 2 ਵਜੇ ਵਾਲੀ ਕਲਾਸ ਲਗਾਈ ਆ। ਜਿਹੜੇ ਬੱਚਿਆਂ ਨੇ ਏ ਡੀ ਆਨਸਰ ਕੀਤਾ, ਉਹਨਾਂ ਨੇ ਪੱਕਾ ਮੇਰੀ 2 ਵਜੇ ਵਾਲੀ ਕਲਾਸ ਲਗਾਈ ਹੋਈ ਹੈ। ਕੋਜ਼ ਇਹ ਕੁਐਸਚਨ ਮੈਂ ਆਲਰੇਡੀ ਕਰਵਾ ਚੁੱਕੀ ਹਾਂ ਆਪਣੀ 2 ਵਜੇ ਵਾਲੀ ਕਲਾਸ ਦੇ ਵਿੱਚ, ਠੀਕ ਆ ਰਾਜੇ। ਵੱਧ ਤੋਂ ਵੱਧ ਆਪਣੇ ਸੈਸ਼ਨ ਨੂੰ ਸ਼ੇਅਰ ਕਰੋ ਖਾਂ। ਕਿਉਂ ਨਹੀਂ ਕਰ ਰਹੇ? ਕਿ ਸੈਸ਼ਨ ਪਸੰਦ ਨਹੀਂ ਆ ਰਿਹਾ ਤੁਹਾਨੂੰ? ਕੁਐਸਚਨ ਵਧੀਆ ਨਹੀਂ ਹੈਗੇ ਮੈਨੂੰ ਦੱਸਿਓ। ਗੁਰਅਸੀਸ ਆਪਾਂ ਚੈੱਕ ਕਰਦੇ ਹਾਂ, ਗੁਰਅਸੀਸ ਬੱਚੇ, ਠੀਕ ਹੈ। ਹੋ ਸਕਦਾ ਮੇਰੇ ਤੋਂ ਗਲਤ ਹੋ ਗਿਆ ਹੋਵੇ, ਆਪਾਂ ਚੈੱਕ ਕਰਦੇ ਹਾਂ, ਕੋਈ ਗੱਲ ਨਹੀਂ। ਆਨਸਰ ਕਰੋ ਨੈਕਸਟ ਕੁਐਸਚਨ ਦਾ, ਇਹ ਵੀ ਗਲਤ ਕਰੋਗੇ, ਇਹ ਵੀ ਗਲਤ ਕਰੋਗੇ, ਇਹ ਵੀ ਕੁਐਸਚਨ ਤੁਸੀਂ ਗਲਤ ਕਰੋਗੇ। ਮਾਯੂਸ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ, ਦੱਸੋ ਕਿਹੜਾ ਇਹਦੇ ਵਿੱਚੋਂ? ਮਾਯੂਸ, ਮਾਯੂਸ ਤੁਸੀਂ ਵੀ ਹੋ ਹੀ ਰਹੇ ਹੋ, ਹੈ ਨਾ, ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਆ। ਤਾਂ ਫਿਰ ਅੱਜ ਦੀ ਕਲਾਸ ਤੋਂ ਬਾਅਦ ਤੁਸੀਂ ਡੇਲੀ 2 ਵਜੇ ਦੀ ਕਲਾਸ ਲਗਾਇਆ ਕਰੋਗੇ, ਆਈ ਪ੍ਰੋਮਿਸ। ਵੱਧ ਤੋਂ ਵੱਧ ਆਪਣੇ ਸੈਸ਼ਨ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਇੰਪੋਰਟੈਂਟ ਸੈਸ਼ਨ ਆ ਬੱਚੇ। ਆਨਸਰ ਕਰੋ ਨੈਕਸਟ ਕੁਐਸਚਨ ਦਾ, ਇਹ ਵੀ ਕੁਐਸਚਨ ਗਲਤ ਕਰੋਗੇ ਤੁਸੀਂ, ਇਹ ਵੀ ਕੁਐਸਚਨ ਤੁਹਾਡਾ ਸਭ ਕਿਆ ਬਾਤ ਆ ਆਲ।
ਨਵਿੰਦਰ ਤੇ ਰੋਜ਼ੀ ਕਹਿੰਦੇ ਚਲੋ ਹੋਰ ਛੱਡੋ ਔਲ ਹੀ ਲਗਾ ਦਿੰਦੇ ਆ ਹਨਾ, ਹੋਰ ਛੱਡੋ ਔਲ ਹੀ ਲਗਾ ਦਿੰਦੇ ਆ, ਕਿਆ ਬਾਤ ਆ, ਸਾਰੇ ਰੋਜ਼ੀ ਰਾਣੀ ਨੇ ਲੌਕ ਕਰਤਾ ਸਾਰੇ, ਕਿਆ ਬਾਤ ਆ, ਸਾਰੇ ਕੀ ਆ, ਸਾਰੇ ਸਮਾਨਾਰਥਿਕ ਹੈ, ਏਦਾਂ ਲਿਖਣਾ ਸੀ, ਸਾਰੇ ਕੀ ਆ ਬੱਚੇ ਸਮਾਨਾਰਥਿਕ ਹੈ, ਮਾਯੂਸ ਦੇ ਸਾਰੇ ਹੀ ਕੀ ਹੈਗੇ ਬੱਚੇ ਸਮਾਨਾਰਥਿਕ ਹੈ, ਆਨਸਰ ਧਿਆਨ ਨਾਲ ਕਰਿਓ, ਮੈਂ ਪੁੱਛਿਆ ਸੀ ਨਹੀਂ, ਬਟ ਸਾਰੇ ਕੀ ਨੇ ਆਪਣੇ ਸਮਾਨਾਰਥਿਕ ਨੇ। ਨੈਕਸਟ ਕੁਐਸਚਨ ਦੇਖੋ, ਲਓ ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੀਆਂ ਅਨੁਨਾਸਿਕ ਨਾਸਕ ਧੁਨੀਆਂ ਹਨ ਰਾਜੇ, ਦੱਸੋ ਕਿੰਨੀਆਂ ਨਾਸਕੀ ਧੁਨੀਆਂ ਨੇ, ਮੈਂ ਪ੍ਰੋਪਰ ਪੂਰੀ ਦੀ ਪੂਰੀ 35 ਅੱਖਰੀ ਤੁਹਾਨੂੰ ਸਮਝਾਈ ਹੋਈ ਹੈ 2 ਵਜੇ ਦੀ ਕਲਾਸ ਦੇ ਵਿੱਚ, ਹੁਣੇ ਆਨਸਰ ਗਲਤ ਨਹੀਂ ਹੋਣਾ ਚਾਹੀਦਾ, ਕਿਹੜੇ ਦੰਤੀ ਅੱਖਰ ਨੇ, ਕਿਹੜੇ ਕੰਠੀ ਨੇ, ਠੀਕ ਹੈ, ਕਿਹੜੇ ਤਾਲਵੀ ਅੱਖਰ ਨੇ, ਸਾਰੇ ਦੇ ਸਾਰੇ ਤੁਹਾਨੂੰ ਸਮਝਾਏ ਹੋਏ ਨੇ, ਆਨਸਰ ਕਰੋ ਨੈਕਸਟ ਕੁਐਸਚਨ ਦੇ ਵਿੱਚ। ਨੈਕਸਟ ਕੁਐਸਚਨ ਦੇ ਕਿਆ ਬਾਤ ਆ, ਹਾਸਾ ਆ ਰਿਹਾ, ਕੋਈ ਗੱਲ ਨਹੀਂ, ਰੁਕੋ ਰੁਕੋ, ਹਾਸਾ ਬੰਦ ਹੋ ਜਾਣਾ ਹੁਣੀ, ਰੁਕੋ ਰੁਕੋ, ਸੀ ਸੀ, ਵੈਰੀ ਗੁੱਡ ਰਾਜੇ, ਕਿੰਨੀਆਂ ਨੇ, 5 ਨੇ, ਕਿਹੜਾ ਆਪਣਾ, ਨਈਆਂ ਨਈਆਂ, ਨਾਣਾ ਨੰਨਾ ਤੇ ਮੰਮਾ, ਠੀਕ ਹੈ, ਜਿਹੜੀ ਆਪਣੀ ਐਂਡ ਵਾਲੀ ਲਾਈਨ ਆ ਉਹ ਚੀਜ਼ ਯਾਦ ਰੱਖਿਓ। ਨੈਕਸਟ ਕੁਐਸਚਨ ਦੇਖੋ, ਲਓ ਆਹ ਵੀ ਕੁਐਸਚਨ ਗਲਤ ਕਰੋਗੇ, ਆਹ ਵੀ ਕੁਐਸਚਨ ਗਲਤ ਕਰੋਗੇ, ਦੇਖਦੇ ਕਿਹੜਾ ਬੱਚਾ ਆਂਸਰ ਸਹੀ ਕਰ ਰਿਹਾ ਹੈਗਾ ਆਪਣਾ। ਸੁਜਾਖਾ ਦਾ ਵਿਰੋਧੀ ਸ਼ਬਦ ਦੱਸੋ, ਦੱਸੋ ਬੱਚੇ ਸੁਜਾਖਾ ਦਾ ਵਿਰੋਧੀ ਸ਼ਬਦ ਕਿਹੜਾ ਹੈ, ਆਂਸਰ ਕਰੋ। ਨੈਕਸਟ ਕੁਐਸਚਨ ਦਾ ਕੀ ਆਂਸਰ ਆਏਗਾ ਬੱਚੇ, ਆਂਸਰ ਗਲਤ ਕਰੋਗੇ, ਨਈਆਂ ਨਈਆਂ, ਨਾਣਾ ਨੰਨਾ ਮੰਮਾ, ਵੈਰੀ ਗੁੱਡ ਬੱਚੇ, ਕਿਆ ਬਾਤ ਆ। ਗੁਰਸੀਸ ਤਾਂ ਕਹਿੰਦੇ 10/2 ਇਜ਼ ਇਕੁਅਲ ਟੂ 5, ਆਨਸਰ ਕਰੋ ਨੈਕਸਟ ਕੁਐਸਚਨ ਦਾ। ਆਪਣੇ ਸੈਸ਼ਨ ਨੂੰ ਲਾਈਕ ਕਿਉਂ ਨਹੀਂ ਕਰ ਰਹੇ ਤੁਸੀਂ, ਸ਼ੇਅਰ ਕਰੋ ਕਿ ਕਲਾਸ ਪਸੰਦ ਨਹੀਂ ਆ ਰਹੀ ਤੁਹਾਨੂੰ, ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਇੰਪੋਰਟੈਂਟ ਆ ਬੱਚੇ ਸੈਸ਼ਨ ਆਪਣਾ। ਨੈਕਸਟ ਕੁਐਸਚਨ, ਪੱਕਾ ਗਲਤ ਕਰੋਗੇ, ਪੱਕਾ ਗਲਤ ਕਰੋਗੇ, ਕਿਆ ਬਾਤ ਆ, ਬੀ ਡੀ ਲੈ, ਹੱਦ ਹੋ ਗਈ ਰੱਬਾ, ਸ਼ਿਟ, ਬੀ ਡੀ, ਮੈਨੂੰ ਪਤਾ ਹੀ ਸੀ, ਪਹਿਲਾਂ ਬੀ ਆਂਸਰ ਆਏਗਾ। ਕਾਣਾ ਕੌਣ ਹੁੰਦਾ ਬੱਚੇ, ਜਿਹਨੂੰ ਇੱਕ ਅੱਖ ਤੋਂ ਨਾ ਦਿਖਦਾ ਹੋਵੇ ਉਹਨੂੰ ਆਪਾਂ ਕਾਣਾ ਬੋਲਦੇ ਹਾਂ, ਅੰਨਾ ਹੋਵੇ ਜਿਹਨੂੰ ਬਿਲਕੁਲ ਹੀ ਨਾ ਦਿਖਦਾ ਹੋਵੇ। ਸੁਜਾਖਾ ਕਿਹੜਾ ਹੁੰਦਾ ਬੱਚੇ, ਜਿਹਨੂੰ ਬਿਲਕੁਲ ਦਿਖਦਾ ਹੋਵੇ, ਤਾਂ ਆਂਸਰ ਸਿਰਫ ਔਰ ਸਿਰਫ ਬੀ ਆਏਗਾ, ਬੀ ਡੀ, ਛੇਤੀ ਬੀ ਡੀ ਤੇ ਆਂਸਰ ਆ ਜਾਂਦਾ ਇਹਨਾਂ ਦਾ। ਲੋ ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਚੁਣੋ, ਕਿਆ ਬਾਤ ਆ। ਨੈਕਸਟ ਕੁਐਸਚਨ ਦਾ ਆਂਸਰ ਕਰੋ, ਦੇਖਦੇ ਆ ਕੌਣ ਆਂਸਰ ਕਰ ਰਹੇ ਤੁਸੀਂ, ਆਂਸਰ ਕਰੋ ਨੈਕਸਟ ਕੁਐਸਚਨ, ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਚੁਣੋ, ਆਂਸਰ ਕਰੋ ਜੀ ਸ਼ੁੱਧ ਵਾਕ। ਕੋਈ ਨਹੀਂ ਮੈਮ, ਇਹਦੇ 'ਚ ਐਵੇਂ ਕੋਈ ਨਹੀਂ ਹੈ, ਕਿਉਂ ਨਹੀਂ ਹੈਗਾ ਰਾਜੇ। ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਂਸਰ ਕਰੋ ਸਾਰੇ ਬੱਚੇ, ਕਿਉਂਕਿ ਰਾਜੇ ਮੇਰਾ ਸਹੀ ਆ, ਮੇਰਾ ਸਹੀ ਕਰਨਾ, ਆਂਸਰ ਕਰੋ ਮੈਮ, ਕੋਈ ਨਹੀਂ ਇਹਦੇ 'ਚ, ਐਵੇਂ ਨਹੀਂ, ਗੁਲ ਗੁਰੀ ਗੁਰੀ ਇਨਸਾਨ ਬੱਚੇ ਹੈ, ਧਿਆਨ ਨਾਲ ਕਰਿਆ ਕਰੋ ਆਂਸਰ, ਹੈ ਕਿਉਂ ਨਹੀਂ ਹੈਗਾ ਰਾਜੇ। ਡੀ ਸੀ ਡੀ ਸੀ ਡੀ ਐਂਡ ਸੀ, ਇਹ ਕਨਫਿਊਜ਼ਿੰਗ ਆ। ਦੇਖੋ ਪਹਿਲੀ ਗੱਲ ਤਾਂ ਇਹ, ਆਪਾਂ ਹਮੇਸ਼ਾ ਕਹਿ ਰਹੇ ਹਾਏ ਕੰਡਾ ਚੁੱਭ ਗਿਆ, ਵੱਜ ਗਿਆ ਤਾਂ ਆਪਾਂ ਕਹਿੰਦੇ ਨਹੀਂ, ਉਹ ਤਾਂ 6 ਵੱਜਦੀ ਹੁੰਦੀ ਆ, ਹੈ ਨਾ, ਹਮੇਸ਼ਾ ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ, ਆਪਾਂ ਕੀ ਕਹਿੰਦੇ, ਹਾਏ ਕੰਡਾ ਚੁੱਭ ਗਿਆ, ਠੀਕ ਹੈ ਬੱਚੋ। ਬਟ ਹੁਣ ਦੇਖੋ ਇਹਨਾਂ ਦੋਨਾਂ 'ਚ ਕਨਫਿਊਜ਼ਿੰਗ ਆ, ਇਹ ਦੋਨੇ ਵਰਡਸ ਦੇ ਵਿੱਚ ਕਨਫਿਊਜ਼ਿੰਗ ਹੈ, ਦੱਸੋ ਰਾਜੇ ਹੁਣ ਫਿਰ ਆਪਣਾ ਕੰਡਾ ਪੈਂਦਾ ਕਿੱਦਾਂ, ਆਂਸਰ ਕਰੋ ਕਿਹੜਾ ਆਏਗਾ, ਸੀ ਡੀ ਸੀ ਡੀ ਸੀ ਡੀ, ਵੈਸੇ ਮੇਰੇ ਅਕੋਰਡਿੰਗ ਆਂਸਰ ਆਏਗਾ ਸੀ ਕੰਡਾ, ਠੀਕ ਹੈ, ਮੇਰੇ ਅਕੋਰਡਿੰਗ ਆਂਸਰ ਆਏਗਾ ਸੀ ਆਏਗਾ, ਜਿਹੜਾ ਦੂਜਾ ਕੰਡਾ ਹੋ ਗਿਆ ਨਾ, ਇਹ ਤਾਂ ਕੰਡਾ ਉਹ ਨਹੀਂ ਹੁੰਦਾ ਜਿਹਦੇ ਆਪਾਂ ਤੋਲਦੇ ਹੁੰਦੇ ਹਾਂ ਵੀ ਕੰਡੇ 'ਤੇ ਤੋਲ ਲਿਆ ਉਹ ਚੀਜ਼, ਹੈ ਨਾ, ਤਾਂ ਆਂਸਰ ਕੀ ਆਏਗਾ, ਸੀ ਆਏਗਾ ਬੱਚੇ, ਧਿਆਨ ਨਾਲ ਆਂਸਰ ਕਰਿਓ ਜੀ। ਲਓ ਹੁਣ ਦੇਖੋ ਸ਼ਈ ਸ਼ਬਦ ਜੋੜ ਮਿਲਾਓ, ਲਓ ਜੀ ਟਾਈਮ ਦੇ ਰਹੀ ਹਾਂ ਤੁਹਾਨੂੰ ਮੈਂ 1 ਮਿੰਟ ਦਾ, ਕਿਉਂਕਿ ਆਂਸਰ ਕਰਿਓ ਕੀ ਆਏਗਾ ਰਾਜੇ, ਆਂਸਰ ਕਰੋ ਬੱਚੇ। ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਆਂਸਰ ਕਰੋ ਜੀ, ਧਿਆਨ ਨਾਲ ਆਂਸਰ ਕਰਿਓ, ਜਲਦੀ ਆਂਸਰ ਕਰੋ ਨੈਕਸਟ ਕੁਐਸਚਨ,
ਸੀਆ ਮੈਮ ਇਹਦਾ ਕੰਡਾ ਕੱਢ ਦਿਓ। ਬਿਲਕੁਲ ਬਿਲਕੁਲ ਮਨਦੀਪ ਕੌਰ ਕੱਢ ਦਿੱਤਾ ਆਪਾਂ ਕੰਡਾ ਬੱਚੇ, ਬਿਲਕੁਲ ਆਪਾਂ ਕੰਡਾ ਕੱਢ ਦਿੱਤਾ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਹਾਈ ਨਹੀਂ ਕੰਡਾ, ਚਲੋ ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦਾ, ਕੀ ਆਂਸਰ ਕਰ ਰਹੇ ਹੋ, ਧਿਆਨ ਨਾਲ ਆਂਸਰ ਕਰਿਓ ਰਾਜੇ। ਨੈਕਸਟ ਕੁਐਸਚਨ ਦਾ ਆਂਸਰ ਕੀ ਆਏਗਾ ਦੇਖੋ, ਫਸਟ ਦਾ ਤਾਂ ਆਏਗਾ ਸੱਸਾ। ਓ ਸ਼ਿਟਿਆ, ਲਓ ਸਿਰਫ ਇੱਕ ਹੀ ਆਪਸ਼ਨ ਦੇ ਵਿੱਚ ਤਾਂ ਸੱਸਾ ਹੈ। ਚਲੋ ਮੈਨੂੰ ਤਾਂ ਲੱਗਿਆ ਸੀ ਤੁਸੀਂ ਟਰੈਪ ਹੋ ਜਾਓਗੇ ਕੁਐਸਚਨ ਦੇ ਵਿੱਚ, ਬਟ ਨੋ ਯਾਰ, ਚਲੋ ਕੋਈ ਗੱਲ ਨਹੀਂ। ਛੋਲਾ ਦਾ ਵਿਰੋਧੀ ਸ਼ਬਦ ਦੱਸੋ, ਹੁਣ ਦੇਖਦੇ ਹਾਂ। ਇਹ ਵੀ ਪੱਕਾ ਆਂਸਰ ਗਲਤ ਕਰੋਗੇ। ਨੈਕਸਟ ਕੁਐਸਚਨ ਦਾ ਆਂਸਰ ਕਰੋ, ਕਿਉਂਕਿ ਆਂਸਰ ਕਰੋ ਬੱਚੇ, ਕਿਉਂਕਿ ਆਂਸਰ ਆਉਣਾ ਚਾਹੀਦਾ। ਨੈਕਸਟ ਕੁਐਸਚਨ ਆਂਸਰ ਕਰੋ, ਬੀ ਬੀ ਬੀ। ਨੈਕਸਟ ਕੁਐਸਚਨ ਦਾ ਆਂਸਰ ਕਰੋ ਕੀ ਆਏਗਾ, ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਕਿਉਂਕਿ ਆਂਸਰ ਕਰੋ ਕਿਉਂਕਿ। ਵੱਧ ਤੋਂ ਵੱਧ ਆਪਣੇ ਸੈਸ਼ਨ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ। 347 ਜਾਣੇ ਔਨਲਾਈਨ ਹੋ ਤੁਸੀਂ, ਐਂਡ ਲਾਈਕ ਸਿਰਫ 63। ਇੰਨੀ ਮਾੜੀ ਕਲਾਸ ਤਾਂ ਹੋ ਨਹੀਂ ਸਕਦੀ, ਹੈ ਨਾ, ਇੰਨੀ ਮਾੜੀ ਕਲਾਸ ਤਾਂ ਮੇਰੀ ਹੋ ਨਹੀਂ ਸਕਦੀ ਕਿ ਤੁਸੀਂ ਇੰਨੇ ਘੱਟ ਲਾਈਕ ਕਰ ਰਹੇ ਹੋ। ਅਤੇ ਬੰਦ ਕਰ ਦਈਏ ਆਪਾਂ ਕਲਾਸ, ਆਂਸਰ ਕਰੋ ਨੈਕਸਟ ਕੁਐਸਚਨ ਦਾ। ਵਿਰੋਧੀ ਸ਼ਬਦ ਪੁੱਛਿਆ ਹੈਗਾ ਬੱਚੇ। ਬਸ 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 ਬਸ, ਲੱਗ ਗਈਆਂ ਬ੍ਰੇਕਾਂ, ਲੱਗ ਗਈਆਂ ਬ੍ਰੇਕਾਂ। ਏ ਬੀ ਸੀ, ਕਿਆ ਬਾਤ ਆ ਨਵਿੰਦਰ, ਕਿਆ ਬਾਤ ਆ ਰਿਹਾ, ਕਿਆ ਬਾਤ ਆ ਨਵਿੰਦਰ, ਤਾਂ ਬਿਲਕੁਲ ਸਹੀ, ਵੈਰੀ ਗੁੱਡ। ਮੈਂ ਆਈ ਥਿੰਕ ਇਹ ਬੱਚਾ ਵੀ ਉਹੀ ਹੈ ਜਿਹਨੇ ਮੇਰੀ 2 ਵਜੇ ਵਾਲੀ ਕਲਾਸ ਲਗਾਈ ਆ ਬੱਚੇ, ਠੀਕ ਆ। ਤਾਂ ਮੀਨਜ਼ ਛੋਲਾ ਕਿਹੜਾ ਹੁੰਦਾ, ਜਿਹੜਾ ਫਾਸਟ ਕੰਮ ਕਰਦਾ ਹੈਗਾ, ਤਾਂ ਓਬੀਅਸ ਜੀ ਗੱਲ, ਇਹਦਾ ਵਿਰੋਧੀ ਸ਼ਬਦ ਕਿਹੜਾ ਹੋਏਗਾ ਤੁਹਾਡੇ ਵਰਗੇ, ਠੀਕ ਆ। ਸੁਸਤ ਹੋ ਗਏ, ਮੱਠੇ ਹੋ ਗਏ, ਢਿੱਲੇ ਹੋ ਗਏ, ਹੈ ਨਾ। ਚਲੋ ਨੈਕਸਟ ਕੁਐਸਚਨ ਦੱਸੋ, ਮਾਯੂਸ ਦਾ ਸਮਾਨਾਰਥਕ ਸ਼ਬਦ ਚੁਣੋ ਜੀ। ਤਾਂ ਇਹ ਵੀ ਗਲਤ ਕਰੋਗੇ ਕੁਐਸਚਨ, ਇਹ ਵੀ ਆਂਸਰ ਗਲਤ ਕਰੋਗੇ ਤੁਸੀਂ। ਨੈਕਸਟ ਕੁਐਸਚਨ ਦਾ ਆਂਸਰ ਕਰੋ, ਕਰ ਦਿਓ ਬੰਦ। ਓਕੇ, ਮੈਨੂੰ ਤਾਂ ਕੀ ਆ, ਮੇਰਾ ਕੋਈ ਨੁਕਸਾਨ ਨਹੀਂ, ਮੇਰਾ ਕੋਈ ਨੁਕਸਾਨ ਨਹੀਂ, ਤੁਹਾਡਾ ਹੀ ਨੁਕਸਾਨ ਹੋਏਗਾ ਇਹਦੇ ਵਿੱਚ, ਠੀਕ ਹੈ ਰਾਜੇ। ਹਾਂਜੀ ਹਾਂਜੀ, ਸਹੀ ਆ ਸਹੀ ਆ, ਬਿਲਕੁਲ ਬਿਲਕੁਲ ਆਂਸਰ ਕਰੋ। ਨੈਕਸਟ ਕੁਐਸਚਨ ਦਾ ਕੀ ਆਂਸਰ ਆਏਗਾ ਆਪਣਾ, ਮਾਯੂਸ ਦਾ ਸਮਾਨਾਰਥਕ ਸ਼ਬਦ ਚੁਣੋ। ਦੱਸੋ ਬੱਚੇ ਕੀ ਆਏਗਾ ਸਮਾਨਾਰਥਕ ਸ਼ਬਦ, ਮੀਨਿੰਗ ਨਹੀਂ ਸੀ ਪਤਾ, ਬਸ ਫਿਰ ਇਹੀ ਕੁਐਸਚਨ ਦਾ ਟਰੈਪ ਕਰਨਗੇ। ਤੁਹਾਨੂੰ ਕੀ ਲੱਗਦਾ, ਬਹੁਤ ਈਜ਼ੀ ਆਏਗਾ ਪੇਪਰ? ਈਜ਼ੀ ਨਹੀਂ ਆਉਣ ਵਾਲਾ ਹੈਗਾ ਸਾਰੇ, ਕਿਆ ਬਾਤ ਆ, ਸਾਰੇ ਸੋਚ ਲਓ, ਹਲੇ ਵੀ ਸੋਚ ਲਓ, ਹਲੇ ਵੀ ਸੋਚ ਲਓ, ਟਾਈਮ ਦੇ ਰਹੀ ਹਾਂ ਤੁਹਾਨੂੰ। ਇੱਕ ਬੱਚੇ ਨੇ ਆਂਸਰ ਕੀਤਾ ਬੀ ਸੀ, ਕਿਆ ਬਾਤ ਆ ਯਾਰ, ਕਿਆ ਬਾਤ ਆ, ਵੈਰੀ ਗੁੱਡ ਯਾਰ। ਆਈ ਥਿੰਕ ਇਹ ਵੀ ਮੇਰੀ 2 ਵਜੇ ਵਾਲੀ ਕਲਾਸ ਲਗਾਈ ਹੋਈ ਆ, ਸਾਰੇ ਬੱਚਿਆਂ ਨੇ ਤਾਂ ਹੀ ਆਂਸਰ ਸਹੀ ਕਰਤਾ। ਲਓ ਨੈਕਸਟ ਕੁਐਸਚਨ ਦੱਸੋ, ਰੁੱਕਾ ਸ਼ਬਦ ਦਾ ਸਹੀ ਅਰਥ ਦੱਸੋ। ਇਹ ਗਲਤ ਕਰੋਗੇ, ਪੱਕਾ ਗਲਤ ਕਰੋਗੇ ਕੁਐਸਚਨ, ਮੈਂ ਕਹਿਤਾ ਰਾਜੇ। ਆਂਸਰ ਕਰੋ, ਰੁੱਕਾ ਸ਼ਬਦ ਦਾ ਸਹੀ ਅਰਥ ਦੱਸੋ ਜੀ। ਰੋਕਣਾ, ਰੁਕਾਉਣਾ, ਲਿਖਤੀ ਸੁਨੇਹਾ ਹੋ ਗਿਆ, ਜਾਂ ਫਿਰ ਆਪਣਾ ਰੁਕਣਾ। ਨੈਕਸਟ ਕੁਐਸਚਨ ਦਾ ਆਂਸਰ ਕਰੋ, ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਨੈਕਸਟ ਕੁਐਸਚਨ ਦਾ ਆਪਣੇ ਦਾ ਆਂਸਰ ਕਰੋ, ਗਲਤ ਕਰੋਗੇ, ਨੈਕਸਟ ਕੁਐਸਚਨ ਵੀ ਗਲਤ ਕਰੋਗੇ, ਨੈਕਸਟ ਕੁਐਸਚਨ ਗਲਤ ਕਰੋਗੇ ਸਾਰੇ ਜਾਣੇ ਤੁਸੀਂ। ਸੀ, ਕਿਆ ਬਾਤ ਆ, ਡੀ ਸੀ, ਸੋਚ ਲਓ। ਪਵਨਦੀਪ, ਮਮਤਾ, ਪਵਨ, ਮਮਤਾ, ਸਿਰਫ 2 ਬੱਚੇ, ਬਲਦੀਪ, ਰਿਦਮ, ਅਵਨੀਤ, ਲਿਖਤੀ, ਕਿਆ ਬਾਤ ਆ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਜਿਹੜੇ ਬੱਚਿਆਂ ਦਾ ਆਂਸਰ ਲਿਖਤੀ ਸੁਨੇਹਾ ਆਇਆ, ਸਭ ਦਾ ਆਂਸਰ ਸਹੀ ਹੈ, ਸਾਰੇ ਬੱਚੇ ਆਂਸਰ ਸਹੀ ਕਰ ਰਹੇ, ਕਿਆ ਬਾਤ ਆ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਨੈਕਸਟ ਕੁਐਸਚਨ ਦਾ ਆਂਸਰ ਦਿਓ, ਇੱਕ ਮਿੰਟ, ਓਕੇ ਓਕੇ, ਲਓ ਨੈਕਸਟ ਕੁਐਸਚਨ ਦਾ ਆਂਸਰ ਦਿਓ। ਹੰਗਾਮਾ ਦਾ ਸਮਾਨਾਰਥਕ ਸ਼ਬਦ ਚੁਣੋ। ਲਓ ਰਾਜੇ, ਹੰਗਾਮਾ ਦਾ ਸਮਾਨਾਰਥਕ ਸ਼ਬਦ ਚੁਣੋ। ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਕੀ ਆਏਗਾ, ਕਿਆ ਬਾਤ ਆ, ਕੈਲਾਸ਼ ਕੌਰ, ਸਤਿ ਸ਼੍ਰੀ ਅਕਾਲ ਬੱਚੇ। ਜਿੰਨੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਰਾਜੇ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਕਿਉਂਕਿ ਆ ਜਾਓ ਬੱਚੇ, ਫਾਸਟ ਆ ਜਾਓ, ਹੰਗਾਮਾ ਦਾ ਸਮਾਨਾਰਥਕ ਸ਼ਬਦ ਚੁਣੋ। ਨੈਕਸਟ ਕੁਐਸਚਨ ਦਾ ਆਂਸਰ ਕਰੋ ਰਾਜੇ,
ਨੈਕਸਟ ਕੁਐਸਚਨ ਦਾ ਆਪਣਾ ਆਨਸਰ ਕੀ ਆਏਗਾ, ਧਿਆਨ ਨਾਲ ਆਨਸਰ ਕਰਿਓ, ਹੰਗਾਮਾ ਦਾ ਕੀ ਆਏਗਾ, ਕਿਆ ਬਾਤ ਹੈ, ਮੈਨੂੰ ਪਤਾ ਹੀ ਸੀ, ਮੈਨੂੰ ਪਤਾ ਹੀ ਸੀ, ਮਾਯੂਸ ਹੁਣੀ ਤਾਂ ਕਰਵਾ ਕੇ ਹਟੀਆਂ, ਮਾਯੂਸ ਹੁਣੀ ਤਾਂ ਕਰਵਾ ਕੇ ਹਟੀਆਂ, ਤੁਹਾਨੂੰ ਮੈਂ ਪਿੱਛੇ, ਮਾਯੂਸ ਕੀ ਹੁੰਦਾ, ਸੁਸਤ ਹੁੰਦਾ, ਕਿਵੇਂ ਆਨਸਰ ਲਗਾ ਸਕਦੇ ਹੋ ਤੁਸੀਂ, ਤਾਂ ਆਨਸਰ ਕੀ ਆਏਗਾ ਆਪਣਾ, ਖਰੂਦ, ਓਬਵੀਅਸ ਜੀ ਗੱਲ, ਜਿਹੜੇ ਦੌਣ ਤੁਸੀਂ ਖਰੂਦ ਪਾਉਂਦੇ ਹੋ, ਹੰਗਾਮਾ ਕਰਦੇ ਹੋ, ਖਰੂਦ ਪਾਉਂਦੇ ਹੋ, ਠੀਕ ਆ, ਤਾਂ ਆਨਸਰ ਕੀ ਹੈ ਆਪਣਾ, ਬੀ ਸੀ ਡੀ, ਵਾਹ, ਤਿੰਨੋਂ ਦੇ ਤਿੰਨੋਂ ਬੱਚੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਤਿੰਨੋਂ ਦੇ ਤਿੰਨੋਂ ਪਤਾ ਹੋਣੇ ਚਾਹੀਦੇ ਨੇ। ਨੈਕਸਟ ਕੁਐਸਚਨ ਦੇਖੋ, ਹੁਣ ਦੱਸੋ ਰਾਜੇ ਆਹ ਕੀ ਹਨ, ਪੜ੍ਹੋ, ਆ ਈ ਊ ਐ ਓ ਔ ਕੀ ਹਨ ਰਾਜੇ, ਆਪਣੀ ਲਘੂ ਸਵਰ ਹੈਗੇ, ਆਪਣੇ ਦੀਰਘ ਸਵਰ ਹੈਗੇ ਨੇ, ਵਿਅੰਜਨ ਨੇ ਜਾਂ ਫਿਰ ਆਪਣੇ ਅਨੁਨਾਸਿਕ ਧੁਨੀਆਂ ਨੇ, ਆਨਸਰ ਕਰੋ ਨੈਕਸਟ ਕੁਐਸਚਨ ਦਾ ਬੱਚੇ, ਨੈਕਸਟ ਕੁਐਸਚਨ ਆਨਸਰ ਕਰੋ, ਆਨਸਰ ਕਰੋ ਨੈਕਸਟ ਕੁਐਸਚਨ, ਬੀ ਫਤਿਹ ਸਿੰਘ ਬੀ ਕਰ ਰਹੇ ਨੇ, ਦੇਖਦੇ ਹਾਂ ਆਪਾਂ, ਬੀ ਸੀ ਡੀ, ਡੀ ਸੀ ਡੀ ਸੀ, ਅਸੀਂ ਤਾਂ ਮੈਮ ਪੇਪਰ 'ਚ ਵੀ ਇੱਦੀ ਇੱਦਾਂ ਹੀ ਪਾਉਣਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ, ਤਾਂ ਹੀ ਤਾਂ ਪਾਸ ਹੋਵਾਂਗੇ, ਠੀਕ ਆ, ਅੱਡਾ ਵਾਲੇ ਇੱਥੇ ਵੀ ਪਹੁੰਚ ਗਏ, ਕੋਈ ਕਲਾਸ ਦਿਸ ਜਾਵੇ ਬਸ, ਚਲੋ ਚਲੋ ਆਨਸਰ ਕਰੋ ਨੈਕਸਟ ਕੁਐਸਚਨ ਦਾ ਆਨਸਰ ਕਿਆ, ਵੈਰੀ ਗੁੱਡ ਬੱਚੇ, ਇਹ ਵੀ ਜਿਹੜੇ ਬੱਚਿਆਂ ਨੇ ਮੇਰੀ 2 ਵਜੇ ਵਾਲੀ ਕਲਾਸ ਲਈ, ਉੱਥੇ ਮੈਂ ਪ੍ਰੋਪਰ ਤੁਹਾਨੂੰ ਕਰਵਾਈ ਹੋਈ ਹੈ ਨਾ, ਥਿਊਰੀ 'ਚ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਹੋਈਆਂ ਸੀ, ਚਲੋ ਬਟ ਆਪਾਂ ਇੱਥੇ ਵੀ ਕਰ ਲੈਂਦੇ ਰਾਜੇ। ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਹੜੀਆਂ ਲਘੂ ਧੁਨੀਆਂ ਬੱਚੇ, ਲਘੂ ਸਵਰ ਧੁਨੀਆਂ, ਉਹਨਾਂ ਨੂੰ ਹਰਸਲ ਧੁਨੀਆਂ ਵੀ ਬੋਲਦੇ ਨੇ, ਉਹ ਆਪਾਂ ਨੂੰ ਪਤਾ ਸਿਰਫ 3 ਹੀ ਹੈਗੀਆਂ ਨੇ, ਊੜਾ ਆੜਾ ਤੇ ਆਪਣੀ ਈੜੀ, ਬਾਕੀ ਸਾਰੇ ਆਪਣੇ ਕਿਹੜੀਆਂ ਨੇ ਬੱਚੇ, ਜਿਹੜੀਆਂ ਦੀਰਘ ਸਵਰ ਧੁਨੀਆਂ ਹੈਗੀਆਂ, ਦੀਰਘ ਸਵਰ ਧੁਨੀਆਂ ਬੱਚੇ ਪਤਾ ਹੀ ਆ ਕਿਹੜੀਆਂ ਹੈਗੀਆਂ, ਆਪਣੀਆਂ 10 ਲੱਗਦੀਆਂ ਨੇ, ਠੀਕ ਆ, ਕਿਹੜੀਆਂ ਹੈਗੀਆਂ ਨੇ, ਸੋਰੀ 6 ਹੈਗੀਆਂ ਨੇ, ਆ ਈ ਊ ਏ ਐ ਓ ਤੇ ਆਪਣਾ ਔ, ਕਲੀਅਰ ਬੱਚੇ, ਇਹ ਯਾਦ ਰੱਖਿਓ, ਮੈਂ 2 ਵਜੇ ਵਿੱਚ ਵੀ ਤੁਹਾਨੂੰ ਕਰਵਾਈ ਹੋਈ ਹੈਗੀ ਹੈ ਕਲਾਸ। ਚਲੋ ਨੈਕਸਟ ਕੁਐਸਚਨ ਦੇਖੋ, ਆਹ ਆਨਸਰ ਕਰੋ, ਇਹ ਤਾਂ ਈਜ਼ੀ ਆ, ਸੋ ਈਜ਼ੀ, ਮੈਨੂੰ ਨਹੀਂ ਲੱਗਦਾ ਹੈਗਾ ਕਿ ਟਾਈਮ ਵੇਸਟ ਕਰਨਾ ਚਾਹੀਦਾ ਇਸ ਕੁਐਸਚਨ 'ਤੇ, ਮੈਮ ਅਸੀਂ ਸਾਰੇ ਪਾਸੇ ਜਾਈਦਾ, ਓਕੇ ਓਕੇ, ਵੈਰੀ ਗੁੱਡ ਬੱਚੇ, ਗੁਰਵਿੰਦਰ ਸਿੰਘ ਲਿਆ ਤਾਂ ਬੱਚੇ, ਕਿੰਨੇ ਵਾਰ ਤਾਂ ਨਾਮ ਲਿੱਤਾ ਮੈਂ, ਪਰਨੀਤ, ਗੁਰਵਿੰਦਰ, ਗਗਨਦੀਪ, ਗੁੱਡ ਈਵਨਿੰਗ, ਕਿਆ ਬਾਤ ਆ, ਗਗਨ ਫਰੋਮ ਸੰਗਰੂਰ, ਇਹ ਮੇਰਾ ਓਲਡ ਸਟੂਡੈਂਟ ਆ, ਅਤੇ ਬਟ ਘੱਟ ਆ ਰਿਹਾ ਹੈ ਨਾ। ਦੱਸੋ ਰਾਜੇ ਕਿਹੜੀਆਂ ਹੈਗੀਆਂ ਆਪਣੀਆਂ ਇਹ, ਆਨਸਰ ਕਰੋ, ਆਨਸਰ ਕਰੋ ਜੀ, ਨੈਕਸਟ ਕੁਐਸਚਨ ਦਾ ਆਨਸਰ ਕਰੋ, ਤਾਂ ਓਬਵੀਅਸ ਗੱਲ ਪਹਿਲਾਂ ਕਰਵਾ ਕੇ ਹਟੀਆਂ, ਨਹੀਂਆਂ ਨਹੀਂਆਂ, ਨਾੜਾ ਨੰਨਾ ਮੰਮਾ, ਕਿਹੜੀਆਂ ਆਪਣੀਆਂ, ਨਾਸਕੀ ਧੁਨੀਆਂ, ਨਾਸਕੀ ਧੁਨੀਆਂ ਕਿਹੜੀਆਂ ਹੁੰਦੀਆਂ ਬੱਚੇ, ਜਿਹੜੀ ਆਪਣੀ ਨੱਕ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਠੀਕ ਆ, ਜਿਨ੍ਹਾਂ ਨੂੰ ਬੋਲਣ ਦੇ ਸਮੇਂ, ਤਾਂ ਆਪਸ਼ਨ ਨੰਬਰ ਕੀ ਆਏਗਾ ਆਪਣਾ, ਸੀ ਆਏਗਾ ਰਾਜੇ, ਆਹ ਪ੍ਰੋਪਰ ਟੇਬਲ ਯਾਦ ਰੱਖਿਓ, ਠੀਕ ਆ, ਜਿਹੜਾ ਆਪਣਾ ਇਹ ਵਾਲਾ, ਇਹਨੂੰ ਬੋਲਦੇ ਆ ਨਵੀਨ ਵਰਗ, ਇਹਨੂੰ ਕੀ ਬੋਲਦੇ ਆ ਬੱਚੇ ਆਪਣਾ, ਨਵੀਨ ਵਰਗ, ਜਿਹੜੀਆਂ ਬਾਅਦ 'ਚੋਂ ਐਡ ਹੋਈਆਂ ਨੇ 6, ਠੀਕ ਆ, ਇਹ ਆ ਗਈਆਂ ਬੱਚੇ ਆਪਣੇ ਸਵਰ ਹੋ ਗਏ, ਇਹ ਆਪਣੀਆਂ ਨਾਸਕੀ ਧੁਨੀਆਂ ਆ ਗਈਆਂ, ਹੁਣ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਕਿਹੜੀਆਂ ਕੰਠੀ ਨੇ, ਕਿਹੜੀਆਂ ਤਾਲਵੀ ਨੇ, ਕਿਹੜੀਆਂ ਜੀਭ ਨਾਲ ਬੋਲੀਆਂ, ਕਿਹੜੀਆਂ ਲਿਪਸ ਨਾਲ ਬੋਲੀਆਂ ਜਾਂਦੀਆਂ, ਸਾਰੇ ਕਿਹੜੀਆਂ ਦੰਤੀ ਨੇ, ਠੀਕ ਆ ਬੱਚੇ, ਆਹ ਹੋ ਗਈਆਂ ਆਪਣੀਆਂ ਨਾਸਕੀ ਧੁਨੀਆਂ, ਇਹਨੂੰ ਆਪਾਂ ਕੀ ਬੋਲਦੇ ਹਾਂ ਬੱਚੇ, ਕੱਕਾ ਵਰਗ, ਮੀਨਸ ਕੀ ਹੋ ਗਈ ਆਪਣਾ, ਫਸਟ ਕੱਕੇ ਤੋਂ ਸਟਾਰਟ ਹੋ ਰਹੀ ਹੈ ਇਹ ਵਾਲੀ ਲਾਈਨ, ਠੀਕ ਆ, ਸੇਮ ਇਹ ਹੋ ਗਈ ਆਪਣੀ, ਦਿਸ 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 ਅਤੇ ਆਪਣਾ, ਠੀਕ ਆ, ਪਿੱਛੇ ਵਰਗ ਆਪਣੇ ਆਪ ਕਰ ਲਿਓ ਸਾਰੇ, ਇਹ ਯਾਦ ਰੱਖਿਓ, ਪ੍ਰੋਪਰ ਆਪਣੀ 35 ਅੱਖਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ ਦਾ ਆਨਸਰ ਦਿਓ, ਪੰਜਾਬੀ ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ, ਕਿਆ ਬਾਤ ਹੈ, ਹੁਣ ਦੇਖਦੇ ਹਾਂ ਕੌਣ ਆਨਸਰ ਕਰੇਗਾ, ਪੰਜਾਬੀ ਲਿਪੀ, ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ, ਆਨਸਰ ਕਰੋ ਜੀ, ਪੰਕਜ ਏਦਾਂ ਏਡਾ ਵੱਡਾ ਝੂਠ, ਹੁਣ ਕੀ ਝੂਠ ਬੋਲ ਦਿੱਤਾ ਹੈ ਪੰਕਜ ਨੇ, ਓਕੇ ਓਕੇ, ਆਪਾਂ ਸਿਰਫ, ਅੱਛਾ ਅੱਛਾ, ਆਪਾਂ ਸਿਰਫ ਇਸ ਚੈਨਲ 'ਤੇ ਆਉਣਾ, ਓਕੇ ਓਕੇ, ਮੈਂ ਪੰਜਾਬੀ ਦੇ ਪੇਪਰ ਨਾਲ ਹੀ ਹੋਣਾ, ਦੂਜੇ ਐਗਜ਼ਾਮ ਤਾਂ ਫਿਰ ਪਹਿਲਾਂ ਪੰਜਾਬੀ 'ਚੋਂ ਪਾਸ, ਹਾਂ ਬਿਲਕੁਲ ਬਿਲਕੁਲ ਬੱਚੇ, ਅਗਰ ਤੁਸੀਂ ਇਸ ਇਹ ਐਗਜ਼ਾਮ ਕੁਆਲੀਫਾਈ ਕਰੋਗੇ, ਦੈਨ ਹੀ ਨੈਕਸਟ ਤੁਹਾਡਾ ਜਿਹੜਾ ਪੇਪਰ ਹੈ ਚੈੱਕ ਹੋਏਗਾ, ਅਦਰਵਾਈਜ਼ ਚੈੱਕ ਨਹੀਂ ਹੋਏਗਾ। ਚਲੋ ਇਹ ਤਾਂ ਸੋ ਈਜ਼ੀ, ਸੋ ਈਜ਼ੀ, ਆਪਣੀਆਂ ਕਿੰਨੀਆਂ ਨੇ ਬੱਚੇ, 10 ਹੈਗੀਆਂ ਨੇ, ਕਿਹੜੀਆਂ ਨੇ,
ਆ ਲਓ ਲਿਖ ਦਿੱਤੀਆਂ ਮੈਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਲਿਖ ਦਿੱਤੀਆਂ ਨੇ ਬੱਚੇ, ਠੀਕ ਆ, ਸਾਰੀਆਂ ਯਾਦ ਰੱਖੋ। ਕਲੀਅਰ ਸਭ ਨੂੰ? ਮੁਕਤਾ ਹੋ ਗਿਆ, ਕੰਨਾ ਹੋ ਗਿਆ, ਸਿਆਰੀ ਬਿਹਾਰੀ, ਔਂਕੜ ਦਲੈਂਕੜ, ਲਾ ਦੁਲਾ, ਹੋੜਾ ਤੇ ਆਪਣਾ ਕਨੌੜਾ, ਠੀਕ ਆ ਬੱਚੇ। ਚਲੋ ਨੈਕਸਟ ਕੁਐਸਚਨ ਦੇਖੋ, ਕਿਹੜਾ ਸਵਰ ਮੁਕਤਾ ਆ ਸਕਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਹੀ ਰਿਪੀਟਡ ਕੁਐਸਚਨ ਆ ਬੱਚੇ, ਆਨਸਰ ਕਰੋ ਕਿਹੜਾ ਸਵਰ ਮੁਕਤਾ ਆ ਸਕਦਾ, ਆਪਣਾ ਊੜਾ, ਯਈਆ, ਆੜਾ ਜਾਂ ਆਪਣਾ ਫਿਰ ਹਾਹਾ, ਆਨਸਰ ਕਰੋ ਆਨਸਰ। ਮੈਮ ਇੱਕੋ ਦਿਨ 'ਚ ਦੋ ਨੰਬਰ, ਚਲੋ ਆਨਸਰ ਕਰੋ ਆਨਸਰ ਕਰੋ ਬੱਚੇ, ਨੈਕਸਟ ਕੁਐਸਚਨ ਆਨਸਰ ਕਰੋ ਜੀ। ਨੈਕਸਟ ਕੁਐਸਚਨ ਦੇਖਦੇ ਕੌਣ ਆਨਸਰ ਸਹੀ ਕਰ ਰਿਹਾ ਆਪਣਾ, ਕਿਹੜਾ ਸਵਰ ਮੁਕਤਾ ਆ ਸਕਦਾ ਹੈ, ਊੜਾ, ਯਈਆ, ਆੜਾ ਜਾਂ ਫਿਰ ਆਪਣਾ ਹਾ। ਸੋ ਈਜ਼ੀ, ਵੈਰੀ ਗੁੱਡ ਜਗਨ, ਨਵਿੰਦਰ, ਰੋਜੀ, ਸਤਵੀਰ, ਲਾਈਟ, ਐਸ ਪੀ, ਨਵ ਗੁਰਸੀਸ, ਰੋਜੀ, ਨਾ ਵੀ ਬਹੁਤ ਫਾਸਟ ਸਟਾਰਟ ਹੋ ਗਏ ਯਾਰ। ਚਲੋ ਵੈਰੀ ਗੁੱਡ ਬੱਚੇ, ਵੈਰੀ ਗੁੱਡ ਤਾਂ ਆਪਣਾ ਕਿਹੜਾ ਹੈਗਾ, ਆੜਾ। ਕਿਹੜਾ, ਇੱਕ ਸੈਕਿੰਡ ਰੁਕੋ, ਹਲੋ, ਬੋਰਡ ਵੀ ਨਾਰਾਜ਼ ਹੋ ਗਿਆ ਤੁਹਾਡੇ ਨਾਲ, ਬੋਰਡ ਵੀ ਨਾਰਾਜ਼ ਹੋ ਗਿਆ ਤੁਹਾਡੇ ਨਾਲ। ਇੱਕ ਸੈਕਿੰਡ ਰੁਕੋ ਯਾਰ, ਇੱਕ ਸੈਕਿੰਡ ਵੇਟ ਕਰੋ। ਇੱਕ ਸੈਕਿੰਡ ਰੁਕੋ, ਲਓ 2 ਮਿੰਟ ਵੇਟ ਕਰੋ ਯਾਰ, 2 ਮਿੰਟ ਵੇਟ ਕਰੋ, ਠੀਕ ਆ। ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਇਸ ਦੇ ਵਿੱਚ, ਓਕੇ ਡਿਸਕਾ ਰੁਕੋ, ਫੋਨ ਚੱਲੇ। ਕਿਹੜਾ ਸਵਰ ਮੁਕਤਾ ਆ ਸਕਦਾ ਬੱਚੇ, ਆਪਸ਼ਨ ਕੀ ਆਏਗਾ ਆਪਣਾ, ਸੀ, ਵੈਰੀ ਗੁੱਡ। ਚਲੋ ਨੈਕਸਟ ਕੁਐਸਚਨ ਦਾ ਆਨਸਰ ਕਰੋ, ਆਪਣੇ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸੋ ਬੱਚੇ। ਨੈਕਸਟ ਕੁਐਸਚਨ ਦਾ ਆਨਸਰ ਕਰੋ, ਆਪਣੇ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸੋ ਰਾਜੇ, ਕੀ ਆਨਸਰ ਆਏਗਾ ਨੈਕਸਟ ਕੁਐਸਚਨ ਦਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ। ਓਕੇ ਆ ਰਾਜੇ, ਆਲ ਓਕੇ ਆ, ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਚਲੋ ਜੀ ਹੋ ਗਿਆ ਕੰਮ, ਨਹੀਂ 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 ਨਹੀਂ, ਨੋ ਨੋ ਨੋ, ਹੈਂਗ ਨਹੀਂ ਹੋਇਆ, ਓਕੇ ਆ ਬੱਚੇ, ਸਭ ਕੁਛ ਓਕੇ ਆ, ਆਨਸਰ ਕਰੋ, ਕਿਉਂਕਿ ਆਨਸਰ ਕਰੋ, ਬਿਲਕੁਲ ਬਿਲਕੁਲ, ਗਗਨ ਦੀ ਨਜ਼ਰ ਲੱਗ ਗਈ, ਬਿਲਕੁਲ ਬਿਲਕੁਲ। ਹਾਂ ਇੱਕ ਬੱਚੇ ਨੇ ਕਿਹਾ ਸੀ ਕਿ ਮੈਮ ਕਰ ਦਿਓ ਬੰਦ, ਫਿਰ ਕੀ ਆ, ਤਾਂ ਫਿਰ ਬਸ ਯਾਰ ਨਜ਼ਰ ਲੱਗ ਗਈ ਹੈ ਨਾ। ਦੇਖਦੇ ਆ ਕਿਆ ਬਾਤ ਆ, ਆਲ ਆਲ, ਜਿਹੜੇ ਬੱਚਿਆਂ ਨੇ ਆਲ ਆਨਸਰ ਕੀਤਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ, ਠੀਕ ਆ ਰਾਜੇ, ਵੈਰੀ ਗੁੱਡ। ਇਹ ਉਹ ਬੱਚੇ ਹੈਗੇ ਨੇ ਜਿਹੜੇ ਮੇਰੀ ਡੇਲੀ ਕਲਾਸ ਅਟੈਂਡ ਕਰਦੇ ਆ ਰਾਜੇ, 2 ਵਜੇ। ਅੱਜ ਕੀ ਆ ਬੱਚੇ, ਆਪਣੀ ਮੈਰਾਥਨ ਆ, ਅੱਜ ਕੀ ਆਪਣੀ ਮੈਰਾਥਨ ਆ, ਬਟ ਬੱਚੇ ਡੇਲੀ 2 PM, ਠੀਕ ਆ, ਡੇਲੀ 2 PM ਕੀ ਆ ਮੇਰੀ ਕਲਾਸ ਹੁੰਦੀ ਆ। ਕਿਸ ਚੀਜ਼ ਦੀ ਹੁੰਦੀ ਆ ਬੱਚੇ? ਆਪਣੀ ਪੰਜਾਬੀ ਗ੍ਰੈਮਰ, ਅਤੇ ਜਿਹੜੀ 5 PM ਹੈਗੀ ਬੱਚੇ, ਬਸ ਫਿਰ ਇਹ ਵੀ ਬਹੁਤ ਘੈਂਟ ਕਲਾਸ, ਆਪਣੇ ਮਿਕਸ ਕੁਐਸਚਨਸ, ਪੂਰੀ ਹਿਸਟਰੀ, ਜੋਗ੍ਰਾਫੀ, ਪੋਲੀਟੀ, ਠੀਕ ਆ, ਇੰਪੋਰਟੈਂਟ ਉਹ ਕੁਐਸਚਨਸ ਜਿਹੜੇ ਪੂਰੇ ਪੂਰੇ ਚਾਂਸਸ ਹੈਗੇ ਆਪਣੇ ਐਗਜ਼ਾਮ ਦੇ ਵਿੱਚ ਆਉਣ ਦੇ। ਚਲੋ ਨੈਕਸਟ ਕੁਐਸਚਨ ਦਿਓ ਆਨਸਰ, ਪੰਜਾਬੀ ਵਿੱਚ ਕਿੰਨੇ ਲਗਾਖਰ ਹਨ? ਜੇ ਕੁਐਸਚਨ ਤੁਸੀਂ ਆਨਸਰ ਕਰਤਾ ਨਾ, ਤਾਂ ਬਸ ਸਮਝ ਲਓ ਤੁਸੀਂ ਪਾਸ ਹੋ, ਸਾਰੇ ਬੱਚੇ ਪਾਸ ਹੋ, ਜੇ ਤੁਸੀਂ ਇਸ ਕੁਐਸਚਨ ਦਾ ਆਨਸਰ ਕਰ ਦਿੱਤਾ ਤਾਂ। ਸਾਰੇ 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 ਫਾਜ਼ਲਿਕਾ, ਸਾਰੇ ਸਾਰੇ ਗਗਨ, ਚਲੋ ਆਨਸਰ ਕਰੋ। ਅਗਰ ਇਹ ਕੁਐਸਚਨ ਆਨਸਰ ਕਰਤਾ, ਇਟ ਮੀਨ ਤੁਸੀਂ ਸਾਰੇ ਪਾਸ ਹੋ। ਮੈਰਾਥਨ 2 ਘੰਟੇ ਦੀ ਆ, 2 ਘੰਟੇ ਦੀ ਹੈ ਜਗਸੀਰ ਸਿੰਘ, 3 ਹੈਗੇ ਨੇ, ਉਹ ਕਿਆ ਬਾਤ ਆ। ਆਪਣੇ ਬੱਚੇ ਲਗਾਖਰ ਕਿੰਨੇ ਨੇ? 3 ਨੇ, ਪਤਾ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ ਨੇ, ਬਿੰਦੀ, ਟਿੱਪੀ, ਤੇ ਆਪਣੀ ਕਿਹੜੀ ਹੋ ਗਈ ਬੱਚੇ, ਅਦਰਕ, ਠੀਕ ਆ, ਆਪਣੀ ਕਿਹੜੀ ਹੋ ਗਈ, ਬਿੰਦੀ, ਠੀਕ ਆ, ਆਪਣੀ ਹੋ ਗਈ ਟਿੱਪੀ,
ਆਪਣੀ ਕੀ ਹੋ ਗਈ ਬੱਚੇ ਅੱਧਕ, ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ ਲਗਾਖਰ ਤਿੰਨ ਹੈਗੇ ਨੇ, ਇਹ ਵੀ ਪਤਾ ਹੋਣੇ ਚਾਹੀਦੇ ਨੇ ਬੱਚੇ ਕਿਹੜੇ ਹੈਗੇ ਨੇ। ਆਪਸ਼ਨ ਨੰਬਰ ਕੀ ਆ ਗਿਆ ਆਪਣਾ ਬੀ। ਨੈਕਸਟ ਕੁਐਸਚਨ ਦੱਸੋ ਰਾਜੇ, ਸੋਲੇ ਗਾਉਣਾ ਮੁਹਾਵਰੇ ਦਾ ਕੀ ਅਰਥ ਹੈ? ਸੋਲੇ ਗਾਉਣਾ ਮੁਹਾਵਰੇ ਦਾ ਕੀ ਅਰਥ ਹੈ ਬੱਚੇ? ਆਨਸਰ ਕਰੋ ਨੈਕਸਟ ਕੁਐਸਚਨ ਦਾ, ਵੈਰੀ ਵੈਰੀ ਇੰਪੋਰਟੈਂਟ। ਕਿੰਨੇ ਵਜੇ ਸਟਾਰਟ ਆ ਬੱਚੇ ਆਪਣੀ? 5 ਵਜੇ ਕਲਾਸ ਸਟਾਰਟ ਹੋਈ ਸੀ, ਤਾਂ ਦੇਖ ਲਓ ਬਸ ਫਿਰ ਕਿੰਨੇ ਵਜੇ। ਹਾਲੇ ਤਾਂ ਬਹੁਤ ਕੁਐਸਚਨਸ ਹੈਗੇ ਨੇ, ਬਹੁਤ ਕੁਐਸਚਨਸ ਹੈਗੇ ਨੇ, ਲਿਟਰੇਚਰ ਹੋ ਗਿਆ, ਔਰਨਾਮੈਂਟਸ ਹੋ ਗਏ, ਗੁਰੂ ਪੀਰੀਅਡ ਹੋ ਗਿਆ, ਆਪਣੀ ਪੂਰੀ ਵਿਆਕਰਨ, ਵਿਸ਼ਰਾਮ ਚਿੰਨ੍ਹ, ਮੁਹਾਵਰੇ, ਸਾਰੇ ਕੁਐਸਚਨਸ ਨੇ ਬੱਚੇ, ਸਾਰੇ ਦੇ ਸਾਰੇ ਕੁਐਸਚਨਸ ਹੈਗੇ ਨੇ। ਆਨਸਰ ਕਰੋ ਲਗਾਖਰ। ਹਾਂ ਬੱਚੇ ਤਿੰਨ ਹੁੰਦੇ ਹੈਗੇ ਨੇ, ਤਿੰਨ ਹੁੰਦੇ ਨੇ ਆਪਣੇ। ਆਨਸਰ ਕਰੋ ਨੈਕਸਟ ਕੁਐਸਚਨ ਬੱਚੇ। ਤੋਬੀ ਸੀਗਾ ਸੋਲੇ ਗਾਣੇ, ਠੀਕ ਆ। ਸਿਫਤਾਂ ਕਰਨੀਆਂ, ਹੁਣ ਦੇਖ ਲਓ ਕੌਣ ਸਿਫਤਾਂ ਕਰ ਰਿਹਾ ਹੈਗਾ, ਤਾਂ ਕੀ ਹੈਗਾ ਬੱਚੇ? ਸਿਫਤਾਂ ਕਰਨੀਆਂ। ਨੈਕਸਟ ਦੱਸੋ ਰਾਜੇ, ਜੇ ਕੁਐਸਚਨ ਆਨਸਰ ਸਹੀ ਕਰਤਾ ਨਾ, ਤਾਂ ਬਸ ਫਿਰ ਤੁਸੀਂ 200% ਪਾਸ ਹੋ, ਫਿਰ ਤੁਸੀਂ 200% ਪਾਸ ਹੋ। ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ? ਤਾਂ ਹੁਣ ਕਰੋ ਆਨਸਰ, ਦੇਖਦੇ ਹਾਂ ਕਿਹੜਾ ਬੱਚਾ ਆਨਸਰ ਕਰ ਰਿਹਾ। ਹਰ ਇੱਕ ਬੱਚੇ ਦਾ ਨਾਮ ਲਿਆ ਜਾਊਗਾ ਜਿਹੜਾ ਬੱਚੇ ਆਨਸਰ ਕਰਨਗੇ। ਸਿਫਤਾਂ ਕਰ, ਨੈਕਸਟ ਕੁਐਸਚਨ ਦਾ ਆਨਸਰ ਕਰੋ। ਨੈਕਸਟ ਕੁਐਸਚਨ, ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ? ਦੇਖਦੇ ਹਾਂ ਕਿਹੜੇ ਬੱਚੇ ਆਨਸਰ ਸਹੀ ਕਰ ਰਹੇ ਨੇ। ਬਿਲਕੁਲ ਬਿਲਕੁਲ, ਮੋਹਿਤ ਕੁਮਾਰ ਪਾਸ ਹੋ, DADAD। ਦੇਖਦੇ ਹਾਂ ਕੀ ਆਨਸਰ ਕਰ ਰਹੇ ਹੋ। ਮੈਂ ਕੁਐਸਚਨ ਦੀ PDF ਵੀ ਪ੍ਰੋਵਾਈਡ ਕਰ ਦਿਆ ਕਰੋ ਜੀ, ਕੋਈ ਗੱਲ ਨਹੀਂ ਕਰਾਂਗੀ। ਪਹਿਲਾਂ ਤੁਸੀਂ ਥੋੜ੍ਹਾ ਬੋਲਣਾ ਸਿੱਖ ਲਓ, ਠੀਕ ਆ। ਥੋੜ੍ਹਾ ਪਹਿਲਾਂ ਤੁਸੀਂ ਬੋਲਣਾ ਸਿੱਖ ਲਓ, ਫਿਰ ਪੱਕਾ ਪ੍ਰੋਵਾਈਡ ਕਰ ਦਿਓ। ਕਿਆ ਬਾਤ ਆ ਯਾਰ, ਕਿਆ ਬਾਤ ਆ, ਵੈਰੀ ਗੁੱਡ ਵੈਰੀ ਗੁੱਡ ਯਾਰ, ਮਤਲਬ ਇੰਨੇ ਇੰਟੈਲੀਜੈਂਟ ਹੋ ਤੁਸੀਂ, ਮੈਨੂੰ ਤਾਂ ਲੱਗਿਆ ਸੀ ਟ੍ਰੈਪ ਹੋਵੋਗੇ ਇਸ ਕੁਐਸਚਨ ਦੇ ਵਿੱਚ, ਬਟ ਤੁਸੀਂ ਟ੍ਰੈਪ ਹੋ ਵੀ ਗਏ ਹੋ, ਟ੍ਰੈਪ ਹੋ ਵੀ ਗਏ ਹੋ। ਮੋਹਾਲੀ ਦਾ ਨਾਮ ਕੀ ਆ? ਮੋਹਾਲੀ ਨਹੀਂ ਆ, ਕੀ ਬੋਲਦੇ ਆਪਾਂ? SAS ਨਗਰ। ਅਗਰ ਪੇਪਰ ਦੇ ਵਿੱਚ ਪੁੱਛ ਲਿਆ, ਦੋਨੇ ਆਪਸ਼ਨ ਆ ਗਈਆਂ, ਤਾਂ ਆਪਾਂ SAS ਨਗਰ ਲਗਾਉਣਾ ਹੈਗਾ ਆਨਸਰ, ਨਾ ਕਿ ਮੋਹਾਲੀ। ਇਹ ਚੀਜ਼ ਯਾਦ ਰੱਖਿਓ, ਨਾਮ ਚੇਂਜ ਹੋ ਚੁੱਕਿਆ ਹੈ। ਉਹ ਤਾਂ ਚਲੋ ਆਪਾਂ ਵੈਸੇ ਕਹਿ ਦਿੰਦੇ ਵੀ ਮੋਹਾਲੀ ਘੁੰਮ, ਮੋਹਾਲੀ ਜਾਣਾ ਯਾਰ, ਮੋਹਾਲੀ ਚੰਡੀਗੜ੍ਹ ਜਾਣਾ ਸੀ, ਬਟ ਨੇਮ ਰਾਜੇ ਕੀ ਹੈਗਾ ਆਪਣਾ? ਦਿਸ। ਹੁਣ ਦੇਖ ਲਓ ਪੁਆਧੀ ਕਿਹੜਾ ਹੁੰਦਾ ਬੱਚੇ? ਥੋੜ੍ਹਾ ਆਪਾਂ ਨੂੰ ਏਰੀਆ ਵੀ ਪਤਾ ਹੋਣਾ ਚਾਹੀਦਾ। ਪੁਆਧੀ ਕਿਹੜਾ ਹੁੰਦਾ ਆਪਣਾ ਏਰੀਆ? ਜਿਹੜਾ ਆਪਣਾ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ, ਠੀਕ ਹੈ ਰਾਜੇ। ਤਾਂ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ, ਮੀਨਸ ਜਿਹੜੇ ਪਹਾੜ ਦੇ ਪੈਰਾਂ ਦਾ ਇਲਾਕਾ ਨਾ, ਮੀਨਸ ਪਹਾੜਾਂ ਦੇ ਪੈਰਾਂ ਦੇ ਵਿੱਚ ਹੈਗਾ ਜਿਹੜਾ ਇਲਾਕਾ, ਤਾਂ ਉਹ ਕਿਹੜਾ ਹੈਗਾ ਆਪਣਾ? ਪੁਆਧੀ। ਓਬਵੀਅਸ ਗੱਲ, ਦੇਖੋ ਰੋਪੜ, ਦੇਖੋ ਰੋਪੜ ਖੜੋਗੇ ਤਾਂ ਸਾਹਮਣੇ ਪਹਾੜ ਦਿਖ ਰਹੇ ਨੇ ਆਪਾਂ ਨੂੰ, ਕਲੀਅਰ ਬੱਚੇ ਸਭ ਨੂੰ? ਤਾਂ ਦੇਖ ਲਓ ਏਰੀਏ ਕਿਹੜੇ ਕਿਹੜਾ ਹੈਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਰੂਪਨਗਰ, ਰੋਪੜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੋ ਗਿਆ, ਪਟਿਆਲੇ ਦਾ ਪੂਰਬੀ ਵਾਲਾ ਹਿੱਸਾ ਆਪਣਾ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਮਲੇਰਕੋਟਲੇ ਵੱਲ ਦਾ ਖੇਤਰ, ਸਾਰੇ ਦੇ ਸਾਰੇ ਪਤਾ ਹੋਣੇ ਚਾਹੀਦੇ ਨੇ ਰਾਜੇ ਤੁਹਾਨੂੰ, ਇੱਕ ਇੱਕ ਚੀਜ਼। ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ। ਹੁਣ ਦੱਸੋ ਭਾਵਵਾਚਕ ਨਾਮ, ਭਾਵਵਾਚਕ ਨਾਮ ਦੱਸੋ ਬੱਚੇ, ਭਾਵਵਾਚਕ ਨਾਮ ਦੱਸੋ ਜੀ। ਗੋਪੀ ਸ਼ਰਮਾ, ਗੁੱਡ ਈਵਨਿੰਗ, ਗੁੱਡ ਈਵਨਿੰਗ ਜੀ। ਸੰਗਰੂਰ ਮਾਲਵਾ, ਹਾਰਟ ਬੀਟ ਮੈਮ, ਅੱਜ ਤਾਂ ਕੀ ਕਹਿ ਰਹੇ ਹੋ ਮੈਮ? ਅੱਜ ਤਾਂ ਨਹੀਂ ਲੱਗੀ ਸੀ ਮੈਮ, ਅੱਜ ਤਾਂ ਨਹੀਂ ਲੱਗੀ ਸੀ, ਕੀ ਕਹਿ ਕੀ ਰਹੇ? ਮੈਨੂੰ ਸਮਝ ਨਹੀਂ ਲੱਗੀ ਕੀ ਕਹਿ ਰਹੇ ਹੋ ਰਾਜੇ ਤੁਸੀਂ। ਆਨਸਰ ਕਰੋ ਨੈਕਸਟ ਕੁਐਸਚਨ ਦਾ, ਬੀ ਕਰ ਰਹੇ ਹੋ ਆਨਸਰ, ਗਮੀ ਖੁਸ਼ੀ। ਕਿਆ ਬਾਤ ਆ, ਕਿਆ ਬਾਤ ਆ, ਵੈਰੀ ਗੁੱਡ ਵੈਰੀ ਗੁੱਡ ਬੱਚੇ, ਸਭ ਦਾ ਆਨਸਰ ਸਹੀ ਹੈ ਆਪਣਾ। ਕਿਹੜਾ ਹੈਗਾ? ਗਮੀ ਖੁਸ਼ੀ। ਕਿਹੜੇ ਹੈਗੇ ਨੇ ਆਪਣੇ ਭਾਵਵਾਚਕ? ਬਟ ਭਾਵਵਾਚਕ ਹੁੰਦੇ ਕਿਹੜੇ ਨੇ ਬੱਚੇ? ਥੋੜ੍ਹਾ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਨ੍ਹਾਂ ਨੂੰ ਸਿਰਫ ਔਰ ਸਿਰਫ ਆਪਾਂ ਕੀ ਕਰ ਸਕਦੇ ਹਾਂ? ਕੇਵਲ ਮਹਿਸੂਸ ਕੀਤਾ ਜਾ ਸਕਦਾ, ਠੀਕ ਆ। ਹੁਣ ਰੋ ਰਹੇ ਹੋ ਤੁਸੀਂ, ਅਗਰ ਰੋ ਰਹੇ ਹੋ ਤਾਂ ਨਾਲ ਦਾ ਤੁਹਾਡਾ ਫਰੈਂਡ ਆ ਕੋਈ, ਉਹ ਦੇਖੂਗਾ ਵੀ ਹਾਂ ਇਹ ਰੋ ਰਿਹਾ ਹੈਗਾ, ਅਦਰਵਾਈਜ਼ ਤਾਂ ਇਹਨਾਂ ਸਿਰਫ ਆਪਾਂ ਰੋ ਰਹੇ ਹਾਂ। ਹੁਣ ਆਪਣੀ ਖੁਸ਼ੀ ਆ, ਜਿਸ ਦਿਨ ਆਪਣੀ ਜੋਬ ਲੱਗੇਗੀ ਆਪਾਂ ਕਿੰਨੇ ਖੁਸ਼ ਹੋਵਾਂਗੇ, ਆਪਾਂ ਸਿਰਫ ਉਹ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ। ਇਹ ਤਾਂ ਹੈ ਨਹੀਂ ਤੁਸੀਂ ਕਹੋਗੇ ਵੀ ਉਹ ਮੇਰੀ ਖੁਸ਼ੀ ਖੜੀ ਹੈ ਸਾਹਮਣੇ ਅਤੇ ਮੈਂ ਉਹਨੂੰ ਦੇਖ ਰਿਹਾ, ਇੱਦਾਂ ਤਾਂ ਨਹੀਂ ਹੋਏਗਾ ਨਾ। ਤਾਂ ਭਾਵਵਾਚਕ ਬੱਚੇ ਪ੍ਰੋਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੈਗਾ ਉਹ।
ਸਿਰਫ ਮਹਿਸੂਸ ਕੀਤੇ। ਹੁਣ ਦੇਖੋ ਬਚਪਨ ਜੋ ਆਪਾਂ ਰੋਂਦੇ ਰਹਿੰਦੇ ਹਾਂ ਵੀ ਹਾਏ ਰੱਬਾ, ਇਸ ਤੋਂ ਚੰਗਾ ਤਾਂ ਬਚਪਨ 'ਚ ਹੀ ਹੁੰਦੇ ਵਧੀਆ। ਕਿਉਂ ਵੱਡੇ ਹੋਏ, ਕਿਉਂ ਇੰਨੀਆਂ ਮਜਬੂਰੀਆਂ ਆਈਆਂ, ਹੈ ਨਾ, ਇੰਨਾ ਆਪਾਂ ਨੂੰ ਪੜ੍ਹਨਾ ਪੈ ਰਿਹਾ, ਤਾਂ ਬਚਪਨ ਹੋ ਗਿਆ ਸੁੱਖ ਦੁੱਖ ਖੁਸ਼ੀ ਬਿਮਾਰੀਆਂ, ਵਫਾਦਾਰੀ ਦੇਖ ਲਓ, ਵਫਾਦਾਰੀ ਗਰੀਬੀ ਸਭ ਕੁਛ ਕੀ ਹੈ ਬੱਚੇ, ਮਹਿਸੂਸ ਕਰ ਸਕਦੇ ਹਾਂ ਬਟ ਆਪਾਂ ਉਹਨਾਂ ਨੂੰ ਦੇਖ ਨਹੀਂ ਸਕਦੇ ਜੀ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਦਾ ਆਨਸਰ ਕਰੋ, ਲਾਈਕ ਵੀ ਕਰੋ ਫਰੈਂਡਸ, ਲਾਈਕ ਤੁਹਾਡੇ ਤੇ ਬੱਚੇ, ਠੀਕ ਹੈ, ਲਾਈਕ ਤੁਹਾਡੇ ਤੇ ਵੀ, ਤੁਸੀਂ ਤੁਹਾਨੂੰ ਕਲਾਸ ਪਸੰਦ ਆ ਰਹੀ ਹੈ ਲਾਈਕ ਕਰੋ, ਦੱਸੋ। ਮੈਂ ਲਿੰਕ ਹੀ ਨਹੀਂ ਕੀਤਾ ਕਿਸੇ ਨੂੰ ਬਲੌਗ ਗਮੀ ਗਰੁੱਪ 'ਚ, ਐਡ ਕਿਸੇ ਨੂੰ ਖੁਸ਼ੀ, ਬਿਲਕੁਲ ਬਿਲਕੁਲ ਬਿਲਕੁਲ, ਜਦੋਂ ਕੋਈ ਬਲੌਕ ਹੋ ਜਾਂਦਾ ਵੀ ਹਾਏ ਬਲੌਕ, ਫਿਰ ਆਪਾਂ ਦੇਖਦੇ ਵੀ ਹਾਂ, ਅਗਰ ਕੋਈ ਆਪਣਾ ਫਰੈਂਡ ਬਲੌਕ ਕਰ ਰਿਹਾ ਨਾ, ਬਾਰ ਬਾਰ ਚੈੱਕ ਕਰਦੇ ਵੀ ਉਹਨੇ ਅਨਬਲੌਕ ਕਰਤਾ ਕਿ ਨਹੀਂ, ਅਨਬਲੌਕ ਕਰਤਾ ਕਿ ਨਹੀਂ, ਉਹੀ ਬਸ ਆਂਸਰ ਕਰੋ। ਨੈਕਸਟ ਕੁਐਸਚਨ ਦਾ ਆਂਸਰ ਪੱਕਾ ਗਲਤ ਕਰੋਗੇ ਯਾਰ, ਪੱਕਾ ਗਲਤ ਕਰੋਗੇ, 100% ਗਰੰਟੀ ਹੈ ਮੇਰੀ। ਪਰ ਏ ਬੀ ਸੀ ਕਿਹਦਾ ਆਂਸਰ ਆ ਗਿਆ ਯਾਰ, ਕਿਆ ਬਾਤ ਆ, ਏ ਬੀ ਸੀ ਸਾਨੂੰ ਮਿਲ ਗਈ, ਪੀ ਡੀ ਐਫ ਸਾਨੂੰ ਮਿਲ ਗਈ, ਆਲ ਮਤਲਬ ਕਿਆ, ਹੁਣ ਮਤਲਬ ਹੁਣ ਵੀ ਆਲ ਆ ਤਾਂ ਮਤਲਬ ਆਲ ਹੋਏਗਾ ਆਂਸਰ, ਦੱਸਿਓ ਮੈਮ ਤਾਂ ਡਾਂਸ ਕਰਨਾ ਮੈਮ, ਬਿਲਕੁਲ ਬਿਲਕੁਲ, ਸ਼ੋਰ ਸ਼ੋਰ ਬਲਦੀਪ ਕੌਰ, ਮੈਨੂੰ ਬਹੁਤ ਸ਼ੌਂਕ ਹੈ ਡਾਂਸ ਕਰਨ ਦਾ, ਆ ਜਾਓ ਆ ਜਾਓ ਕਰਾ ਦੀ, ਕਿਆ ਬਾਤ ਆ, ਆਲ ਦੇਖਦੇ ਹਾਂ ਆਂਸਰ ਕੀ ਆਏਗਾ, ਕਿਆ ਬਾਤ ਆ, ਏ ਸੀ ਬੀ ਆਏਗਾ ਨਾ ਕਿ ਏ ਬੀ ਸੀ ਆਏਗਾ, ਕੀ ਆਏਗਾ ਆਪਣਾ, ਜਿਹੜੇ ਏ ਬੀ ਸੀ ਕਰ ਰਿਹਾ ਗਲਤ ਆ ਸਭ ਦਾ ਆਂਸਰ, ਆਂਸਰ ਆਪਣਾ ਏ ਸੀ ਬੀ ਆਏਗਾ ਬੱਚੇ, ਉਜਾਲਾ ਨਹੀਂ ਆਏਗਾ। ਸ਼ੁੱਧ ਕੀ ਹੁੰਦੀ ਹੈ, ਜਿਹੜੀ ਚੀਜ਼ ਨਿਰਮਲ ਹੋ ਗਈ, ਪਵਿੱਤਰ ਹੋ ਗਈ ਜਿਹੜੀ ਚੀਜ਼, ਉਹ ਆ, ਕਲੀਅਰ ਬੱਚੇ ਸਾਰਿਆਂ ਨੂੰ, ਤਾਂ ਏ ਸੀ ਬੀ ਆਏਗਾ ਆਂਸਰ ਨਾ ਕਿ ਏ ਬੀ ਸੀ ਆਏਗਾ, ਸਾਰੇ ਆਂਸਰ ਗਲਤ ਕਰ ਰਹੇ ਹੋ, ਏ ਬੀ ਸੀ ਜੋ ਕਰ ਰਹੇ ਨੇ, ਏ ਸੀ ਬੀ ਆਏਗਾ, ਨੇਤਰ ਪੱਕਾ ਗਲਤ ਕਰੋਗੇ, 100% ਆ ਵੀ ਤੁਸੀਂ ਆਂਸਰ ਗਲਤ ਕਰਨਾ ਹੀ ਕਰਨਾ ਹੈ ਇਸ ਕੁਐਸਚਨ ਦਾ, ਨੇਤਰ ਦਾ ਸਮਾਨ ਆਰਥਿਕ ਸ਼ਬਦ ਨਹੀਂ ਹੈ, ਆਂਸਰ ਕਰੋ ਪੱਕਾ ਗਲਤ ਕਰੋਗੇ, ਪੱਕਾ 100% ਆ, ਨਹੀਂ ਇਨਸਲਟ, ਮੈਨੂੰ ਕੋਈ ਇਨਸਲਟ ਫੀਲ ਨਹੀਂ ਹੁੰਦੀ, ਭੁੱਲ ਜਾਓ ਕਿ ਮੈਨੂੰ ਬੁਰਾ ਲੱਗਦਾ, ਇਨਸਲਟ ਫੀਲ ਹੁੰਦੀ ਹੈ, ਡੋਂਟ ਵਰੀ, ਮੇਰੀ ਫਿਕਰ ਨਾ ਕਰੋ, ਤੁਹਾਨੂੰ ਜ਼ਰੂਰ ਚੁੱਕ ਜਾਏਗੀ ਗੱਲ ਅਗਰ ਮੈਂ ਕੁਛ ਕਹਿਤਾ ਤਾਂ, ਇਹ ਪ੍ਰੋਮਿਸ ਹੈਗਾ, ਠੀਕ ਆ, ਕਿਆ ਬਾਤ ਆ, ਗਲਤ ਕਰੋਗੇ ਆਂਸਰ, ਪੱਕਾ ਗਲਤ ਕਰੋਗੇ ਯਾਰ, ਪੱਕਾ ਗਲਤ ਕਰੋਗੇ, ਡੀ ਏ ਬੀ ਏ ਬੀ ਏ ਬੀ ਏ ਬੀ, ਕਿਆ ਬਾਤ ਆ ਯਾਰ, ਮੈਂ ਆਈ ਥਿੰਕ ਸਹੀ ਕਰ ਰਹੇ ਹੋ ਆਂਸਰ, ਡੀ, ਕਿਆ ਬਾਤ ਆ, ਜਿਹੜੇ ਬੱਚਿਆਂ ਨੇ ਆਂਸਰ ਡੀ ਕੀਤਾ, ਵੈਰੀ ਗੁੱਡ ਬੱਚੇ, ਸਭ ਦਾ ਆਂਸਰ ਸਹੀ ਹੈ, ਸਭ ਦਾ ਆਂਸਰ ਸਹੀ ਹੈ, ਗਗਨਦੀਪ ਹੋ ਗਿਆ, ਠੀਕ ਆ, ਸੌਰਵ ਹੋ ਗਿਆ, ਮੋਹਿਤ ਹੋ ਗਿਆ, ਵਿਨੇ ਹੋ ਗਿਆ, ਆਪਣਾ ਈਸ਼ਾ ਹੋ ਗਿਆ, ਹੈ ਨਾ, ਸਭ ਦਾ ਆਂਸਰ ਸਹੀ ਹੈ, ਤੁਸੀਂ ਸੋਚੋ ਹਰਮਨ, ਤੁਸੀਂ ਸੋਚੋ ਏ ਸੀ ਬੀ ਤੇ ਏ ਬੀ ਸੀ 'ਚ ਕੀ ਫਰਕ ਹੈ, ਵੈਰੀ ਗੁੱਡ, ਕਿਹਾ ਮੈਂ ਤਾਂ ਐਵੇਂ ਸੀ ਤੁਸੀਂ ਉਲਝ ਜਾਓਗੇ, ਲੋਚਣ ਦੇ ਵਿੱਚ ਮੈਨੂੰ ਲੱਗਿਆ ਸੀ ਤੁਸੀਂ ਉਲਝ ਜਾਓਗੇ, ਤਾਂ ਹੀ ਮੈਂ ਮੋਜੀ ਜਿਹਾ ਲਗਾਇਆ ਸੀ, ਮੈਂ ਕਿਹਾ ਇਹਨਾਂ ਨੇ ਉਲਝ ਜਾਣਾ, ਚਲੋ ਵਡਿਆਈ ਦਾ ਸਮਾਨ ਆਰਥਿਕ ਸ਼ਬਦ ਚੁਣੋ, ਹੁਣ ਕਰੋ ਆਂਸਰ, ਹੁਣ ਪੱਕਾ ਟਰੈਪ ਹੋਵੋਗੇ, ਇਸ ਵਾਰ ਪੱਕਾ ਟਰੈਪ ਹੋਣਾ ਹੈਗਾ, ਤੁਸੀਂ ਹੁਣ ਕਰੋ ਬੱਚੇ ਆਂਸਰ, ਵਡਿਆਈ ਦਾ ਸਮਾਨ ਆਰਥਿਕ ਸ਼ਬਦ ਚੁਣੋ, ਕਿਆ ਬਾਤ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਆਂਸਰ ਕਰੋ, ਹੁਣ ਤੁਸੀਂ ਪੱਕਾ ਟਰੈਪ ਹੋਣ ਵਾਲੇ ਹੋ, ਚਲੋ ਆਂਸਰ ਕਰੋ, ਆਂਸਰ ਕਹੋ, ਮੇਰਾ ਵੀ ਸਹੀ ਹੈ ਕੈਲਾਸ਼ ਕੌਰ, ਓਕੇ, ਗੁੱਡ ਈਵਨਿੰਗ ਬੱਚੇ, ਗੁੱਡ ਈਵਨਿੰਗ ਜੀ ਸ਼ਰੇਸ਼, ਗਣੇਸ਼ ਬੱਚੇ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਜਿੰਨੇ ਬੱਚੇ ਆਏ ਆ ਸਭ ਨੂੰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਵੈਰੀ ਗੁੱਡ ਈਵਨਿੰਗ ਜੀ, ਠੀਕ ਆ ਰਾਜੇ, ਡੇਲੀ ਮੇਰੀ ਕਲਾਸ 2 ਵਜੇ ਹੁੰਦੀ ਆ, ਇਹ ਤਾਂ ਅੱਜ ਆਪਾਂ ਮੈਰਾਥਨ ਰੱਖੀ ਹੋਈ ਆ, ਡੇਲੀ ਕਲਾਸ ਹੁੰਦੀ ਆ ਆਪਣੀ 2 ਵਜੇ, ਟਾਈਮ ਨੋਟ ਕਰ ਲਓ, ਠੀਕ ਆ, ਆਪਣੀ 2 PM ਹੁੰਦੀ ਹੈ ਬੱਚੇ ਦਿਸ ਪੰਜਾਬੀ ਕੁਆਲੀਫਾਈਂਗ, ਅਤੇ ਆਪਣੀ 5 PM ਹੁੰਦੀ ਹੈ ਬੱਚੇ ਆਪਣੀ GK ਵਾਲੀ, ਹੈ ਨਾ, MCQ ਮਿਕਸ ਕੁਐਸਚਨਸ ਹੁੰਦੇ ਹੈਗੇ ਨੇ, ਬਟ ਇਹ ਕੁਐਸਚਨ ਦਾ ਆਂਸਰ ਕਰੋ, ਇਸ ਕੁਐਸਚਨ ਦਾ ਆਂਸਰ ਕਰੋ, ਕਿਆ ਪੱਕਾ ਗਲਤ ਕਰੋਗੇ ਯਾਰ, ਇਹ ਤਾਂ ਗਲਤ ਆ, ਇਹ ਤਾਂ ਸਭ ਦਾ ਹੀ ਆਂਸਰ ਗਲਤ ਆ, ਪੁੱਛੋ ਕਿਉਂ,
ਪੁੱਛੋ ਕਿਉਂ ਸਭ ਦਾ ਹੀ ਆਂਸਰ ਗਲਤ ਆ, ਕਿਤੇ ਮੈਂ ਤਾਂ ਨਹੀਂ ਗਲਤ। ਵੈਸੇ ਵੀ ਇਮੋਜੀ ਬਣਾਏ ਵੀ ਕਿਆ ਗਲਤ ਹੋ ਸਕਦਾ ਯਾਰ, ਸਭ ਦਾ ਹੀ ਆਂਸਰ ਗਲਤ ਆ, ਕਹਿ ਤਾ ਨਾ ਟਰੈਪ ਹੋਣਗੇ, ਕਹਿ ਦਿੱਤਾ ਨਾ ਸਭ ਦਾ ਹੀ ਆਂਸਰ ਗਲਤ ਆ ਰਾਜੇ। ਜਿਹੜੇ ਇਹ ਸਾਰੇ ਦੇ ਸਾਰੇ ਸ਼ਬਦ ਹੈਗੇ ਨੇ ਆਪਸ ਦੇ ਵਿੱਚ ਹੀ ਸਮਾਨਾਰਥਕ ਹੈਗੇ ਨੇ, ਆਪਸ ਦੇ ਵਿੱਚ ਹੀ ਸਮਾਨਾਰਥਕ ਨੇ, ਠੀਕ ਆ। ਤੇ ਬਟ ਵਡਿਆਈ ਦੇ ਕਿਹੜਾ ਸਮਾਨਾਰਥਿਕ? ਦਿਸ ਵਨ ਆ, ਕਿਉਂ ਕਿਹਾ ਸੀ ਨਾ, ਕਿਉਂ ਕਿਹਾ ਸੀਗਾ ਨਾ ਮੈਂ ਵੀ ਟਰੈਪ ਹੋਊਂਗੇ, ਕੋਈ ਵੀ ਨਹੀਂ ਆ, ਆਂਸਰ ਕੀ ਆਏਗਾ, ਕੋਈ ਵੀ ਨਹੀਂ ਹੈ। ਇਹ ਸਾਰੇ ਦੇ ਸਾਰੇ ਆਪਸ ਦੇ ਵਿੱਚ ਹੀ ਸਮਾਨਾਰਥਿਕ ਹੈਗੇ ਨੇ, ਵਡਿਆਈ ਦੇ ਸਮਾਨਾਰਥਿਕ ਇੱਧਰ ਪਏ ਸਾਰੇ ਦੇ ਸਾਰੇ, ਮੈਂ ਲਿਖਤੇ ਨੇ, ਕਲੀਅਰ? ਹਾਂ, ਆਪ ਨਹੀਂ ਪੁੱਛਦੇ, ਆਪੇ ਦੱਸ ਦਿਓ। ਚਲੋ ਨੈਕਸਟ ਕੁਐਸਚਨ, ਬਾਗੀ ਦਾ ਸਮਾਨਾਰਥਿਕ ਸ਼ਬਦ ਚੁਣੋ। ਕਿਆ ਬਾਤ ਆ, ਹੁਣ ਦੇਖਦੇ ਹਾਂ, ਇਹ ਵੀ ਗਲਤ ਕਰੋਗੇ, ਇਹ ਵੀ ਗਲਤ ਕਰੋਗੇ। ਮੇਰਾ ਸਹੀ ਸੀ ਪੁਸ਼ਪਿੰਦਰ, ਨਾ ਨਾ ਬਿਲਕੁਲ ਵੀ ਨਹੀਂ ਰਾਜੇ, ਬਿਲਕੁਲ ਵੀ ਨਹੀਂ। ਓਬਵੀਅਸ ਜੀ ਗੱਲ ਦੇਖ, ਰਾਤ ਵੀ ਤੁਹਾਨੂੰ ਪਤਾ 2 ਵਜੇ ਸੀ ਆਰਾਮ ਨਾਲ ਮੈਨੂੰ PDF ਬਣਾਉਂਦੇ ਹੋਏ, PPT ਬਣਾਉਂਦੇ, ਅਤੇ ਸਵੇਰ ਦੀ ਵੀ ਮੈਂ ਲੱਗੀ ਹੋਈ ਹਾਂ, ਅਤੇ ਤੁਸੀਂ ਪਤਾ ਬੋਲਣ ਲੱਗੇ 1 ਮਿੰਟ ਨਹੀਂ ਲਾਉਂਦੇ, ਤੁਹਾਡੀ ਜੀਭ ਇੰਨੀ ਚੱਲਦੀ ਹੈਗੀ, ਚਾਹੇ ਤੁਹਾਨੂੰ ਗੁੱਸਾ ਹੀ ਲੱਗੇ ਸਭ ਨੂੰ, ਮੈਨੂੰ ਵੀ ਤਾਂ ਹੀ ਤਾਂ ਮੈਂ PDFs ਨਹੀਂ ਦੇ ਰਹੀ, ਕਿਉਂ ਦੇਵਾਂ ਵੀ ਮੈਂ PDFs, ਮੈਂ ਮਿਹਨਤ ਕਰ ਰਹੀ ਹਾਂ ਤਾਂ ਫਿਰ ਮੈਂ ਕਿਉਂ ਦੇਵਾਂ। ਬੋਲਣ ਲੱਗੇ ਨਾ ਥੋੜ੍ਹਾ ਦੇਖ ਲਿਆ ਕਰੋ, ਟੀਚਰ ਤੁਹਾਡੇ ਲਈ ਮਿਹਨਤ ਕਰ ਰਿਹਾ ਹੈਗਾ, ਠੀਕ ਆ, ਕਿਹਦੇ ਲਈ ਆ ਯਾਰ, ਤੁਹਾਡੇ ਲਈ, ਮੈਨੂੰ ਤਾਂ ਕੀ ਆ, ਤਾਂ ਹੀ ਤਾਂ ਮੈਂ PDF ਨਹੀਂ ਦੇ ਰਹੀ, ਅਤੇ ਮੈਂ ਹੁਣ ਵੀ ਕਹਿ ਰਹੀ ਹਾਂ ਵੀ ਮੈਂ ਦੇਊਂਗੀ ਨਹੀਂ, ਉਹਨਾਂ ਟਾਈਮ ਨਹੀਂ ਦੇਊਂਗੀ ਜਿੰਨਾ ਟਾਈਮ ਤੁਸੀਂ ਥੋੜ੍ਹਾ ਸੁਧਰਦੇ ਨਹੀਂ ਹੈਗੇ। ਬੋਲਣ ਤੋਂ ਪਹਿਲਾਂ ਸੋਚਿਆ ਕਰੋ ਕਿਸੇ ਵੀ ਪਰਸਨ ਬਾਰੇ, ਈਵਨ ਕਿ ਆਪਣਾ ਫੰਡਾਮੈਂਟਲ ਰਾਈਟ ਵੀ ਹੈਗਾ ਵੀ ਆਪਾਂ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਨਹੀਂ ਕਰ ਸਕਦੇ। ਦੱਸੋ ਕਿੱਥੇ ਕਰਵਾਇਆ ਹੋਇਆ ਹੈਗਾ, ਆਪ ਵਾਲੇ ਬੱਚਿਆਂ ਨੂੰ ਤਾਂ ਪਤਾ ਹੈਗਾ, ਬੋਲੋ ਠੀਕ ਆ, ਬਟ ਇਹ ਨਹੀਂ ਹੈਗਾ ਵੀ ਤੁਸੀਂ ਮੂਹਰਲੇ ਬੰਦੇ ਨੂੰ ਹਰਟ ਕਰੋ, ਤੁਹਾਡਾ ਕੋਈ ਹੱਕ ਨਹੀਂ ਬਣਦਾ ਹੈਗਾ ਕਿਸੇ ਵੀ ਟੀਚਰ ਬਾਰੇ। ਯਾਰ ਜਿੰਨੇ ਵੀ ਇੰਡੀਆ ਦੇ ਵਿੱਚ ਟੀਚਰ ਪੜ੍ਹਾ ਰਹੇ ਹੈਗੇ ਨੇ, ਹਰ ਕੋਈ ਮਿਹਨਤ ਕਰ ਰਿਹਾ ਹੈਗਾ ਇੱਥੇ ਆਪਣਾ। ਚਲੋ ਛੱਡੋ, ਤੁਹਾਡੇ ਨਾਲ ਕੀ ਬਹਿਸ ਕਰਨੀ, ਤੁਹਾਡੇ ਨਾਲ ਕੀ ਬਹਿਸ ਕਰਨੀ, ਠੀਕ ਆ, ਆਂਸਰ ਦਿਓ, ਨੈਕਸਟ ਕੁਐਸਚਨ ਆਂਸਰ ਕਰੋ ਜੀ। ਕਿਆ ਏ ਬੀ ਸੀ, ਕਿਆ ਬਾਤ ਆ ਸੁਰੇਸ਼ ਗਣੇਸ਼, 21 ਬੱਚੇ ਦਾ ਆਂਸਰ ਦਿਖਿਆ ਮੈਨੂੰ ਏ ਬੀ ਸੀ, ਹੋਰ ਮੈਨੂੰ ਕਿਸੇ ਦਾ ਆਂਸਰ ਨਹੀਂ ਦਿਖਿਆ ਏ ਬੀ ਸੀ, ਏ ਬੀ ਸੀ ਮੈਨੂੰ ਕਿਸੇ ਦਾ ਆਂਸਰ ਨਹੀਂ ਸੁਣਿਆ, ਜਸਕੀਰਤ ਦਾ ਆ ਗਿਆ, ਪਤਾ ਨਹੀਂ ਇਹਨੇ ਚੀਟਿੰਗ ਕਰਕੇ ਕੀਤਾ। ਲਓ ਜੀ, ਕਿਆ ਬਾਤ ਆ, ਈਮੋਜੀ, ਚਲੋ ਚਲੋ ਆਂਸਰ ਕਰੋ। ਮੈਂ ਨਾ ਨਾਮ ਨਹੀਂ ਲੈਣਾ ਚਾਹੁੰਦੀ, ਮੈਂ ਤਾਂ ਸਪੈਸ਼ਲ ਇੱਥੇ ਪੂਰੀ ਚੈਟ ਸ਼ੋਅ ਕਰ ਦੂੰਗੀ ਉਹ ਬੱਚਿਆਂ ਦੀ, ਫਿਰ ਬਾਅਦ 'ਚ ਉਹਨਾਂ ਨੂੰ ਫੀਲ ਵੀ ਹੋਊਗਾ ਜਦੋਂ ਹੋਰ ਅਲੱਗ ਅਲੱਗ ਚੈਨਲਸ 'ਤੇ ਜਾਣਗੇ ਵੀ ਤੁਸੀਂ ਬੋਲ ਕੀ ਰਹੇ ਹੋ ਯਾਰ ਕਿਸੇ ਬਾਰੇ। ਚਲੋ ਆਂਸਰ ਦਿਓ, ਨੈਕਸਟ ਕੁਐਸਚਨ ਦੱਸੋ, ਜੜ ਸ਼ਬਦ ਦਾ ਅਰਥ ਦੱਸੋ, ਹੁਣ ਦੱਸੋ ਜੜ ਸ਼ਬਦ ਦਾ ਅਰਥ ਦੱਸੋ ਜੀ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ। ਇਹ ਸੱਚ ਆ ਬੱਚੇ, ਇਹ ਬਿਲਕੁਲ ਨਾ ਸੱਚ ਆ, ਠੀਕ ਆ, ਜਿਹੜਾ ਬੱਚਾ ਆਪਦੇ ਟੀਚਰ ਦੀ ਰਿਸਪੈਕਟ ਨਹੀਂ ਨਾ ਕਰਦਾ ਉਹ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੁੰਦਾ, ਇਹ ਬਿਲਕੁਲ ਸੱਚ ਹੈ, ਇਹ ਬਿਲਕੁਲ ਸੱਚ ਆ। ਅੱਜ ਵੀ ਤੁਹਾਨੂੰ ਪਤਾ ਸਾਡੀ ਹਿੰਮਤ ਨਹੀਂ ਪੈਂਦੀ ਸੀ ਟੀਚਰ ਦੇ ਸਾਹਮਣੇ ਬੋਲ ਪੀਏ, ਈਵਨ ਕਿ ਸਕੂਲ ਟੀਚਰਸ ਆ ਨਾ, ਅਸੀਂ ਉਹਨਾਂ ਸਾਹਮਣੇ ਵੀ ਸਾਡੀ ਅੱਖਾਂ ਝੁਕੀ ਆਉਂਦੀਆਂ ਨੇ ਜਦ ਸਾਨੂੰ ਮਿਲਦੇ ਹੈਗੇ ਨੇ, ਅਤੇ ਤੁਸੀਂ ਤਾਂ ਬਿਲਕੁਲ ਹੀ ਰਿਸਪੈਕਟ ਨਹੀਂ ਕਰਦੇ ਯਾਰ ਕਿਸੇ ਵੀ ਟੀਚਰ ਦੀ, ਮੈਂ ਦੇਖਿਆ ਹੈਗਾ ਪਲੇਟਫਾਰਮ 'ਤੇ। ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦੇ, ਮੈਂ ਤਾਂ ਹੀ ਨਹੀਂ ਦੇ ਰਹੀ, ਨਹੀਂ ਮੈਨੂੰ ਕੀ ਆ, ਮੇਰਾ ਕੁਛ ਨਹੀਂ ਜਾਣਾ, ਮੈਂ ਮਿਹਨਤ ਕਰ ਰਹੀ ਹਾਂ, PDF ਸੀ ਆ ਮੈਂ ਦੇ ਦੂੰਗੀ, ਮੈਨੂੰ ਕੁਛ ਨਹੀਂ ਉਹ ਹੈਗਾ, ਬਟ ਥੋੜ੍ਹਾ ਜਿਹਾ ਨਾ ਤੁਸੀਂ ਸੋਚਿਆ ਕਰੋ। ਚਲੋ ਜੜ ਸ਼ਬਦ ਦਾ ਅਰਥ ਦੱਸੋ, ਸਹੀ ਦੱਸਿਓ ਬੱਚੇ, ਹਾਇਓ ਰੱਬਾ ਰੁੱਖ ਦੀ ਜੜ, ਹਾਇਓ ਰੱਬਾ ਰੁੱਖ ਦੀ ਜੜ, ਜੜ ਕੀ ਹੁੰਦਾ, ਜੜ ਮਾਰਨਾ ਹੁੰਦਾ, ਮੇਰੀ ਗੱਲ ਸੁਣੋ, ਆਹ ਵਰਡ ਬਣ ਰਿਹਾ ਕੁਛ, ਜੜ ਮਾਰਨਾ, ਜੜ ਠੋਕਣਾ ਹੁੰਦਾ ਕੁਛ, ਜੜ ਠੋਕਣਾ ਹੁੰਦਾ ਹੈ ਕੁਛ ਜਾਂ ਨਹੀਂ ਬੱਚੇ, ਤਾਂ ਆਂਸਰ ਕੀ ਆਏਗਾ, ਸਿਰਫ ਔਰ ਸਿਰਫ ਸੀ ਆਏਗਾ, ਜੜ ਲਾਉਣਾ, ਆਪਾਂ ਹਮੇਸ਼ਾ ਜੜ ਲਾਉਂਦੇ ਹਾਂ, ਨਾ ਤਾਂ ਜੜ ਠੋਕਦੇ ਹਾਂ, ਠੀਕ ਹੈ, ਨਾ ਕਿ ਜੜ ਮਾਰਦੇ, ਅਤੇ ਰੁੱਖ ਦੀ ਜੜ ਤਾਂ ਕੁਛ ਬਣ ਹੀ ਨਹੀਂ ਰਿਹਾ, ਤਾਂ ਐਗਜੈਕਟ ਕੀ ਬਣ ਰਿਹਾ ਹੈਗਾ ਬੱਚੇ, ਆਪਣਾ ਜੜ ਲਾਉਣਾ। ਚਲੋ ਨੈਕਸਟ ਕੁਐਸਚਨ ਦੇਖੋ,
ਚਾਚਾ ਜੀ ਮੇਰੇ ਲਈ ਤਾਂ ਈਜ਼ੀ ਆ, ਸੋ ਈਜ਼ੀ ਕੁਐਸਚਨ ਆ, ਸਾਰੇ ਹੀ ਸਹੀ ਕਰ ਦੋਗੇ। ਠੀਕ ਹੈ ਰਾਜੇ, ਆਂਸਰ ਕਰੋ ਨੈਕਸਟ ਕੁਐਸਚਨ ਦਾ। ਹਾਏ ਓ ਰੱਬਾ, ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਉਂਦਾ ਕਿਆ? ਰੁਕੋ ਮੈਂ ਦੱਸਦੀ ਹਾਂ ਤੁਹਾਨੂੰ ਨੋਟੀਫਿਕੇਸ਼ਨ ਕਿਉਂ ਨਹੀਂ ਆਉਂਦਾ। ਆਪਣੇ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ ਬੱਚੇ, ਆਪਣੇ ਗਿਲਸ ਮੈਂਟੋਰ ਸਰਚ ਕਰੋ, ਉਹਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕੋਨ 'ਤੇ ਹਿੱਟ ਕਰੋ, ਤੁਹਾਨੂੰ ਫਿਰ ਨੋਟੀਫਿਕੇਸ਼ਨ ਮਿਲੇਗਾ। ਟੈਲੀਗ੍ਰਾਮ ਜੁਆਇਨ ਕਰੋਗੇ ਦੈਨ ਹੀ ਨੋਟੀਫਿਕੇਸ਼ਨ ਮਿਲੇਗਾ, ਅਦਰਵਾਈਜ਼ ਨੋਟੀਫਿਕੇਸ਼ਨ ਨਹੀਂ ਮਿਲੇਗਾ। ਬੱਚੇ ਆਂਸਰ ਕਰੋ ਨੈਕਸਟ ਕੁਐਸਚਨ ਦਾ। ਆਂਸਰ ਕਰੋ ਨੈਕਸਟ ਕੁਐਸਚਨ ਦਾ। ਇਹ ਤਾਂ ਸੋ ਈਜ਼ੀ ਬੱਚੇ, ਚਾਚਾ ਜੀ ਸਾਡੇ ਲਈ ਘੜੀਆਂ ਲਿਆਏ, ਸੋ ਈਜ਼ੀ। ਠੀਕ ਹੈ, ਸੋ ਈਜ਼ੀ ਸੇਮ ਰਾਜੇ ਨਾਨਾ ਵਾਲੇ ਕੁਐਸਚਨ ਸੀਗਾ, ਤਾਂ ਉਹਦਾ ਨਾਨੇ ਨਹੀਂ ਆਏਗਾ, ਨਾਨਾ ਹੀ ਆਏਗਾ। ਹੇਠ ਦਿੱਤੇ ਸ਼ਬਦਾਂ ਵਿੱਚੋਂ ਸਹੀ ਸਹੀ ਸ਼ਬਦ ਜੋੜ ਚੁਣੋ। ਠੀਕ ਹੈ ਸਹੀ, ਇਹ ਮੇਰੀ ਗੱਲ ਸੁਣੋ, ਜਿੰਨੀਆਂ ਵੀ ਮੇਰੀ ਹੁਣ ਤੱਕ ਵੀਡੀਓਜ਼ ਨੇ, ਅਗਰ ਮੇਰੀ ਵੀਡੀਓ 'ਚ ਮੇਰੇ ਤੋਂ ਕੁਐਸਚਨ ਗਲਤ ਹੋ ਰਹੇ ਨੇ, ਮੈਂ ਤਾਂ ਅਸੈਪਟ ਕਰਦੀ ਹਾਂ ਕਿ ਮੇਰੇ ਤੋਂ ਇਹ ਚੀਜ਼ ਚਲੋ ਗਲਤ ਹੋ ਗਈ ਆ, ਪਰ ਤੁਸੀਂ ਕਦੇ ਅਸੈਪਟ ਨਹੀਂ ਕਰਦੇ ਵੀ ਤੁਹਾਡੇ ਤੋਂ ਗਲਤ ਹੋਈ ਆ। ਚਲੋ ਜਿਸ ਵੀ ਕੁਐਸਚਨ ਦੇ ਵਿੱਚ ਮੇਰੇ ਤੋਂ ਗਲਤੀ ਹੁੰਦੀ ਹੈ, ਮੈਂ ਹਮੇਸ਼ਾ ਕਹਿੰਦੀ ਹਾਂ ਬੱਚੇ ਡਾਊਟ 'ਚ ਰੱਖਦੇ ਹਾਂ, ਮੈਂ ਨੈਕਸਟ ਡੇ ਉਹ ਚੀਜ਼ ਤੁਹਾਨੂੰ ਕਰੈਕਟ ਕਰਵਾਉਂਦੀ ਹਾਂ, ਬਟ ਫਿਰ ਤੁਸੀਂ ਫਿਰ ਨਹੀਂ ਹਟਦੇ ਹੈਗੇ। ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ। ਓਬਵੀਅਸ ਜੀ ਗੱਲ, ਜਿਸ ਜਿਸ ਪਰਸਨ ਤੋਂ ਤੁਸੀਂ ਕੁਛ ਗਿਆਨ ਲੈ ਰਹੇ ਹੋ, ਸਿੱਖ ਰਹੇ ਹੋ, ਅਗਰ ਉਹਦੀ ਰਿਸਪੈਕਟ ਨਹੀਂ ਕਰੋਗੇ, ਤੁਸੀਂ ਸੋਚੋ ਰਾਜੇ ਉਹ ਗਿਆਨ ਤੁਹਾਡੀ ਪੱਲੇ ਪਏਗਾ? ਕਦੇ ਵੀ ਨਹੀਂ ਆਏਗੀ ਉਹ ਚੀਜ਼, ਕਦੇ ਹੋ ਹੀ ਨਹੀਂ ਸਕਦੀ। ਆਂਸਰ ਕਰੋ ਨੈਕਸਟ ਕੁਐਸਚਨ ਦਾ। ਚਲੋ ਸੋ ਈਜ਼ੀ ਕੁਐਸਚਨ, ਸੋ ਈਜ਼ੀ। ਚਲੋ ਯਾਰ ਇਹ ਤਾਂ ਈਜ਼ੀ ਆ ਗਏ, ਹੁਣ ਕੁਐਸਚਨ ਹੀ ਸਾਰੇ ਈਜ਼ੀ ਹੈ। ਆਹ ਕੁਐਸਚਨ ਹੁਣ ਅੱਜ ਧਿਆਨ ਨਾਲ ਦੇਖ ਲਿਓ, ਬਾਰ ਬਾਰ ਨਹੀਂ ਦੱਸੂੰਗੀ, ਠੀਕ ਹੈ ਮੈਂ। ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦਾ। ਪਤਾ ਨਹੀਂ ਮੈਂ ਕਿੰਨੇ ਕੁ ਵਾਰ ਇਸ ਵਰਡ ਬਾਰੇ ਮੈਂ ਸਰਚ ਕੀਤਾ ਹੈਗਾ, ਅਤੇ ਅੱਜ ਜਿਹੜਾ ਆਂਸਰ ਦੱਸਦਾ ਬੱਚੇ, ਉਹ ਆਂਸਰ ਸਹੀ ਆ, ਉਹ ਆਂਸਰ ਸਹੀ ਹੈ। ਆਂਸਰ ਕਰੋ ਨੈਕਸਟ ਕੁਐਸਚਨ ਦਾ। ਟਾਈਮ ਮੈਨਿਕ ਮਾਹੌਲ ਬੱਚੇ ਆਪਣਾ 2 ਘੰਟੇ ਅਤੇ 30 ਮਿੰਟ ਆ, 50 ਮਿੰਟ ਸੋਰੀ। ਆਂਸਰ ਕਰੋ ਨੈਕਸਟ ਕੁਐਸਚਨ ਦਾ। ਕਿਆ ਬਾਤ ਹੈ, ਵੈਰੀ ਗੁੱਡ। ਏ ਸੀ ਕਿਆ, ਮੈਨੂੰ ਪਤਾ ਹੀ ਸੀ ਵੀ ਇਹ ਆਂਸਰ ਤੁਸੀਂ ਕਰੋਗੇ ਹੀ ਕਰੋਗੇ, ਬਟ ਬੱਚੇ ਗਲਤ ਆ। ਇਹ ਨਾ ਮੈਂ ਸਪੈਸ਼ਲ ਮੈਂ ਇੱਕ ਪਿੱਕ ਵੀ ਲਗਾਈ ਸੀ ਵਿਕੀਪੀਡੀਆ 'ਤੇ, ਬੱਚੇ ਮੈਨੂੰ ਕਮੈਂਟ ਕੀਤਾ ਸੀ ਕਿ ਮੈਮ ਚਲੋ ਛੱਡੋ ਯਾਰ ਕੀ ਕਹਿਣਾ, ਮੈਂ ਇਗਨੋਰ ਕੀਤਾ ਉਸ ਚੀਜ਼ ਨੂੰ। ਠੀਕ ਆ, ਉਹ ਸਪੈਸ਼ਲ ਉੱਪਰ ਲਾਈਨ ਵੀ ਪੜ੍ਹ ਲਓ ਨਾ, ਵੀ ਵਿਸ਼ੇਸ਼ਣ ਨੂੰ ਜਦੋਂ ਆਪਾਂ ਚੇਂਜ ਕਰਦੇ ਹਾਂ ਤਾਂ ਉਹ ਚੀਜ਼ਾਂ ਆਉਂਦੀਆਂ ਨੇ, ਪ੍ਰੋਪਰ ਰੀਡ ਕਰਨਾ ਨਹੀਂ ਹੁੰਦਾ ਤੁਸੀਂ ਤਾਂ। ਆਪਸ਼ਨ ਨੰਬਰ ਸੀ ਆਏਗਾ ਬੱਚੇ, ਇਹ ਐਗਜੈਕਟ ਆ, ਸਹੀ ਇੱਦਾਂ ਪੈਂਦਾ ਹੈਗਾ ਪਰਮਾਣੂ, ਨਾ ਕਿ ਪੈਰ ਦੇ ਵਿੱਚ ਰਾਰਾ ਪੈ ਕੇ ਪੈਂਦਾ। ਕਲੀਅਰ ਸਭ ਨੂੰ? ਨੈਕਸਟ ਕੁਐਸਚਨ ਦੇਖੋ। ਹੇਠ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਜੋੜ ਚੁਣੋ। ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਸੋ ਈਜ਼ੀ ਕੁਐਸਚਨ, ਸੋ ਈਜ਼ੀ ਆਂਸਰ ਕਰੋ ਜੀ ਨੈਕਸਟ ਕੁਐਸਚਨ ਦਾ। ਵੈਰੀ ਗੁੱਡ ਸੋਨੀਆ, ਦੀਪਕ, ਪ੍ਰੀਤੀ, ਫਾਜ਼ਰੀਕਾ, ਸਭ ਦੇ ਆਂਸਰ ਸਹੀ ਹੈ ਰਾਜੇ, ਮੈਂ ਖੁਸ਼ ਹੀ ਹਾਂ। ਮੋਹਿਤ ਕੁਮਾਰ, ਬੱਚੇ ਤੁਹਾਨੂੰ ਪਤਾ ਮੇਰੀ ਥਿੰਕਿੰਗ ਆ, ਮੈਂ ਕੁਛ ਨਹੀਂ ਸੁਣਦੀ ਕਿਸੇ ਦੀ ਵੀ, ਠੀਕ ਆ, ਜੋ ਮੇਰੇ ਬਾਰੇ ਕੁਛ ਬੋਲ ਰਿਹਾ ਤਾਂ ਬੋਲੀ ਜਾਓ, ਮੈਂ ਇੱਧਰੋਂ ਸੁਣਦੀ ਹਾਂ, ਨਾਲ ਦੀ ਨਾਲ ਇੱਧਰ ਚੀਜ਼ ਕੱਢ ਦਿੰਦੀ ਹਾਂ, ਮੈਂ ਆਪਣੇ ਦਿਮਾਗ ਵਿੱਚ ਸਟੱਕ ਨਹੀਂ ਹੋਣ ਦਿੰਦੀ, ਮੈਂ ਖੁਸ਼ ਹਾਂ, ਬਟ ਤੁਸੀਂ ਦੇਖੋ ਖੁਸ਼ ਹੈਗੇ ਹੋ ਕਿ ਨਹੀਂ ਹੈਗੇ। ਇਹ ਤਾਂ ਚਲੋ, ਇਹ ਤਾਂ ਬਹੁਤ ਈਜ਼ੀ ਕੁਐਸਚਨ ਆ ਗਿਆ ਯਾਰ, ਈਜ਼ੀ ਆ ਗਏ ਕੁਐਸਚਨ ਹੁਣ, ਹੁਣ ਤਾਂ ਕੋਈ ਟਰੈਪ ਵਾਲੇ। ਇਹ ਤਾਂ ਚਲੋ ਹੋ ਗਿਆ ਨਾ, ਦੁਬਾਰਾ ਆ ਗਿਆ ਵੀ ਕੁਐਸਚਨ। ਹੁਣ ਕਰੋ, ਅਣਖੀਲਾ ਸ਼ਬਦ ਦੇ ਪਿਛੇਤਰ ਲੱਗਿਆ ਹੈ, ਹੁਣ ਆਂਸਰ ਕਰੋ, ਧਿਆਨ ਨਾਲ ਆਂਸਰ ਕਰੋ। ਦੇਖੋ ਬੱਚੇ, ਜਿਹੜੇ ਅਗੇਤਰ ਐਂਡ ਪਿਛੇਤਰ ਹੁੰਦੇ ਆ ਨਾ, ਉਹ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ, ਠੀਕ ਆ। ਅਗੇਤਰ ਪਿਛੇਤਰ ਦਾ ਮਤਲਬ ਇਹ ਹੁੰਦਾ ਵੀ ਅਗਰ ਆਪਾਂ ਅੱਗੇ ਉਹ ਵਰਡ ਚੂਜ਼ ਕਰ ਰਹੇ ਹਾਂ, ਉਸ ਤੋਂ ਬਾਅਦ ਜਿਹੜਾ ਵਰਡ ਬਚਦਾ ਹੈਗਾ ਉਹਦਾ ਕੋਈ ਨਾ ਕੋਈ ਮੀਨਿੰਗ ਹੋਵੇ, ਮੀਨਿੰਗ ਬਣ ਰਿਹਾ ਹੋਵੇ। ਸੇਮ ਬੱਚੇ ਪਿਛੇਤਰ ਇਹ ਹੁੰਦਾ ਵੀ ਅਗਰ ਆਪਾਂ ਪਿਛਲਾ ਅੱਖਰ ਹਟਾ ਰਹੇ ਹਾਂ ਨਾ,
ਠੀਕ ਆ, ਤਾਂ ਉਸਦਾ ਕੋਈ ਨਾ ਕੋਈ ਮੀਨਿੰਗ ਬਣਦਾ ਹੋਵੇ, ਤਾਂ ਹੀ ਆਪਾਂ ਉਹਨੂੰ ਅਗੇਤਰ ਐਂਡ ਪਿਛੇਤਰ ਆਪਾਂ ਬੱਚੇ ਚੁਣਦੇ ਹਾਂ। ਹੁਣ ਦੱਸੋ ਅਣਖੀਲਾ ਸ਼ਬਦ ਦੇ ਪਿਛੇਤਰ ਲੱਗਿਆ ਹੈ ਕੀ? ਸੀ ਏ ਸੀ ਏ ਸੀ, ਪੱਕਾ ਮੈਨੂੰ ਪਤਾ ਸੀ ਗਲਤ ਕਰੋਗੇ ਆ। ਕੀ ਬਣੂ ਤੁਹਾਡਾ? ਡੀ ਏ ਡੀ ਏ ਡੀ ਏ। ਜਿਹੜੇ ਬੱਚਿਆਂ ਨੇ ਆਂਸਰ ਏ ਕੀਤਾ, ਜਿਹੜੇ ਬੱਚਿਆਂ ਨੇ ਆਂਸਰ ਏ ਕੀਤਾ, ਸਭ ਦਾ ਆਂਸਰ ਸਹੀ ਹੈ। ਸਭ ਦਾ ਆਂਸਰ ਕੀ ਹੈ ਬੱਚੇ? ਸਹੀ ਹੈ, ਇਲਾ ਆਏਗਾ, ਅਣਖੀਲਾ, ਇਲਾ ਦੀ ਆਵਾਜ਼ ਆ ਰਹੀ ਹੈ ਪਿੱਛੋਂ, ਬੋਲ ਕੇ ਦੇਖੋ ਅਣਖੀਲਾ, ਠੀਕ ਆ। ਨੈਕਸਟ ਕੁਐਸਚਨ ਆਂਸਰ ਕੀ ਆਏਗਾ ਆਪਣਾ? ਨੈਟ ਮੁੱਕ ਗਿਆ ਮੇਰਾ, ਇੱਕ ਸੈਕਿੰਡ, ਬਫਰਿੰਗ ਹੋ ਰਹੀ ਹੈ, ਵੇਟ ਵੇਟ। ਹੁਣ ਓਕੇ ਆ ਰਾਜੇ? ਹੁਣ ਓਕੇ ਆ ਜਾਂ ਨਹੀਂ ਓਕੇ? ਇੱਕ ਇੱਕ ਸੈਕਿੰਡ ਵੇਟ ਕਰੋ। ਮੈਨੂੰ ਦੱਸ ਦੇ ਕਿੱਦਾਂ ਕਰਨਾ, ਇੱਕ ਸੈਕਿੰਡ, ਹੁਣ ਦੱਸੋ ਬੱਚੇ ਓਕੇ ਆ ਸਭ ਕੁਛ? ਹੁਣ ਤਾਂ ਨਹੀਂ ਵੀਡੀਓ ਰੁਕ ਰਹੀ, ਹੁਣ ਦੱਸੋ ਬੱਚੇ ਓਕੇ ਆ ਸਕਰੀਨ? ਹੁਣ ਤਾਂ ਨਹੀਂ ਕੁਛ ਮਤਲਬ ਰੁਕ ਰਹੀ ਵੀਡੀਓ ਆਪਣੀ, ਦੱਸਿਓ। ਹੁਣ ਦੱਸੋ ਬੱਚੇ ਓਕੇ ਆ? ਜਲਦੀ ਜਲਦੀ ਮੈਸੇਜ ਕਰੋ ਆਪਣੀ, ਬਹੁਤ ਹੀ ਇੰਪੋਰਟੈਂਟ ਕਲਾਸ ਹੋਣ ਵਾਲੀ, ਹਾਲੇ ਤਾਂ ਬਹੁਤ ਕੁਐਸਚਨ ਹੈਗੇ ਨੇ, ਹਾਲੇ ਤਾਂ ਬਹੁਤ ਕੁਐਸਚਨ ਹੈਗੇ ਨੇ, ਆਪਾਂ ਪੂਰੇ 2 ਘੰਟੇ ਮਾਹੌਲ ਬਣਾ ਕੇ ਰੱਖਣਾ ਹੈਗਾ। ਓਕੇ ਆ, ਓਕੇ ਆ, ਓਕੇ ਓਕੇ ਓਕੇ, ਵੈਰੀ ਗੁੱਡ ਵੈਰੀ ਗੁੱਡ, ਠੀਕ ਆ, ਹਾਂਜੀ ਹਾਂਜੀ, ਓਕੇ ਓਕੇ, ਚਲੋ ਹੁਣ ਦੱਸੋ ਬੱਚੇ ਕੀ ਆਂਸਰ ਆਏਗਾ? ਹੁਲੜ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ, ਤਾਂ ਆਂਸਰ ਦੇਖੋ ਬੱਚੇ ਆਪਣਾ ਕੀ ਆਏਗਾ? ਬੀ ਸੀ ਡੀ ਸਮਾਨਾਰਥਕ ਆ। ਹੁਣ ਜਿਹੜੇ ਬੱਚੇ, ਕਿਸੇ ਬੱਚੇ ਨੇ ਆਂਸਰ ਨਹੀਂ ਕੀਤਾ ਬੀ ਸੀ ਡੀ ਆਇਆ, ਕਿਆ ਬਾਤ ਆ ਯਾਰ, ਕਿਆ ਬਾਤ ਆ, ਜੀਵਨ ਭਵਨ ਯਾਰ, ਖੁਸ਼ੀ ਕਰਤਾ ਰਾਜੇ ਤੁਸੀਂ ਤਾਂ। ਇਹ ਆਈ ਥਿੰਕ ਉਹ ਬੱਚੇ ਆ ਜਿਨ੍ਹਾਂ ਨੇ ਮੇਰੀਆਂ ਕਲਾਸਿਸ ਦੇਖੀਆਂ ਹੋਈਆਂ ਨੇ। ਇਹ ਕੀ ਆ ਬੱਚੇ? ਆਪਣੇ ਸਮਾਨਾਰਥਕ ਆ, ਇਹ ਕੀ ਹੈ ਇਹਦੇ ਸਮਾਨਾਰਥਕ ਹੈਗੇ ਨੇ। ਉਮੀਦ ਦਾ ਕੀ ਹੈਗਾ? ਆਪਣਾ ਇੱਛਾ, ਆਸ ਤੇ ਕਾਮਨਾ। ਕਲੀਅਰ ਬੱਚੇ ਸਭ ਨੂੰ? ਚਲੋ ਵੈਰੀ ਗੁੱਡ ਵੈਰੀ ਗੁੱਡ ਜੀ। ਨੈਕਸਟ ਕੁਐਸਚਨ ਦੇਖੋ ਬੱਚੇ ਆਪਣਾ, ਬ੍ਰੈਕਟ ਵਿੱਚ ਦਿੱਤੇ ਵਿਸ਼ਰਾਮ ਚਿੰਨ੍ਹ ਦਾ ਕੀ ਨਾਮ ਹੈ? ਬੱਚੇ ਮੈਂ ਤੁਹਾਨੂੰ ਵਿਸ਼ਰਾਮ ਚਿੰਨ੍ਹ ਕਰਵਾਏ ਹੋਏ ਹੈਗੇ ਨੇ, ਠੀਕ ਆ ਰਾਜੇ, ਤਾਂ ਆਂਸਰ ਕਰੋ ਨੈਕਸਟ ਕੁਐਸਚਨ ਦਾ। ਕੁੱਲਰ ਪੀਜ਼ਾ, ਬੀ ਸੀ ਡੀ, ਵੈਰੀ ਗੁੱਡ ਵੈਰੀ ਗੁੱਡ। ਐਕਚੁਅਲੀ ਵੀਡੀਓ ਰੁਕ ਗਈ ਸੀ ਨਾ ਆਪਣੀ, ਤਾਂ ਪਤਾ ਨਹੀਂ ਚੱਲਿਆ ਠੀਕ ਆ ਕੀ ਆਂਸਰ ਕੀਤਾ, ਬਟ ਚਲੋ ਵੈਰੀ ਗੁੱਡ ਰਾਜੇ ਜਿਨ੍ਹਾਂ ਨੇ ਬੀ ਸੀ ਡੀ ਆਂਸਰ ਕੀਤਾ। ਬਲਦੀਪ ਹੋ ਗਿਆ, ਗਲੈਰੀ ਗਲੈਰੀ ਜੀਤੋ, ਇਹ ਨਾਮ ਕੀ ਹੈ? ਗਲੈਰੀ ਜੀਤੋ, ਗਲੈਰੀ ਜੀਤੋ ਕੀ ਨਾਮ ਆ? ਤਾਂ ਮੈਨੂੰ ਨਾਮ ਹੀ, ਧਿਆਨ ਨਾਲ ਆਂਸਰ ਕਰੀਓ, ਧਿਆਨ ਨਾਲ ਆਂਸਰ। ਕਿਆ ਬਾਤ ਆ ਯਾਰ, ਖੁਸ਼ੀ ਕਰਤਾ ਯਾਰ ਸਾਰਿਆਂ ਨੇ, ਵੈਰੀ ਗੁੱਡ ਬੱਚੇ, ਆਈ ਥਿੰਕ ਬਹੁਤ ਇੰਟੈਲੀਜੈਂਟ ਆ। ਮੈਨੂੰ ਲੱਗਦਾ ਜਿਸ ਦਿਨ ਦਾ ਸਿਲੇਬਸ ਆਇਆ ਤੁਸੀਂ ਪ੍ਰੋਪਰ ਬੁੱਕਸ ਚੱਕ ਲਈਆਂ ਨਾ, ਪ੍ਰੋਪਰ ਤੁਸੀਂ ਵਿਆਕਰਨ ਦੀ ਬੁੱਕ ਚੱਕ ਲਈ ਆ। ਵੈਰੀ ਗੁੱਡ ਬੱਚੇ, ਇਹਨੂੰ ਕੀ ਬੋਲਦੇ ਹੈਗੇ ਨੇ? ਛੁੱਟ ਮਰੋੜੀ, ਯਾਦ ਰੱਖਿਓ ਠੀਕ ਆ ਰਾਜੇ। ਜੋੜਨੀ ਕਿਹੜੀ ਹੁੰਦੀ ਆ ਆਪਣੀ? ਆਹ ਵਾਲੀ ਜੋੜਨੀ ਹੁੰਦੀ ਆ, ਇਹਨੂੰ ਡਬਲ ਕਰਦੇ ਨਾ, ਜੋੜਨੀ ਹੁੰਦੀ ਆ। ਆਹ ਆਪਣਾ ਕੌਮਾ ਹੁੰਦਾ ਬੱਚੇ, ਆਹ ਆਪਣੇ ਕਿਹੜੇ ਹੁੰਦੇ ਹੈਗੇ ਨੇ? ਪੁੱਠੇ ਕੌਮੇ ਹੁੰਦੇ ਨੇ, ਕਲੀਅਰ? ਸਾਰੇ ਦੇ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ, ਵਿਸ਼ਰਾਮ ਚਿੰਨ੍ਹ ਤਾਂ ਈਵਨ ਕਿ ਆਪਣਾ ਹੈਗਾ ਹੀ ਆ ਬੱਚੇ ਟੌਪਿਕ। ਹੁਣ ਆਂਸਰ ਕਰੋ ਨੈਕਸਟ ਕੁਐਸਚਨ ਦਾ, ਵਿਚ ਅਮੰਗ ਦਾ ਫੋਲੋਇੰਗ ਇਜ਼ ਐਨ ਐਡਮਿਨਿਸਟ੍ਰੇਟਿਵ ਡਿਵੀਜ਼ਨ ਆਫ ਪੰਜਾਬ? ਤਾਂ ਦੱਸੋ ਰਾਜੇ ਚੋਂ ਕਿਹੜੀ ਪੰਜਾਬ ਦੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਹੈ? ਆਂਸਰ ਕਰੋ ਕਿਹੜੀ ਹੈ? ਜੀਤੂ ਕੇ ਲਵੋ ਮੈਮ ਜੀ, ਕੀ ਕਹਿ ਰਹੇ ਹੋ? ਜੀਤੂ ਕੇ ਲਵੋ ਮੈਮ ਜੀ, ਮਤਲਬ ਬੀ 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 ਬੀ,
ਉਦੋਂ ਪਹਿਲਾਂ ਚਲੋ ਚਲੋ ਆਂਸਰ ਕਰੋ ਆਂਸਰ ਕਰੋ ਆਂਸਰ ਸੈਂਟਰ 'ਚ ਆਉਂਦੀ ਦੋ ਵਰਡਸ ਦੇ ਜੋੜਨੀ ਹਾਂਜੀ ਹਾਂਜੀ ਬਿਲਕੁਲ 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 ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ ਨੈਕਸਟ ਕੁਐਸਚਨ ਦਾ ਸਾਰੇ ਇੱਥੇ ਫਿਰਦੇ ਆ ਕਿਆ ਬਾਤ ਆ ਸਾਰੇ ਇੱਥੇ ਫਿਰਦੇ ਆ ਸੀਡੀ ਸੀਡੀ ਕਿਆ ਬਾਤ ਆ ਯਾਰ ਖੁਸ਼ ਕਰਦਾ ਬੱਚੇ ਆਪਾਂ ਨੂੰ ਪਤਾ ਆਪਣੀਆਂ ਕਿੰਨੀਆਂ ਨੇ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਹੈਗੀਆਂ ਨੇ ਬਾਕੀ ਤੁਸੀਂ 3 ਮੈਨੂੰ ਕਮੈਂਟ ਕਰਕੇ ਦੱਸਣੀਆਂ ਨੇ ਠੀਕ ਆ ਇੱਕ ਚੀਜ਼ ਹੋਰ ਬੱਚੇ ਅਗਰ ਕਈ ਵਾਰ ਪੁਆਇੰਟਸ ਪੁੱਛ ਲੈਂਦੇ ਹੈਗੇ ਨੇ ਸ਼ੇਪ ਕਿਹੜੀ ਆਪਣੀ ਟ੍ਰਾਇੰਗਲ ਹੈਗੀ ਹੈ ਇਹ ਵੀ ਆਪਣੇ ਪੰਜਾਬ ਦੀ ਸ਼ੇਪ ਯਾਦ ਰੱਖਿਓ ਈਵਨ ਕਿ ਆਪਣੇ ਇੰਡੀਆ ਦੀ ਸ਼ੇਪ ਕਿਹੜੀ ਹੈ ਬੱਚੇ ਉਹ ਵੀ ਟ੍ਰਾਇੰਗਲ ਹੈ ਆਪਣਾ ਪਠਾਨਕੋਟ ਇੱਧਰ ਫਾਜ਼ਿਲਕਾ ਦੇ ਇੱਧਰ ਆਪਣੇ ਪਟਿਆਲਾ ਪੁਆਇੰਟ ਸਾਰੇ ਦੇ ਸਾਰੇ ਯਾਦ ਰੱਖਿਓ ਜੀ ਆਲ ਕਲੀਅਰ ਬੱਚੇ ਨੈਕਸਟ ਕੁਐਸਚਨ ਦੇਖੋ ਮੰਮੀ ਵੀਰਾ ਆ ਗਿਆ ਹੈ ਮੰਮੀ ਵੀਰਾ ਆ ਗਿਆ ਹੈ ਨਾ ਮੈਂ ਵੀ ਪੁੱਛਦੀ ਹੁੰਦੀ ਹਾਂ ਵੀ ਮੈਂ ਆਪਣੇ ਬ੍ਰਦਰ ਨੂੰ ਵੀ ਮੰਮੀ ਆ ਗਿਆ ਮੇਰੇ ਬ੍ਰਦਰ ਕਿ ਨਹੀਂ ਆ ਗਿਆ ਹੁਣ ਤੁਸੀਂ ਆਂਸਰ ਕਰੋ ਮੰਮੀ ਵੀਰਾ ਆ ਗਿਆ ਇਹ ਆਂਸਰ ਕਰੋ ਵਿਸ਼ਰਾਮ ਚਿੰਨ ਲਗਾਓ ਮੈਂ ਵੀ ਗਲਤ ਕਰੋ ਤੁਸੀਂ ਮੈਂ ਵੀ ਕੁਐਸਚਨ ਗਲਤ ਕਰੋ ਠੀਕ ਹੈ ਬਟ ਮੈਂ ਮੇ ਵੀ ਲਗਾਤਾ ਤਾਂ ਆਂਸਰ ਕਰੋ ਆਂਸਰ ਵੈਰੀ ਗੁੱਡ ਕੈਲਾਸ਼ ਕੌਰ ਰੋਪੜ 2010 ਲੇਟੈਸਟ ਕਿਹੜੀ ਡਿਵੀਜ਼ਨ ਬੱਚੇ ਆਪਣੀ ਇਹੀ ਹੈ ਵੈਰੀ ਗੁੱਡ ਜੀ ਫਰੀਦਕੋਟ ਫਿਰੋਜ਼ਪੁਰ ਜਲੰਧਰ ਪੁਸ਼ਪਿੰਦਰ ਸਿੰਘ ਕਿਆ ਬਾਤ ਆ ਬੱਚੇ ਮੈਮ ਆਪਸ਼ਨ ਕਿਹੋ ਜਿਹੇ ਲੈ ਕੇ ਆਏ ਕਿਉਂ ਆਪਸ਼ਨ ਵਧੀਆ ਨਹੀਂ ਹੈਗੇ ਗਗਨ ਕਿਆ ਬਾਤ ਆ ਹੱਦ ਹੋ ਗਈ ਯਾਰ ਆਪਸ਼ਨ ਸਹੀ ਨਹੀਂ ਹੈਗੇ ਏ ਬੀ ਏ ਬੀ ਡੀ ਏ ਬੀ ਡੀ ਮੈਨੂੰ ਪਤਾ ਹੀ ਸੀ ਗਲਤ ਕਰੋਗੇ ਕੋਸ ਵਿਸ਼ਰਾਮ ਚਿੰਨ ਤਾਂ ਬੱਚੇ ਇਹੋ ਜਿਹਾ ਹੈਗਾ ਨਾ ਟੋਪਿਕ ਕਨਫਿਊਜ਼ ਕਰੇਗਾ ਹੀ ਕਰੇਗਾ ਹੋ ਹੀ ਨਹੀਂ ਸਕਦਾ ਵੀ ਤੁਹਾਨੂੰ ਕਨਫਿਊਜ਼ ਨਾ ਕਰੇ ਠੀਕ ਹੈ ਜੀ ਤਾਂ ਦੇਖੋ ਡੀ ਆਏਗਾ ਬੱਚੇ ਡੀ ਆਏਗਾ ਕੋਸ ਆਪਾਂ ਸਟਾਰਟ ਵੀ ਕਰਾਂਗੇ ਠੀਕ ਆ ਮੰਮੀ ਫਿਰ ਆਪਾਂ ਰੁਕਾਂਗੇ ਵੀਰਾ ਆ ਗਿਆ ਹੈ ਓਬੀ ਇਕੱਠਾ ਤਾਂ ਨਹੀਂ ਬੋਲ ਸਕਦੀ ਮੰਮੀ ਵੀਰਾ ਆ ਗਿਆ ਹੈ ਇੱਦਾਂ ਥੋੜ੍ਹੀ ਨਾ ਆਪਾਂ ਬੋਲਾਂਗੇ ਆਪਾਂ ਰੁਕਾਂਗੇ ਨਾ ਵੀ ਮੰਮੀ ਫਿਰ ਤੁਹਾਨੂੰ ਪਤਾ ਅੱਗੋਂ ਮੰਮੀ ਕਹਿੰਦੇ ਕੀ ਆ ਕਹਿੰਦੇ ਹੁੰਦੇ ਵੀ ਸਾਰੇ ਮੰਮੀ ਮੰਮੀ ਕਰਦੇ ਰਹਿੰਦੇ ਹੋ ਕੁਛ ਆਪ ਵੀ ਕਰ ਲਿਆ ਕਰੋ ਮੇਰੇ ਮੰਮਾ ਤਾਂ ਸੀਰੀਅਸਲੀ ਇੱਦਾਂ ਕਰਦੇ ਆ ਕਿਉਂਕਿ ਕੀ ਆ ਸਾਰਾ ਦਿਨ ਮੰਮੀ 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 ਕੁਛ ਆਪ ਵੀ ਕਰ ਲਿਆ ਕਰੋ ਨਾ ਤਾਂ ਮੰਮੀ ਰੁਕੋ ਵੀਰਾ ਆ ਗਿਆ ਹੈ ਤਾਂ ਇੱਕ ਮੀਨਸ ਡਬਲ ਕੌਮੇ ਐਂਡ ਦੇ ਐਂਡ ਸਟਾਰਟ ਦੋਨੋਂ ਦੇ ਦੋਨੋਂ ਹੋਣਗੇ ਠੀਕ ਆ ਜੀ ਚਲੋ ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ ਨੈਕਸਟ ਕੁਐਸਚਨ ਦਾ ਆਂਸਰ ਕਰੋ ਕੀ ਆਂਸਰ ਆਏਗਾ ਚਲੋ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ ਆਪਣਾ ਕੀ ਆਏਗਾ ਕੁਐਸਚਨ ਮਾਰਕ ਨਹੀਂ ਆਉਣਾ ਜੀ ਕੁਐਸਚਨ ਮਾਰਕ ਨਹੀਂ ਆਉਣਾ ਜੀ ਨਹੀਂ ਚਲੋ ਹੇਠ ਲਿਖੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਲਗਾ ਕੇ ਸਹੀ ਚੁਣੋ ਹੁਣ ਦੇਖਦੇ ਹਾਂ ਕੌਣ ਆਂਸਰ ਕਰ ਰਹੇ ਹੋ ਹੁਣ ਦੇਖਦੇ ਹਾਂ ਕੌਣ ਆਂਸਰ ਕਰ ਰਹੇ ਹੋ ਸਹੀ ਆਂਸਰ ਕਰੋ ਬੱਚੇ ਕਿਉਂਕ ਆਂਸਰ ਕਰੋ ਕਿਉਂਕ ਆਂਸਰ ਕਰੋ ਬੱਚੇ ਕਿਉਂਕ ਆਂਸਰ ਤਾਂ ਦੇਖੋ ਬੱਚੇ ਨੈਕਸਟ ਕੁਐਸਚਨ ਦਾ ਆਪਣਾ ਕੀ ਆਏਗਾ ਆਂਸਰ ਡੀ ਆਪਸ਼ਨ ਨੰਬਰ ਡੀ ਆਏਗਾ ਰਾਜੇ ਹਾਏ ਕਿਹਾ ਨਵਾਂ ਪ੍ਰਿੰਟ ਹੈ ਮੁੜ ਮੁੜ ਕੇ ਵੇਖਣ ਨੂੰ ਜੀ ਕਰਦਾ ਹੈ ਤਾਂ ਓਬਵੀਅਸ ਜੀ ਗੱਲ ਕੁੜੀਆਂ ਵੋਇਸ ਦਾ ਬਸ ਇੱਕ ਮਿੰਟ ਚੂਜ਼ ਕਰ ਲੈਂਦੇ ਨਾ ਕੁੜੀਆਂ ਹੀ ਹੁੰਦੀਆਂ ਜਿਹੜੇ ਇੰਨਾ ਟਾਈਮ ਲਗਾਉਂਦੀਆਂ ਨੇ ਨੈਕਸਟ ਕੁਐਸਚਨ ਦੱਸੋ ਰਾਜੇ ਹੇਠ ਲਿਖੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਲਗਾ ਕੇ ਸਹੀ ਚੁਣੋ ਹੁਣ ਕਰੋ ਬੱਚੇ ਆਂਸਰ ਹੁਣ ਆਂਸਰ ਕਰੋ ਕੌਣ ਸਹੀ ਕਰੇਗਾ ਹੁਣ ਆਂਸਰ ਕਰੋ ਬੱਚੇ ਕੌਣ ਆਂਸਰ ਸਹੀ ਕਰੇਗਾ ਆਂਸਰ ਕਰੋ ਬੱਚੇ ਆਂਸਰ ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ ਕੀ ਆਏਗਾ ਆਪਣਾ ਕਿਉਂਕਿ ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ ਆਂਸਰ ਕੀ ਆਏਗਾ ਨੈਕਸਟ ਕੁਐਸਚਨ ਦਾ ਆਂਸਰ ਕੀ ਆਏਗਾ ਰਾਜੇ ਆਲ ਰੋਂਗ ਨੇ ਨੈਕਸਟ ਕੁਐਸਚਨ ਦਾ ਆਂਸਰ ਕੀ ਆਏਗਾ ਬੱਚੇ ਆਲ ਰੋਂਗ ਨੇ ਕਿਉਂ ਰੋਂਗ ਨੇ ਦੇਖੋ ਅਗਰ ਆਪਣਾ ਇੱਥੇ ਮੈਂ ਡਬਲ ਕੌਮੇ ਲਗਾ ਦਿੰਦੀ ਨਾ ਤਾਂ ਆਪਸ਼ਨ ਨੰਬਰ ਆਉਣਾ ਸੀ ਆਪਣਾ ਡੀ ਆਉਣਾ ਸੀ ਤਾਂ ਆਪਸ਼ਨ ਕੀ ਆਉਣਾ ਸੀ ਬੱਚੇ ਡੀ ਆਉਣਾ ਸੀ ਸਾਰੇ ਦੇ ਸਾਰੇ ਹੀ ਗਲਤ ਨੇ ਠੀਕ ਆ ਬੱਲੇ ਫਿਰ ਆਪਾਂ ਵਿਸ਼ਰਾਮ ਚਿੰਨ੍ਹ ਓਬੀਅਸ ਜੀ ਅਗਰ ਆਪਾਂ ਹੈਰਾਨ ਹੋ ਰਹੇ ਨਾ ਵੀ ਬੱਲੇ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰ ਦਿੱਤੀ ਆ ਆਪਾਂ ਕਹਿੰਦੇ ਬੱਲੇ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰ ਦਿੱਤੀ ਆ ਆਲ ਰੋਂਗ ਨੇ ਬੱਚੇ ਬਟ ਅਗਰ ਇੱਥੇ ਸਟਾਰਟਿੰਗ ਦੇ ਵਿੱਚ ਡਬਲ ਕੌਮੇ ਐਂਡ ਦੇ ਵਿੱਚ ਡਬਲ ਕੌਮੇ ਹੁੰਦੇ ਤਾਂ ਆਪਣਾ ਆਂਸਰ ਬਿਲਕੁਲ ਸਹੀ ਹੋਣਾ ਸੀ ਕਲੀਅਰ ਬੱਚੇ ਨੈਕਸਟ ਕੁਐਸਚਨ ਦੇਖੋ
ਹੇਠ ਲਿਖੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਲਗਾ ਕੇ ਸਹੀ ਚੁਣੋ। ਹੁਣ ਦੇਖਦੇ ਹਾਂ ਕੌਣ ਬੱਚਾ ਆਂਸਰ ਸਹੀ ਕਰ ਰਿਹਾ ਆਪਣੇ ਨੈਕਸਟ ਕੁਐਸਚਨ ਦਾ। ਨੈਕਸਟ ਕੁਐਸਚਨ ਦਾ ਦੇਖਦੇ ਹਾਂ ਕੀ, ਹਾਲੇ ਤਾਂ ਕੁਐਸਚਨ ਹੈਗੇ ਨੇ ਬੱਚੇ, ਹਾਲੇ ਤਾਂ ਇਹ ਕੁਐਸਚਨ ਕੁਛ ਵੀ ਨਹੀਂ ਹੈਗੇ, ਹਾਲੇ ਤਾਂ ਕੁਐਸਚਨ ਹੈਗੇ ਨੇ, ਹਾਲੇ ਤਾਂ ਤੁਸੀਂ ਦੇਖੋ ਸਹੀ ਅੱਗੇ ਦੀ ਅੱਗੇ। ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਜਲਦੀ ਆਂਸਰ ਕਰੋ ਨੈਕਸਟ ਕੁਐਸਚਨ। ਮੇਰੇ ਅਕੋਰਡਿੰਗ ਨਾ ਅਗਰ ਤੁਸੀਂ ਕੁਐਸਚਨ ਗਲਤ ਕਰ ਸਕਦੇ ਹੋ, ਮਤਲਬ ਮੇਰੇ ਅਕੋਰਡਿੰਗ, ਤਾਂ ਇਹ ਵਿਸ਼ਰਾਮ ਚਿੰਨ੍ਹ ਹੀ ਆ, ਕਿਉਂਕਿ ਆਪਾਂ ਤਾਂ ਆਪਸ਼ਨ ਵਿੱਚ ਕਿਉਂ ਹੱਦ ਹੋ ਗਈ ਯਾਰ ਮਮਤਾ, ਤਾਂ ਮੇਰਾ ਪੜ੍ਹਾਉਣ ਦਾ ਤਰੀਕਾ ਅਲੱਗ ਹੈ। ਇਵਨ ਤੁਸੀਂ ਐਪ ਦੇ ਵਿੱਚ ਵੀ ਦੇਖੋ, ਮੈਂ ਉਹਨੂੰ ਆਪਸ਼ਨ ਹੀ, ਮੇਰਾ ਇੱਕ ਮੋਟਿਵ ਹੁੰਦਾ ਵੀ ਆਪਾਂ ਨੂੰ ਚੀਜ਼ ਦਿਮਾਗ ਦੇ ਵਿੱਚ ਰਹੇ ਯਾਦ, ਠੀਕ ਹੈ ਵੀ ਇਹ ਚੀਜ਼ ਇੱਦਾਂ ਹੋਣੀ ਚਾਹੀਦੀ ਆ। ਅਗਰ ਮੈਂ ਡਾਇਰੈਕਟ ਹੀ ਦੱਸਦਾ ਤਾਂ ਫਿਰ ਤਾਂ ਸਿੱਧਾ ਕੀ ਰੱਟਾ ਹੋ ਗਿਆ, ਰੱਟਾ ਤਾਂ ਫਿਰ ਬੁੱਕਸ 'ਤੇ ਪਿਆ ਮਾਰ ਲਓ ਕਿੰਨਾ ਮਰਜ਼ੀ ਕਰ ਲਓ, ਠੀਕ ਹੈ। ਚੀਜ਼ਾਂ ਆਪਾਂ ਨੂੰ ਰੱਟਣੀਆਂ ਨਹੀਂ ਹੈਗੀਆਂ, ਆਪਾਂ ਨੇ ਚੀਜ਼ਾਂ ਸਮਝਣੀਆਂ ਨੇ, ਸਮਝ ਕੇ ਆਂਸਰ ਕਰੀਦਾ ਹੁੰਦਾ ਹਮੇਸ਼ਾ। ਤਾਂ ਮੇਰੇ ਆਪਸ਼ਨਸ ਇੱਦਾਂ ਹੀ ਨੇ ਸਾਰੇ, ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ ਰਾਜੇ। ਹਾਏ ਪਹਿਲਾਂ ਰੁਕਾਂਗੇ, ਵਿਸਮਕ ਚਿੰਨ੍ਹ ਲੱਗੇਗਾ, ਆਪਾਂ ਹੈਰਾਨ ਹੋ ਰਿਹਾ, ਮੈਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰਾ ਆਇਆ ਹੈ। ਕਲੀਅਰ ਬੱਚੇ, ਸਟਾਰਟਿੰਗ ਦੇ ਵਿੱਚ ਵੀ ਡਬਲ ਕੌਮੇ ਐਂਡ ਐਂਡ ਦੇ ਵਿੱਚ ਵੀ। ਆਹ ਕੁਐਸਚਨ ਦੇਖਦੇ ਹਾਂ, ਆਹ ਕੁਐਸਚਨ ਦੇਖਦੇ ਹਾਂ ਕਿਹੜਾ ਬੱਚਾ ਆਂਸਰ ਸਹੀ ਕਰਦਾ ਆਪਣੇ ਇਸ ਕੁਐਸਚਨ ਦਾ। ਕਿਸ ਉੱਗੇ ਪੰਜਾਬੀ ਲੇਖਕ ਨੇ ਅਨਸਟਰੰਗ ਬੀਟਸ, ਵੈਰੀ ਵੈਰੀ ਇੰਪੋਰਟੈਂਟ ਯਾਰ, ਵੈਰੀ ਵੈਰੀ ਇੰਪੋਰਟੈਂਟ ਰਚਨਾ ਲਿਖੀ ਹੈ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ। ਅਗਰ ਮੈਂ ਸਹੀ ਦੱਸ ਹੀ ਦਿੱਤਾ ਫਿਰ ਫਾਇਦਾ ਕੀ ਤੁਹਾਡਾ ਕਲਾਸ ਲਗਾਈ ਦਾ, ਕਲਾਸ ਉਹ ਹੁੰਦੀ ਤੁਹਾਨੂੰ ਕੁਛ ਸਿੱਖਣ ਨੂੰ ਮਿਲੇ, ਠੀਕ ਆ। ਆਪਸ਼ਨ ਤਾਂ ਮੈਂ ਸੋ ਈਜ਼ੀਲੀ ਆਊਂਗੀ, ਫਿਰ ਉਹਦਾ ਕੀ ਫਾਇਦਾ ਹੋਇਆ, ਚੀਜ਼ਾਂ ਯਾਦ ਕਰੀਦੀਆਂ ਹੁੰਦੀਆਂ ਨੇ, ਰੱਟਾ ਨਹੀਂ ਮਾਰੀਦਾ ਹੁੰਦਾ, ਸਮਝ ਕੇ ਕਰੀਦਾ ਚੀਜ਼। ਆ ਬੀ ਆਂਸਰ ਕੌਣ ਕਰ ਰਿਹਾ ਹੁਣ, ਹਾਏ ਰੱਬਾ ਮੇਰਿਆ, ਪਤਾ ਨਹੀਂ ਕੀ ਬਣੇਗਾ ਤੁਹਾਡਾ। ਬੀ ਡੀ, ਹੁਣ ਤੁਹਾਡੇ ਸਟੋਪ ਹੋ ਗਏ ਨਾ ਸਾਰੇ, ਸਾਰੇ ਸਟੋਪ ਹੋ ਗਏ, ਬੀ ਡੀ ਬੀ ਡੀ ਬੀ ਡੀ ਯਾਰ ਕਿਆ ਕਹਿੰਦੇ ਆ, ਯਾਰ ਕਿਆ ਕਹਿੰਦੇ ਆ, ਤੁਹਾਡੇ ਮੂੰਹ ਨਾ ਬਣਾਇਆ ਕਰੋ, ਠੀਕ ਆ, ਮੋਜੀ ਨਾ ਭੇਜਿਆ ਕਰੋ, ਆਂਸਰ ਕਰਿਆ ਕਰੋ, ਆਂਸਰ ਕਰਿਆ ਕਰੋ ਵੀ ਆਂਸਰ ਹੈਗਾ ਕੀ ਆ, ਕੀ ਆਂਸਰ ਆ ਵੈਸੇ ਆਪਣੇ ਪੂਰਨ ਸਿੰਘ, ਉਹ ਪੂਰਨਾ ਤੇਰੇ ਖੁੱਲ੍ਹੇ ਖੁੱਲ੍ਹੇ ਕੰਮ ਮੈਂ ਕਰਵਾਈ ਹੋਈ ਹੈ ਕਿ ਟ੍ਰਿਕ ਨਹੀਂ ਕਰਵਾਈ ਹੋਈ ਹੈਗੀ, ਚਾਰ ਇਹਦੇ ਮੈਂ ਇੰਗਲਿਸ਼ ਵਰਕ ਕਰਵਾਏ ਹੋਏ ਹੈਗੇ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ, ਫਿਰ ਵੀ ਤੁਸੀਂ ਆਂਸਰ ਗਲਤ ਕਰ ਰਹੇ ਹੋ ਰਾਜੇ। ਮੈਨੂੰ ਦੱਸਿਓ ਕਿਹੜੇ ਹੈਗੇ ਨੇ ਟੈਗੋਰ ਬੋਲਦੇ ਹੈਗੇ ਆ, ਕਰਵਾਇਆ ਕਿ ਨਹੀਂ ਕਰਵਾਇਆ ਹੈਗਾ, ਨਾਟਕਾਂ ਦਾ ਬਾਦਸ਼ਾਹ ਬੋਲਦੇ ਆ ਆਪਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ, ਠੀਕ ਆ। ਇਹ ਤਿੰਨ ਕੰਮ ਨੇ, ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਅਸਮਾਨੀ ਰੰਗ, ਖੁੱਲ੍ਹੇ ਲੇਖ ਹੋ ਗਿਆ ਬੱਚੇ, ਪੂਰਨ ਨਾਥ ਜੋਗੀ ਹੋ ਗਿਆ, ਆਹ ਤਿੰਨ ਇੰਗਲਿਸ਼ ਵਰਕ ਹੋ ਗਏ, ਦਾ ਸਿਸਟਰਸ ਆਫ ਸਪਿਨਿੰਗ ਵੀਲ, ਦ ਸਪਿਰਿਟ ਆਫ ਓਰੀਐਂਟਲ ਪੋਇਟਰੀ, ਅਨਸਟਿੰਗ ਬੀਡਸ, ਦ ਸੈਵਨ ਕੈਸਕੇਟ ਆਫ ਪ੍ਰੋਜ਼ ਪੋਇਮ। ਹੁਣ ਦੱਸੋ ਆਂਸਰ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ। ਨੈਕਸਟ ਕੁਐਸਚਨ ਦੇਖੋ, ਅੱਠ ਅੱਠ ਮਾਰਗ ਮੁਹਾਵਰੇ ਦਾ ਕੀ ਅਰਥ ਹੈ। ਮੈਮ ਤੁਸੀਂ ਇੱਕ ਆਪਸ਼ਨ ਸਹੀ ਦਿਆ ਕਰੋ, ਕਿਉਂ ਗੁੱਡ ਟੀਚ ਮੈਂ ਸੁਲੱਖਣ ਸਿੰਘ ਹੱਦ ਹੋ ਗਈ ਬੱਚੇ, ਤੁਹਾਨੂੰ ਕੀ ਆਏਗਾ, ਮੇਰਾ ਇਹੀ ਤਰੀਕਾ ਪੜ੍ਹਾਉਣ ਦਾ, ਮੇਰਾ ਥੋੜ੍ਹਾ ਜਿਹਾ ਇੱਦਾਂ ਹੀ ਤਰੀਕਾ। ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਸਾਰੇ ਜਾਣੇ, ਅੱਠ ਅੱਠ ਮੁਹਾਵਰੇ ਦਾ ਅਰਥ ਦੱਸੋ ਬੱਚੇ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਆਂਸਰ ਕਰੋ ਜੀ। ਮੈਂ ਫਿਰ ਤੋਂ ਦੱਸ ਦੇਵਾਂ ਬੱਚੇ, 2 ਵਜੇ ਨਾ ਆਪਣੀ ਰੈਗੂਲਰ ਕਲਾਸ ਹੁੰਦੀ ਹੈ, ਤਾਂ ਅੱਜ ਹੈਗੀ ਹੈ ਮੈਰਾਥਨ, ਵੈਸੇ ਤਾਂ 5 ਵਜੇ ਹੁੰਦੀ ਹੈ ਆਪਣੀ ਕਲਾਸ GK MCQ, ਠੀਕ ਹੈ ਰਾਜੇ। ਨਹੀਂ ਨਹੀਂ PDF ਨਹੀਂ ਮਿਲੇਗੀ ਬੱਚੇ, ਫਿਲਹਾਲ ਦੀ ਘੜੀ PDF ਨਹੀਂ ਮਿਲੇਗੀ। PDF ਹੁਣ ਮੈਂ ਦੇਖਦੀ ਹਾਂ ਵੀ ਦੇਊਂਗੀ ਜਾਂ ਨਹੀਂ ਦੇਊਂਗੀ, ਪਹਿਲਾਂ ਥੋੜ੍ਹਾ ਜਿਹਾ ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ, ਥੋੜ੍ਹਾ ਜਿਹਾ ਨਾ ਬੋਲਣਾ ਸਿੱਖ ਲਓ ਪਹਿਲਾਂ, ਠੀਕ ਹੈ ਰਾਜੇ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਦੇਖਦੇ ਕੌਣ, ਇਹ ਪਤਾ ਜਿਹੜੇ ਬੱਚੇ ਨੇ 2 ਵਜੇ ਵਾਲੀ ਕਲਾਸ ਲਗਾਈ ਆ ਉਸਦਾ ਆਂਸਰ ਸਹੀ ਹੋਏਗਾ, ਹੋਰ ਕਿਸੇ ਦਾ ਆਂਸਰ ਸਹੀ ਨਹੀਂ ਹੋਏਗਾ। ਏ ਕਿਆ ਬਾਤ ਆ, ਕਿਆ ਬਾਤ ਆ, ਰਵਿੰਦਰ, ਸੌਰਵ, ਸੁਲੱਖਣ, ਰਵਿਤਾ ਹੋ ਗਈ, ਸੰਦੀਪ, ਠੀਕ ਆ, ਸ਼੍ਰੀ ਗਣੇਸ਼, ਪਵਨ, ਰੁਪਿੰਦਰ, ਕੀਰਤ, ਗਗਨ,
ਨਵਦੀਪ ਵੈਰੀ ਗੁੱਡ ਬੱਚੇ, ਸਭ ਦੇ ਆਨਸਰ ਸਹੀ ਹੈ। ਠੀਕ ਆ, ਨੈਕਸਟ ਕੁਐਸਚਨ ਦੇਖੋ, ਆਹ ਥੋੜ੍ਹਾ ਜਿਹਾ ਮੈਂ ਲਿਖਤਾ, ਠੀਕ ਆ, ਮੈਂ ਸਾਰਿਆਂ ਦੇ ਅਰਥ ਲਿਖ ਦਿੱਤੇ ਨੇ, ਜਿਹੜੀਆਂ ਜਿਹੜੀਆਂ ਆਪਸ਼ਨ ਸੀਗੀਆਂ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਰਾਜੇ, ਸਾਰੇ ਦੇ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਹੁਣ ਸਹੀ ਮੁਹਾਵਰੇ ਦਾ ਜੋੜ ਚੁਣੋ। ਲਓ ਰਾਜੇ, ਇਹ ਮੁਹਾਵਰਾ ਦਿੱਤਾ ਹੋਇਆ ਮੈਂ, ਠੀਕ ਆ, ਇਹ ਉਹਦਾ ਅਰਥ ਹੈਗਾ। ਹੁਣ ਦੱਸੋ ਇਹਦੇ ਵਿੱਚੋਂ ਕਿਹੜਾ ਸਹੀ ਮੁਹਾਵਰਾ ਹੈ, ਕਿਹੜਾ ਸਹੀ ਮੁਹਾਵਰਾ ਹੈ ਬੱਚੇ, ਆਨਸਰ ਦਿਓ। ਨੈਕਸਟ ਕੁਐਸਚਨ ਦਾ ਆਨਸਰ ਦਿਓ, ਨੈਕਸਟ ਕੁਐਸਚਨ ਦਾ ਆਨਸਰ ਦਿਓ। ਇੱਕ ਜਿਹੜੇ ਬੱਚਿਆਂ ਦਾ ਨਾਮ ਕਈ ਵਾਰ ਨਹੀਂ ਬੋਲਿਆ ਜਾਂਦਾ, ਸੌਰੀ, ਬਿਕੋਜ਼ ਕਮੈਂਟ ਹੀ ਇੰਨੇ ਫਾਸਟ ਹੋ ਜਾਂਦੇ ਹੈਗੇ ਨੇ, ਠੀਕ ਆ, ਕਮੈਂਟ ਇੰਨੇ ਫਾਸਟ ਹੋ ਜਾਂਦੇ ਹੈਗੇ ਨੇ, ਫਿਰ ਨਾਮ ਅੱਗੇ ਪਿੱਛੇ ਹੋ ਜਾਂਦੇ ਨੇ। ਚਲੋ ਆਨਸਰ ਕਰੋ, ਆਨਸਰ ਕਰੋ, ਕਿਹੜਾ ਮੁਹਾਵਰੇ ਦਾ ਜੋੜ ਸਹੀ ਚੁਣੋ ਬੱਚੇ, ਧਿਆਨ ਨਾਲ ਆਨਸਰ ਕਰਿਓ, ਧਿਆਨ ਦੇ ਨਾਲ ਆਨਸਰ ਕਰਿਓ। ਜਸਵੀਰ ਏ, ਪੁਸ਼ਪਿੰਦਰ ਸੀ, ਫਤਿਹ ਏ, ਨਵਦੀਪ ਸ਼ਰਮਾ ਬੀ, ਕਿਆ ਬਾਤ, ਆਨਸਰ ਗਲਤ ਆ, ਆਨਸਰ ਕੀ ਆ, ਓਪਨ ਅਰਨਡ ਪੋਇਮ ਲਿਖਣ ਵਾਲੇ ਫਸਟ ਪੋਇਮ। ਬੀ ਸੀ, ਬੀ ਸੀ, ਸੀ ਬੀ ਸੀ, ਸੋਚ ਲਓ, ਹਲੇ ਵੀ ਸੋਚ ਲਓ, ਥੋੜ੍ਹਾ ਟਾਈਮ ਤੁਹਾਨੂੰ ਦੇ ਰਹੇ ਹਾਂ, ਥੋੜ੍ਹਾ ਜਿਹਾ ਸੋਚ ਲਓ, ਥੋੜ੍ਹਾ ਜਿਹਾ ਸੋਚ ਲਓ। ਆਲ ਕਰੈਕਟ, ਬਸ ਫਿਰ ਮੈਨੂੰ ਕਹਿੰਦੇ, ਹੁਣ ਤਾਂ ਮੈਂ ਕਰੈਕਟ ਆਪਸ਼ਨ ਦਿੱਤੀਆਂ ਸੀ, ਜਿਹੜੇ ਬੱਚੇ ਕਹਿ ਰਹੇ ਸੀ ਮੈਮ ਇੱਕ ਆਪਸ਼ਨ ਸਹੀ ਦਿਆ ਕਰੋ ਮੈਮ, ਹੁਣ ਤੁਸੀਂ ਆਪ ਸੋਚੋ ਤੁਹਾਡੀ ਤਿਆਰੀ ਕਿੰਨੀ ਕੁ ਆ, ਮੈਨੂੰ ਦੱਸਿਓ, ਮੈਨੂੰ ਨਾ ਬਲੇਮ ਕਰਿਆ ਕਰੋ, ਆਪ ਸੋਚੋ ਵੀ ਤੁਹਾਡੀ ਤਿਆਰੀ ਕਿੰਨੀ ਕੁ ਹੈਗੀ ਆ। 70 ਜਾਣਾ ਮੀਨਸ ਸਹਿਮ ਜਾਣਾ, ਬਿਲਕੁਲ ਸਹਿਮ ਜਾਣਾ, ਜਿੱਦਾਂ ਤੁਸੀਂ ਮੇਰੇ ਕੁਐਸਚਨ ਦੇਖ ਕੇ ਥੋੜ੍ਹਾ ਸਹਿਮ ਰਹੇ ਹੋ ਅੱਜ, ਠੀਕ ਆ, 60-70 ਹੋਣਾ ਤਾਂ ਬਿਲਕੁਲ ਸਹੀ, ਓਬਵੀਅਸ ਜੀ ਗੱਲ, ਜਦੋਂ ਬੁਰੇ ਦਿਨ ਆਉਂਦੇ ਹੈਗੇ ਨੇ, ਠੀਕ ਹੈ ਰਾਜੇ, ਸਿਰੋ ਨੰਗੀ ਹੋਣਾ, ਓਬਵੀਅਸ ਜੀ ਗੱਲ, ਬਿਲਕੁਲ ਸਹੀ ਹੈ, ਵਿਧਵਾ ਹੋਣਾ ਬੱਚੇ, ਅਤੇ ਸਿਰ ਮੁੰਨਣਾ ਦਾ ਮਤਲਬ ਕੀ ਹੁੰਦਾ, ਧੋਖਾ ਦੇਣਾ, ਧੋਖਾ ਦੇਣਾ, ਠੀਕ ਹੈ ਰਾਜੇ। ਚਲੋ ਆਹ ਸਾਰੇ ਲਿਖਤੇ ਮੈਂ, ਆਹ ਦੇਖ ਲਓ ਸਾਰੇ ਦੇ ਸਾਰੇ ਮੈਂ ਲਿਖ ਦਿੱਤੇ ਨੇ। ਚਲੋ ਨੈਕਸਟ ਕੁਐਸਚਨ ਆਨਸਰ ਕਰੋ। ਲਓ ਫਿਰ ਸੇਮ ਉਹੀ ਆ, ਹੁਣ ਦੇਖਦੇ ਕਿਹੜਾ ਬੱਚਾ ਆਨਸਰ ਸਹੀ ਕਰਦਾ। ਹੁਣ ਇਹ ਨਾ ਹੋਵੇ ਵੀ ਹੁਣ ਵੀ ਆਲ ਕਰ ਦਿਓ ਚੱਕ ਕੇ, ਵੀ ਹਾਂ ਮੈਮ ਨੇ ਪਹਿਲਾਂ ਆਪਸ਼ਨ ਆਲ ਦਿੱਤਾ, ਦੇ ਇਹ ਵੀ ਆਲ ਚੱਕ ਦਿਓ, ਠੀਕ ਆ। ਹੁਣ ਆਨਸਰ ਦਿਓ, ਸਹੀ ਮੁਹਾਵਰੇ ਦਾ ਜੋੜ ਚੁਣੋ, ਦੇਖਦੇ ਹਾਂ, ਦੇਖਦੇ ਹਾਂ ਕੌਣ ਬੱਚਾ ਆਨਸਰ ਸਹੀ ਕਰਦਾ ਹੈ। ਚਲੋ ਚਲੋ ਆਨਸਰ ਕਰੋ, ਆਨਸਰ ਕਰੋ, ਕਿਉਂ ਨਹੀਂ ਬਣੀ ਗੱਲ, ਗੱਲ ਸਭ ਕੁਛ ਬਣੇਗੀ ਅਗਰ ਪੜ੍ਹੋਗੇ ਤਾਂ, ਅਗਰ ਪੜ੍ਹੋਗੇ ਨਾ ਤਾਂ ਹੀ ਗੱਲਾਂ ਬਣਨੀਆਂ, ਨਹੀਂ ਨਹੀਂ ਗੱਲਾਂ ਬਣਨ ਵਾਲੀਆਂ। ਓਕੇ ਜੀਵਨ ਸ਼ਰਮਾ, ਆਈ ਐਮ ਕੋਰੈਕਟ, ਓਕੇ ਜੀ, ਜਿਹੜੇ ਬੱਚਿਆਂ ਨਾਮ ਨਹੀਂ ਲਿਆ ਜਾਂਦਾ ਨਾ, ਸੌਰੀ ਬੱਚੇ, ਕੋਜ਼ ਕਈ ਵਾਰ ਨਾ ਕਮੈਂਟ ਫਾਸਟ ਹੋ ਜਾਂਦੇ ਨੇ, ਠੀਕ ਆ ਜੀ, ਤਾਂ ਆਨਸਰ ਕਰੋ, ਆਨਸਰ, ਆਨਸਰ ਲਓ, ਲਓ ਸਾਈਡ ਹੀ ਆ ਬੱਚੇ, ਤੁਸੀਂ ਆਨਸਰ ਕਰਨ ਵਾਲੇ ਬਣੋ, ਸੋਚ ਲਓ, ਹਲੇ ਵੀ ਸੋਚ ਲਓ, ਹਲੇ ਵੀ ਸੋਚ ਲਓ ਕੀ ਆਨਸਰ ਆਏਗਾ। ਆਲ 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 ਤਾਂ ਆਨਸਰ ਕੀ ਆਏਗਾ, ਆਲ ਕਰੈਕਟ, ਆਨਸਰ ਕੀ ਆਏਗਾ ਆਪਣਾ, ਆਲ ਕਰੈਕਟ, ਵੈਰੀ ਗੁੱਡ ਬੱਚੇ, ਵੈਰੀ ਗੁੱਡ, ਕਿਆ ਫਿਰ ਵੀ ਇੱਕ ਬੱਚੇ ਦਾ ਆਨਸਰ ਆ ਗਿਆ ਏ ਡੀ, ਕਿਆ ਬਾਤ ਆ, ਏ ਡੀ ਆ ਗਿਆ ਇੱਕ ਬੱਚੇ ਦਾ, ਫਿਰ ਵੀ ਆਨਸਰ ਸ਼੍ਰੀ ਗਣੇਸ਼ ਦਾ ਕੀ ਆ ਗਿਆ, ਏ ਡੀ ਆਨਸਰ ਆ ਗਿਆ, ਕਿਆ ਪੈਰਾਂ ਵਿੱਚ, ਠੀਕ ਆ, ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਕਾਫੀ ਵਾਰ ਰਿਪੀਟ ਹੋਇਆ ਹੈਗਾ ਰਾਜੇ, ਠੀਕ ਆ, ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ, ਆਪਣਾ ਲਗਾਖਰ, ਦੁੱਤ ਅੱਖਰ ਹੋ ਗਏ, ਮੁਕਤਾ ਹੋ ਗਏ, ਜਾਂ ਫਿਰ ਆਪਣੇ ਵਰਨ ਹੋ ਗਏ, ਆਨਸਰ ਕਰੋ ਨੈਕਸਟ ਕੁਐਸਚਨ ਦਾ। ਮੈਂ ਪਾਣੀ ਪੀ ਲਾਂ 2 ਮਿੰਟ। ਓ ਸੋ ਈਜ਼ੀ, ਸੋ ਈਜ਼ੀ ਬੱਚੇ, ਦੁੱਤ ਅੱਖਰ ਬੋਲਦੇ ਆ, 3 ਦੁੱਤ ਅੱਖਰ ਨੇ, ਹਾ ਹਾ, ਰਾ ਰਾ ਤੇ ਵਾ ਵਾ, ਲਗਾਖਰ 3 ਨੇ, ਬਿੰਦੀ, ਠੀਕ ਆ, ਆਪਣੀ ਟਿੱਪੀ ਹੋ ਗਈ, ਤੇ ਬੱਚੇ ਆਪਣਾ ਅੱਧਕ। ਹੁਣ ਇਹ ਕੀ ਮਤਲਬ, ਜਿਹੜੇ ਪੈਰ 'ਚ ਪੈਂਦੇ ਨੇ, ਹੁਣ ਜਿੱਦਾਂ ਮੇਰਾ ਨਾਮ ਲੈ ਲਓ, ਮਨਪ੍ਰੀਤ, ਮਨਪ੍ਰੀਤ ਹੋ ਗਿਆ ਨਾ, ਸਵਰ ਹੋ ਗਿਆ, ਠੀਕ ਆ, ਜਿਹੜੇ ਪੈਰ 'ਚ ਪੈਂਦੇ ਹੈਗੇ ਨੇ, ਹਾ ਹਾ, ਰਾ ਰਾ ਤੇ
ਵਾਵਾ ਹੁਣ ਹਾਹੇ ਦਾ ਵੀ ਦੱਸ ਦੋ ਕਿ ਅਗਰ ਵਰਡ ਪਤਾ ਹੈਗਾ ਤਾਂ ਤੁਹਾਨੂੰ। ਠੀਕ ਹੈ ਰਾਜੇ, ਹਾਹਾ ਰਾਰਾ ਵਾਵਾ ਤਿੰਨ ਦੋ ਅੱਖਰ ਹੈਗੇ ਨੇ ਜਿਹੜੇ ਕਿ ਆਪਣੇ ਪੈਰ ਦੇ ਵਿੱਚ ਪੈਂਦੇ ਨੇ, ਤਾਂ ਆਪਸ਼ਨ ਨੰਬਰ 2 ਸਹੀ ਹੈ ਬੱਚੇ। ਫਾਇਦਾ ਸ਼ਬਦ ਸ਼ੁੱਧ ਕਰੋ। ਲਓ ਨੈਕਸਟ ਕੁਐਸਚਨ ਕਰੋ। ਸੋ ਈਜ਼ੀ ਕੁਐਸਚਨ ਬੱਚੇ, ਬਹੁਤ ਹੀ ਈਜ਼ੀ ਕੁਐਸਚਨ ਹੈ। ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਤੇ ਆਪਣੇ ਸੈਸ਼ਨ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ। ਮੈਨੂੰ ਲੱਗਦਾ ਮੈਨੂੰ ਕਹਿਣਾ ਪਊ ਦੁਬਾਰਾ, ਮੈਨੂੰ ਲੱਗਦਾ ਨਹੀਂ ਹੈਗਾ, ਆਪਣੇ ਆਪ ਹੀ ਰਾਜੇ ਆਪਣੇ ਆਪ ਹੀ ਸੈਸ਼ਨ ਨੂੰ ਲਾਈਕ ਸ਼ੇਅਰ ਕਰ ਦਿਓ। ਠੀਕ ਆ, ਚਲੋ ਸੋ ਈਜ਼ੀ, ਸੋ ਈਜ਼ੀ ਕਿੱਦਾਂ ਪਏਗਾ ਆਪਣਾ। ਮੈਂ ਸੋਚਿਆ ਇੱਕ ਅੱਧਾ ਕੁਐਸਚਨ ਸਹੀ ਸੌਖਾ ਵੀ ਲਿਆਈ, ਇਹਨਾਂ ਨੇ ਐਵੇਂ ਡਰੀ ਨਾ ਜਾਓ ਵੀ ਯਾਰ ਇੰਨੇ ਟਫ ਕੁਐਸਚਨ ਹੈਗੇ ਨੇ, ਪੱਕਾ ਗਲਤ ਕਰੋਗੇ ਆਹ ਕੁਐਸਚਨ, ਪੱਕਾ ਗਲਤ ਕਰੋਗੇ। ਹੁਣ ਕਰੋ ਆਨਸਰ, ਹੁਣ ਕਰੋ ਆਨਸਰ। ਅਸ਼ੁੱਧ ਅਸ਼ੁੱਧ ਪੱਕਾ ਆਨਸਰ ਗਲਤ ਕਰੋਗੇ। ਹੁਣ ਦੇਖਦੇ ਹਾਂ ਕਿਹੜਾ ਬੱਚਾ ਆਨਸਰ ਸਹੀ ਕਰਦਾ ਆਪਣੇ ਇਸ ਕੁਐਸਚਨ ਦਾ। ਆਨਸਰ ਕਰੋ ਜੀ, ਨੈਕਸਟ ਕੁਐਸਚਨ ਦਾ ਆਨਸਰ ਕਰੋ। ਏ ਏ ਏ ਸੀ ਡੀ, ਏ ਬੀ ਸੀ ਡੀ, ਏ ਬੀ ਸੀ ਡੀ, ਏ ਬੀ ਸੀ ਡੀ, ਕਿਸਦਾ ਆਨਸਰ ਕਰ ਰਹੇ ਹੋ ਹੁਣ? ਫਾਇਦਾ, ਬਿੰਦੀ ਬਿੰਦੀ ਪੈਂਦੀ ਹੈ ਪੈਰ 'ਚ, ਚਲੋ ਦੇਖਦੇ ਹਾਂ, ਬਟ ਫਿਲਹਾਲ ਤਾਂ ਇਸ ਕੁਐਸਚਨ ਦਾ ਆਨਸਰ ਕਰੋ। ਇਹ ਰਾਜੇ ਨਾ ਕੁਛ ਆਪਣੇ ਵਰਡਸ ਹੈਗੇ ਆ ਨਾ, ਕੁਛ ਵਰਡਸ ਹੈਗੇ ਜਿਹਨਾਂ ਨੂੰ ਆਪਾਂ ਇੱਦਾਂ ਲਿਖਦੇ ਹਾਂ, ਥੋੜ੍ਹਾ ਜਿਹਾ ਧਿਆਨ ਨਾਲ ਕਰਿਆ ਕਰੋ। ਠੀਕ ਹੈ, ਥੋੜ੍ਹਾ ਧਿਆਨ ਨਾਲ ਕਰੋ। ਆਲ ਹੀ ਕਰੈਕਟ ਹੈਗੇ ਨੇ, ਜਿੱਦਾਂ ਕਪਾਸ ਹੋ ਗਿਆ, ਕਪਾਸ ਨੂੰ ਆਪਾਂ ਕਪਾਹ ਬੋਲਦੇ ਹਾਂ, ਸ਼ੁੱਧ ਆਪਾਂ ਇੱਦਾਂ ਬੋਲਦੇ ਹਾਂ, ਕਈ ਵਾਰ ਮੀਨਸ ਆਪਾਂ ਬੋਲਣ ਦੇ ਵਿੱਚ ਇੱਦਾਂ ਕਰਦੇ ਹਾਂ, ਬਟ ਉਹਨੂੰ ਲਿਖਣ ਦੇ ਵਿੱਚ ਆਪਾਂ ਚੀਜ਼ ਅਲੱਗ ਹੁੰਦੀ ਆ। ਇਹ ਚੀਜ਼ ਆ ਜਿੱਦਾਂ ਆਪਾਂ 30 ਕਹਿ ਦਿੰਦੇ ਹਾਂ, ਹਾਂ ਵੀ 30 ਆ, ਬਟ ਰੀਅਲ ਦੇ ਵਿੱਚ ਕੀ ਉਹ 30 ਆ, ਰੀਅਲ ਦੇ ਵਿੱਚ ਕੀ ਆ ਬੱਚੇ ਉਹ 30 ਆ। ਜਿੱਦਾਂ ਆਪਾਂ ਘਾਸ ਹੋ ਗਿਆ, ਆਪਾਂ ਕਹਿੰਦੇ ਜੇ ਤੂੰ ਘਾਸ ਹੈ, ਜੇ ਤੂੰ ਘਾਸ ਹੈ, ਬਟ ਉਹਨੂੰ ਬੋਲਦੇ ਕਿੱਦਾਂ ਹੈਗੇ ਆ, ਉਹਨੂੰ ਘਾਹ ਬੋਲਦੇ ਆ। ਥੋੜ੍ਹੇ ਜਿਹੇ ਵੀ ਚੀਜ਼ਾਂ ਯਾਦ ਰੱਖਿਓ ਮਾਇੰਡ ਦੇ ਵਿੱਚ। ਠੀਕ ਆ ਰਾਜੇ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦੀ, ਮੈਂ ਕੋਈ ਵੀ ਚੀਜ਼ ਤੁਹਾਨੂੰ ਗਲਤ ਨਹੀਂ ਕਰਵਾਉਂਗੀ ਬੱਚੇ, ਬਿਕੋਜ਼ ਮੈਨੂੰ ਵੀ ਫਿਕਰ ਆ ਹੁਣ ਦੇਖੋ, ਬਿਕੋਜ਼ ਅਗਰ ਇਹ ਪੇਪਰ ਕਲੀਅਰ ਹੋਏਗਾ ਦੈਨ ਹੀ ਆਪਾਂ ਅੱਗੇ ਪੇਪਰ ਆਪਣੇ ਮਾਰਕਸ ਕਾਊਂਟ ਹੋਣਗੇ, ਅਦਰਵਾਈਜ਼ ਨਹੀਂ ਬੱਚੇ। ਤਾਂ ਸੋ ਯਕੀਨ ਰੱਖੋ। ਓਕੇ, ਉਹ ਦੁਬਾਰਾ ਫਿਰ ਆ ਗਿਆ ਇਹ ਚੀਜ਼। ਹੁਣ ਦੇਖੋ, ਹੁਣ ਕਰੋ ਆਨਸਰ, ਅਸ਼ੁੱਧ ਅਸ਼ੁੱਧ, ਅਸ਼ੁੱਧ ਐਂਡ ਸ਼ੁੱਧ। ਨੈਕਸਟ ਕੁਐਸਚਨ ਆਨਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ। ਵੀ ਗਲਤ ਹੈ ਜੀ, ਕੋਈ ਗਲਤ ਨਹੀਂ ਹੈਗਾ, ਕੋਈ ਗਲਤ ਨਹੀਂ ਹੈ, ਸਪੈਸ਼ਲ ਮੈਂ ਚੈੱਕ ਕੀਤੇ ਹੈਗੇ ਨੇ। ਠੀਕ ਆ, ਆਨਸਰ ਕਰੋ ਆਨਸਰ ਨੈਕਸਟ ਕੁਐਸਚਨ ਦਾ। ਜਿਹੜਾ ਕੁਐਸਚਨ ਮੈਨੂੰ ਲੱਗਦਾ ਨਾ ਵੀ ਮੇਰੇ ਤੋਂ ਗਲਤ ਹੋਇਆ, ਮੈਂ ਆਪਣੇ ਆਪ ਹੀ ਕਰੈਕਟ ਕਰਵਾਉਣੀ ਹੈਗੀ, ਇੱਕ ਵੀ ਚੀਜ਼ ਤੁਹਾਨੂੰ ਗਲਤ ਨਹੀਂ ਕਰਵਾਉਂਗੀ। ਹੁਣ ਕਰੋ ਆਨਸਰ, ਕਿਆ ਬਾਤ ਹੈ, ਏ ਬੀ ਏ ਬੀ। ਚਲੋ ਦੇਖਦੇ ਹਾਂ ਕੀ ਆਨਸਰ ਕਰ ਰਹੇ ਹੋ ਤੁਸੀਂ। ਮੈਂ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਇੱਕੋ ਵਾਰ, ਯਾਰ ਓਬੀਅਸ ਜੀ ਗੱਲ, ਜਦੋਂ ਹਰ ਇੱਕ ਪੇਪਰ 'ਚ ਲਾਗੂ ਹੋਇਆ ਤਾਂ ਹਰ ਇੱਕ 'ਚ ਹੋਏਗਾ, ਇੱਕ ਵਾਰ ਕਿਉਂ ਦੇਣਾ ਪਏਗਾ, ਇੱਕ ਵਾਰ ਕਿਉਂ ਦੇਣਾ ਪਏਗਾ। ਏ ਬੀ ਏ ਸੀ ਡੀ, ਏ ਸੀ ਡੀ, ਏ ਸੀ ਡੀ, ਕਿਆ ਬਾਤ ਆ, ਏ ਸੀ ਡੀ, ਦੇਖਦੇ ਹਾਂ। ਵੈਸੇ ਏ ਸੀ ਡੀ ਬੀ ਬੱਚੇ, ਆਨਸਰ ਕੀ ਹੈਗਾ, ਬੀ। ਵੈਰੀ ਗੁੱਡ ਹਬੰਸ ਕੰਬੋਜ ਬੱਚੇ, ਵੈਰੀ ਗੁੱਡ। ਬੀ ਕੀ ਆਪਣਾ ਗਲਤ ਹੈ, ਆਦਰਸ਼ ਇੱਦਾਂ ਨਹੀਂ ਪੈਂਦਾ, ਇੱਦਾਂ ਪੈਂਦਾ। ਠੀਕ ਆ, ਆਦਰਸ਼ ਇੱਦਾਂ ਨਹੀਂ ਪੈਂਦਾ, ਆਪਣਾ ਕਿੱਦਾਂ ਪੈਂਦਾ ਬੱਚੇ, ਇੱਦਾਂ ਪੈਂਦਾ। ਔਰ ਕਲੀਅਰ ਸਭ ਨੂੰ, ਬੀ ਆਨਸਰ ਆਏਗਾ ਬੱਚੇ, ਬੀ ਆਪਣਾ ਗਲਤ ਆ। ਠੀਕ ਆ, ਉਲਟ ਲਿਖਿਆ ਹੋਇਆ ਗਾ, ਮੈਂ ਉਹ ਇੱਦਾਂ ਆਉਣਾ ਸੀ। ਚਲੋ ਨੈਕਸਟ ਕੁਐਸਚਨ ਦਾ ਆਨਸਰ ਕਰੋ, ਪਤਾ ਨਹੀਂ ਤੁਹਾਨੂੰ ਇਹ ਲੱਗਦਾ ਇਹਦਾ ਆਨਸਰ ਦਿਖ ਗਿਆ। ਠੀਕ ਆ, ਆਨਸਰ ਕਰੋ ਨੈਕਸਟ ਕੁਐਸਚਨ ਦਾ ਬੱਚੇ, ਅਸ਼ੁੱਧ ਅਸ਼ੁੱਧ। ਹੁਣ ਕਰੋ ਆਨਸਰ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਨਸਰ ਕਰੋ ਜੀ।
ਜਿਹੜੇ ਬੱਚਿਆਂ ਨੂੰ ਸਮਝ ਨਹੀਂ ਆ ਰਹੇ ਨਾ ਕੁਐਸਚਨਜ਼, ਥਿਊਰੀ ਆ ਜਾਓ, ਥਿਊਰੀ ਦੇ ਵਿੱਚ ਪ੍ਰੋਪਰ ਚੀਜ਼ਾਂ ਸਮਝ ਆ ਜਾਣੀਆਂ, ਠੀਕ ਆ। ਇਹ ਹੈਗੀ ਆਪਣੀ MCQ ਕਲਾਸ। ਮੈਮ ਤੁਹਾਡੀ ਕਲਾਸ ਕਿੰਨੇ ਵਜੇ ਹੁੰਦੀ ਹੈ? ਨਿੰਮੋ ਕੌਰ ਜੀ, ਮੇਰੀਆਂ ਕਲਾਸਿਸ ਦਾ ਟਾਈਮ ਹੁੰਦਾ ਹੈਗਾ ਬੱਚੇ, ਮੇਰੀ ਕਲਾਸਿਸ ਦਾ ਟਾਈਮ ਹੁੰਦਾ ਹੈਗਾ 2 PM ਹੁੰਦੀ ਹੈਗੀ ਆਪਣੀ ਪੰਜਾਬੀ ਗ੍ਰਾਮਰ ਦੀ ਕਲਾਸ, ਤੇ ਆਪਣੀ 5 PM ਹੁੰਦੀ ਹੈਗੀ ਬੱਚੇ ਮੇਰੀ GK ਦੀ ਕਲਾਸ, ਠੀਕ ਹੈ। ਇੱਥੇ ਵੀ ਆਪਾਂ ਮਿਕਸ ਕੁਐਸਚਨਸ ਕਰ ਰਹੇ ਹੈਗੇ, ਪੋਲੀਟੀ, ਹਿਸਟਰੀ, ਜੋਗ੍ਰਾਫੀ, ਸਾਰੀ ਦੀ ਸਾਰੀ GK ਇੱਥੇ ਹੁੰਦੀ ਹੈਗੀ ਬੱਚੇ ਆਪਣੀ 2 PM ਪੰਜਾਬੀ ਦੀ ਕਲਾਸ, ਠੀਕ ਆ। ਲੱਭਿਆ ਕਿ ਦੱਸਿਆ, ਚਲੋ ਹੁਣੀ ਤਾਂ ਮੈਨੂੰ ਲੱਗਿਆ ਸੀ ਤੁਸੀਂ ਨਾ ਉਹ ਕਰੋਗੇ ADR ਰੋਂਗ ਬੱਚੇ, ANDR ਰੋਂਗ, ਠੀਕ ਆ। ਦੇਖੋ ਪਰਮੇਸ਼ਰ ਇੱਦਾਂ ਨਹੀਂ ਪੈਂਦਾ, ਇਹ ਇੱਧਰ ਆਏਗਾ, ਸੇਮ ਪਰਮਾਤਮਾ ਇੱਧਰ ਆਏਗਾ। ANDR ਕੀ ਹੈਗੇ ਬੱਚੇ? ਆਪਣੇ ਰੋਂਗ ਹੈਗੇ ਨੇ। ਕੀ ਨੇ ਬੱਚੇ? ਰੋਂਗ ਹੈਗੇ ਨੇ, ਠੀਕ ਆ। ANDR ਦੋਨੋਂ ਆਪਸ਼ਨ ਆਏਗਾ। ਨੈਕਸਟ ਕੁਐਸਚਨ ਦੇਖੋ, ਅ ਸ਼ਬਦ ਅਗੇਤਰ ਲਗਾ ਕਿਹੜੇ ਸ਼ਬਦ ਬਣਦੇ ਹਨ? ਹੁਣ ਦੇਖਦੇ ਹਾਂ ਕਿਹੜਾ ਬੱਚਾ ਆਂਸਰ ਸਹੀ ਕਰੇਗਾ। ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ। ਕਿਆ ਬਾਤ ਆ ਪੁਸ਼ਪਿੰਦਰ ਸਿੰਘ, ਵੈਰੀ ਗੁੱਡ ਬੱਚੇ। AD ਗਲਤ, BC ਸਹੀ, ਵੈਰੀ ਗੁੱਡ ਬੱਚੇ, ਖੁਸ਼ ਕਰਤਾ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਧਿਆਨ ਨਾਲ ਆਂਸਰ ਕਰਿਓ, ਠੀਕ ਆ। ਧਿਆਨ ਨਾਲ ਆਂਸਰ ਆਉਣਾ ਚਾਹੀਦਾ ਹਰ ਇੱਕ ਬੱਚੇ ਦਾ। ਅੱਛਾ ਜੀ, ਇਹਦਾ ਦੱਸਣਾ ਜੀ, ਹੁਣ ਧਿਆਨ ਨਾਲ ਆਂਸਰ ਕਰੋ ਬੱਚੇ। ਆੜਾ, ਇਕੱਲਾ ਆੜਾ ਸ਼ਬਦ ਅਗੇਤਰ ਲਗਾ ਕੇ ਕਿਹੜੇ ਸ਼ਬਦ ਬਣਦੇ ਹਨ? ਅਜਿੱਤ, ਅਟਲ ਹੋ ਗਿਆ, ਟੁੱਟ ਹੋ ਗਿਆ, ਜਾਂ ਫਿਰ ਆਪਣਾ ਅਪਮਾਨ ਹੋ ਗਿਆ ਬੱਚੇ। ਵੈਰੀ ਗੁੱਡ, ਆਂਸਰ ਕਰੋ ਨੈਕਸਟ ਕੁਐਸਚਨ ਦਾ। ਔਲ ਕਿਆ ਮਤਲਬ? ਹੱਦ ਹੋ ਗਈ ਜੀ, ਹੁਣ ਮੈਂ ਔਲ ਔਲ ਵਾਲੀ ਲੈ ਕੇ ਆਉਣ ਲੱਗੀ, ਇਟ ਮੀਨਸ ਔਲ ਆਂਸਰ ਹੋ ਗਿਆ, ਔਲ ਆਂਸਰ ਹੋ ਗਿਆ। ਮੈਨੂੰ ਦੱਸਿਓ ਹੁਣ ਛਿੱਤਰ ਪੈਣ ਵਾਲੇ ਹੋ ਤੁਹਾਡੇ, ਜਿਹੜੇ ਬੱਚਿਆਂ ਨੇ ABC ਆਂਸਰ ਦਿੱਤਾ, ਵੈਰੀ ਗੁੱਡ ਯਾਰ, ਖੁਸ਼ੀ ਕਰਤਾ ਯਾਰ ਤੁਸੀਂ। ਆਹ ਦੇਖੋ ਅਪਮਾਨ ਆ, ਠੀਕ ਆ। ਅਗਰ ਮੈਂ ਤੇ ਇਕੱਲਾ ਆੜਾ ਲੈ ਰਹੀ ਹਾਂ, ਮੈਂ ਤੁਹਾਨੂੰ ਕਿਹਾ ਸੀ ਅਗੇਤਰ ਪਿਛੇਤਰ ਉਹ ਵਰਡਸ ਹੁੰਦੇ ਹੈਗੇ ਨੇ ਵੀ ਉਹ ਵਰਡ ਲੱਗਣ ਤੋਂ ਬਾਅਦ ਐਂਡ ਵਾਲੇ ਵਰਡ ਜਿਹੜੇ ਅੱਖਰ ਬਚਦੇ ਨੇ ਕੋਈ ਨਾ ਕੋਈ ਮੀਨਿੰਗ ਬਣਨਾ ਚਾਹੀਦਾ। ਹੁਣ ਦੇਖੋ ਅਪਮਾਨ, ਠੀਕ ਆ, ਦੱਸੋ ਅਪਮਾਨ ਹੈ ਕੋਈ ਮੀਨਿੰਗ ਬਣਦਾ ਇਸਦਾ? ਮੈਨੂੰ ਦੱਸਿਓ ਜਿਹੜੇ ਬੱਚੇ ਔਲ ਆਂਸਰ ਕਰ ਰਹੇ ਨੇ, ਛਿੱਤਰ ਪੈਣ ਵਾਲੇ ਤੁਹਾਡੇ ਪੂਰੇ। ਹੁਣ ਹਾਏ ਰੱਬਾ, BCD ਸ਼ਰਮ ਕਰ ਲਓ, BCD ਮੈਂ ਹੁਣੀ ਸਮਝਾ ਰਹੀ ਹਾਂ। ਦੇਖੋ ਅਗਰ ਮੈਂ ਕਰ ਰਹੀ ਹਾਂ ਅਪ ਤੇ ਮਾਨ, ਤਾਂ ਮਾਨ ਕੁਛ ਨਾ ਕੁਛ ਮੀਨਿੰਗ ਬਣ ਰਿਹਾ ਹੈ ਉਸ ਚੀਜ਼ ਦਾ। ਫਿਰ ਤੁਸੀਂ ਮੈਨੂੰ ਕਹਿ ਦਿਓ ਹੱਦ ਹੋ, ਕੁਛ ਨਹੀਂ ਹੋ ਸਕਦਾ ਤੁਹਾਡਾ, ਕੁਛ ਵੀ ਨਹੀਂ ਹੋ ਸਕਦਾ, ਬਸ ABCD ਆਏਗਾ, ਠੀਕ ਆ। ਚਲੋ ਆਹ ਦੇਖ ਲਓ, ਮੈਂ ਲਿਖਤੇ ਨੇ ਆਹ ਪਏ ਅਪ, ਆਹ ਦੇਖ ਲਓ ਮੈਂ ਆਲੇ ਨਾਲ ਵੀ ਲਿਖਤੇ ਨੇ ਕਿਹੜੇ ਕਿਹੜੇ ਵਰਡ ਬਣਦੇ ਹੈਗੇ ਨੇ, ਤੇ ਅਪ ਨਾਲ ਵੀ ਲਿਖ ਦਿੱਤੇ ਨੇ। ਹੁਣ ਤੁਸੀਂ ਦੇਖੋ ਕਿੱਦਾਂ ਜਾਂ ਕਿੱਦਾਂ ਨਹੀਂ, ਕਲੀਅਰ ਸਭ ਨੂੰ? ਮਤਲਬ ਜਦੋਂ ਮਤਲਬ ਇੱਕ ਅੱਧੇ ਬੱਚੇ ਨੂੰ ਡਾਂਟ ਪੈਂਦੀ ਆ ਨਾ, ਫਿਰ ਬਹੁਤ ਹਾਸਾ ਆਉਂਦਾ ਨਾ ਤੁਹਾਨੂੰ ਵੀ, ਹਾਸੀ ਲਈਏ ਆਪਾਂ, ਸੋਰੀ ਮੈਮ ਉਹ ਗਲਤੀ ਨਾਲ ਪੜਿਆ ਗਿਆ, ਮੈਮ ਕੀ ਕਰੀਆ ਲੈ ਹੋ ਗਿਆ ਸੀ। ਆਂਸਰ ਕਰੋ ਨੈਕਸਟ ਕੁਐਸਚਨ, ਆਂਸਰ ਕਰੋ ਕੀ ਆ ਹੁਣ ਦੱਸੋ। ਅਗਰ ਹੁਣ ਵੀ ਗਲਤ ਹੋ ਗਿਆ, ਹੁਣ ਫਿਰ ਪੈਂਦੀਆਂ ਦੇਖੋ ਪੱਕਾ ਪੈਣੀ, ਮੈਂ ਇੱਥੇ ਕਲਾਸ ਆਫ ਕਰ ਦੇਣੀ ਆ। ਅਗਰ ਹੁਣ ਵੀ ਆਂਸਰ ਗਲਤ ਕਰਤਾ ਨਾ, ਇੱਥੇ ਤੁਹਾਡੀ ਕਲਾਸ ਲੱਗ ਜਾਣੀ ਆ। ਕ ਸ਼ਬਦ ਕਿਹੜਾ ਹੈਗਾ? ਇਕੱਲਾ ਕ ਸ਼ਬਦ ਅਗੇਤਰ ਲਗਾ ਕਿਹੜੇ ਸ਼ਬਦ ਬਣਦੇ ਹਨ? ਹੁਣ ਆਂਸਰ ਕਰੋ ਬੱਚੇ। ਕਿਆ ਬਾਤ ਆ ਔਲ। ਅੱਛਾ ਚਲੋ ਦੇਖਦੇ ਹਾਂ, ਔਲ ਕਰੈਕਟ ਬੱਚੇ, ਵੈਰੀ ਗੁੱਡ, ਠੀਕ ਆ। ਜਿਹੜੇ ਆਪਣੇ ਆਹ ਵਰਡ ਹੈਗੇ ਨਾ, ਇਹ ਕੱਕੇ ਨੂੰ ਔਂਕੜ ਲਾ ਕੇ ਵੀ ਬੱਚੇ ਸਹੀ ਵਰਡਸ ਬਣਦੇ ਹੈਗੇ ਨੇ। ਕੱਕੇ ਨੂੰ ਅਗਰ ਆਪਾਂ ਔਂਕੜ ਲਗਾਉਂਦੇ ਹਾਂ ਨਾ, ਤਾਂ ਵੀ ਬੱਚੇ ਆਂਸਰ ਆਪਣਾ ਸਹੀ ਹੀ ਆਏਗਾ, ਠੀਕ ਆ। ਚਾਹੇ ਕੱਕੇ ਨੂੰ ਔਂਕੜ ਕਰ ਦਿਉ, ਚਾਹੇ ਆਪਣਾ ਇਕੱਲਾ ਕੱਕਾ ਕਰ ਦਿਉ, ਤਾਂ ਦੋਨਾਂ ਲਈ ਵਰਡਸ ਸਹੀ ਹੈਗੇ ਨੇ। ਕਲੀਅਰ? ਨੈਕਸਟ ਕੁਐਸਚਨ ਆਂਸਰ ਕਰੋ। ਆਹ ਦੇਖੋ ਮੈਂ ਲਿਖ ਵੀ ਦਿੱਤੇ ਹੈਗੇ ਨੇ, ਅੱਗੇ ਨੀਚੇ ਧਿਆਨ ਨਾਲ ਪੜ੍ਹ ਲਿਓ। ਸਵੈ
ਸਵੈ ਮੀਨਸ ਆਪਣਾ, ਠੀਕ ਹੈ। ਸਵੈ ਸ਼ਬਦ ਅਗੇਤਰ ਲਗਾ ਕਿਹੜੇ ਕਿਹੜੇ ਸ਼ਬਦ ਬਣਦੇ ਹਨ। ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਨੈਕਸਟ ਕੁਐਸਚਨ ਦਾ ਆਂਸਰ ਕਰੋ। ਬਚਾ ਗਏ ਆਪਾਂ। ਓਕੇ ਓਕੇ ਓਕੇ, ਮੇਰਾ ਤਾਂ ਕੁਝ ਨਹੀਂ ਹੋ ਸਕਦਾ। ਬੇਰੁਜ਼ਗਾਰ ਹੈਰੀ, ਨਾਮ ਦੇਖੋ ਤੇਰਾ, ਬੇਰੁਜ਼ਗਾਰ ਹੈਰੀ ਯਾਰ, ਨਾਮ ਤਾਂ ਵਧੀਆ ਰੱਖ ਲਿਆ ਕਰੋ, ਹੱਦ ਹੋ ਗਈ ਤੁਹਾਡੀ, ਬੇਰੁਜ਼ਗਾਰ ਹੈਰੀ। ਓ ਗੁਰਵਿੰਦਰ ਸਿੰਘ, ਓਕੇ ਆ ਮੇਰਾ ਆਂਸਰ ਰੀਡ ਕਰ ਲਿਆ ਕਰੋ। ਪਤਾ ਬੱਚਾ ਉਹ ਕਮੈਂਟ ਇੰਨੇ ਫਾਸਟ ਆਉਂਦੇ ਆ ਨਾ, ਸਾਰਿਆਂ ਦੇ ਉਲਟ ਪੁਲਟ ਹੋ ਜਾਂਦੇ ਆ, ਕਿ ਜਿਹਦਾ ਨਾਮ ਜਿਵੇਂ ਜਿਵੇਂ ਆਉਂਦਾ ਤਾਂ ਮੈਂ ਉਵੇਂ ਉਵੇਂ ਬੋਲ ਰਹੀ ਹਾਂ। ABDE ABD, ਕਿਆ ਬਾਤ ਆ ਯਾਰ, ਕਿਆ ਬਾਤ ਆ, ਵੈਰੀ ਗੁੱਡ ਯਾਰ, ਵੈਰੀ ਗੁੱਡ। ਬਟ ਮੈਂ ਇੱਥੇ ਕੁਰੈਕਟ ਕਰਦਾ ਨਾ, ਇੱਥੇ ਮੈਂ ਕੁਰੈਕਟ ਕਰਦਿਆਂ, ਮੈਨੂੰ ਪਤਾ ਹੀ ਸੀ ਬੱਚੇ, ਠੀਕ ਆ, ਮੈਨੂੰ ਪਤਾ ਹੀ ਸੀ ਆਲ ਕਰੈਕਟ ਆਏਗਾ, ਆਲ ਕਰੈਕਟ ਆਏਗਾ, ਠੀਕ ਆ। ਸੁਦੇਸ਼ ਵੀ ਬੱਚੇ ਸਹੀ ਆ, ਠੀਕ ਹੈ, ਇਹਨੂੰ ਆਪਾਂ ਸਵੈ ਦੇਸ਼ ਵੀ ਦੇਖ ਸਕਦੇ ਹਾਂ, ਸਵੈ ਦੇਸ਼ ਵੀ ਬੱਚੇ, ਵਰਡ ਕੀ ਆਪਣਾ ਸਹੀ ਹੈ, ਚੈੱਕ ਕਰ ਲਿਓ, ਚਾਹੇ ਸੁਦੇਸ਼ ਵੀ ਸਹੀ ਹੈ ਅਤੇ ਸਵੈ ਦੇਸ਼ ਵੀ ਸਹੀ ਹੈ, ਕੋਜ ਇਹਨੂੰ ਵਾ ਸਵੈ ਲਿਖ ਕੇ ਵੀ ਬੱਚੇ ਆਪਾਂ ਲਿਖ ਸਕਦੇ ਹਾਂ। ਮੈਂ ਜਾਣ ਬੁੱਝ ਕੇ ਆਪਸ਼ਨ ਪਾਈ ਸੀ, ਮੈਨੂੰ ਪਤਾ ਸੀ ਗਲਤ ਕਰੂੰਗੀ। ਨੈਕਸਟ ਕੁਐਸਚਨ ਦੇਖੋ, ਇਹ ਕੁਐਸਚਨ ਹੋ ਗਿਆ ਕਿ ਨਹੀਂ ਹੋ ਗਿਆ ਆਪਣਾ, ਕੂ ਬੁਰਾ, ਹਾਂ ਹਾਂ ਸੱਚ, ਕੂ ਲਿਖੋ, ਕੂ ਬੁਰਾ ਸ਼ਬਦ ਅਗੇਤਰ ਲਗਾ ਕਿਹੜੇ ਸ਼ਬਦ ਬਣਦੇ ਹਨ। ਹੁਣ ਕਰੋ ਆਂਸਰ ਕਰੋ ਬੱਚੇ, ਹੁਣ ਆਂਸਰ ਕਰੋ ਨੈਕਸਟ ਕੁਐਸਚਨ ਦਾ। ਗੋਰਸੀਸ ਫਤਿਹ, ABDE ਗਲਤ ਕਰਤਾ ਫਤਿਹ ਨੇ ਵੀ, ਬਲਦੀਪ ਕੌਰ ਹੱਸ ਆ ਰਿਹਾ, ਓਕੇ, ਪੰਕਜ ਕੁਮਾਰ ਰਾਈਟ, ਮਨਦੀਪ ਸੁਦੇਸ਼, ਇਹ ਕੀ ਹੋ ਗਿਆ ਮੈਮ, ਇਹ ਬਸ ਇੱਦਾਂ ਹੀ ਹੋ ਗਿਆ, ਬਲਦੀਪ ਕੌਰ ਇਹ ਬਸ ਇੱਦਾਂ ਹੀ ਹੋ ਗਿਆ, ਠੀਕ ਹੈ ਰਾਜੇ, ਬਸ ਪੁੱਛੋ ਨਾ ਕਿ ਕੋਈ ਕੁਛ ਹੋ ਸਕਦਾ ਹੈ। UPSC ਵੀ ਨਹੀਂ, ਉਸ ਤੋਂ ਵੀ ਉੱਤੇ ਦਾ ਕੰਮ ਆ, UPSC ਵੀ ਨਹੀਂ, ਉਸ ਤੋਂ ਵੀ ਉੱਤੇ ਦਾ ਕੰਮ ਆ, ਡੋਲੂ ਮਾਂਜੇ ਗਏ ਅੱਜ ਤਾਂ। ਆਂਸਰ ਕਰੋ, ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਨੈਕਸਟ ਕੁਐਸਚਨ ABDE ਬੱਚੇ ਕਿਹੜੇ ਬਣ ਗਏ, ABਤੇ ਆਪਣਾ ਡੀ, ABDE ਬਣ ਗਏ, ਕੋਸ ਬੱਚੇ ਇਹ ਕਿਹੜੇ ਨਾਲ ਬਣ ਰਿਹਾ, ਸਿਰਫ ਔਰ ਸਿਰਫ ਕੱਕੇ ਨਾਲ ਬਣੇਗਾ, ਇਹ ਕਿਹਦੇ ਨਾਲ ਬਣੇਗਾ, ਆਪਣਾ ਕੰਮ ਨਾਲ ਬਣੇਗਾ, ਕਲੀਅਰ, ਤਾਂ ਇਹ ਗਲਤ ਹੈਗਾ, ABDE ਬਣੇਗਾ, ABCD ਨਹੀਂ ਬਣੇਗਾ, ABCD ਨਹੀਂ ਬਣੇਗਾ। ਨੈਕਸਟ ਕੁਐਸਚਨ ਦੱਸੋ ਰਾਜੇ, ਕਿਆ ਬਾਤ ਆ, ਆ ਸ਼ਬਦ ਪਿਛੇਤਰ ਲਗਾ ਕੇ ਕਿਹੜੇ ਸ਼ਬਦ ਬਣਦੇ ਹਨ, ਹੁਣ ਦੇਖਦੇ ਆ, ਪੱਕਾ ਗਲਤ ਕਰੋਗੇ ਆਂਸਰ, ਨੈਕਸਟ ਕੁਐਸਚਨ ਆਂਸਰ ਕਰੋ, ਆਂਸਰ ਕਰੋ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਆ ਸ਼ਬਦ ਆੜੇ ਨੂੰ ਕੰਨਾ, ਆ ਸ਼ਬਦ ਪਿਛੇਤਰ ਲਗਾ ਕੇ ਕਿਹੜੇ ਸ਼ਬਦ ਬਣਦੇ ਹਨ, ਮੀਨਸ ਅਗਰ ਤੁਸੀਂ ਵਰਡ ਰੀਡ ਕਰੋਗੇ ਐਂਡ ਤੇ ਆ ਦੀ ਆਵਾਜ਼ ਆਏਗੀ, ਸੋ ਧਿਆਨ ਨਾਲ ਆਂਸਰ ਕਰਨਾ ਬੱਚੇ, ਹਰ ਇੱਕ ਬੱਚੇ ਨੇ ਧਿਆਨ ਨਾਲ ਆਂਸਰ ਕਰਨਾ ਹੈ ਰਾਜੇ, ਆਂਸਰ ਕਰੋ ਜੀ, ਕਿਉਂ ਆਂਸਰ ਕਰੋ ਸਾਰਿਆਂ ਨੇ, ਤਾਂ ਕਿਹੜੇ ਬਣ ਗਏ, BCD, ਓਨਲੀ BCD, ਪਿਆਰਾ, ਪਿਆਰਾ ਨਹੀਂ ਬਣੇਗਾ ਬੱਚੇ, ਪਿਆਰਾ ਨਹੀਂ ਬਣੇਗਾ, ਕਲੀਅਰ, ਸਭ ਨੂੰ ਕਲੀਅਰ ਬੱਚੇ, ਕੋਜ ਪਿਆ ਪਲੱਸ ਆ ਕਰਾਂਗੇ ਤਾਂ ਕੋਈ ਵਰਡ ਹੀ ਨਹੀਂ ਬਣਦਾ, ਮੈਂ ਤੁਹਾਨੂੰ ਕਿਹਾ ਸੀ, ਚਾਹੇ ਅਗੇਤਰ ਆ ਚਾਹੇ ਪਿਛੇਤਰ ਆ, ਅਗਰ ਆਪਾਂ ਉਸ ਦੇ ਅੱਗੇ ਪਿੱਛੇ ਕੋਈ ਵਰਡ ਬਣਾ ਰਹੇ ਹਾਂ ਤਾਂ ਮੀਨਸ ਉਹਦਾ ਕੋਈ ਨਾ ਕੋਈ ਮੀਨਿੰਗ ਹੋਣਾ ਚਾਹੀਦਾ ਹੈ, ਕਲੀਅਰ ਆ ਜੇ। ਨੈਕਸਟ ਦੱਸੋ, ਆਈ ਸ਼ਬਦ ਪਿਛੇਤਰ ਲਗਾ ਕੇ ਕਿਹੜੇ ਸ਼ਬਦ ਬਣਦੇ ਹਨ, ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਕਿਉਂਕ ਆਂਸਰ ਕਰੋ ਜੀ, ਆ ਨੂੰ ਕਰਨਾ ਨਹੀਂ ਹੈ ਜੀ, ਆਂਸਰ ਕਰੋ ABCD, ABCA, ABC, ਆਂਸਰ ਕਰੋ। ਨੈਕਸਟ ਕੁਐਸਚਨ ਕਿਹੜਾ ਬਣੇਗਾ ਬੱਚੇ, ABC, ਵੈਰੀ ਗੁੱਡ ਬੱਚੇ, ਜਿਹੜੇ ਬੱਚਿਆਂ ਨੇ ABC ਆਂਸਰ ਦਿੱਤਾ, ਗਗਨ, ਸਤਵੀਰ, ਰਵਿੰਦਰ, ਸਤਵਿੰਦਰ, ਵਿਰਕ, ਗਗਨ ਹੋ ਗਿਆ, ਲੈ ਆਲ ਕਰਤਾ, ਕਿਆ ਬਾਤ ਆ, ਹੱਦ ਹੋ ਗਈ, ਚਲੋ ਨੈਕਸਟ ਕੁਐਸਚਨ ਆਂਸਰ ਕਰੋ, ਇਹ ਤਾਂ ਸੇਮ ਆ ਗਿਆ ਨਾ, ਸੱਚਾਈ
ए बी सी आई, ओ किसी आई सी, ए किसी बच्चे आई, ठीक है आंसर करो नेक्स्ट क्वेश्चन। ओ की सीगा अपना आई सीगा, ए की अपना आई, आई शब्द पिछेत्र लगा के कहड़े शब्द बनते हैं, दोनों क्वेश्चन अलग अलग ने, पहला की सीगा बच्चे आई सी, आड़े नू करना इड़ी नू बिहारी, ए की है सिर्फ और सिर्फ आई, देखो ये मीन पिछे आई की आवाज आनी चाहिए, सिंपल जी गल हैगी, आंसर करो नेक्स्ट क्वेश्चन का, कोई रोंग नहीं है बच्चे, कोई रोंग नहीं है, एक एक क्वेश्चन का आंसर सही है, एक एक क्वेश्चन का आंसर सही है, ध्यान ना रीड करो, खुद पढ़ के देखा करो क्वेश्चन, दैन आंसर सही आएगा। तो ऑप्शन की आएगा बच्चे ऑल, ऑल की है ने शरी, शर ई, शर आई बोलते हैं तो पिछे आई की आवाज़ आ रही है, देखो सुरमई, सुरमई, मई की अगर बोल रहे हैं तो पिछे आई की आवाज़ आ रही है, सारे वर्ड्स बोल के देखो दैन आंसर सही आएगा। नैक्सट क्वेश्चन देखो, आड़ी, आड़ी शब्द पिछेत्र लगा के शब्द बनते हैं, नैक्सट क्वेश्चन का आंसर करो बच्चे, आड़ी शब्द लगा के कड़े पिछेत्र शब्द बनते हैं, ये कन्फ्यूज़ होंगे, ये कन्फ्यूज़ होंगी होंगे, बट उन शब्द को बोल के देखो फिर देखो दे आवाज़ आ रही है या नहीं आ रही, क्लीयर। नैक्सट क्वेश्चन का आंसर करो जी, आंसर करो जी, ए सी डी के आने गए बच्चे, ए सी डी आएगा बच्चे, ए सी डी आएगा बच्चे, बी सी मैनू पता ही सी, मैनू पता सी ऑल करोंगे, मैनू पता ही सी ऑल करोंगे, ए सी डी आएगा, हूँ बी क्यों नहीं आ रहा सोचो, बी क्यों नहीं आ रहा सोचो, नहीं तो बस फिर ऐप च आ जाओ, ठीक है ऐप च आ जाओ, सारी चीज़ा समझा दूंगी प्रॉपर हर एक चीज़ ऑल ऑल हूँ करो, ये तो सो ईजी है, तो गलत कर ही सकते, अगर गलत करता तो फिर देखो, मैं प्लेलिस्ट है तो आड़ी क्लास दी, हायो रब्बा प्लेलिस्ट रुको, पहले मैं तुम्हें प्लेलिस्ट ही दिखा दा, ठीक है मैं तुम्हें प्लेलिस्ट ही दिखा देव, आ देखो अपने जाओ ऐप ते, ठीक है मैं प्लेलिस्ट दिखा देव तुम्हें, पहले जेड़े बच्चे कहते रहे नोटिफिकेशन नहीं मिलती बच्चे, आ पे सबसक्राइब करो इस चीज़ को, बैल आइकन क्लिक करोगे की हो जाएगा तुम्हें नोटिफिकेशन मिल जाएगी, ठीक है फिर जाइए प्लेलिस्ट ते, आ पी प्लेलिस्ट बच्चे आ पईयां, पहली प्लेलिस्ट दो पईयां ने, जीके एमसीक्यू बाय मनप्रीत मैम, ठीक है राजे आ पई पंजाबी बाय मनप्रीत मैम, सारिया दियां सारिया क्लासेस पईयां ने मेरिया, क्लीयर सारिया दियां सारिया क्लासेस पईयां ने, हुण दसो हुण मैनू ना कहो रौला ना पायो हुण मेरे कोल, ठीक है भी मैम प्लेलिस्ट नहीं हैगी, एक आ भी बच्चे 1700 पंजाबी एमसीक्यू, ठीक है 1700 पंजाबी एमसीक्यू, ये भी मेरी क्लास हैगी प्लेलिस्ट पंजाबी बाय मनप्रीत मैम, ये भी आ ते अपनी कही होगी जीके एमसीक्यू बाय मनप्रीत मैम, क्लियर चलो हुण करो आंसर, हुण ना मेरे को रौला पायो मैम, सानू पीडीएफ नहीं मिल रही हैगी मैम, सानू प्लेलिस्ट नहीं मिल रही हैगी, हुण मैं तुहानू दिखाता बच्चे, हुण मैं तुहानू दिखा दिता, उपर पिन किया होया है अपने चैट के बॉक्स के उपर देखो, ठीक है अपने येलो कलर के गिल्स मेंट और उत्थे पीडीएफ्स मिलती ने, आंसर करो नैक्सट क्वेश्चन का, ये तो सो ईजी बच्चे, सो ईजी, ओनली दो आएगा, ओनली अपना बी कॉल सौना इदा पैदा है, इदा नहीं पैदा, चलो नैक्सट क्वेश्चन देखो, सो ईजी, हेठ लिखे शिचो शुद्ध शब्द चुनो बच्चे, शुद्ध शब्द चुनो जी, हेठ लिखिया विचो आंसर करो बच्चे, क्यों आंसर करो वेरी गुड रविंदर, वेरी गुड बच्चे, ऐप च क्लास लग गई है, ऑल करैक्ट, ऑल करैक्ट कितों आ गया बई मैं दस्यो, हद हो गई थोड़ी,
ਬੀ ਗਲਤ ਬੀ। ਹੁਣ ਦੇਖੋ ਬੱਚੇ ਕਿਹੜਾ ਸ਼ੁੱਧ ਸ਼ਬਦ ਹੈਗਾ, ਓਬਵੀਅਸ ਜੀ ਗੱਲ, ਕਿਹੜਾ ਕਿਵੇਂ ਪੈਂਦਾ ਐਵੇਂ ਪੈਂਦਾ, ਬਾਕੀ ਸਾਰੇ ਕੀ ਹੈਗੇ ਆਪਣੇ ਗਲਤ ਹੈਗੇ ਨੇ। ਨੈਕਸਟ ਕੁਐਸਚਨ ਦੇਖੋ ਰਾਜੇ, ਬੰਟੀ ਇੰਨਾ ਹੁਸ਼ਿਆਰ ਨਹੀਂ ਜਿੰਨਾ ਸੋਨੂੰ, ਇਸ ਨਾ ਵਾਚਕ ਵਾਕ ਤੋਂ ਹਾਂ ਵਾਚਕ ਵਾਕ ਬਣਾਓ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਬੱਚੇ, ਨੈਕਸਟ ਆਨਸਰ ਕਰੋ ਨੈਕਸਟ ਕੁਐਸਚਨ ਦਾ। ਬੰਟੀ ਇੰਨਾ ਹੁਸ਼ਿਆਰ ਨਹੀਂ ਜਿੰਨਾ ਸੋਨੂੰ, ਇਸ ਨਾ ਵਾਚੀ ਵਾਕ ਤੋਂ ਹਾਂ ਵਾਚੀ ਵਾਕ ਬਣਾਓ। ਆਪਣਾ ਕੀ ਹੈ ਬੱਚੇ, ਨਾ ਵਾਚਕ ਹੈਗਾ ਉਹਨੂੰ ਹਾਂ ਵਾਚਕ ਚ ਕਨਵਰਟ ਕਰ ਦਿਓ। ਅਗਰ ਆਨਸਰ ਕਰਤਾ ਸਹੀ ਤਾਂ ਮੇਰੇ ਵੱਲੋਂ ਸ਼ਾਬਾਸ਼ੀ, ਮੇਰੇ ਵੱਲੋਂ ਸ਼ਾਬਾਸ਼ੀ। ਆਨਸਰ ਕਰੋ ਨੈਕਸਟ ਕੁਐਸਚਨ ਦਾ, ਆਨਸਰ ਕਰੋ ਬੱਚੇ ਕੀ ਆਏਗਾ। ਦੇਖੋ ਬੰਟੀ ਇੰਨਾ ਹੁਸ਼ਿਆਰ ਨਹੀਂ, ਠੀਕ ਆ, ਬੰਟੀ ਹਾਂ ਕੁੱਟ ਤਾਂ ਪੈਣੀ ਹੈ ਮੇਰੇ ਸਾਹਮਣੇ ਹੋਵੇ ਤਾਂ ਮੈਂ ਸੀਰੀਅਸਲੀ, ਮੈਂ ਨਾ ਐਪ ਦੇ ਵਿੱਚ ਵੀ ਕਹਿੰਦੀ ਹੁੰਦੀ ਹਾਂ ਜਦੋਂ ਆਪਣਾ ਚੱਲ ਰਹੀ ਆ ਨਾ ਪੋਲੀਟੈਨ ਪੰਜਾਬ ਜੀ ਕੇ ਚੱਲ ਰਹੀ ਹੈ, ਪੁੱਛ ਲਿਓ ਉਹਨਾਂ ਨੂੰ, ਬਹੁਤ ਮਤਲਬ ਡਾਂਟ ਪੈਂਦੀ ਉਹਨਾਂ ਨੂੰ। ਮੈਂ ਕਹਿੰਦੀ ਹੁੰਦੀ ਵੀ ਸਾਹਮਣੇ ਹੋਣ ਤਾਂ ਪੱਕਾ ਥੱਪੜ ਮਾਰਾਂ, ਬਿਕੋਜ਼ ਸਾਡੇ ਟੀਚਰ ਵੀ ਕੁੱਟਦੇ ਹੁੰਦੇ ਸੀ ਸਾਨੂੰ, ਇਹ ਤਾਂ ਤੁਸੀਂ ਹੋ ਜਿਹੜੇ ਬੋਲ ਲੈਂਦੇ ਹੋ, ਸਾਡੀ ਤਾਂ ਇੰਨੀ ਹਿੰਮਤ ਨਹੀਂ ਹੁੰਦੀ ਸੀ ਵੀ ਅਸੀਂ ਅੱਖ ਚੱਕ ਕੇ ਵੀ ਉਹਨਾਂ ਨਾਲ ਗੱਲ ਕਰ ਸਕੀਏ, ਠੀਕ ਹੈ। ਆਲ ਕਰੈਕਟ, ਹਾਇਓ ਰੱਬਾ ਮੇਰਿਆ, ਹਾਇਓ ਰੱਬਾ, ਆਲ ਕਰੈਕਟ ਕਿਵੇਂ ਆ ਸਕਦਾ ਮੈਨੂੰ ਦੱਸੋ। ਬੰਟੀ ਇੰਨਾ ਹੁਸ਼ਿਆਰ ਨਹੀਂ ਜਿੰਨਾ ਸੋਨੂੰ, ਇਟ ਮੀਨਸ ਸੋਨੂੰ ਹੁਸ਼ਿਆਰ ਹੈਗਾ, ਤਾਂ ਹੁਣ ਦੇਖ ਲਓ ਕਿੱਥੇ ਬਣ ਰਿਹਾ ਸੋਨੂੰ ਹੁਸ਼ਿਆਰ, ਬੰਟੀ ਸੋਨੂੰ ਜਿੰਨਾ ਹੁਸ਼ਿਆਰ ਹੈ, ਬਿਲਕੁਲ ਗਲਤ, ਨੋ। ਬੰਟੀ ਸੋਨੂੰ ਨਾਲੋਂ ਹੁਸ਼ਿਆਰ ਹੈ, ਨੋ, ਓਬਵੀਅਸ ਜੀ ਗੱਲ, ਉਹ ਤੋਂ ਘੱਟ ਹੈਗਾ। ਤਾਂ ਆਪਣਾ ਕੀ ਹੈਗਾ, ਬਿਲਕੁਲ ਸਹੀ ਰਾਜੇ, ਸੀ ਆਪਸ਼ਨ ਆਏਗਾ, ਸੋਨੂੰ ਬੰਟੀ ਨਾਲੋਂ ਹੁਸ਼ਿਆਰ ਹੈ, ਤਾਂ ਓਬਵੀਅਸ ਜੀ ਗੱਲ ਸਹੀ ਹੈ ਰਾਜੇ, ਠੀਕ ਹੈ ਰਾਜੇ, ਸਹੀ ਹੈ, ਆਲ ਕਲੀਅਰ। ਨੈਕਸਟ ਕੁਐਸਚਨ ਦੇਖੋ, ਸੀ ਆਪਸ਼ਨ ਆਏਗਾ ਆਪਣਾ। ਨੈਕਸਟ ਕੁਐਸਚਨ ਦਾ ਆਨਸਰ ਕਰੋ, ਪਹਿਲਾਂ ਮੈਨੂੰ ਦੱਸੋ ਕੁਐਸਚਨ ਪਸੰਦ ਆ ਰਿਹਾ ਕਿ ਨਹੀਂ ਆ ਰਹੇ, ਠੀਕ ਆ, ਮੇਰੀ ਗੱਲ ਸੁਣੋ, ਕੁਐਸਚਨ ਪਸੰਦ ਆ ਰਿਹਾ ਜਾਂ ਨਹੀਂ ਆ ਰਹੇ, ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ। ਮੈਂ ਵੀ 2 ਮਿੰਟ ਸਾਹ ਲੈ ਲਾਂ, ਮੇਰਾ ਗਲਾ ਸੁੱਕ ਰਿਹਾ ਹੈਗਾ, ਹਾਲੇ ਤਾਂ ਬਹੁਤ ਕੁਐਸਚਨਸ ਹੈਗੇ ਨੇ। ਪਹਿਲਾਂ ਮੈਨੂੰ ਇਹ ਦੱਸੋ ਵੀ ਕਲਾਸ ਪਸੰਦ ਆ ਰਹੀ ਆ ਕਿ ਨਹੀਂ ਆ ਰਹੀ, ਲੈਵਲ ਵਧੀਆ ਕੁਐਸਚਨਸ ਦਾ ਜਾਂ ਫਿਰ ਨਹੀਂ, ਪਹਿਲਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਸਾਰਿਆਂ ਨੇ। ਹਾਂ ਹਾਂ ਬਿਲਕੁਲ, ਕੋਵਿਡ 'ਚ ਸਭ ਸਟੂਡੈਂਟ ਦੀ ਜ਼ੁਬਾਨ ਜ਼ਿਆਦਾ ਖੁੱਲ੍ਹ ਗਈ। ਕਲਾਸ ਪਸੰਦ ਆ ਰਹੀ ਹੈ ਕਿ ਨਹੀਂ ਆ ਰਹੀ, ਪਹਿਲਾਂ ਤਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ, ਜਿਸ ਚੀਜ਼ ਦਾ ਮੈਂ ਜਵਾਬ ਪੁੱਛਿਆ ਤੁਹਾਡੇ ਤੋਂ। ਰੁਕ ਰਹੀ ਹਾਂ 2 ਮਿੰਟ, ਹਾਲੇ ਕੁਐਸਚਨ ਅੱਗੇ ਕਰਵਾਊਂਗੀ ਨਹੀਂ ਮੈਂ, ਆਨਸਰ ਦਿਓ ਪਹਿਲਾਂ। ਕੋਈ ਕਮੀ ਹੋਵੇ ਕੁਐਸਚਨਸ ਦੇ ਵਿੱਚ ਮੈਨੂੰ ਦੱਸੋ, ਕੋਈ ਕਮੀ ਹੋਵੇ ਕੁਐਸਚਨਸ ਦੇ ਵਿੱਚ। ਮੈਮ ਜੇ ਲੱਗ ਰਹੀ ਹੈ ਤਾਂ ਹੀ ਹੁਣ ਤੱਕ ਬੈਠੇ ਹੋਏ ਆ, ਹਾਏ ਯਾਰ, ਮਨਪ੍ਰੀਤ ਦਿਲ ਹੀ ਜਿੱਤ ਕੇ ਲੈ ਗਈ ਯਾਰ ਗੱਲ, ਆਹ ਜਵਾਬ ਕਹਿ ਕੇ ਤਾਂ। ਤਾਂ ਫਿਰ ਲਾਈਕ ਸ਼ੇਅਰ ਕਿਉਂ ਨਹੀਂ ਕਰ ਰਹੇ, ਫਿਰ ਲਾਈਕ ਸ਼ੇਅਰ ਕਿਉਂ ਨਹੀਂ ਕਰ ਰਹੇ? ਦੇਖੋ ਮੈਨੂੰ ਵੀ ਤੁਹਾਡੇ ਤੋਂ ਮੋਟੀਵੇਸ਼ਨ ਮਿਲੇਗੀ ਨਾ ਵੀ ਯਾਰ ਬੱਚਿਆਂ ਨੂੰ ਇੰਨਾ ਪਸੰਦ ਆਇਆ ਮੇਰਾ ਪੜ੍ਹਾਇਆ, ਮੈਂ ਇਸ ਤੋਂ ਹੋਰ ਜ਼ਿਆਦਾ ਵਧੀਆ ਕੰਟੈਂਟ ਬਣਾਵਾਂ। ਮੈਨੂੰ ਦੱਸਿਓ, ਵੱਧ ਤੋਂ ਵੱਧ ਸੈਸ਼ਨ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਸਬਸਕ੍ਰਾਈਬ ਕਰ ਲਓ। ਤੁਹਾਨੂੰ ਪਤਾ ਮੇਰੀਆਂ ਆਈਜ਼ ਦੁੱਖ ਰਹੀਆਂ ਨੇ, ਕੋ ਰਾਤ ਵੀ 2-3 ਵੱਜ ਗਏ, ਠੀਕ ਹੈ, ਮੈਨੂੰ ਫਾਈਲ ਬਣਾਉਂਦੀ ਨੂੰ, ਅਤੇ ਸਵੇਰੇ ਵੀ ਮੈਂ ਜਲਦੀ ਉੱਠ ਖੜੀ ਸੀ, ਹੁਣ ਜਿਸ ਖਤਮ ਹੋ ਗਈ ਜਾਣ ਸਰ ਮੈਂ ਸੋ ਜਾਣਾ, ਇੰਨੀਆਂ ਮੇਰੀਆਂ ਆਈਜ਼ ਦੁੱਖ ਰਹੀਆਂ ਸੀਰੀਅਸਲੀ। ਹੁਣ ਦੇਖੋ, ਪਿਓ ਅਤੇ ਪੁੱਤ ਇਕੱਠੇ ਖੇਤ ਗਏ, ਓਬਵੀਅਸ ਗੱਲ ਆਪਣੇ ਪੁਲਿੰਗ ਇਸਤਰੀ ਲਿੰਗ ਨਾ ਆਪਾਂ ਕਰਦੇ ਹੁੰਦੇ ਹਾਂ, ਤਾਂ ਪਿਓ ਦਾ ਕੀ ਬਣੇਗਾ ਬੱਚੇ, ਮਾਂ, ਪੁੱਤ ਦਾ ਕੀ ਬਣੇਗਾ, ਧੀ। ਤਾਂ ਓਬਵੀਅਸ ਗੱਲ ਸਿਰਫ ਇੱਕ ਹੀ ਆਪਸ਼ਨ, ਮਾਂ ਅਤੇ ਧੀ ਇਕੱਠੀਆਂ ਖੇਤ ਗਈਆਂ, ਠੀਕ ਹੈ ਰਾਜੇ, 2 ਜਾਣੇ ਹੋ ਗਏ ਤਾਂ ਕੀ ਬਣੇਗਾ, ਬਹੁਵਚਨ। ਹੁਣ ਦੱਸੋ ਬੱਚੇ ਕੀ ਆਨਸਰ ਆਏਗਾ, ਹੁਣ ਦੱਸੋ ਰਾਜੇ ਕੀ ਆਨਸਰ ਹੈਗਾ। 1:30 ਹੋ ਕੰਟੀਨਿਊਸ ਮਤਲਬ, ਮੈਮ ਅੱਛਾ ਟੈਨਸ਼ਨ, ਡੋਂਟ ਵਰੀ, ਓਕੇ ਓਕੇ, ਸਤਵੀਰ ਕੌਰ ਓਕੇ ਬੱਚੇ, ਸਤਵੀਰ ਕੌਰ ਤਾਂ ਮੇਰੀ ਐਪ ਵਾਲੀ ਸਟੂਡੈਂਟ ਆ ਨਾ, ਇਹਨੂੰ ਵੀ ਬਹੁਤ ਡਾਂਟ ਪੈਂਦੀ ਹੁੰਦੀ ਆ ਸਤਵੀਰ ਤੋਂ, ਸੁਰੁਚੀ ਹੋ ਗਈ, ਸੁਰੁਚੀ ਨੂੰ ਵੀ ਬਹੁਤ ਡਾਂਟ ਪੈਂਦੀ ਆ। ਆਨਸਰ ਕਰੋ ਨੈਕਸਟ ਕੁਐਸਚਨ ਦਾ,
ਮੇਰੀਆਂ ਸੀਰੀਅਸਲੀ ਤੁਹਾਨੂੰ ਦੱਸਿਆ ਮੇਰੀਆਂ ਅੱਖਾਂ ਦੁੱਖ ਰਹੀਆਂ ਨੇ, ਬੁਰੀ ਤਰ੍ਹਾਂ ਅੱਖਾਂ ਦੁੱਖ ਰਹੀਆਂ ਨੇ ਮੇਰੀਆਂ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਆਂਸਰ। ਬੀ, ਹੁਣ ਪੈਂਦੀਆਂ ਦੇਖਿਓ, ਹੁਣ ਤੁਹਾਡੇ ਪੈਂਦੀਆਂ ਦੇਖਿਓ ਅਗਰ ਕੁਐਸਚਨ ਦਾ ਹੋ ਗਿਆ ਗਲਤ, ਠੀਕ ਹੈ। ਮੈਮ ਮੇਰੇ ਫਰੈਂਡ ਅਤੇ ਜੇ ਅਮਨ ਵੀ ਮੈਮ ਅਤੇ ਉਹ ਕਮੈਂਟ ਨਹੀਂ ਕਰਦੇ, ਮੈਂ ਸ਼ੇਅਰ ਕਰਦੀ ਹਾਂ ਜੀ। ਹੁਣ ਛੱਡ ਤਾਂ ਅਸਰ ਨਹੀਂ ਉਹਨਾਂ 'ਤੇ ਕੋਈ। ਦੇਖੋ ਮੇਰੀ ਕਲਾਸ ਉਹੀ ਲਗਾਏਗਾ ਬੱਚੇ, ਮੇਰੀ ਕਲਾਸ ਸਿਰਫ ਉਹੀ ਲਗਾਏਗਾ ਜਿਹਨੇ ਐਗਜ਼ਾਮ ਕਰੈਕ ਕਰਨਾ। ਮੇਰੇ ਤਾਂ ਸਿੱਧੀ ਜੀ ਗੱਲ ਆ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਵੀ ਮੇਰੀ ਕਲਾਸ ਉਹੀ ਬੱਚਾ ਅਟੈਂਡ ਕਰੂ ਜਿਹਨੂੰ ਕੁਛ ਸਿੱਖਣ ਨੂੰ ਮਿਲੇਗਾ ਅਤੇ ਜਿਹਦਾ ਕੀ ਹੋਏਗਾ ਐਗਜ਼ਾਮ ਕਰੈਕ ਹੋਏਗਾ। ਹਾਏ ਓ ਰੱਬਾ, ਹੁਣ ਕਿਹਨੇ ਆਂਸਰ। ਨਾਵਿੰਦਰ ਆਲ ਕਰੈਕਟ, ਅੱਛਾ ਸਾਈਡ ਹੋ ਜਾਓ ਮੈਮ ਪਹਿਲਾਂ। ਓਕੇ 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 ਓਕੇ, ਲਓ ਲਓ ਜੀ, ਲਓ ਜੀ, ਆਂਸਰ ਕਰੋ ਆਂਸਰ ਕਰੋ। ਆਲ ਕਰੈਕਟ, ਗੋਪੀ, ਪਵਨ, ਕੀਰਤ, ਏ। ਹੁਣ ਪੈਂਦੀਆਂ ਦੇਖੋ ਜਿਨ੍ਹਾਂ ਨੇ ਆਂਸਰ ਗਲਤ ਕੀਤਾ, ਪੈਂਦੀਆਂ ਦੇਖੋ ਬੀ ਡੀ। ਹਾਏ ਓ ਰੱਬਾ, ਇਹ ਸਪੈਸ਼ਲ ਮੈਂ ਕੁਐਸਚਨ ਪਤਾ ਕਿਉਂ ਲੈ ਕੇ ਆਈ ਹਾਂ, ਕੋਸ ਬੱਚੇ ਜਿਹੜੇ ਊੜਾ ਹੈਗਾ ਨਾ ਆਪਣਾ ਊੜਾ, ਓਹੋ ਰੁਕੋ ਇੱਕ ਸੈਕਿੰਡ ਰੁਕੋ ਬੱਚੇ, ਇਹ ਕੀ ਆ ਊੜੇ ਦੇ ਨਾਲ ਕਿੱਦਾਂ ਵਰਡਸ ਪੈਂਦੇ ਨੇ, ਉਹ ਕੁਐਸਚਨਸ ਹੈਗੇ ਨੇ ਅਤੇ ਮੈਨੂੰ ਪਤਾ ਸੀ ਗਲਤ ਕਰੂੰਗੀ। ਕਿਆ ਬਾਤ ਆ, ਹੁਣ ਸਾਰੇ ਆਲ ਕਰਨ ਲੱਗ ਗਏ, ਬਫਰਿੰਗ ਹੋਣ ਲੱਗ ਗਈ, ਬਫਰਿੰਗ। ਨਹੀਂ 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 ਕੈਲਾਸ਼ ਕੌਰ, ਅਜੇ ਤੁਹਾਡਾ ਨੈੱਟ ਦੀ ਪ੍ਰੋਬਲਮ ਆ। ਆਲ ਕਰੈਕਟ ਆ, ਇਹ ਯਾਦ ਰੱਖਿਓ, ਠੀਕ ਆ, ਯਾਦ ਰੱਖਿਓ ਊੜੇ ਦੇ ਨਾਲ ਕਿੱਦਾਂ ਵਰਡਸ ਪੈਂਦੇ ਨੇ, ਇੱਕ ਇੱਕ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਆਂਸਰ ਕਰੋ ਨੈਕਸਟ ਕੁਐਸਚਨ, ਇਹ ਪੱਕਾ ਗਲਤ ਕਰੋਗੇ, ਪੱਕਾ ਕੁਐਸਚਨ ਗਲਤ ਕਰੋਗੇ, 100% ਲਿਖਾ ਲਓ ਮੇਰੇ ਤੋਂ, ਠੀਕ ਆ। ਕੁਐਸਚਨ ਕਰਨ ਵਾਲੇ ਹੈਗੇ ਤੁਸੀਂ ਗਲਤ, ਇਹ ਆਂਸਰ ਕਰੋ, ਸਹੀ ਮੁਹਾਵਰਾ ਚੁਣੋ, ਸਹੀ ਮੁਹਾਵਰਾ ਚੁਣੋ, ਆਂਸਰ ਕਰੋ ਨੈਕਸਟ ਕੁਐਸਚਨ। ਹਰ ਇੱਕ ਬੱਚੇ ਦਾ ਆਂਸਰ ਆਉਣਾ ਚਾਹੀਦਾ ਰਾਜੇ ਮੇਰੇ ਕੋਲ, ਚਾਹੇ ਗਲਤ ਕਰੋ ਬਸ ਆਂਸਰ ਕਰ ਦਿਓ, ਚਾਹੇ ਗਲਤ ਕਰੋ ਬਟ ਆਂਸਰ ਜ਼ਰੂਰ ਕਰੋ। ਨਹੀਂ ਨਹੀਂ 6:30 ਨਹੀਂ, ਹਾਲੇ ਤਾਂ ਕਲਾਸ ਚੱਲੇਗੀ ਬੱਚੇ, ਹਾਲੇ ਤਾਂ ਕਲਾਸ ਚੱਲੇਗੀ, ਹਾਲੇ ਤਾਂ ਕੁਐਸਚਨ, ਹਾਲੇ ਤਾਂ ਸਾਰਾ ਲਿਟਰੇਚਰ ਪਿਆ ਕਰਵਾਉਣ ਵਾਲਾ, ਔਰਨਾਮੈਂਟਸ ਦੇ ਕੁਐਸਚਨ ਪਏ ਨੇ, ਹਾਲੇ ਤਾਂ ਬਹੁਤ ਪਿਆ ਹੈਗਾ ਰਾਜੇ। ਓਬਵੀਅਸ ਜੀ ਗੱਲ ਸੁਣੋ ਜੀ, ਹਾਂ ਹੁਣ ਆਦਤ ਪੈ ਗਈ ਨਾ ਤੁਹਾਨੂੰ ਡਾਂਟ ਸੁਣਨ, ਤਾਂ ਓਬਵੀਅਸ ਜੀ ਗੱਲ। ਆਂਸਰ ਕਰੋ ਆਂਸਰ, ਆਲ ਕਰੈਕਟ, ਆਲ ਕਰੈਕਟ, ਸੱਚੀ ਸੋਚ ਲਓ ਵੀ ਸੱਚੀ ਆਲ ਕਰੈਕਟ ਸੋਚ ਲਓ ਫਿਰ। ਆ ਬਸ ਕੀਰਤ ਸਿੰਘ, ਕਿਆ ਬਾਤ ਆ ਕੀਰਤ ਸਿੰਘ, ਕਿਆ ਬਾਤ ਆ, ਆ ਗਿਆ ਕੀਰਤ ਸਿੰਘ, ਰੇਸ਼ਮ ਸਿੰਘ, ਕਿਆ ਬਾਤ ਆ, ਬਸ ਆਹੀ ਮੈਂ ਆਹੀ ਦੇਖਣਾ ਸੀ ਵੀ ਕੋਈ ਨਾ ਕੋਈ ਟਰੈਪ ਹੋਵੇ ਲਿਆ। ਕਿਆ ਬਾਤ ਆ, ਕਿਆ ਬਾਤ ਆ, ਸਵਰੀਤ ਕੌਰ, ਏ ਸੀ ਡੀ, ਅਭਿਸ਼ੇਕ, ਕਿਆ ਬਾਤ ਆ ਯਾਰ, ਬਸ ਬਸ ਆਹੀ ਚੀਜ਼ ਤਾਂ ਮੈਂ ਕਰਨੀ ਸੀ। ਪੂਨਮ ਰਾਣੀ, ਅਭਿਸ਼ੇਕ, ਹੁਣ ਕਰੋ ਆਂਸਰ, ਹੁਣ ਆਂਸਰ ਕਰੋ, ਸਹੀ ਮੁਹਾਵਰਾ ਚੁਣੋ, ਸਹੀ ਮੁਹਾਵਰਾ ਚੁਣੋ ਜੀ, ਸਹੀ ਮੁਹਾਵਰਾ ਚੁਣੋ, ਸਹੀ ਮੁਹਾਵਰਾ ਚੁਣੋ, ਆਂਸਰ ਕਰੋ, ਕਿਉਂ ਆਂਸਰ ਕਰੋ ਸਾਰੇ ਬੱਚੇ, ਆਂਸਰ ਕਰੋ, ਠੀਕ ਆ। ਕਲੇਜੇ ਭਾਂਬੜ ਬਲਨਾ, ਕਲੇਜੇ ਭਾਂਬੜ ਬਲਨਾ, ਜਿੱਦਾਂ ਹੁਣ ਮੇਰੇ ਬਲ ਰਿਹਾ ਹੈਗਾ, ਕ੍ਰੋਧ ਬਹੁਤ ਆ ਰਿਹਾ ਮੈਨੂੰ, ਕਿਉਂ ਤੁਹਾਨੂੰ ਪਤਾ ਹੀ ਆ ਤੁਸੀਂ PDFs ਮੰਗ ਰਹੇ ਹੋ, ਮੇਰਾ ਦਿਲ ਸੀਰੀਅਸ ਤਾਂ, ਮੇਰਾ ਦਿਲ ਕਰ ਰਿਹਾ ਮੈਂ ਤੁਹਾਨੂੰ PDFs ਦੇਵਾਂ, ਪਰ ਕੀ ਕਰਾਂ, ਪਰ ਕੀ ਕਰਾਂ, ਮੇਰਾ ਬਹੁਤ ਦਿਲ ਕਰਦਾ ਤੁਹਾਨੂੰ PDF ਸੈਂਡ ਕਰਾਂ ਬਟ ਨਾ, ਹਾਲੇ ਹੁਣ ਤਾਂ, ਪਹਿਲਾਂ ਤਾਂ ਮੈਂ ਕਰ ਵੀ ਦਿੱਤੀਆਂ ਸੀ 2-3, ਹੁਣ ਮੈਂ ਸਾਫ਼ ਮੈਂ ਆਪਣੀ ਟੀਮ ਨੂੰ ਕਹਿਤਾ ਵੀ ਮੇਰੀਆਂ PDFs ਹਾਲੇ ਨਹੀਂ ਜਾਣੀਆਂ, ਹਾਲੇ ਨਹੀਂ ਜਾਣਗੀਆਂ, ਠੀਕ ਹੈ ਰਾਜੇ, ਪੱਕਾ ਆਲ। ਕਿਆ ਬਾਤ ਹੈ, ਇੰਨੇ ਇੰਟੈਲੀਜੈਂਟ ਹੋ ਗਏ, ਇੰਨੇ ਇੰਟੈਲੀਜੈਂਟ ਹੋ ਗਏ ਵੀ ਆਲ, ਪੁਸ਼ਪਿੰਦਰ, ਸਰੋਜ, ਗਗਨ, ਅਮਨ, ਗੁਰਪ੍ਰੀਤ, ਹੁਣ ਗੁਰਵਿੰਦਰ ਨੇ ਆਂਸਰ ਕਰਨਾ ਹੀ ਛੱਡਤਾ, ਕੀ ਗੱਲ ਗੁਰਵਿੰਦਰ, ਗੁੱਸੇ ਹੋ ਗਏ ਯਾਰ ਕਿ ਨਾਮ ਲੈਣਾ ਛੱਡਤਾ ਮੈਂ, ਐਕਚੁਲੀ ਨਾਮ ਮੈਂ ਤੁਹਾਨੂੰ ਕਿਹਾ ਵਿਜ਼ੀਬਲ ਹੁੰਦੇ ਨਹੀਂ, ਮਤਲਬ ਕਮੈਂਟ ਇੰਨੇ ਫਾਸਟ ਆਉਂਦੇ ਆ ਨਾ, ਤਾਂ ਬਸ ਤਾਂ ਕਰਕੇ, ਠੀਕ ਹੈ ਜੀ। ਲਓ ਕਿਆ ਬਾਤ ਆ, ਹੁਣ ਜੇ ਜਿਹੜੇ ਬੱਚੇ ਨੇ ਆਂਸਰ ਸਹੀ ਕਰਤਾ ਹੁਣ ਹੋ ਗਿਆ ਆਪਣਾ ਲਿਟਰੇਚਰ ਦੇ ਕੁਐਸਚਨ ਸਟਾਰਟ ਹੋ ਚੁੱਕੇ ਨੇ। ਪੰਜਾਬੀ ਨਾਵਲ ਬੱਚੇ ਸਰਾਪੀਆਂ ਰੂਹਾਂ, ਕਿਹੜਾ ਹੈਗਾ ਆਪਣਾ ਸਰਾਪੀਆਂ ਰੂਹਾਂ, ਕਿਸ ਨੇ ਲਿਖਿਆ ਹੈ, ਆਪਣੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਆਪਣਾ ਨਾਨਕ ਸਿੰਘ, ਜਾਂ ਫਿਰ ਆਪਣੇ ਗੁਰਬਖਸ਼ ਸਿੰਘ। ਆਂਸਰ ਕਰੋ ਜੀ ਨੈਕਸਟ ਕੁਐਸਚਨ ਦਾ, ਆਂਸਰ ਕਰੋ ਜੀ।
ਅੰਗਰੇਜ਼ ਸਿੰਘ ਜਿੱਦਾਂ ਤੁਹਾਡਾ ਬਣਿਆ ਉਦਾਂ ਮੇਰਾ ਬਣਿਆ, ਤੁਸੀਂ ਆਪ ਸੋਚੋ ਰਿਜ਼ਲਟ ਆਇਆ ਹਲੇ, ਗੱਲਾਂ ਦੇਖੋ ਕਿਹੋ ਜਿਹੀਆਂ ਕਰਦੇ ਆ। ਧਿਆਨ ਨਾਲ ਆਂਸਰ ਕਰੋ ਬੱਚੇ, ਸਰਾਪੀਆਂ ਰੂਹਾਂ ਡੀ, ਡੀ ਆਂਸਰ ਕਰੋ, ਪੈਂਦੀਆਂ ਦੇਖਿਓ ਯਾਰ ਤੁਹਾਡੇ, ਡੀ ਆਂਸਰ ਕਰੋ, ਸਰਾਪੀਆਂ ਰੂਹਾਂ ਖਾਇਓ ਡੱਬਾ, ਕੀ ਬਣੂਗਾ ਤੁਹਾਡਾ, ਕੀ ਬਣੇਗਾ ਮੈਨੂੰ ਦੱਸਿਓ ਤੁਹਾਡਾ। ਮੈਂ ਬੋਲਦਾ ਕੋਈ ਸਾਡੇ 'ਤੇ ਨੁਕਸਾਨ ਨਾ ਕਰੇ, ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਸਤਵੀਰ ਕੌਰ। ਹਾਏ ਯਾਰ ਤੂੰ ਤਾਂ ਮੇਰੀ ਉਹ ਸਟੂਡੈਂਟ ਆ, ਤੂੰ ਮੇਰੀ ਫੇਵਰੇਟ ਸਟੂਡੈਂਟ ਹੈਗੀ ਐਪ ਵਾਲੀ, ਟੈਨਸ਼ਨ ਨਾ ਲਓ, ਟੈਨਸ਼ਨ ਨਾ ਲਓ, ਡੀ ਹੁਣ ਪੈਂਦੀਆਂ ਦੇਖਿਓ, ਹਾਇਓ ਰੱਬਾ, ਸਰਾਪੀਆਂ ਰੂਹਾਂ ਮੈਂ ਦੱਸਿਓ ਗੁਰਬਖਸ਼ ਸਿੰਘ ਦੀ ਰਚਨਾ ਹੈਗੀ ਆ, ਕਿੱਥੇ ਆ ਤੁਹਾਡਾ ਦਿਮਾਗ, ਦੱਸਿਓ ਕਿੱਥੇ ਆ ਤੁਹਾਡਾ ਦਿਮਾਗ। ਆ ਸਾਰੇ ਨੋਟਸ ਮੇਰੇ ਐਪ ਵਾਲੇ ਆ, ਐਪ ਵਾਲੇ ਜਿਹੜੇ ਇੱਥੇ ਬੱਚੇ ਨੇ ਉਹਨਾਂ ਨੂੰ ਪਤਾ ਹੈਗਾ ਵੀ ਇਹ ਮੇਰੇ ਨੋਟਸ ਹੈਗੇ ਨੇ ਐਪ ਵਾਲੇ, ਠੀਕ ਹੈ ਰਾਜੇ। ਦੇਖੋ ਨਾਨਕ ਸਿੰਘ ਜੀ ਰਾਜੇ, ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਆਪਣੇ ਕੀ ਓਰੀਜਨਲ ਨੇਮ ਕੀ ਸੀ, ਇਹਨਾਂ ਦਾ ਹੰਸ ਰਾਜ ਸੀਗਾ ਇਹਨਾਂ ਦਾ ਓਰੀਜਨਲ ਨੇਮ, ਠੀਕ ਹੈ ਰਾਜੇ। ਫਾਦਰ ਕਿਹਦਾ ਬੋਲਦੇ ਆਪਾਂ ਪੰਜਾਬੀ ਨੋਵਲ ਦਾ, ਵੈਰੀ ਵੈਰੀ ਇੰਪੋਰਟੈਂਟ ਆਪਣੇ ਨਾਨਕ ਸਿੰਘ ਜੀ ਬਾਰੇ ਬੱਚੇ, ਸਾਰੇ ਦੇ ਸਾਰੇ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਰਾਜੇ। ਇਹ ਆਪਣੇ ਉਹੀ ਪਰਸਨ ਹੈਗੇ ਨੇ ਜਿਨ੍ਹਾਂ ਨੇ ਆਪਣੇ ਇੰਡੀਪੈਂਡੈਂਸ ਸਟਰਗਲ ਸੀ ਨਾ, ਜਦੋਂ ਆਪਣਾ ਉਦੋਂ ਪਾਰਟੀਸਪੇਟ ਕੀਤਾ ਸੀ, ਜਦੋਂ ਆਪਣਾ ਜ਼ਿਲ੍ਹਿਆਂ ਵਾਲਾ ਬਾਗ ਮੈਸੇਕਰ ਹੋਇਆ ਉਦੋਂ ਹੀ ਉੱਥੇ ਸੀ ਪਰਸਨ, ਤਾਂ ਹੀ ਤਾਂ ਇਹਨਾਂ ਨੇ ਲਿਖੀ ਸੀ ਆਪਣੀ ਕਿਹੜੀ ਖੂਨੀ ਵਿਸਾਖੀ ਨਾਨਕ ਸਿੰਘ। ਜ਼ਬਰਦਸਤ ਕੰਮ ਨੇ ਸਾਰੇ ਹੀ, ਘੈਂਟ ਕੰਮ ਹੈਗੇ ਬੱਚੇ ਆਪਣੇ ਕਿਹਨਾਂ ਦੇ, ਨਾਨਕ ਸਿੰਘ ਦੇ। ਐਂਡ ਵੈਰੀ ਵੈਰੀ ਇੰਪੋਰਟੈਂਟ ਬੱਚੇ, ਸਾਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ ਇੱਕ ਮਿਆਨ ਦੋ ਤਲਵਾਰਾਂ ਦੇ ਲਈ। ਆਲਸੋ ਫਿਰ ਤੁਹਾਨੂੰ ਦੱਸਿਆ ਵੀ ਇੰਪੋਰਟੈਂਟ ਪਰਸਨੈਲਿਟੀ ਆਪਣੀ, ਅਤੇ ਇਹਨਾਂ ਦੇ ਨਾਮ 'ਤੇ ਹੀ ਪੋਸਟਲ ਸਟੈਂਪ ਰਿਲੀਜ਼ ਹੋਈ ਆ, ਠੀਕ ਹੈ। ਇਹਨਾਂ ਦੇ ਨਾਮ 'ਤੇ ਹੀ ਪੋਸਟਲ ਸਟੈਂਪ ਰਿਲੀਜ਼ ਹੋਈ ਹੈ, ਕਲੀਅਰ ਬੱਚੇ। ਇਹ ਸਾਰੀਆਂ ਸਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਆਪਣੀ ਅੱਗ ਦੀ ਖੇਡ, ਖੂਨੀ ਵਿਸਾਖੀ, ਪਵਿੱਤਰ ਪਾਪੀ, ਆਹ ਚਿੱਟਾ ਲਹੂ, ਕਿਆ ਕੰਮ ਆ ਯਾਰ, ਸਾਰੇ ਇਨਕਲਾਬੀ ਕੰਮ ਨੇ, ਜ਼ਬਰਦਸਤ ਕੰਮ ਹੈਗੇ ਨੇ। ਲਵ ਮੈਰਿਜ ਜ਼ਖਮੀ ਦਿਲ, ਆਸਤਿਕ ਨਾਸਤਿਕ ਬਹੁਤ ਵਾਰ ਪੁੱਛੀ ਗਈ ਆ, ਆਸਤਿਕ ਨਾਸਤਿਕ, ਆਦਮਖੋਰ, ਸਰਾਪੀਆਂ ਰੂਹਾਂ, ਆਹ ਭਾਈ ਜਿਹੜੀ ਮੈਂ ਹੁਣੀ ਤੁਹਾਨੂੰ ਬੁੱਕ, ਸੂਲਾ ਦੀ ਸੇਜ, ਸੂਲਾ ਦੀ ਸੇਜ, ਸੁਨਹਿਰੀ ਜਿਲਦ, ਸਵਰਗ ਅਤੇ ਉਸਦੇ ਵਾਰਿਸ, ਟੁੱਟੇ ਖੰਭ ਅਤੇ ਟੁੱਟੀ ਵੀਨਾ। ਆਈ ਥਿੰਕ ਐਪ ਵਾਲੇ ਬੱਚਿਆਂ ਨੂੰ ਮੈਂ ਟ੍ਰਿਕ ਦੱਸੀ ਹੋਈ ਆ ਅਤੇ ਤੁਹਾਨੂੰ ਸਭ ਨੂੰ ਯਾਦ ਹੋਏਗੀ ਬੱਚੇ। ਲਓ ਜੀ ਨੈਕਸਟ ਕੁਸ਼ਚਨ, ਹੁਣ ਦੱਸੋ ਇਸ ਕੁਸ਼ਚਨ ਦਾ ਆਂਸਰ ਕਰੋ, ਕਿਹੜੇ ਕੁਸ਼ਚਨ ਦਾ ਆਂਸਰ ਕਰੋਗੇ ਤੁਸੀਂ। ਬਿਲਕੁਲ ਬਿਲਕੁਲ, ਇਹਨਾਂ ਨੇ ਜਿਹੜਾ ਆਪਣਾ ਤਾਂ ਹੀ ਤੁਹਾਨੂੰ ਕਿਹਾ ਵੀ ਜ਼ਿਲ੍ਹਿਆਂ ਵਾਲੇ ਬਾਗ ਮੈਸਾ ਕਹਿ ਰਹੇ, ਇਹਨਾਂ ਨੇ ਆਪਣੀ ਤਾਂ ਹੀ ਤਾਂ ਲਿਖੀ ਆ ਖੂਨੀ ਵਿਸਾਖੀ ਲਿਖੀ ਆ, ਪਰ ਆਂਸਰ ਨਹੀਂ ਨਾ ਸਹੀ ਕਰਦੇ ਤੁਸੀਂ। ਆਂਸਰ ਕਰੋ, ਆਂਸਰ ਦੇਖੋ ਬੱਚੇ, ਪੰਜਾਬ ਜੀ ਇੱਕ ਤਾਂ ਇੰਪੋਰਟੈਂਟ ਆ, ਠੀਕ ਆ, ਗੁਰੂ ਪੀਰੀਅਡ ਤਾਂ ਸਾਰੇ ਲਈ ਇੰਪੋਰਟੈਂਟ ਹੈਗਾ, ਬਾਕੀ ਦੇਖੋ ਪੰਜਾਬੀ ਕੁਆਲੀਫਾਈਂਗ ਟੈਸਟ ਜਿਹੜਾ ਹੋਣਾ ਉਸਦੇ ਲਈ ਇੰਪੋਰਟੈਂਟ ਆਪਣਾ ਇਹ ਸੈਸ਼ਨ, ਠੀਕ ਆ। ਰਮਨਪ੍ਰੀਤ ਕੌਰ ਆਂਸਰ ਕਰੋ, ਨੈਕਸਟ ਫੋਨ ਦੇਖੋ, ਪੈਂਦੀਆਂ ਦੇਖਿਓ ਤੁਹਾਡੇ ਸਾਰੇ ਹੀ, ਜਗਨ ਬਰਾੜ, ਪੁਸ਼ਪਿੰਦਰ ਦਾ ਡੀ, ਓਕੇ, ਕੀਰਤ ਦਾ ਏ, ਜਸਵੀਰ ਕੌਰ ਜਸ ਡੀ, ਡੀ ਏ ਬੀ ਡੀ, ਹੁਣ ਸੀ ਰਹਿ ਗਿਆ ਉਹ ਵੀ ਕਰ ਦਿਓ, ਹੁਣ ਸੀ ਰਹਿ ਗਿਆ ਉਹ ਵੀ ਕਰ ਦਿਓ ਨਾ ਆਂਸਰ, ਸੀ ਰਹਿ ਗਿਆ ਆਂਸਰ ਕਰ ਦਿਓ ਉਹ। ਪਹਿਲਾਂ ਤੁਹਾਨੂੰ ਇੱਕ ਗੱਲ ਦੱਸੋ ਵੀ 1172 ਜਾਣੇ ਲਾਈਵ ਬੈਠੇ ਹੋ ਤੁਸੀਂ, ਹੈ ਨਾ, 1172 ਜਾਣੇ ਲਾਈਵ ਬੈਠੇ ਹੋ ਤੁਸੀਂ, ਅਤੇ ਕਮੈਂਟ ਕਰ ਰਹੇ ਸਿਰਫ 32-33 ਜਾਣੇ, ਬਾਕੀਆਂ ਨੂੰ ਆਂਸਰ ਆ ਨਹੀਂ ਰਹੇ, ਬਾਕੀਆਂ ਨੂੰ ਮੈਨੂੰ ਦੱਸਿਓ ਆਂਸਰ ਨਹੀਂ ਆ ਰਹੇ। ਮੇਰੇ ਕੋਲ ਇੱਥੇ 1172 ਜਾਣੇ ਸ਼ੋਅ ਹੋ ਰਹੇ ਵੀ ਜਿਹੜੇ ਮੇਰੀ ਕਲਾਸ ਦੇਖ ਰਹੇ ਨੇ ਇਸ ਟਾਈਮ, ਅਤੇ ਚੈਟ ਕਿਉਂ ਨਹੀਂ, ਮੈਸੇਜ ਕਿਉਂ ਨਹੀਂ ਕਰ ਰਹੇ ਹੈਗੇ ਤੁਸੀਂ ਕਿ ਆ ਨਹੀਂ ਰਹੇ ਤੁਹਾਨੂੰ ਆਂਸਰ। ਦੇਖੋ ਬੱਚੇ, ਵੈਰੀ ਗੁੱਡ, ਜਿਹੜੇ ਬੱਚੇ ਨੇ ਅਧੀਨ ਲੌਜਿਕ ਕੀਤਾ ਨਾ, ਬਿਲਕੁਲ ਸਹੀ ਆਂਸਰ, ਉਸਦਾ ਆਂਸਰ ਕੀ ਹੈ, ਬਿਲਕੁਲ ਸਹੀ ਹੈ। ਬਟ ਮੈਂ ਕੁਛ ਹੋਰ ਵੀ ਦੱਸਣਾ ਹੈਗਾ, ਜੌਜਿਕ ਥੋੜ੍ਹਾ ਮੈਂ ਦੱਸ ਦੇਵਾਂ, ਠੀਕ ਆ, ਪਥਿਊਰੀ ਥੋੜ੍ਹੀ ਕਰ ਹੀ ਲਈ ਹੈ, ਠੀਕ ਆ। ਜੌਜਿਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਜਿਹੜੇ ਦੋ ਸ਼ਬਦ ਹੋ ਗਏ,
ਕਿਹੜੇ ਹੋ ਗਏ? ਦੋ ਬੱਚੇ ਸ਼ਬਦ ਹੋ ਗਏ ਆਪਣੇ, ਵਾਕਾਂਸ਼ ਹੋ ਗਏ, ਉਪਵਾਕ ਹੋ ਗਏ, ਜਾਂ ਫਿਰ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ। ਠੀਕ ਹੈ ਰਾਜੇ, ਜਿਵੇਂ ਆਪਣੇ ਵਰਡਸ ਕਿਹੜੇ ਹੋ ਗਏ? ਅਤੇ, ਕੇ ਹੋ ਗਿਆ, ਕਿਉਂਕਿ, ਸਗੋਂ, ਪਰ ਆਦਿ। ਬਟ ਰਾਜੇ ਇੱਕ ਚੀਜ਼ ਯਾਦ ਰੱਖਿਓ, ਜੋਜਕ ਦੋ ਤਰ੍ਹਾਂ ਆਪਣੇ ਕਾਊਂਟ ਹੁੰਦੇ ਹੈਗੇ ਨੇ, ਬਣਤਰ ਦੇ ਆਧਾਰ ਤੇ, ਮੀਨਸ ਕਾਰਜ ਕਾਰਜ ਦੇ ਆਧਾਰ ਤੇ ਆਪਣੇ ਦੋ ਟਾਈਪ ਦੇ ਹੈਗੇ ਨੇ, ਤੇ ਆਪਣੇ ਬਣਤਰ ਦੇ ਆਧਾਰ ਤੇ ਬੱਚੇ ਤਿੰਨ ਟਾਈਪਸ ਦੇ ਹੈਗੇ ਨੇ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਕਲੀਅਰ ਬੱਚੇ ਸਭ ਨੂੰ? ਕੋਈ ਡਾਊਟ ਹੋਵੇ? ਠੀਕ ਹੈ, ਜੇ ਮੈਂ ਗੱਲ ਕਰਾਂ ਕਿਸ ਦੇ ਆਧਾਰ ਤੇ, ਆਪਣੇ ਕਾਰਜ ਦੇ ਆਧਾਰ ਤੇ ਕਿੰਨੇ ਹੈਗੇ ਨੇ? ਦੋ ਟਾਈਪਸ ਤੇ, ਕਾਰਜ ਦੇ ਆਧਾਰ ਤੇ ਸਮਾਨ ਜੋਜਿਕ ਤੇ ਅਧੀਨ ਜੋਜਿਕ, ਦੋ ਟਾਈਪਸ। ਜੇ ਮੈਂ ਗੱਲ ਕਰਾਂ ਬਣਤਰ, ਠੀਕ ਹੈ, ਬਣਤਰ ਦੇ ਆਧਾਰ ਤੇ ਕਿੰਨੇ ਬੱਚੇ ਆਪਣੇ? ਤਿੰਨ ਟਾਈਪਸ ਦੇ ਨੇ। ਕਲੀਅਰ ਜੀ? ਦੱਸੋ ਕਲੀਅਰ ਜਾਂ ਨਹੀਂ, ਤੁਸੀਂ ਕਰੋ ਆਂਸਰ। ਮੈਂ ਪਾਣੀ ਪੀ ਲਾਂ, ਠੀਕ ਹੈ, ਤੁਸੀਂ ਕਰੋ ਆਂਸਰ, ਮੈਂ ਪਾਣੀ ਪੀ ਲਾਂ। ਆਂਸਰ ਇਹ ਸਹੀ ਦੇ ਹੀ ਨਹੀਂ ਸਕਦੇ ਤੁਸੀਂ, ਇਹ ਆਂਸਰ ਸਹੀ ਦੇ ਹੀ ਨਹੀਂ ਸਕਦੇ ਤੁਸੀਂ। 1190 ਬਿਲਕੁਲ ਬੈਕ ਐਂਡ ਤੇ ਮੇਰੇ ਕੋਲ 1190 ਆ ਇਸ ਟਾਈਮ, 1190 ਵਿਊਸ ਬੱਚੇ ਦੇਖ ਰਹੇ ਨੇ, ਆਂਸਰ ਤੁਸੀਂ ਕਰ ਰਹੇ। ਸੋਰੀ ਮੈਮ, ਮੈਂ ਜੀ ਸੈਂਡਵਿਚ ਕਰ ਰਹੀ ਸੀ, ਕੀ ਸੈਂਡਵਿਚ ਕਰ ਰਹੀ ਸੀ? ਆਂਸਰ ਕਰੋ, ਆਂਸਰ, ਨੈਕਸਟ ਕੁਐਸਚਨ ਆਂਸਰ ਕਰੋ, ਕੀ ਆਂਸਰ ਕਰੋ? ਬਸ ਰੁਕ ਗਈ, ਬਸ ਥੱਕ ਗਏ? ਥੱਕੀ ਤਾਂ ਮੈਂ ਨਹੀਂ ਹੈਗੀ ਹਲੇ, ਤੁਸੀਂ ਇੰਨੀ ਛੇਤੀ ਥੱਕ ਗਏ ਹੈ? ਦੱਸਿਓ ਮੈਨੂੰ, ਡੀ 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 ਡੀ, ਸੋਚ ਲਓ ਯਾਰ, ਅਗਰ ਗਲਤ ਹੋ ਗਿਆ ਨਾ ਪੈਂਦੀਆਂ ਦੇਖਿਓ, ਡੀ ਡੀ, ਕਿਆ ਬਾਤ ਆ ਯਾਰ, ਲੱਗਦਾ ਲੱਗਦਾ ਤੁਸੀਂ ਲੈ ਗਏ ਕੰਮ, ਲੱਗਦਾ ਤੁਸੀਂ ਕੀ ਆ, ਲੈ ਗਏ ਕੰਮ, ਕਿਆ ਬਾਤ ਆ, ਵੈਰੀ ਗੁੱਡ ਬੱਚੇ, ਖੁਸ਼ ਕਰਤਾ ਸਾਰਿਆਂ ਨੇ ਮੈਨੂੰ, ਠੀਕ ਆ, ਖੁਸ਼ ਕਰਤਾ ਮੈਨੂੰ ਸਾਰਿਆਂ ਨੇ। ਬੇਬੇ ਰਾਮ ਭਜਨੀ ਯਾਰ, ਆਪਣੇ ਈਸ਼ਵਰ ਚੰਦਰ ਨੰਦਾ ਜੀ ਬੱਚੇ ਕੌਣ ਹੈਗੇ ਨੇ? ਫਾਦਰ ਹੈਗੇ ਨੇ ਆਪਣੇ ਪੰਜਾਬੀ ਡਰਾਮਾ ਦੇ, ਵੈਰੀ ਵੈਰੀ ਇੰਪੋਰਟੈਂਟ। ਕਿਆ ਯਾਰ, ਮਨ ਦਾ ਡਿਪਟੀ, ਮਨ ਦਾ ਡਿਪਟੀ, ਕਿਆ ਇਹਨਾਂ ਦੇ ਕੰਮ ਹੈਗੇ ਨੇ, ਮਨ ਦਾ ਡਿਪਟੀ ਬੇਈਮਾਨ, ਮਨ ਦਾ ਡਿਪਟੀ ਯਾਰ, ਮਨ ਦਾ ਡਿਪਟੀ ਬੇਈਮਾਨ। ਇਹ ਮੈਂ ਟ੍ਰਿਕ ਬਣਾਈ ਸੀ ਹੈ ਨਾ, ਆਪਾਂ ਬਣਾਈ ਸੀ, ਮੈਨੂੰ ਯਾਦ ਆ ਐਪ ਦੇ ਵਿੱਚ, ਮਨ ਦਾ ਡਿਪਟੀ ਬੇਈਮਾਨ, ਸੁਹਾਗ ਤੇ ਦੁਲਹਨ, ਆਪੇ ਆਪਣਾ ਬੇਬੇ ਰਾਮ ਭਜਨੀ, ਸੁਭਦਰਾ ਹੋ ਗਿਆ, ਆ ਸ਼ਾਮੂ ਸ਼ਾਹ ਹੋ ਗਿਆ, ਲੀਲੀ ਦਾ ਵਿਆਹ ਤੇ ਵਾਰ ਘਰ, ਠੀਕ ਹੈ, ਸੁਖਰਾ ਸੋਸ਼ਲ ਸਰਕਲ, ਸਾਰੇ ਦੇ ਸਾਰੇ ਇੰਪੋਰਟੈਂਟ ਹੈਗੇ ਨੇ। ਕਿਆ ਬਾਤ ਆ ਯਾਰ, 1205 ਖੁਸ਼ ਕਰਦਾ ਯਾਰ, 1205 ਜਾਣੇ ਇਸ ਟਾਈਮ ਦੇਖ ਰਹੇ ਨੇ। ਬਟ ਬੱਚੇ, ਵੱਧ ਤੋਂ ਆਪਣੇ ਸੈਸ਼ਨ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਗਿਲਸ ਮੈਂਟੋਰ ਨੂੰ। ਡੇਲੀ ਬੱਚੇ ਆਪਣੀ ਕਲਾਸ ਹੁੰਦੀ ਹੈ, ਡੇਲੀ ਆਪਣੀ 2 ਵਜੇ ਰੈਗੂਲਰ ਕਲਾਸ ਹੁੰਦੀ ਆ। ਇਹ ਤਾਂ ਅੱਜ ਮੈਂ ਮੈਰਾਥਨ ਲੈਤੀ ਆ, ਮੈਰਾਥਨ ਵੀ ਪਤਾ ਕਿਉਂ ਲੈ ਲਈ ਮੈਂ? ਬਿਕੋਜ਼ ਫੈਬ ਦੇ ਫਸਟ ਵੀਕ ਮੈਂ ਜਾ ਰਹੀ ਹਾਂ ਘਰ, ਮੇਰੇ ਬ੍ਰਦਰ ਦਾ ਵਿਆਹ, ਸੋ ਇੱਕ ਹਫ਼ਤਾ ਕਲਾਸ ਨਹੀਂ ਲੱਗੇਗੀ, ਤਾਂ ਹੀ ਮੈਂ ਮੈਰਾਥਨ ਲੈ ਲਈ, ਠੀਕ ਆ। ਅਤੇ ਡੇਲੀ ਬੱਚੇ 5 PM ਹੁੰਦੀ ਹੈਗੀ ਆਪਣੀ, ਕਿਸ ਚੀਜ਼ ਦੀ? GS and GK ਦੇ ਮਿਕਸ ਕੁਸ਼ਚਨ, ਠੀਕ ਆ। ਅਤੇ ਬਸ ਇੱਥੇ ਵੀ ਆਪਾਂ ਜ਼ਬਰਦਸਤ ਮਾਹੌਲ ਬਣਾ ਲੈਣਾ ਹੈਗਾ, ਪੂਰੀ ਦੀ ਪੂਰੀ ਪੋਲੀਟੀ, ਹਿਸਟਰੀ, ਜੋਗ੍ਰਫੀ ਇੱਥੇ ਹੀ ਤੁਹਾਡੀ ਮੈਂ ਰਿਵਾਈਜ਼ ਕਰਵਾ ਦੇਣੀ, ਉਹ ਵੀ ਕੁਸ਼ਚਨਸ ਦੇ ਥਰੂ। ਕਲੀਅਰ ਬੱਚੇ? ਚਲੋ ਨੈਕਸਟ ਕੁਸ਼ਚਨ ਦੇਖੋ, ਸੁਹਾਗ ਤੇ ਦੁਲਹਨ ਅਤੇ ਸ਼ਾਮੂ ਸ਼ਾਹ ਕਿਸਨੇ ਲਿਖਿਆ ਹੈ? ਆਂਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਂਸਰ ਦੇਖੋ ਜੀ। ਕੁਲਵਿੰਦਰ ਕੌਰ ਬਿਲਕੁਲ ਰਾਜੇ, ਇਹ ਉਹ ਦੇਖ ਰਹੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ, ਬੈਕ ਐਂਡ ਤੇ ਇੰਨੇ ਹੈਗੇ ਨੇ, ਜਦ ਵੀਡੀਓ ਆਫ ਹੋ ਗਈ ਨਾ ਉਦੋਂ ਚੈੱਕ ਕਰ ਲਿਓ, ਝੂਠ ਨਹੀਂ ਬੋਲ ਰਹੀ ਮੈਂ। ਨੂਰਾ ਰਿਜਨ ਨੂੰ ਵੈਕਟ ਹੋ ਕੇ ਲਿਖਣਾ ਸਟਾਰਟ। ਚਲੋ ਆਂਸਰ ਕਰੋ, ਆਂਸਰ ਕਰੋ, ਆਂਸਰ। ਓਹੋ, ਮੈਂ ਝੂਠ, ਮੈਂ ਪਿਕ ਕਲਿੱਕ ਕਰਕੇ ਪਾਵਾਂ ਅਪਲੋਡ ਕਰਾਂ, ਜੇ ਤੁਹਾਨੂੰ ਟੈਬ ਮਤਲਬ ਨਹੀਂ ਯਕੀਨ ਹੋ ਰਿਹਾ ਤਾਂ ਦੇਖੋ, ਜਿਹੜੇ ਸ਼ੋ ਹੋ ਰਹੇ ਨੇ ਤੁਹਾਨੂੰ ਕਰੰਟ ਵਿਊ ਹੈਗੇ ਨੇ, ਮੀਨਸ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ, ਬੈਕਐਂਡ 'ਤੇ ਜ਼ਿਆਦਾ ਵਿਊਜ਼ ਹੋ ਰਹੇ ਨੇ। ਚਲੋ ਆਂਸਰ ਕਰੋ, ਆਂਸਰ ਕਰੋ ਬੱਚੇ।
ਇਹ ਤਾਂ ਮੈਂ ਹੁਣੀ ਕਰਵਾ ਕੇ ਹਟੀ ਹਾਂ, ਹੁਣੀ ਕਰਵਾ ਕੇ ਹਟੇ ਆਪਾਂ ਈਸ਼ਵਰ ਚੰਦਰ ਨੰਦਾ ਜੀ, ਠੀਕ ਆ, ਦੋਨੋਂ ਬੁੱਕਸ ਯਾਦ ਰੱਖਿਓ ਬੱਚੇ। ਨੈਕਸਟ ਕੁਐਸਚਨ ਦੇਖੋ, ਰੂਪ ਦੇ ਆਧਾਰ ਤੇ, ਰੂਪ ਦੇ ਆਧਾਰ ਤੇ ਸੰਬੰਧ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਆਪਣੇ ਬੱਚੇ? ਤਿੰਨ, ਚਾਰ, ਪੰਜ ਜਾਂ ਫਿਰ ਆਪਣਾ ਦੋ? ਆਂਸਰ ਕਰੋ ਬੱਚੇ, ਰੂਪ ਦੇ ਆਧਾਰ ਤੇ ਕਿੰਨੇ ਹੁੰਦੇ ਹਨ? ਹੁਣੀ ਮੈਂ ਕਰਵਾ ਕੇ ਹਟੀ ਹਾਂ, ਆਂਸਰ ਕਰੋ। ਨੈਕਸਟ ਕੁਐਸਚਨ ਦਾ ਏ ਸੀ ਡੀ, ਹਾਏ ਰੱਬ, ਜਗਨ ਬਰਾੜ, ਏ ਸੀ ਡੀ ਕਿੱਧਰੋਂ ਆ ਗਿਆ ਬੱਚੇ? ਨੈਕਸਟ ਕੁਐਸਚਨ ਦਾ ਆਂਸਰ ਕਰੋ, ਰੂਪ ਦੇ ਆਧਾਰ ਤੇ, ਰੂਪ ਦੇ ਆਧਾਰ ਤੇ ਬੱਚੇ ਸੰਬੰਧ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਤਾਂ ਆਪਸ਼ਨ ਕੀ ਆਏਗਾ ਬੱਚੇ? ਆਪਣਾ ਡੀ ਆਏਗਾ, ਦੋ ਹੁੰਦੇ ਹੈਗੇ ਨੇ ਰੂਪ ਦੇ ਆਧਾਰ ਤੇ। ਠੀਕ ਹੈ, ਕਿਸ ਦੀ ਗੱਲ ਕਰੀਏ? ਮੈਂ ਸਿਰਫ ਔਰ ਸਿਰਫ ਰੂਪ ਦੀ ਗੱਲ ਕਰ ਰਹੀ ਹਾਂ। ਸੰਬੰਧਕ ਕਿਹੜੇ ਹੁੰਦੇ ਆ ਬੱਚੇ? ਹੁਣ ਦੇਖੋ, ਸੰਬੰਧਕ ਕਿਹੜੇ ਹੁੰਦੇ ਹਨ? ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ, ਠੀਕ ਆ, ਉਹਨਾਂ ਦਾ ਸ਼ਬਦ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਜਿੱਦਾਂ ਆਪਣਾ ਦਾ, ਦੇ, ਦੀ, ਨੀ, ਇਹ ਹੋ ਗਿਆ। ਠੀਕ ਆ, ਆਹ ਦੇਖੋ, ਰੂਪ ਦੇ ਆਧਾਰ ਤੇ ਦੋ ਆ ਬੱਚੇ, ਇੱਕ ਆਪਣਾ ਵਿਕਾਰੀ ਹੋ ਗਿਆ, ਇੱਕ ਕਿਹੜਾ ਹੋ ਗਿਆ ਆਪਣਾ ਆਵਿਕਾਰੀ। ਠੀਕ ਆ ਰਾਜੇ, ਆਵਿਕਾਰੀ ਕਿਹੜੇ ਹੁੰਦੇ ਨੇ? ਜਿਨ੍ਹਾਂ ਸੰਬੰਧਕਾਂ ਦੇ ਰੂਪ ਸਥਿਰ ਰਹਿੰਦੇ ਹਨ। ਠੀਕ ਆ ਰਾਜੇ, ਜਿਵੇਂ ਨੇ, ਨੂੰ, ਤੋਂ, ਰਾਹੀਂ, ਸਾਰੇ ਹੋ ਗਏ, ਤੇ ਆਪਣੇ ਆਵਿਕਾਰੀ, ਵਿਕਾਰੀ ਕਿਹੜੇ ਹੋ ਗਏ? ਜਿਨ੍ਹਾਂ ਦਾ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ। ਠੀਕ ਆ, ਜਿਨ੍ਹਾਂ ਦੇ ਰੂਪ 'ਚ ਕੋਈ ਤਬਦੀਲੀ ਨਹੀਂ ਆਉਂਦੀ ਉਹ ਆਵਿਕਾਰੀ ਹੁੰਦੇ ਨੇ, ਜਿਨ੍ਹਾਂ ਦੇ ਰੂਪ 'ਚ ਤਬਦੀਲੀ ਆ ਜਾਂਦੀ ਹੈ ਬੱਚੇ ਉਹ ਕਿਹੜੇ ਹੁੰਦੇ ਨੇ? ਆਪਣੇ ਵਿਕਾਰੀ ਹੁੰਦੇ ਨੇ। ਚਲੋ ਨੈਕਸਟ ਕੁਐਸਚਨ ਦਾ ਆਂਸਰ ਕਰੋ, ਮੈਚਿੰਗ ਕਰੋ, ਮੈਚਿੰਗ ਕਰੋ, ਨੈਕਸਟ ਕੁਐਸਚਨ ਦੀ ਮੈਚਿੰਗ ਕਰੋ ਜੀ, ਆਂਸਰ ਕਰੋ ਬੱਚੇ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਕੀ ਆਂਸਰ ਆਏਗਾ? ਮੈਚਿੰਗ ਕਰੋ, ਬੁੱਕਸ ਹੈਗੀਆਂ ਨੇ, ਮੈਚਿੰਗ ਕਰੋ ਬੱਚੇ, ਕਿਹੜੀ ਕਿਸ ਦੀ ਹੈ? ਆਂਸਰ ਕਰੋ ਆਪਣਾ ਨੈਕਸਟ ਕੁਐਸਚਨ ਦਾ, ਆਂਸਰ ਕਰੋ ਜੀ ਨੈਕਸਟ ਕੁਐਸਚਨ ਦਾ, ਆਂਸਰ ਕਰੋ ਨੈਕਸਟ ਕੁਐਸਚਨ, ਕਿਉਂ ਆਂਸਰ ਕਰੋ, ਮੈਚਿੰਗ ਕਰੋ, ਬੁੱਕਸ ਨੂੰ ਦੇਖਦੇ ਆ ਕਿਹੜੀਆਂ ਕਿਹੜੀਆਂ ਤੁਹਾਨੂੰ ਯਾਦ ਹੈਗੀਆਂ ਨੇ ਬੱਚੇ, ਆਂਸਰ ਕਰੋ। ਬੀ ਸੀ, ਬੀ ਸੀ ਖਾਦ ਹੋਗੀ, ਬੀ ਸੀ, ਮਨਪ੍ਰੀਤ ਕੌਰ ਕਹਿੰਦੇ ਬੀ ਸੀ, ਓਕੇ, ਸੀ, ਓਕੇ, ਸੀ, ਅਵਨੀਤ, ਲਕਸ਼ਮੀ, ਪੁਸ਼ਪਿੰਦਰ, ਪ੍ਰਦੀਪ, ਅਮਨ, ਆਂਸਰ ਕਰੋ ਬੱਚੇ, ਆਂਸਰ ਕਰੋ। ਜਿਹੜੇ ਬੱਚੇ ਹਨ, ਜਸਵੀਰ ਕੌਰ, ਜਸ, ਦਲਜੀਤ, ਗੁਰਪ੍ਰੀਤ, ਰਵਿੰਦਰ, ਸਰੋਜ, ਇਹਨਾਂ ਸਾਰੇ ਬੱਚਿਆਂ ਦਾ ਆਂਸਰ ਸਹੀ ਆ ਬੱਚੇ। ਆਪਣਾ ਆਪਸ਼ਨ ਨੰਬਰ ਕੀ ਆਏਗਾ? ਸੀ ਆਏਗਾ, ਲਾਈਨ ਵਾਈਜ਼ ਹੀ ਹੈ। ਜਸਵੰਤ ਸਿੰਘ ਕਮਲ ਦੀ ਹੈਗੀ ਹੈ, ਆਪਣੀ ਰਾਤ ਬਾਕੀ ਹੈ। ਕਰਤਾਰ ਸਿੰਘ ਦੁੱਬਲ ਦੀ ਹੈ ਬੱਚੇ, ਕਰਾਮਾਤ, ਧਨੀ ਰਾਮ ਚਾਤਰਿਕ ਦੀ ਚੰਦਰ ਵਾੜੀ, ਅਤੇ ਆਪਣਾ ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਹੈ ਬੱਚੇ? ਆਪਣੀ ਸਾਗਰ ਅਤੇ ਸਿੱਪੀਆਂ। ਨੈਕਸਟ ਕੁਐਸਚਨ ਆਂਸਰ ਕਰੋ ਰਾਜੇ ਆਪਣਾ, ਮਸ਼ਹੂਰ ਰੋਮਾਂਟਿਕ ਮਹਾਂਕਵੀ ਹੀਰ ਰਾਂਝਾ, ਇਹਦੇ ਤਾਂ ਤੁਸੀਂ ਗਲਤ ਕਰ ਹੀ ਨਹੀਂ ਸਕਦੇ। ਅਗਰ ਇਹ ਵੀ ਗਲਤ ਕਰਤਾ ਤਾਂ ਬਸ ਫਿਰ, ਅਗਰ ਇਹ ਵੀ ਗਲਤ ਕਰ ਦਿੱਤੀ ਤਾਂ ਬਸ ਫਿਰ ਬੱਚੇ ਆਂਸਰ ਕਰੋ, ਆਂਸਰ ਕਰੋ। ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਆਪਣਾ ਕੀ ਆਏਗਾ? ਆਪਣੀ ਹੀਰ ਰਾਂਝਾ ਕਿਹਦੀ ਆ? ਹੀਰ ਰਾਂਝਾ ਕਿਸ ਦੀ ਹੈ? ਆਂਸਰ ਕਰੋ ਬੱਚੇ, ਹੀਰ ਰਾਂਝਾ, ਹੀਰ ਰਾਂਝਾ ਆਂਸਰ ਕਰੋ, ਕਿਸ ਦੀ ਹੈ ਬੱਚੇ? ਇਹ ਤਾਂ ਸਭ ਨੂੰ ਹੀ ਪਤਾ ਯਾਰ, ਵਾਰਿਸ਼ ਦੀ ਹੀਰ, ਵਾਰਿਸ਼ ਦੀ ਹੀਰ, ਆਪਾਂ ਕਿੰਨੇ ਵਾਰ ਤਾਂ ਪੜ੍ਹਦੇ ਪਏ ਹਾਂ। ਚਲੋ, ਸੋ ਈਜ਼ੀ ਕੁਐਸਚਨ, ਆਂਸਰ ਕਰੋ, ਗਲਤ ਕਰੋਗੇ, ਪੱਕਾ ਗਲਤ ਕਰੋਗੇ, 101% ਤੁਸੀਂ ਗਲਤ ਕਰਨਾ ਹੀ ਕਰਨਾ ਯਾਰ। ਅਵਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਪੱਕਾ 101% ਲਿਖਾ ਲਓ, ਗਲਤ ਹੋਏਗਾ ਤੁਹਾਡਾ, ਹਰ ਇੱਕ ਦਾ ਹੀ ਗਲਤ ਹੋਏਗਾ। ਆਂਸਰ ਕਰੋ, ਨੈਕਸਟ ਕੁਐਸਚਨ ਦਾ ਆਂਸਰ ਕਰੋ, ਕੀ ਕਰ ਰਹੇ ਹੋ? ਆਂਸਰ ਆਂਸਰ ਕਰੋ, ਆਂਸਰ ਨੈਕਸਟ ਕੁਐਸਚਨ ਦਾ ਆਂਸਰ ਕਰੋ ਰਾਜੇ, ਨੈਕਸਟ ਕੁਐਸਚਨ ਦਾ ਆਂਸਰ ਕਰੋ, ਪੱਕਾ ਗਲਤ ਕਰੋਗੇ, ਪੱਕਾ ਗਲਤ ਕਰੋਗੇ।
ਕਿਉਂ ਏ ਸੀ ਬੀ ਕਿਆ ਬਾਤ ਹੈ ਏ ਭਗਤ ਕਬੀਰ। ਅੱਛਾ ਭਗਤ ਕਬੀਰ ਆਏਗਾ, ਸੋਚ ਲਓ, ਹਲੇ ਵੀ ਸੋਚ ਲਓ ਰਾਜੇ, ਸੋਚ ਲਓ ਕੀ ਆਂਸਰ ਆਏਗਾ, ਸੋਚ ਲਓ ਕਿਆ ਬਾਤ ਹੈ। ਵੈਰੀ ਗੁੱਡ, ਸਭ ਦਾ ਆਂਸਰ ਸਹੀ ਹੈ। ਆਪਣੇ ਕੌਣ ਨੇ ਬੱਚੇ? ਆਪਣੇ ਭਗਤ ਕਬੀਰ ਜੀ। ਠੀਕ ਹੈ ਰਾਜੇ, ਨੈਕਸਟ ਕੁਐਸਚਨ ਦੇਖੋ। ਮਸ਼ਹੂਰ ਰੋਮਾਂਟਿਕ ਮਹਾਕਵੀ, ਉਹ ਇਹ ਤਾਂ ਰਿਪੀਟ ਹੋ ਗਿਆ, ਇਹ ਤਾਂ ਕੁਐਸਚਨ ਹੀ ਰਿਪੀਟ ਹੋ ਗਿਆ ਯਾਰ। ਹੁਣ ਕਰੋ ਸਰਗੀ ਵੇਲਾ, ਸਰਗੀ ਵੇਲਾ ਦੱਸੋ ਬੱਚੇ, ਸਰਗੀ ਵੇਲਾ ਨਾਵਲ ਕਿਸਨੇ ਲਿਖਿਆ? ਆਪਣਾ ਸੁਰਜੀਤ ਪਾਤਰ, ਨਾਨਕ ਸਿੰਘ, ਦਲੀਪ ਕੌਰ ਟਿਵਾਣਾ ਜੀ, ਆਪਣੇ ਸੰਤ ਸਿੰਘ ਸੇਖੋਂ, ਜਾਂ ਫਿਰ ਆਪਣੇ ਅੰਮ੍ਰਿਤਾ ਪ੍ਰੀਤਮ। ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਆਪਣਾ ਕੀ ਆਏਗਾ? ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਸਰਗੀ ਵੇਲਾ ਕਿਸਦਾ ਹੈ? ਦੇਖਦੇ ਹਾਂ ਕੀ ਆਂਸਰ ਕਰਦੇ ਹੋ, ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ। CDCDCDA, ਕਿਆ ਬਾਤ, ਹੁਣ ਇਹ ਆ ਗਿਆ ਆਪਸ਼ਨ, ਸੁਰਜੀਤ ਪਾਤਰ। ਆਂਸਰ ਕਰੋ, ਨੈਕਸਟ ਕੁਐਸਚਨ ਦਾ ਆਂਸਰ ਕਰੋ, ਕਿਉਂਕਿ ਆਂਸਰ ਕਰੋ ਬਸ। ਹੁਣ ਤਾਂ ਲੈ ਲਿਆ ਕੰਮ ਆਪਾਂ, ਹੁਣ ਤਾਂ ਕੰਮ ਲੈ ਲਿਆ ਆਪਾਂ, ਬਸ ਥੋੜ੍ਹੀ ਰਹਿ ਗਿਆ, ਥੋੜ੍ਹਾ ਹੀ ਰਹਿ ਗਿਆ ਕੰਮ। ਆਈ ਥਿੰਕ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਕਿੰਨੇ ਕੁਐਸਚਨ ਹੋ ਚੁੱਕੇ ਨੇ। ਤੁੱਕਾ ਸਰੋਜ ਗੁੱਦਲ, ਸੀ ਕਹਿੰਦੇ ਤੁੱਕਾ, ਸੀ ਕਹਿੰਦੇ ਤੁੱਕਾ, ਵਾਕਈ ਤੁੱਕਾ ਡੀ ਆਏਗਾ। ਕਿਸੇ ਦਾ ਆਂਸਰ ਸਹੀ ਨਹੀਂ ਆਇਆ, ਸਿਰਫ ਹਰਬੰਸ ਕੰਪੋਜ ਦਾ ਮੈਨੂੰ ਆਂਸਰ ਡੀ ਦਿਖ ਰਿਹਾ, ਨਹੀਂ ਸਭ ਦਾ ਆਂਸਰ ਸੀ ਆ, ਸਭ ਦਾ ਆਂਸਰ ਸੀ ਆ। ਫਤਿਹ ਸਿੰਘ, ਬੀ ਪੂਨਮ ਰਾਣੀ, ਸੀ ਅਵਨੀਤ ਸ਼ਰਮਾ, ਸੀ ਛਿੱਤਰ ਪੈਣ ਵਾਲੇ ਆ ਤੁਹਾਡੇ ਸਭ ਦੇ, ਤੁਹਾਡੇ ਸਭ ਦੇ ਹੀ ਛਿੱਤਰ ਪੈਣ ਵਾਲੇ ਆ। ਹੱਦ ਹੋ ਗਈ ਯਾਰ, ਸਰਗੀ ਵੇਲਾ ਕਿੰਨਾ ਦਾ? ਆਪਣਾ ਸੰਤ ਸਿੰਘ ਸੇਖੋਂ ਜੀ, ਯਾਦ ਰੱਖਿਓ। ਵਿਸਮਕ ਸ਼ਬਦ ਚੁਣੋ ਬੱਚੇ, ਵਿਸਮਕ। ਮੈਂ ਇੱਥੇ ਪਿੱਕ ਲਗਾਈ ਸੀ ਯਾਰ ਸੰਤ ਸਿੰਘ ਸੇਖੋਂ ਦੀ, ਪਤਾ ਨਹੀਂ ਕਿੱਧਰ ਚਲੀ ਗਈ। ਚਲੋ ਕੁਐਸਚਨ ਨੰਬਰ ਕਿਉਂ ਲਿਖਾਂ, ਹੱਦ, ਆਂਸਰ ਕਰੋ ਨੈਕਸਟ ਕੁਐਸਚਨ, ਵਿਸਮਕ ਸ਼ਬਦ ਚੁਣੋ। ਹੁਣ ਦੇਖਦੇ ਹਾਂ ਕਿਹੜਾ ਬੱਚਾ ਆਂਸਰ ਸਹੀ ਕਰਦਾ, ਕਿਹੜਾ ਬੱਚਾ ਆਂਸਰ ਸਹੀ ਕਰਦਾ, ਦੇਖਦੇ ਹਾਂ ਬੱਚੇ। ਆਂਸਰ ਕਰੋ, ਵਿਸਮਿਕ ਸ਼ਬਦ ਚੁਣੋ ਆਪਣਾ, ਚੁਣੋ ਜੀ ਵਿਸਮਕ ਸ਼ਬਦ। ਤੁੱਕਾ ਗਲਤ ਹੋ ਗਿਆ, ਤੁੱਕਾ ਗਲਤ ਹੋ ਗਿਆ। ਇਹ ਤੁੱਕੇ ਨਾ, ਇਹ ਤੁੱਕੇ ਇੱਥੇ ਕੰਮ ਆ ਰਹੇ ਨੇ ਪੇਪਰ 'ਚ, ਨਹੀਂ ਮੈਂ ਹਮੇਸ਼ਾ ਤੁਹਾਨੂੰ ਪਤਾ ਐਪ ਦੇ ਵਿੱਚ ਵੀ ਕਹਿੰਦੀ ਹੁੰਦੀ ਹਾਂ ਵੀ ਬਸ ਜਦੋਂ ਇੱਕ ਵਾਰ ਫੇਲ ਹੋ ਗਿਆ, ਗੋਲਾ ਇੱਕ ਵਾਰ ਫਿੱਲ ਹੋ ਗਿਆ ਨਾ, ਮੈਂ ਹਮੇਸ਼ਾ ਐਪ ਦੇ ਵਿੱਚ, ਆਪਾਂ ਮੈਂ ਹੱਸਦੇ ਹੁੰਦੇ ਅਸੀਂ ਬੱਚੇ ਸਾਰੇ ਜਣੇ, ਮੈਂ ਯਾਰ ਫਿਰ ਤਾਂ ਆਪਾਂ ਬਸ ਦੇ ਵਿੱਚ ਬੈਠ ਕੇ ਮੱਥੇ ਹੀ ਮਾਰਦੇ ਹੁੰਦੇ ਹਾਂ, ਮੱਥੇ 'ਤੇ ਹੱਥ ਮਾਰਿਆ ਹੁੰਦਾ ਵੀ ਹਾਏ ਰੱਬਾ ਆ ਵੀ ਗਲਤ ਹੋ ਗਿਆ, ਹਾਏ ਰੱਬਾ ਆ ਵੀ ਗਲਤ ਕਰਤੇ, ਇਹਦਾ ਆਂਸਰ ਇਹ ਆਉਣਾ ਸੀ। ਇੱਕ ਚੀਜ਼ ਆਪਾਂ ਹੋਰ, ਹਰ ਇੱਕ ਬੱਚਾ ਕਰਦਾ, ਪੱਕਾ ਹੀ ਕਰਦਾ ਹੈਗਾ ਬੱਚੇ, ਕੀ ਕਰਦਾ? ਜਦੋਂ ਆਪਾਂ ਜਦੋਂ ਆਪਾਂ ਆਂਸਰ ਕੀ ਆ ਜਾਂਦੀ ਹੈ ਨਾ, ਆਪਾਂ ਚੈੱਕ ਕਰਦੇ ਹਾਂ ਪੂਰੇ ਸ਼ੌਂਕ ਨਾਲ ਵੀ, ਹਾਏ ਯਾਰ ਆਂਸਰ ਕੀ, ਚੈੱਕ ਕਰਦੇ ਹਾਂ, ਅਤੇ ਜਦੋਂ ਬਸ ਗਲਤ ਹੋਣ ਲੱਗ ਜਾਂਦੇ ਨੇ ਬਸ ਫਿਰ ਤਾਂ ਆਪਾਂ ਉੱਥੇ ਛੱਡ ਦਿੰਦੇ ਹਾਂ ਵੀ ਬਸ ਯਾਰ ਹੁਣ ਤਾਂ ਆਪਾਂ ਸਿੱਧੇ ਨੰਬਰ ਹੀ ਦੇਖਾਂਗੇ, ਹੁਣ ਨਹੀਂ ਆਪਾਂ ਚੈੱਕ ਕਰਨ ਵਾਲੇ। ਠੀਕ ਆ, ਤਾਂ ਬੀ, ਵੈਰੀ ਗੁੱਡ ਬੱਚੇ, ਜਿਹੜੇ ਬੱਚਿਆਂ ਨੇ ਆਂਸਰ ਬੀ ਕੀਤਾ, ਸਭ ਦਾ ਆਂਸਰ ਸਹੀ ਹੈ। ਠੀਕ ਆ ਰਾਜੇ, ਸਭ ਦਾ ਆਂਸਰ ਕੀ ਹੈਗਾ ਆਪਣਾ, ਸਹੀ ਹੈ। ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, 2 ਵਿਘੇ ਜ਼ਮੀਨ, ਠੀਕ ਆ, 2 ਵਿਘੇ ਜ਼ਮੀਨ ਕਿਸਨੇ ਲਿਖਿਆ ਹੈ? ਆਂਸਰ ਕਰੋ ਜੀ। ਮੈਮ ਅੰਮ੍ਰਿਤਾ ਪ੍ਰੀਤਮ ਦੀ ਹੈ ਕਵਿਤਾ ਸਰਗੀ ਵੇਲਾ, ਨਹੀਂ ਬੱਚੇ, ਚਲੋ ਆਪਾਂ ਡਾਊਟ 'ਚ ਰੱਖ ਲੈਂਦੇ ਕੁਐਸਚਨ। ਠੀਕ ਆ, ਸਰਗੀ ਵੇਲਾ ਅਗਰ ਤੁਸੀਂ ਕਹਿ ਰਹੇ ਹੋ ਅੰਮ੍ਰਿਤਾ ਪ੍ਰੀਤਮ ਦੀ ਹੈ ਤਾਂ ਆਪਾਂ ਡਾਊਟ ਦੇ ਵਿੱਚ ਰੱਖ ਰਹੇ ਹਾਂ। 2 ਕੁਐਸਚਨ ਬੱਚਿਆਂ ਨੇ ਮੈਨੂੰ ਡਾਊਟ 'ਚ ਦੱਸਿਆ, ਉਹ ਆਪਾਂ ਕੱਲ੍ਹ ਦੀ ਕਲਾਸ 'ਚ ਕਲੀਅਰ ਕਰ ਦੇਣੇ ਮੈਂ ਤੁਹਾਨੂੰ। ਠੀਕ ਆ ਰਾਜੇ, ਆਪਾਂ ਕੱਲ੍ਹ ਦੀ ਕਲਾਸ 'ਚ ਉਹ ਚੀਜ਼ ਕਰ ਲੈਣੀ ਹੈ। ਚਲੋ ਆਂਸਰ ਕਰੋ ਬੱਚੇ, ਆਂਸਰ ਕਰੋ ਨੈਕਸਟ ਕੁਐਸਚਨ, 2 ਵਿਘੇ ਜ਼ਮੀਨ ਦਾ ਆਂਸਰ ਕਰੋ ਬੱਚੇ, 2 ਵਿਘੇ ਜ਼ਮੀਨ ਕਿਸਨੇ ਲਿਖੀ ਹੈ? ਆਂਸਰ ਕਰੋ ਨੈਕਸਟ ਕੁਐਸਚਨ ਦਾ। ਓਬਵੀਅਸਲੀ ਗੱਲ, ਆਪਣੇ ਬਲਰਾਜ ਸਾਨੀ, ਕੌਣ ਹੈਗੇ ਬੱਚੇ? ਆਪਣੇ ਬਲਰਾਜ ਸਾਨੀ। ਤਾਂ ਹੁਣ ਆਪਾਂ ਇਹਨਾਂ ਬਾਰੇ ਥੋੜ੍ਹੇ ਪੁਆਇੰਟਸ ਕਰੀਏ ਰਾਜੇ। ਦੇਖੋ ਜਿਹੜੇ ਬਲਰਾਜ ਸਾਨੀ ਆਪਣੇ ਕੌਣ ਨੇ? ਇੰਡੀਅਨ ਫਿਲਮ ਐਂਡ ਸਟੇਜ ਐਕਟਰ ਹੈਗੇ ਨੇ ਇਹਨਾਂ ਦੇ ਰਾਜੇ। ਇੱਕ ਚੀਜ਼ ਯਾਦ ਰੱਖਿਓ, ਟ੍ਰਿਕ ਪਤਾ ਕੀ ਹੈ ਬਲਰਾਜ ਸਾਨੀ ਦੇ ਕੰਮ ਯਾਦ ਕਰਨ ਦੀ? ਇਹਨਾਂ ਦੇ ਸਾਰੇ ਦੇ ਸਾਰੇ ਕੰਮ ਕਿਸ ਨਾਲ ਰਿਲੇਟਡ ਆ ਬੱਚੇ? ਸਫ਼ਰ ਦੇ ਨਾਲ ਰਿਲੇਟਡ ਆ। ਕਿਸ ਨਾਲ ਰਿਲੇਟਡ ਹੈ ਆਪਣਾ? ਸਫ਼ਰ ਦੇ ਨਾਲ ਰਿਲੇਟਡ ਹੈ, ਜਿੱਦਾਂ ਆਪਣਾ ਕਾਬਲੀ ਵਾਲਾ, ਇਹ ਤਾਂ ਕਾਬਲੀ ਵਾਲਾ ਤਾਂ ਆਪਣਾ ਚੱਲਿਆ ਵੀ ਸੀ,
ਦੇਖਿਆ ਉਹ ਸਭ ਨੇ ਸੀਰੀਅਲ ਸੀ ਕਾਬਲੀ ਵਾਲਾ ਨਾ, ਉਹ ਕੁੜੀ ਵਾਲਾ ਡਰਦੀ ਹੁੰਦੀ ਹੈਗੀ ਪਹਿਲਾਂ ਤੋਂ ਕਾਬਲੀ ਵਾਲੇ ਤੋਂ, ਫਿਰ ਚਲੋ ਬਾਅਦ 'ਚ ਆਪਣੀ ਗਰਮ ਹਵਾਵਾਂ, ਧਰਤੀ ਕੇ ਲਾਲ, ਦੋ ਵਿਗੇ ਜ਼ਮੀਨ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਸਾਰੇ ਦੇ ਸਾਰੇ ਕੰਮ ਏ, ਇੱਕ ਸਫ਼ਰ ਇੱਕ ਦਾਸਤਾਂ, ਸਭ ਦੇ ਕਿਹੜੇ ਕੰਮ ਆਪਣੇ ਬਲਰਾਜ ਸਾਹਨੀ ਜੀ ਦੇ। ਨੈਕਸਟ ਕਰੋ ਰਾਜੇ, ਗੁਰਦਿਆਲ ਸਿੰਘ ਦੇ ਸਾਹਿਤ ਅਕੈਡਮੀ ਅਵਾਰਡ, ਸਾਹਿਤ ਅਕੈਡਮੀ ਅਵਾਰਡ ਵਿਜੇਤਾ ਨਾਵਲ ਦਾ ਨਾਮ ਦੱਸੋ ਰਾਜੇ। ਆਂਸਰ ਕਰੋ ਰਾਜੇ ਆਪਣੇ, ਆਂਸਰ ਕਰੋ, ਬਸ ਥੋੜ੍ਹੇ ਰਹਿ ਗਏ ਕੁਐਸਚਨ, ਥੋੜ੍ਹੇ ਹੀ ਰਹਿ ਗਏ ਕੁਐਸਚਨ, ਹੁਣ ਖਤਮ ਹੀ ਕਰ ਦਈਏ। ਹੁਣ ਮਾੜੇ ਜਿਹੇ ਪਿੱਛੇ ਆਪਾਂ ਨੇ ਕਿਉਂ ਛੱਡਣਾ, ਮਾੜੇ ਜਿਹੇ ਪਿੱਛੇ ਆਪਾਂ ਨੇ ਕਲਾਸ ਕਿਉਂ ਛੱਡਣੀ ਬੱਚੇ, ਠੀਕ ਆ? ਤਾਂ ਆਂਸਰ ਕਰੋ ਬੱਚੇ, ਆਂਸਰ ਕਰੋ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਆਪਣਾ ਗੁਰਦਿਆਲ ਸਿੰਘ ਜੀ ਨੂੰ ਸਾਹਿਤ ਅਕੈਡਮੀ ਅਵਾਰਡ ਬੱਚੇ ਕਿਸ ਦੇ ਲਈ ਮਿਲਿਆ ਸੀ? ਵੈਰੀ ਵੈਰੀ ਇੰਪੋਰਟੈਂਟ ਬੱਚੇ, ਵੈਰੀ 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 ਇੰਪੋਰਟੈਂਟ ਕੁਐਸਚਨ। ਤਾਂ ਆਪਣੇ ਕਿਸ ਦੇ ਲਈ ਬੱਚੇ? ਅੱਧ ਚਾਨਣੀ ਰਾਤ, ਸਾਹਿਤ ਅਵਾਰਡ ਅੱਧ ਚਾਨਣੀ ਰਾਤ ਲਈ ਮਿਲਿਆ ਸੀ। ਕਿਉਂ? ਬਸ ਇਹ ਸੀ ਜਿਹੜੇ ਬੱਚਿਆਂ ਨੇ ਆਂਸਰ ਬੀ ਆਏਗਾ। ਹਾਏ ਰੱਬਾ, ਕੁਛ ਨਹੀਂ ਹੋ ਸਕਦਾ ਤੁਹਾਨੂੰ। ਮੈਂ ਕਿਸ ਚੀਜ਼ ਦੀ ਗੱਲ ਕੀਤੀ ਆ? ਮੈਂ ਕਿ ਮੈਂ ਹੀ ਗਲਤ ਕਰਤਾ ਕਿ ਮੈਂ ਹੀ ਗਲਤ ਕਰਤਾ? ਸਾਹਿਤ ਅਕੈਡਮੀ ਅਵਾਰਡ ਦੀ ਗੱਲ ਹੋ ਰਹੀ ਹੈ ਬੱਚੇ, ਸਾਹਿਤ ਅਕੈਡਮੀ ਅਵਾਰਡ ਮਿਲਿਆ ਅੱਧ ਚਾਨਣੀ ਰਾਤ ਦੇ ਲਈ, ਠੀਕ ਹੈ? ਮੜੀ ਦੇ ਦੀਵੇ ਦੇ ਲਈ ਗਿਆਨ ਪੀਠ ਅਵਾਰਡ ਮਿਲਿਆ ਹੈ, ਮੜੀ ਦਾ ਦੀਵਾ ਗਿਆਨ ਪੀਠ ਅਵਾਰਡ ਮਿਲਿਆ। ਕਿੱਥੇ ਧਿਆਨ ਕਿੱਥੇ ਹੈ ਤੁਹਾਡਾ? ਆ ਪਿਆ ਗਿਆਨ ਪੀਠ ਅਵਾਰਡ, ਮੜੀ ਦਾ ਦੀਵਾ। ਕਿਆ ਪਰਸਨੈਲਿਟੀ ਹੈ ਰਾਜੇ ਗੁਰਦਿਆਲ ਸਿੰਘ ਦੇ, ਸਾਰੇ ਕੰਮ ਹਨੇਰੇ ਦੇ ਨਾਲ ਰਿਲੇਟਡ ਹੈਗੇ ਨੇ, ਠੀਕ ਹੈ ਰਾਜੇ? ਸਾਰੇ ਦੇ ਸਾਰੇ ਕੰਮ ਯਾਦ ਰੱਖਿਓ। ਅੰਨੇ ਘੋੜੇ ਦਾ ਦਾਨ ਇਹਨਾਂ ਦੀ ਫਿਲਮ ਬਣੀ ਸੀਗੀ, ਠੀਕ ਆ? ਉਹ ਪਹਿਲੀ ਫਿਲਮ ਸੀ ਬੱਚੇ ਜਿਹੜੀ ਕਿਸੇ ਆਪਣੇ ਇੰਟਰਨੈਸ਼ਨਲ ਲੈਵਲ ਤੱਕ ਰੀਚ ਕੀਤੀ ਸੀ। ਸਾਰੇ ਦੇ ਸਾਰੇ ਪੁਆਇੰਟਸ ਤੋਂ ਸਾਰੇ ਲਿਖੇ ਹੋਏ, ਇੱਕ ਵੀ ਪੁਆਇੰਟ ਹੈ ਨਹੀਂ ਜਿਹੜਾ ਤੁਹਾਨੂੰ ਨਾ ਪਤਾ ਹੋਵੇ। ਆ ਇਹਨਾਂ ਦੀ ਆਟੋ ਬਾਇਓਗ੍ਰਾਫੀ ਯਾਦ ਰੱਖਿਓ, 99 ਪਾਰਟ 1 ਅਤੇ ਦੂਜੀ ਦੇ ਹੀ ਪਾਰਟ 2। ਕਲੀਅਰ ਹੈ ਜੇ? ਉਹ ਤਾਂ ਗਿਆਨਪੀਠ ਸੀ, ਕਿਆ ਬਾਤ ਆ, ਕਮੈਂਟ ਦੇਖੋ ਬੱਚੇ ਦਾ, ਮਨਪ੍ਰੀਤ ਕੌਰ, ਉਹ ਤਾਂ ਗਿਆਨਪੀਠ ਸੀ। ਧਿਆਨ ਨਾਲ ਰੀਡ ਕਰਿਆ ਕਰੋ। ਮੈਂ ਪਹਿਲਾਂ ਵੀ ਕਿਹਾ ਸੀ ਵੀ ਸਰਸਵਤੀ ਸਮਾਨ, ਸਾਹਿਤ ਅਕੈਡਮੀ ਅਵਾਰਡ ਅਤੇ ਆਪਣਾ ਗਿਆਨਪੀਠ, ਤੁਹਾਨੂੰ ਯਾਦ ਹੋਣੇ ਚਾਹੀਦੇ, ਤੁਹਾਨੂੰ ਯਾਦ ਹੋਣੇ ਚਾਹੀਦੇ। ਨੈਕਸਟ ਕੁਐਸਚਨ ਦੇਖੋ, ਮਸ਼ਹੂਰ ਰੋਮਾਂਟਿਕ ਮਹਾਕਵੀ ਹੀਰ, ਉਹ ਯਾਰ ਫਿਰ ਕੁਐਸਚਨ ਰਿਪੀਟ ਕਿਉਂ ਹੋ ਰਹੇ ਆ? ਆਈ ਥਿੰਕ ਮੈਂ ਭੁੱਲ ਗਈ, ਮੈਂ ਭੁੱਲ ਗਈ, ਆਈ ਥਿੰਕ ਦੁਬਾਰਾ ਹੋ ਗਈਆਂ ਆਪਣੀਆਂ ਇਹ। ਲਓ, ਸੋਂਝ ਸ਼ਬਦ ਦਾ ਸਮਾਨਾਰਥਿਕ ਸ਼ਬਦ ਹੈ, ਆਂਸਰ ਕਰੋ ਬੱਚੇ। ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਹਾਂ, ਧਿਆਨ ਤਾਂ ਕਲਾਸ ਵਿੱਚ ਹੈ, ਫਿਰ ਵੀ ਗਲਤ ਹੋ ਗਿਆ, ਬਸ ਫਿਰ ਆਹੀ ਤਾਂ ਕੰਮ ਹੈਗਾ। ਆਂਸਰ ਕਰੋ, ਜ਼ਿਆਦਾ ਫਾਸਟ ਆਂਸਰ ਕਰੋ, ਕਿਉਂਕਿ ਆਂਸਰ ਕਰੋ, ਬਸ ਹੁਣ ਤਾਂ ਕੰਮ ਲੈ ਲਿਆ ਯਾਰ, ਆਪਾਂ ਬੈਠ ਜਾਓ, ਬਸ 5-10 ਮਿੰਟ ਦੀ ਕਲਾਸ ਹੋਰ ਆ, ਬੈਠ ਜਾਓ, ਠੀਕ ਆ? ਹੁਣ ਤਾਂ ਬਸ, ਨਹੀਂ ਨਹੀਂ ਮੁੱਕੇ ਨਹੀਂ ਹਾਲੇ ਮਨਪ੍ਰੀਤ ਬਹਿਸ, ਹਾਲੇ ਕਿਵੇਂ ਮੁੱਕ ਗਏ? ਆਂਸਰ ਕਰੋ, ਸੁੰਝ ਸ਼ਬਦ ਦਾ ਸਮਾਨਾਰਥਿਕ ਸ਼ਬਦ ਆ ਬੱਚੇ, ਸੁੰਝ ਸ਼ਬਦ ਦਾ ਸਮਾਨਾਰਥਿਕ ਸ਼ਬਦ ਆਪਣਾ ਕੀ ਹੈ? ਸਾਰੇ ਬੱਚੇ ਆਂਸਰ ਕਰੋ ਬੱਚੇ, ਏ ਬੀ ਸੀ, ਠੀਕ ਆ? ਏ ਬੀ ਸੀ, ਸੁੰਨਸਾਨ ਵੀ ਬੋਲਦੇ ਆ, ਉਜਾੜ ਵੀ ਬੋਲਦੇ, ਅਤੇ ਆਪਾਂ ਬੀ ਆ ਬਾਨ ਵੀ ਬੋਲਦੇ ਆ ਰਾਜੇ, ਠੀਕ ਆ? ਨੈਕਸਟ ਦੱਸੋ, ਰੂਪ, ਹਾਂ ਵੈਰੀ ਗੁੱਡ ਯਾਰ, ਵੈਰੀ ਗੁੱਡ। ਰੂਪ ਬਣਤਰ ਦੇ ਆਧਾਰ 'ਤੇ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ? ਆਂਸਰ ਕਰੋ, 3, 4, 5 ਜਾਂ ਫਿਰ ਆਪਣੀਆਂ 2। ਹੁਣੀ ਕਰਵਾ ਕੇ ਹਟੀਆਂ, ਅਗਰ ਹੁਣ ਵੀ ਗਲਤ ਕਰਤਾ ਤਾਂ ਫਿਰ ਦੇਖਿਓ। ਆਲ ਆਲ, ਹਾਏ ਰੱਬਾ ਹਾਏ, ਉਹ ਪਤਾ ਨਹੀਂ, ਆਈ ਥਿੰਕ ਮੈਂ ਯਾਰ ਤੁਹਾਨੂੰ ਦੱਸਿਆ ਵੀ ਮੇਰੀ ਅੱਖਾਂ ਦੁੱਖ ਰਹੀਆਂ ਨੇ, ਪਤਾ ਸਟਿਲ ਹਾਲੇ ਵੀ ਮੇਰੀਆਂ ਅੱਖਾਂ ਦੁੱਖ ਰਹੀਆਂ ਨੇ ਇੰਨੀਆਂ ਜ਼ਿਆਦਾ, ਉਹ ਕਦੇ ਰਹਿ ਗਈ ਹੋਣੀਆਂ, ਇੱਕ ਅੱਧੀ PPT ਵਿੱਚ ਡਬਲ ਹੋ ਗਈ ਹੋਣੀਆਂ। ਸੁੰਝ ਕੀ ਹੁੰਦਾ ਮਨਪ੍ਰੀਤ ਕੌਰ? ਦੱਸਿਆ ਤਾਂ ਹੈ ਮੀਨਿੰਗ, ਮੀਨਿੰਗ ਦੱਸਿਆ ਤਾਂ ਹੈ, ਹੁਣ ਹੀ ਦੱਸ ਕੇ ਅੱਡੀਆਂ ਕਿੰਨੀਆਂ ਬੱਚੇ ਆਪਣੀਆਂ?
ਤਿੰਨ ਹੈਗੀਆਂ ਨੇ ਕਿਹੜੀਆਂ ਹੈਗੀਆਂ ਆ ਯਾਦ ਰੱਖਿਓ, ਆ ਯਾਦ ਰੱਖਿਓ ਰਾਜੇ, ਰੂਪ ਮੀਨਸ ਬਣਤਰ ਦੇ ਆਧਾਰ ਤੇ ਕਿਹੜੀਆਂ ਹੈਗੀਆਂ ਨੇ। ਨੈਕਸਟ ਕੁਐਸਚਨ ਦੱਸੋ ਰਾਜੇ, ਨਿਰਮੂਲ, ਨਿਰਧਨ, ਨਿਰਭੈ ਅਤੇ ਨਿਰਦਈ ਦਾ ਅਗੇਤਰ ਦੱਸੋ। ਹੁਣ ਕਰੋ ਬੱਚੇ ਆਂਸਰ, ਸਾਰਿਆਂ ਨੇ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਨੈਕਸਟ ਕੁਐਸਚਨ ਦਾ ਆਂਸਰ ਕੀ ਆਏਗਾ ਆਪਣਾ ਬੱਚੇ, ਕਿਉਂਕਿ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਨਿਰਮਲ, ਨਿਰਧਨ, ਨਿਰਭੈ ਅਤੇ ਨਿਰਦਈ ਦਾ ਅਗੇਤਰ ਦੱਸੋ। ਨੀ ਹੋ ਗਿਆ, ਨਿਰ ਹੋ ਗਿਆ, ਨਿਜ ਹੋ ਗਿਆ, ਜਾਂ ਫਿਰ ਆਪਣਾ ਕੋਈ ਨਹੀਂ, ਕੋਈ ਨਹੀਂ ਰਾਜੇ। ਧਿਆਨ ਨਾਲ ਆਂਸਰ ਕਰਿਓ, ਪਹਿਲਾਂ ਕਹਿਤਾ ਧਿਆਨ ਨਾਲ ਆਂਸਰ ਆਉਣਾ ਚਾਹੀਦਾ ਹਰ ਇੱਕ ਬੱਚੇ ਦਾ, ਹਰ ਇੱਕ ਬੱਚੇ ਦਾ। ਤੁਹਾਨੂੰ ਪਤਾ 7 ਵੱਜ ਗਏ ਨਾ, ਮੇਰੀ ਮੰਮਾ ਦਾ ਫੋਨ ਆ ਰਿਹਾ, ਮੰਮਾ ਨੂੰ ਪਤਾ ਹੁੰਦਾ ਕਿ ਇਹਨੇ 7 ਵਜੇ ਫੋਨ ਕਰ ਲੈਣਾ, ਅਤੇ ਹੁਣ ਉਹਨਾਂ ਨੇ ਫੋਨ ਕਰੀ ਜਾਣਾ, ਉਹਨੂੰ ਟੈਨਸ਼ਨ ਹੋ ਜਾਣੀ ਵੀ ਯਾਰ ਫੋਨ ਕਿਉਂ ਨਹੀਂ ਕੀਤਾ ਅੱਜ ਇਹਨੇ, ਕੋਜ ਉਹਨਾਂ ਨੂੰ ਮੈਂ ਦੱਸਿਆ ਹੀ ਨਹੀਂ ਵੀ ਅੱਜ ਮੇਰੀ ਮੈਰਾਥਨ ਕਲਾਸ ਹੈ। ਆਹ ਦੇਖ ਲਓ, ਚੈੱਕ ਕਰ ਲਓ, ਵੀਡੀਓ ਕਾਲ ਆ ਰਹੀ ਹੈ ਮੇਰੀ ਮੰਮਾ ਦੀ। ਮੰਮਾ ਨੂੰ ਫਿਕਰ, ਫੋਨ ਕਰੀ ਜਾਣਗੇ ਪਤਾ, ਹੁਣ ਜਿੰਨਾ ਟਾਈਮ ਮੈਂ ਬੈਕ ਕਾਲ ਨਹੀਂ ਕਰੂੰਗੀ ਵੀ ਮੰਮੀ ਟੈਨਸ਼ਨ ਹੋ ਜੂਗੀ, ਪਤਾ ਨਹੀਂ ਯਾਰ ਕਿਉਂ ਨਹੀਂ ਮੇਰਾ ਫੋਨ ਚੱਕ ਰਹੀ, ਅੱਗੇ ਤਾਂ ਪਹਿਲੀ ਵਾਰ ਮੇਰਾ ਫੋਨ ਚੱਕਦੀ ਆ। ਤਾਂ ਬੱਚੇ ਕਿਹੜਾ ਆਏਗਾ ਆਪਣਾ, ਨੀਰ ਆਏਗਾ, ਨੀ ਨਹੀਂ ਆਏਗਾ। ਤਾਂ ਆਪਸ਼ਨ ਨੰਬਰ ਕੀ ਆਏਗਾ ਬੱਚੇ ਆਪਣਾ, ਬੀ ਆਏਗਾ, ਆਪਸ਼ਨ ਨੰਬਰ ਬੀ ਆਏਗਾ, ਠੀਕ ਹੈ ਜੀ। ਨੈਕਸਟ ਕੁਐਸਚਨ ਦੱਸੋ ਰਾਜੇ, ਪ੍ਰਸ਼ੰਸਾ ਵਾਚਕ ਵਿਸਮਕ ਚੁਣੋ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਰਾਜੇ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਨੈਕਸਟ ਕੁਐਸਚਨ ਦਾ ਫਤਿਹ ਸਿੰਘ ਨੇ ਆਂਸਰ ਗਲਤ ਕੀਤਾ, ਫਤਿਹ ਸਿੰਘ ਨੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅਗੇਤਰ ਪਿਛੇਤਰ ਬੱਚੇ ਉਹ ਸ਼ਬਦ ਹੁੰਦੇ ਹੈਗੇ ਨੇ, ਉਹਨਾਂ ਤੋਂ ਅਗਰ ਆਪਾਂ ਹਟਾ ਰਹੇ ਨਾ, ਨਿਰ ਦੇਖੋ ਨਿਰ ਹੋ ਗਿਆ, ਨਿਰ ਆਪਾਂ ਪਾਸੇ ਕਰ ਰਹੇ ਹਾਂ ਤਾਂ ਮੂਲ, ਕੁਛ ਨਾ ਕੁਛ ਉਹਦਾ ਅਰਥ ਬਣ ਰਿਹਾ ਹੈਗਾ। ਅਗਰ ਇਕੱਲਾ ਨੀ ਕਰ ਰਹੇ ਹੋ ਤੁਸੀਂ ਤਾਂ ਮੂਲ ਦੱਸੋ, ਆਹ ਕੁਛ ਵਰਡ ਬਣਿਆ, ਆਹ ਕੁਛ ਵਰਡ ਬਣਿਆ ਮੈਨੂੰ ਦੱਸਿਓ, ਬਿਲਕੁਲ ਵੀ ਨਹੀਂ ਬਣਿਆ ਜੀ। ਚਲੋ ਆਂਸਰ ਕਰੋ ਨੈਕਸਟ ਕੁਐਸਚਨ ਦਾ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ। ਬਿਲਕੁਲ ਬਿਲਕੁਲ ਯਾਰ, ਵੈਸੇ ਮੇਰੇ ਮੰਮਾ ਥੋੜ੍ਹੇ ਜਿਹੇ ਨਾ ਇਮੋਸ਼ਨਲ ਹੈਗੇ ਨੇ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਪ੍ਰਸ਼ੰਸਾ ਵਾਚਕ, ਪੱਕਾ 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 ਇਹੀ ਇਹੀ ਆਂਸਰ ਆ ਰਾਜੇ, ਕਰ ਰਹੇ ਹੋ ਤੁਸੀਂ, ਵੈਰੀ ਗੁੱਡ ਬੱਚੇ, ਵੈਰੀ ਗੁੱਡ, ਸੀ ਆਂਸਰ ਆਏਗਾ, ਠੀਕ ਆ। ਧੰਨ, ਬੱਲੇ ਬੱਲੇ, ਆਪਾਂ ਖੁਸ਼ ਹੋ ਕੇ ਕਰਦੇ ਹਾਂ ਨਾ, ਸਦਕੇ ਸਦਕੇ ਜਾਵਾਂ ਮੈਂ ਵੀ ਤੁਹਾਡੇ, ਅੱਜ ਸਦਕੇ ਜਾਵਾਂ ਸਭ ਦੇ ਜੋ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਰਾਜੇ, ਠੀਕ ਆ। ਤਾਂ ਕੀ ਆ, ਆਹ ਸਾਰੇ ਯਾਦ ਰੱਖਿਓ, ਆਹ ਸਕਰੀਨਸ਼ੋਟ ਲੈ ਲਿਓ, ਇੰਨਾ ਮੈਂ ਨਹੀਂ ਬੋਲ ਸਕਦੀ, ਹੁਣ ਮੇਰਾ ਵੀ ਗਲਾ ਦੁਖਣ ਲੱਗ ਗਿਆ, ਠੀਕ ਆ। ਇਹ ਹੈਗੇ ਆਪਣੇ, ਯਾਦ ਰੱਖਿਓ ਸਾਰੇ, ਮੈਂ ਲਿਖਦੇ ਨੇ ਕਿਹੜਾ ਜੁੱਟ ਸਹੀ ਹੈ। ਹੁਣ ਜੇ ਕੁਐਸਚਨ ਗਲਤ ਕਰਤਾ ਨਾ, ਫਿਰ ਪੈਂਦੀਆਂ ਦੇਖਿਓ ਯਾਰ ਤੁਹਾਡੇ, ਮੈਂ ਪੱਕਾ ਹੁਣੀ ਕਲਾਸ ਆਫ ਕਰ ਦੇਣੀ ਹੈ ਜੇ ਇਹ ਕੁਐਸਚਨ ਗਲਤ ਹੋ ਗਿਆ ਨਾਲ ਦੀ ਨਾਲ ਕਲਾਸ ਆਫ। ਅਗਰ ਇਹ ਕੁਐਸਚਨ ਗਲਤ ਹੋ ਗਿਆ ਨਾਲ ਦੀ ਨਾਲ ਕਲਾਸ ਆਫ, ਕਿਹੜਾ ਜੁੱਟ ਸਹੀ ਹੈ, ਆਂਸਰ ਕਰੋ ਧਿਆਨ ਨਾਲ ਆਂਸਰ ਕਰੋ ਰਾਜੇ। ਬਸ ਬਸ ਯਾਦ ਰੱਖਿਓ, 1 ਫਰਵਰੀ ਤੋਂ ਲੈ ਕੇ 6-7 ਫਰਵਰੀ ਤੱਕ ਮੈਂ ਗੈਪ ਰਹੂੰਗੀ, ਬਿਕੋਜ ਮੈਰਿਜ ਆ ਮੇਰੇ ਬ੍ਰਦਰ ਦੀ, ਠੀਕ ਆ। ਲੋ ਲੋ ਯਾਰ, ਸਾਈਡ ਹੋ ਜਾਈਏ ਸਾਈਡ, ਮੈਂ ਤਾਂ ਪਾਣੀ ਵੀ ਮੁੱਕ ਗਿਆ, ਪਾਣੀ ਦੀ ਬੋਤਲ ਵੀ ਖਤਮ ਹੋ ਗਈ, ਟੀਮ ਵੀ ਹੈ ਨਹੀਂ, ਮੈਂ ਪਾਣੀ ਕਹਿ ਦਾ ਵੀ ਮੈਨੂੰ ਪਾਣੀ ਦੇ ਜਾਓ। ਗਲਤ ਹੋ ਗਿਆ ਪੈਂਦੀਆਂ ਦੇਖੋ, ਮੈਂ ਪਹਿਲਾਂ ਦੱਸਦਾ ਜੇ ਗਲਤ ਕਰਤਾ ਨਾ, ਪੈਂਦੀਆਂ ਦੇਖੋ ਕਰਾਈ ਤੁਹਾਡੇ। ਸੀ ਸੀ ਕਿਆ ਬਾਤ ਹੈ, ਇੰਨੇ ਇੰਟੈਲੀਜੈਂਟ ਹੋ ਗਏ ਤੁਸੀਂ, ਇੰਨੇ ਇੰਟੈਲੀਜੈਂਟ ਕਦੋਂ ਤੋਂ ਹੋ ਗਏ ਤੁਸੀਂ, ਸਾਈਡ 'ਤੇ ਹੋ ਜਾਇਆ ਕਰੋ ਮੈਡਮ। ਓਕੇ ਜੀ, ਓਕੇ ਓਕੇ ਓਕੇ, ਆਹ ਥੋੜ੍ਹਾ ਜਿਹਾ ਪੜ੍ਹ ਲਿਓ ਯਾਰ, ਠੀਕ ਆ, ਆਪਣੇ ਆਪ ਪੜ੍ਹ ਲਿਓ ਥੋੜ੍ਹਾ ਜਿਹਾ। ਮੈਂ ਲਿਖ ਦਿੱਤਾ ਵੀ ਮਾਝੇ ਦੇ ਵਿੱਚ ਆਪਣੇ ਕਿਹੜੇ ਆਉਂਦੇ ਨੇ, ਮਲਵਈ ਦੇ ਵਿੱਚ ਆਪਣੇ ਕਿਹੜੇ ਆਉਂਦੇ ਹੈਗੇ ਨੇ, ਇਹ ਹੁਣ ਥੋੜ੍ਹਾ ਤੁਸੀਂ ਰੀਡ ਕਰਨਾ, ਠੀਕ ਆ ਰਾਜੇ, ਠੀਕ ਆ, ਪੁੱਤ ਬਣ ਕੇ ਥੋੜ੍ਹਾ ਜਿਹਾ ਇੰਨਾ ਖੁਦ ਰੀਡ ਕਰ ਲਿਓ ਹੁਣ। ਬਸ ਕਿਹੜੇ ਲਗਾਖਰ ਦੀ ਵਰਤੋਂ ਆਵਾਜ਼ ਨੂੰ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ, ਯਾਰ ਕਿਆ ਕੁਐਸਚਨ ਆ, ਕਿਆ ਕੁਐਸਚਨ ਹੈ ਰਾਜੇ,
ਕਿਹੜੇ ਲਗਾਖਰ ਦੀ ਵਰਤੋਂ ਆਵਾਜ਼ ਨੂੰ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ? ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ, ਕਿਉਂਕਿ ਆਂਸਰ ਕਰੋ। ਫਿਰ ਮੇਰੀ ਮੰਮਾ ਦੀ ਕਾਲ ਆ ਰਹੀ ਹੈ, ਮੈਂ ਕਿਹਾ ਸੀ ਨਾ ਉਹ ਫੋਨ ਕਰੀ ਜਾਣਗੇ, ਹੁਣ ਜਿੰਨਾ ਟਾਈਮ ਮੈਂ ਗੱਲ ਨਹੀਂ ਕਰੂੰਗੀ ਉਹਨਾਂ ਨਾਲ। ਆਂਸਰ ਕਰੋ ਆਂਸਰ ਨੈਕਸਟ ਕੁਐਸਚਨ ਦਾ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ, ਕਿਉਂ ਆਂਸਰ ਕਰੋ, ਹਰ ਇੱਕ ਬੱਚੇ ਦਾ ਆਂਸਰ ਆਉਣਾ ਚਾਹੀਦਾ। ਕਿਹੜੇ ਲਗਾਖਰ ਦੀ ਵਰਤੋਂ ਨੂੰ ਦੁੱਗਣੀ ਕਰਨ ਲਈ ਵਰਤਿਆ ਜਾਂਦਾ? ਤਾਂ ਓਬਵੀਅਸ ਦੀ ਗੱਲ ਅੱਧਕ, ਮੀ ਜਦੋਂ ਆਪਾਂ ਕਿਸੇ ਵਾਕ ਦੇ ਉੱਪਰ ਅੱਧਕ ਲਗਾ ਦਿੰਦੇ ਹਾਂ ਤਾਂ ਕੀ ਹੈ ਰਾਜੇ, ਆਵਾਜ਼ ਦੁੱਗਣੀ ਕਰਨ ਲਈ ਵਰਤਿਆ ਜਾਂਦਾ। ਨੈਕਸਟ ਕੁਐਸਚਨ ਦੇਖੋ, ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਆਪਣਾ ਲੀਡਰ ਹੋ ਗਿਆ, ਉੱਤਮ ਪੁਰਖ ਹੋ ਗਿਆ, ਪੜਨਾਮ ਹੋ ਗਿਆ ਆਪਣਾ, ਜਾਂ ਫਿਰ ਬੱਚੇ ਬੁਲਾਰਾ। ਬਹੁਤ ਵਾਰ ਰਿਪੀਟਡ ਕੁਐਸਚਨ ਹੈ, ਆਂਸਰ ਕਰੋ ਜੀ। ਆਂਸਰ ਕਰੋ ਆਂਸਰ। ਓਕੇ 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 ਮਨਪ੍ਰੀਤ ਬੈਂਸ, ਥੈਂਕ ਯੂ ਯਾਰ, ਥੈਂਕ ਯੂ ਬੱਚੇ। ਦੇਖੋ ਮੈਂ ਹਮੇਸ਼ਾ ਕਹਿੰਦੀ ਹਾਂ ਟੀਚਰ ਨਾ ਤੁਹਾਡੇ ਨਾਲ ਹੀ ਆ, ਠੀਕ ਹੈ? ਅਗਰ ਤੁਹਾਨੂੰ ਪੜ੍ਹਨਾ ਪੜ੍ਹਾਉਣਾ ਮੇਰਾ ਵਧੀਆ ਲੱਗ ਰਿਹਾ, ਸਮਝ ਆ ਰਹੀ ਹੈ ਚੀਜ਼ਾਂ, ਤਾਂ ਮੈਂ ਹੈ, ਅਦਰਵਾਈਜ਼ ਬਸ, ਠੀਕ ਹੈ? ਆਂਸਰ ਕਰੋ ਨੈਕਸਟ ਕੁਐਸਚਨ। ਕਿਆ ਬਾਤ ਹੈ, ਇੰਨਾ ਗੁੱਸਾ ਜਸਵੀਰ ਕੌਰ ਜਸ, ਇੰਨਾ ਗੁੱਸਾ। ਬਹੁਤ ਈਜ਼ੀ ਕੁਐਸਚਨ ਬੱਚੇ, ਉੱਤਮ ਪੁਰਖ, ਬਹੁਤ ਈਜ਼ੀ ਕੁਐਸਚਨ, ਉੱਤਮ ਪੁਰਖ। ਕਿਹੜਾ ਨਾਚ, ਕਿਆ ਬਾਤ ਹੈ, ਕਿਹੜਾ ਨਾਚ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ ਹੈ? ਆਂਸਰ ਕਰੋ ਬੱਚੇ, ਆਪਣਾ ਜੁੱਲੀ, ਝੂਮਰ, ਸੰਮੀ ਜਾਂ ਫਿਰ ਆਪਣੀ ਲੁੱਡੀ। ਆਂਸਰ ਕਰੋ ਨੈਕਸਟ ਕੁਐਸਚਨ ਦਾ ਬੱਚੇ, ਕਿਹੜਾ ਨਾਚ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ? ਆਪਣਾ ਦੱਸੋ ਜਲਦੀ, ਆਂਸਰ ਕਰੋ, ਕਿਉਂਕਿ ਆਂਸਰ ਕਰੋ ਫਟਾਫਟ ਫਟਾਫਟ ਆਂਸਰ ਕਰੋ, ਜਲਦੀ ਜਲਦੀ ਆਪਾਂ ਖਤਮ ਕਰੀਏ ਕਲਾਸ, ਫਿਰ ਹਲੇ ਹੈਗੇ ਨੇ ਕੁਐਸਚਨ। ਤਾਂ ਓਬਵੀਅਸ ਗੱਲ ਬੱਚੇ, ਕਿਹੜਾ ਆਪਣਾ ਸੰਮੀ, ਠੀਕ ਹੈ? ਸੰਮੀ ਜਿਹੜਾ ਹੈਗਾ ਆਪਣਾ ਸਿਰਫ ਔਰ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ ਹੈ। ਆਪਸ਼ਨ ਨੰਬਰ ਸੀ ਆਏਗਾ, ਬੀ ਨਹੀਂ ਆਏਗਾ। ਦੁਬੰਦੀ ਡੈਸ਼ ਨਾਮਕ ਵਿਸਮਕ ਚਿੰਨ੍ਹਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਆਂਸਰ ਦੱਸੋ ਬੱਚੇ, ਦੁਬੰਦੀ ਡੈਸ਼ ਕਿਹੜਾ ਹੁੰਦਾ? ਆ ਹੁੰਦਾ, ਮੀਨਸ ਦੁਬੰਦੀ ਹੋ ਗਿਆ ਤੇ ਡੈਸ਼। ਪਹਿਲਾਂ ਤਾਂ ਇਹਦਾ ਸਾਈਨ ਯਾਦ ਰੱਖਿਓ, ਪਹਿਲਾਂ ਤਾਂ ਕੀ ਕਰਿਓ ਬੱਚੇ, ਸਾਈਨ ਯਾਦ ਰੱਖਿਓ, ਠੀਕ ਹੈ ਰਾਜੇ? ਤਾਂ ਦੱਸੋ ਕਿਸਦੇ ਲਈ ਵਰਤਿਆ ਜਾਂਦਾ ਹੈਗਾ ਆਪਣਾ, ਇਹ ਆਏਗਾ ਆਪਸ਼ਨ ਨੰਬਰ, ਕਿਸਦੇ ਲਈ ਵਰਤਿਆ ਜਾਂਦਾ ਬੱਚੇ? ਆਪਣਾ ਉਦਾਹਰਣ ਦੇਣ ਦੇ ਲਈ, ਕਲੀਅਰ, ਉਦਾਹਰਣ ਦੇਣ ਦੇ ਲਈ ਵਰਤਿਆ ਜਾਂਦਾ ਹੈ। ਨੈਕਸਟ ਕੁਐਸਚਨ ਦੱਸੋ ਬੱਚੇ, ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟਾਉਣ ਸਮੇਂ ਕਿਹੜੇ ਵਿਸਮਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ? ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਂਸਰ ਕਰੋ। ਹੱਦ ਹੋ ਗਈ ਯਾਰ, ਤੁਸੀਂ ਆਂਸਰ ਬਹੁਤ ਗਲਤ ਕਰ ਰਹੇ ਹੋ, ਮੈਂ ਤੁਸੀਂ ਪਿੱਛੇ ਹੀ ਬਹੁਤ ਰਹਿ ਗਏ ਮੇਰੇ ਤੋਂ। ਹੁਣ ਮੈਨੂੰ ਇਹ ਨਹੀਂ ਪਤਾ ਕਿਸਦਾ ਆਂਸਰ ਏ ਕਰ ਰਹੇ ਹੋ, ਬੀ ਕਰ ਰਹੇ ਹੋ ਤੁਸੀਂ ਯਾਰ, ਮੈਨੂੰ ਤੁਸੀਂ ਬਹੁਤ ਪਿੱਛੇ ਰਹਿ ਗਏ ਮੇਰੇ ਤੋਂ, ਬਹੁਤ ਪਿੱਛੇ ਰਹਿ ਗਏ ਤੁਸੀਂ, ਲਓ ਉਦਾਹਰਣ ਵਾਲੇ 'ਤੇ ਫਿਰਦੇ ਹੋ ਤੁਸੀਂ ਹਲੇ ਯਾਰ। ਮੈਂ ਅਗਲੇ ਕੁਐਸਚਨ 'ਤੇ ਵੀ ਆ ਗਈ ਹਾਂ, ਕੀ ਆਏਗਾ ਆਪਸ਼ਨ ਨੰਬਰ ਬੀ, ਡੈਸ਼ ਹੋ ਗਈ ਬੱਚੇ, ਡੈਸ਼, ਠੀਕ ਆ। ਚਲੋ ਨੈਕਸਟ ਕੁਐਸਚਨ ਦੇਖੋ, ਲੈ ਹੁਣ ਆਪਣਾ ਕੀ ਹੋ ਗਿਆ, ਕੰਮ ਖਰਾਬ ਹੋ ਗਿਆ ਆਪਣਾ, ਆਪਣਾ ਹੋ ਰਿਹਾ ਆਈ ਥਿੰਕ ਹੈਂਗ, ਨਹੀਂ ਨਹੀਂ ਚੱਲ ਪਿਆ। ਚਲੋ ਆ ਤਾਂ ਆਪਾਂ ਕਰ ਲਿਆ ਨਾ, ਇਹ ਵਾਲਾ ਕੁਐਸਚਨ ਤਾਂ ਮੈਂ ਕਰਵਾਤਾ ਹੈ, ਇਹ ਵਾਲਾ ਕੁਐਸਚਨ ਹੋ ਗਿਆ ਆਪਣਾ, ਡੀ ਆਉਣਾ ਸੀ ਇਹਦਾ ਆਂਸਰ, ਆ ਵੀ ਹੋ ਚੁੱਕਿਆ, ਰਿਪੀਟ ਹੋ ਗਿਆ ਕੁਐਸਚਨ ਫਿਰ। ਆ ਦੱਸੋ ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਸਾਰਿਆਂ ਨੇ ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਆਂਸਰ ਕਰੋ ਜੀ ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਦਾ ਆਂਸਰ ਕਰੋ ਸਾਰਿਆਂ ਨੇ। ਆਈ ਥਿੰਕ ਰਹਿ ਗਿਆ ਨਾ ਮੇਰੇ ਕੋਲੋਂ, ਪੀਪੀਟੀ ਬਣਾਉਣ ਲੱਗੇ ਟਾਈਮ ਪਤਾ ਹੀ ਲੱਗਿਆ ਕਿਵੇਂ ਰਿਪੀਟ ਹੋ ਗਿਆ। ਆਂਸਰ ਕਰੋ ਬੱਚੇ, ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹਨ? ਆਂਸਰ ਕਰੋ ਨੈਕਸਟ ਕੁਐਸਚਨ ਦਾ। ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਨੌ ਨਹੀਂ ਆਏਗਾ ਬੱਚੇ, ਹਾਏ ਓ ਰੱਬਾ, ਕੀ ਬਣੂਗਾ ਤੁਹਾਡਾ, ਕੀ ਬਣੂਗਾ?
ਤੁਸੀਂ ਤਾਂ ਆਂਸਰ ਮੈਂ ਇਵਨ ਕਿ ਸ਼ੋ ਹੋ ਗਿਆ ਸੀ ਤਾਂ ਵੀ ਤੁਹਾਡੇ ਤੋਂ ਆਂਸਰ ਨਹੀਂ ਦੇ ਪਾਏ ਤੁਸੀਂ। ਆਪਸ਼ਨ ਨੰਬਰ 10 ਆਏਗਾ, 10 ਕਿਹੜੀਆਂ ਨੇ ਆ ਪਈਆਂ, 10 ਕਿਹੜੀਆਂ ਨੇ ਆ ਪਈਆਂ ਪੜ੍ਹ ਲਿਓ ਠੀਕ ਹੈ, ਆਪਣੇ ਆਪ ਨੋਟ ਡਾਊਨ ਕਰ ਲਿਓ ਸਾਰੇ ਬੱਚੇ। ਨੈਕਸਟ ਕੁਐਸਚਨ ਦੇਖੋ ਬੱਚੇ, ਹੇਠ ਲਿਖੇ ਵਾਕ ਦੇ ਵਚਨ ਬਦਲੋ। ਉਹ ਮੇਰੇ ਮਾਮਾ ਜੀ ਹਨ, ਉਹ ਮੇਰੇ ਮਾਮਾ ਜੀ ਹਨ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ। ਹਰ ਇੱਕ ਬੱਚੇ ਨੇ ਆਂਸਰ ਕਰਨਾ ਹੈ ਬੱਚੇ, ਆਂਸਰ ਦਿਓ, ਆਂਸਰ ਦਿਓ, ਦੇਖ ਲਿਆ ਆਂਸਰ, ਤਾਂ ਹੀ ਆਂਸਰ ਕਰਤਾ ਪਵਨ ਸੰਧੂ, ਪਵਨ ਸੰਧੂ ਇਹ ਵੀ ਮੈਨੂੰ ਪਤਾ ਹੈ, ਐਪ ਵਾਲਾ ਸਟੂਡੈਂਟ ਹੈ ਮੇਰਾ ਠੀਕ ਹੈ, ਇਹ ਵੀ ਐਪ ਵਾਲਾ ਸਟੂਡੈਂਟ ਹੈ ਮੇਰਾ। ਆਂਸਰ ਕਰੋ ਬੱਚੇ ਆਂਸਰ ਨੈਕਸਟ ਕੁਐਸਚਨ। ਉਹ ਸਾਡੇ ਮਾਮਾ ਜੀ ਹਨ, ਉਹ ਸਾਡੇ ਮਾਮਾ ਜੀ ਹਨ। ਗੈਰ ਦਾ ਅਗੇਤਰ ਦੱਸੋ ਬੱਚੇ, ਹੁਣ ਕਰੋ ਆਂਸਰ, ਗੈਰ ਦਾ ਅਗੇਤਰ ਦੱਸੋ, ਆਂਸਰ ਕਰੋ ਬੱਚੇ, ਕਿਉਂਕਿ ਆਂਸਰ ਕਰੋ, ਗੈਰ ਦਾ ਅਗੇਤਰ ਦੱਸੋ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ ਆਂਸਰ ਕਰੋ। ਹਰ ਇੱਕ ਬੱਚੇ ਦਾ ਆਂਸਰ ਆਉਣਾ ਚਾਹੀਦਾ ਰਾਜੇ, ਆਂਸਰ ਕਰੋ ਆਪਣਾ ਗੈਰ ਦਾ ਅਗੇਤਰ ਦੱਸੋ, ਧਿਆਨ ਨਾਲ ਆਂਸਰ ਕਰਿਓ, ਧਿਆਨ ਨਾਲ ਆਂਸਰ ਕਰਿਓ। ਗੈਰ ਹਾਜ਼ਰ, ਗੈਰ ਮੰਦ, ਗੈਰ ਸਾਰ, ਗੈਰ ਸੂਰਤ, ਕਿਆ ਹੋ ਸਕਦਾ ਹੈ ਬਤਾਓ ਬੱਚੇ, ਕਿਆ ਹੋ ਸਕਦਾ ਹੈ, ਗੈਰ ਦਾ ਅਗੇਤਰ ਦੱਸੋ, ਗੈਰ ਦਾ ਅਗੇਤਰ ਦੱਸੋ, ਸਹੀ ਆ। ਵੈਰੀ ਗੁੱਡ ਬੱਚੇ, ਜਿਹੜੇ ਬੱਚਿਆਂ ਨੇ ਆਂਸਰ ਆਪ ਲਓ ਆਲ ਕਰਤਾ, ਬਸ ਮਨਪ੍ਰੀਤ ਬੈਂਸ ਕਰਤਾ ਆਲ, ਮੈਂ ਤੁਹਾਨੂੰ ਕਿਹਾ ਸੀ ਵੀ ਅਗੇਤਰ ਆਪਾਂ ਜੋ ਵਰਡ ਲਗਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਵਰਡ ਬਚਦਾ ਉਹਦਾ ਕੋਈ ਨਾ ਕੋਈ ਮੀਨਿੰਗ ਬਣਨਾ ਚਾਹੀਦਾ। ਪਤਾ ਨਹੀਂ ਕਿੱਥੇ ਤੁਹਾਡਾ ਦਿਮਾਗ, 2 ਘੰਟੇ ਹੋ ਗਏ ਮੈਂ ਇਹ ਚੀਜ਼ ਸਮਝਾ ਰਹੀ ਹਾਂ ਫਿਰ ਵੀ ਤੁਹਾਡਾ ਦਿਮਾਗ ਪਤਾ ਨਹੀਂ ਕਿੱਥੇ ਆ। ਦਾਰ ਸ਼ਬਦ ਨਾਲ ਪਛੇਤਰ ਦੱਸੋ, ਹੁਣ ਹੁਣ ਕਰੋ ਆਂਸਰ, ਹੁਣ ਕਰੋ ਆਂਸਰ, ਪੱਕਾ ਗਲਤ ਕਰੋਗੇ, ਪੱਕਾ ਆਂਸਰ ਗਲਤ ਕਰਨ ਵਾਲੇ ਹੋ ਤੁਸੀਂ, ਆਂਸਰ ਕਰੋ ਬੱਚੇ ਦਾਰ ਸ਼ਬਦ ਨਾਲ ਪਛੇਤਰ ਦੱਸੋ। ਟੱਬਰਦਾਰ, ਜ਼ਿਲ੍ਹੇਦਾਰ ਹੋ ਗਿਆ ਆਪਣਾ, ਠੇਕੇਦਾਰ ਹੋ ਗਿਆ, ਜਾਂ ਫਿਰ ਆਪਣੇ ਉਪਰੋਕਤ ਸਾਰੇ ਹੀ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਬਾਕੀ ਦਾ ਕੋਈ ਮਤਲਬ ਨਹੀਂ, ਆਂਸਰ ਕਰੋ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਆਪਣਾ ਕੀ ਆਂਸਰ ਆਏਗਾ ਬੱਚੇ, ਦਾਰ ਸ਼ਬਦ ਨਾਲ ਪਛੇਤਰ ਦੱਸੋ। ਟੱਬਰਦਾਰ, ਜ਼ਿਲ੍ਹੇਦਾਰ, ਠੇਕੇਦਾਰ, ਜਾਂ ਫਿਰ ਆਪਣੇ ਉਪਰੋਕਤ ਸਾਰੇ ਹੀ, ਕਿਆ ਬਾਤ, ਅੱਛਾ ਕੁਐਸਚਨ ਲੈ ਕੇ ਆ ਬਾਤ ਆ। ਰੋਹਿਤ ਕੁਮਾਰ ਕਹਿੰਦੇ ਕੁਐਸਚਨ ਹੀ ਗਲਤ ਆ, ਇਹ ਤਾਂ ਕੰਮ ਹੀ ਮੁਕਾਤਾ ਬੱਚੇ ਨੇ, ਕਹਿੰਦਾ ਕੁਐਸਚਨ ਹੀ ਗਲਤ ਆ, ਤਾਂ ਰਾਜੇ ਸਾਰੇ ਸਹੀ ਆ। ਦੇਖੋ ਟੱਬਰਦਾਰ, ਦਾਰ ਹਟਾ ਰਿਹਾ ਤਾਂ ਟੱਬਰ, ਓਬਵੀਅਸ ਜੀ ਗੱਲ, ਟੱਬਰ ਦਾ ਵੀ ਮਤਲਬ ਬਣ ਰਿਹਾ ਹੈਗਾ, ਜ਼ਿਲ੍ਹਾ ਹੋ ਗਿਆ ਆਪਣਾ, ਠੇਕੇ ਹੋ ਗਿਆ, ਕਲੀਅਰ, ਠੇਕੇਦਾਰ। ਨੈਕਸਟ ਕੁਐਸਚਨ ਦੇਖੋ, ਆਂਸਰ ਕਰੋ, ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ, ਆਂਸਰ ਕਰੋ ਜੀ, ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ, ਨੈਕਸਟ ਕੁਐਸਚਨ ਦਾ ਆਂਸਰ ਕਰੋ ਬੱਚੇ, ਹਰ ਇੱਕ ਨੇ ਆਂਸਰ ਕਰਨਾ, ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਕਿਹੜੀ ਹੈ ਆਪਣੀ, ਆਂਸਰ ਕਰੋ, ਸਿੰਧੀ ਹੋ ਗਈ, ਅੰਗਰੇਜ਼ੀ ਹੋ ਗਈ ਆਪਣੀ, ਹਿੰਦੀ ਹੋ ਗਈ ਜਾਂ ਸੰਸਕ੍ਰਿਤ। ਸੋ ਈਜ਼ੀ ਕੁਐਸਚਨ ਹੈਗਾ ਬੱਚੇ ਆਪਣਾ, ਕੀ ਆਏਗਾ, ਬੀ, ਓਬਵੀਅਸ ਗੱਲ ਸੰਸਕ੍ਰਿਤ ਹੋਏਗਾ, ਠੀਕ ਹੈ। ਨੈਕਸਟ ਕੁਐਸਚਨ ਦੱਸੋ, ਪੁਆਧੀ ਕੀ ਆ, ਪੁਆਧੀ ਕੀ ਹੈ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, ਭਾਸ਼ਾ, ਖੇਤਰ, ਵਿਆਕਰਨ ਜਾਂ ਫਿਰ ਆਪਣੀ ਉਪਭਾਸ਼ਾ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਪੁਆਧੀ ਕੀ ਹੈ ਰਾਜੇ, ਪੁਆਧੀ ਕੀ ਹੈ, ਆਂਸਰ ਕਰੋ ਸਾਰੇ ਜਣੇ, ਜਲਦੀ ਆਂਸਰ ਕਰੋ, ਕਿਉਂਕਿ ਆਂਸਰ ਕਰੋ, ਪੁਆਧੀ ਕੀ ਹੈ ਬੱਚੇ, ਓਬਵੀਅਸ ਜੀ ਗੱਲ, ਕੀ ਹੈ ਆਪਣੀ ਪੁਆਧੀ, ਮੈਂ ਤੁਹਾਨੂੰ ਕਿਹਾ ਸੀ ਭਾਸ਼ਾ ਕਿਹੜੀ ਆਪਣੀ, ਪੰਜਾਬੀ ਆ, ਬਾਕੀ ਮਾਝੀ, ਮਾਲਵੀ, ਮਾਝਾ ਹੋ, ਮਾਝਾ ਹੋ ਗਿਆ, ਦੁਆਬਾ ਹੋ ਗਿਆ, ਮਲਵਈ ਹੋ ਗਿਆ, ਅਤੇ ਆਪਣੀ ਪੁਆਧੀ, ਇਹ ਸਾਰੀਆਂ ਕੀ ਨੇ ਬੱਚੇ, ਆਪਣੀਆਂ ਉਪ ਭਾਸ਼ਾਵਾਂ ਹਨ, ਕੀ ਨੇ ਬੱਚੇ, ਆਪਣੀਆਂ ਉਪ ਭਾਸ਼ਾਵਾਂ ਹਨ, ਆਪਸ਼ਨ ਨੰਬਰ ਡੀ ਆਏਗਾ। ਨੈਕਸਟ ਕੁਐਸਚਨ ਦੱਸੋ, ਸੁਰਿੰਦਰ ਇੱਕ ਹੁਸ਼ਿਆਰ ਲੜਕਾ ਹੈ,
ਇਸ ਵਾਕ ਵਿੱਚ ਹੈ ਸ਼ਬਦ ਕਿਰਿਆ ਦੀ ਕਿਹੜੀ ਕਿਸਮ ਹੈ? ਜਿਹੜੇ ਬੱਚੇ ਨੇ ਮੇਰੀ 2 ਵਜੇ ਵਾਲੀ ਕਲਾਸ ਲਗਾਈ ਆ ਉਹਨੂੰ ਇਹਦਾ ਆਂਸਰ ਪਤਾ ਹੋਏਗਾ, ਬਾਕੀਆਂ ਨੂੰ ਨਹੀਂ ਪਤਾ ਹੋਏਗਾ। ਕਲੀਅਰ? ਇੱਕ ਚੀਜ਼ ਹੋਰ ਦੱਸ ਦੇ ਵਾ, 2 ਵਜੇ ਬੱਚੇ ਰੈਗੂਲਰ ਕਲਾਸ ਹੁੰਦੀ ਆ, 2 ਵਜੇ ਰੈਗੂਲਰ ਕਲਾਸ ਹੁੰਦੀ ਹੈ ਕਿਸਦੀ? ਆਪਣੀ ਪੰਜਾਬੀ ਕੁਆਲੀਫਾਈਂਗ ਪੇਪਰ ਦੀ, ਅਤੇ 5 ਵਜੇ ਹੁੰਦੀ ਹੈਗੀ ਬੱਚੇ ਆਪਣੀ GK ਦੀ। ਠੀਕ ਆ, ਇਹ ਆਪਾਂ ਸਾਰੇ ਕਰਦੇ ਹਾਂ, ਹਿਸਟਰੀ, ਪੋਲੀਟੀ, ਜੋਗ੍ਰਫੀ। ਕਲੀਅਰ ਬੱਚੇ? ਹੁਣ ਕਰੋ ਆਂਸਰ, ਸਭ ਦਾ ਆਂਸਰ ਗਲਤ ਹੋਏਗਾ, ਲਿਖਾ ਲਓ, ਸਭ ਦਾ ਆਂਸਰ ਸਹੀ ਗਲਤ ਹੋਏਗਾ। ਕਿਆ ਬਾਤ ਹੈ, ਇੰਨੇ ਇੰਨੇ ਇੰਟੈਲੀਜੈਂਟ, ਇੰਨੇ ਇੰਟੈਲੀਜੈਂਟ ਬਸ ਸਾਰੇ ਬੱਚੇ ਉਹੀ ਹੈ ਜਿਹੜੇ 2 ਵਜੇ ਕਲਾਸ ਲਗਾਉਂਦੇ ਆ। ਬਿਲਕੁਲ ਬੱਚੇ ਸਸਰੰਗੀ ਕਿਰਿਆ ਬੋਲਦੇ ਆ। ਮੈਂ ਹੋਰ ਵੀ ਵਰਡਸ ਲਿਖਾਏ ਸੀ, ਹੋਰ ਵੀ ਵਰਡਸ ਲਿਖਾਏ ਸੀ, ਸੋਚੋ ਕਿਹੜੇ ਵਰਡ ਸੀਗੇ, ਨਹੀਂ ਤਾਂ ਬਸ 2 ਵਜੇ ਆ ਜਾਓ, ਦੱਸ ਦੂੰਗੀ ਉੱਥੇ। ਨੈਕਸਟ ਕੁਐਸਚਨ ਦੱਸੋ ਰਾਜ, ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? ਇਸ ਕੁਐਸਚਨ ਦਾ ਤੁਸੀਂ ਸਾਰੇ ਗਲਤ ਕਰੋਗੇ ਆਂਸਰ, ਲਿਖਾ ਲਓ ਮੇਰੇ ਤੋਂ, ਇਸ ਕੁਐਸਚਨ ਦਾ ਤੁਸੀਂ ਸਾਰੇ ਹੀ ਗਲਤ ਕਰੋਗੇ। ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? ਸਾਰੇ ਗਲਤ ਕਰੋਗੇ ਬੱਚੇ, ਸਾਰੇ ਬੱਚਿਆਂ ਦਾ ਆਂਸਰ ਗਲਤ ਆਊਗਾ ਇਸ ਕੁਐਸਚਨ ਦਾ। ਨਹੀਂ ਹੁੰਦਾ ਜੀ ਹੁਣ ਕਦੇ ਵੀ ਗਲਤ, ਬਿਲਕੁਲ ਬਿਲਕੁਲ, ਜਿਹੜੇ ਬੱਚਿਆਂ ਨੇ ਕਲਾਸ ਲਗਾ ਲਈ ਉਹਨਾਂ ਦਾ ਕੋਈ ਆਂਸਰ ਗਲਤ ਹੋ ਹੀ ਨਹੀਂ ਸਕਦਾ। ਹੁਣ ਪੱਕਾ ਗਲਤ ਕਰੋਗੇ, ਪੱਕਾ ਗਲਤ ਕਰੋਗੇ, ਮੈਂ ਕਹਿਤਾ ਨਾ। ਕਿਆ ਬਾਤ ਆ, ਡੀਸੀ ਡੀਸੀ ਕੋਈ ਨਹੀਂ, ਗਗਨ ਕੀ ਕਹਿੰਦਾ, ਕੋਈ ਨਹੀਂ, ਅੱਛਾ ਸੋਚ ਲਓ, ਜੋੜਨੀ ਤਾਂ ਹੈ ਨਹੀਂ ਗਗਨ। ਕਿਆ ਬਾਤ ਆ ਗਗਨ, ਵੈਰੀ ਗੁੱਡ ਯਾਰ, ਖੁਸ਼ ਕਰਤਾ, ਕੋਈ ਵੀ ਨਹੀਂ, ਕੋਈ ਵੀ ਨਹੀਂ ਆ, ਕੋਈ ਵੀ ਨਹੀਂ ਹੈ। ਜਿਹੜੇ ਆਂਸਰ ਕਰਨ ਲੱਗੇ ਨਾ, CDCDCD, ਮੈਨੂੰ ਪਤਾ ਹੀ ਸੀ, ਮੈਨੂੰ ਪਤਾ ਹੀ ਸੀ ਸਮਾਸੀ ਸ਼ਬਦ ਕਿਵੇਂ ਬਣਦਾ ਹੈਗਾ, ਜੋੜਨੀ ਤਾਂ ਹੋਣੀ ਚਾਹੀਦੀ ਕੋਈ ਨਾ ਕੋਈ ਵਿੱਚ, ਬਸ ਆਪਸ਼ਨ ਦੇਖੀ ਨਹੀਂ ਚੱਕਤਾ, ਸਾਰੇ ਹੀ ਗਲਤ ਆ। ਕੀ ਬਣੇਗਾ ਇਹਦਾ? ਚੁਗਲ ਖੋਰ। ਕਿਉਂ, ਠੀਕ ਆ ਕਿ ਨਹੀਂ, ਠੀਕ ਆ ਕਿ ਨਹੀਂ? ਚਲੋ ਜੀ ਨੈਕਸਟ ਕੁਐਸਚਨ ਦੇਖੋ, ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ, ਆਂਸਰ ਕਰੋ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ ਜੀ, ਆਂਸਰ ਕਰੋ। ਮੈਨੂੰ ਤਾਂ ਪਤਾ, ਮੈਂ ਤਾਂ ਤੁਹਾਡਾ ਦੇਖਣਾ ਸੀ ਤੁਹਾਨੂੰ ਵਾਕਈ ਪਤਾ ਜਾਂ ਨਹੀਂ ਪਤਾ, ਫਿਰ ਵੀ ਤੁਸੀਂ ਆਂਸਰ ਗਲਤ ਕੀਤਾ, ਮੰਨੋ ਚਾਹੇ ਨਾ ਮੰਨੋ, ਫਿਰ ਵੀ ਤੁਸੀਂ ਆਂਸਰ ਗਲਤ ਹੀ ਕੀਤਾ ਹੈ। ਕੀ ਆਇਆ ਆਪਣਾ, ਅੰਨ ਰੋਟੀ ਅੰਨ ਪਾਣੀ, ਇਹ ਤਾਂ ਈਜ਼ੀ ਆ ਯਾਰ, ਇਹ ਨਾ ਗਲਤ ਕਰ ਦਿਓ, ਠੀਕ ਆ, ਅੜੀ ਬਣ ਕੇ ਇਹ ਨਾ ਗਲਤ ਕਰ ਦਿਓ, ਤਾਂ ਬਹੁਤ ਹੀ ਈਜ਼ੀ ਕੁਐਸਚਨ, ਅੰਨ ਪਾਣੀ। ਟਕਸਾਲੀ ਭਾਸ਼ਾ ਨੂੰ ਹੋਰ ਕੀ ਕਿਹਾ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਬੱਚੇ, ਠੀਕ ਆ, ਦੱਸੋ ਟਕਸਾਲੀ ਭਾਸ਼ਾ ਨੂੰ ਹੋਰ ਕੀ ਕਿਹਾ ਜਾਂਦਾ? ਮਿਆਰੀ ਭਾਸ਼ਾ, ਸਾਹਿਤਿਕ ਭਾਸ਼ਾ, ਦਫ਼ਤਰੀ ਭਾਸ਼ਾ, ਜਾਂ ਫਿਰ ਆਪਣੇ ਉਪਰੋਕਤ ਤਿੰਨੋ ਹੀ? ਹੁਣ ਨਾ ਗਲਤ ਕਰ ਦਿਓ, ਹੁਣ ਨਾ ਗਲਤ ਕਰ ਦਿਓ ਰਾਜੇ, ਆਂਸਰ ਕਰੋ, ਆਂਸਰ ਕਰੋ, ਆਂਸਰ ਨੈਕਸਟ ਕੁਐਸਚਨ ਦਾ, ਉਪਰੋਕਤ ਸਾਰੇ। ਵੈਰੀ ਗੁੱਡ ਬੱਚੇ, ਖੁਸ਼ ਕਰਤਾ ਸਾਰੇ ਬੱਚਿਆਂ ਨੇ। ਬੱਚੇ ਜਿਹੜੀ ਟਕਸਾਲੀ ਭਾਸ਼ਾ, ਸਾਰੇ ਨਾਮ ਇਹੀ ਆ, ਮੋਸਟਲੀ ਆਪਾਂ ਇਹੀ ਯੂਜ਼ ਕਰਦੇ ਹਾਂ ਆਪਣੇ ਦਫ਼ਤਰਾਂ ਦੇ ਵਿੱਚ, ਠੀਕ ਆ, ਇਹੀ ਭਾਸ਼ਾ ਯੂਜ਼ ਹੁੰਦੀ ਆ, ਤਾਂ ਕੀ ਹੈਗਾ, ਵੈਰੀ ਗੁੱਡ। ਬਸ ਕਰੀਏ ਜਾਂ ਫਿਰ ਹਾਲੇ ਹੋਰ ਕਰਨਾ? ਹਾਲੇ ਤਾਂ ਪਏ ਆ ਕੁਐਸਚਨ, ਕਾਫੀ ਪਏ ਆ ਯਾਰ, ਦੱਸੋ ਹੋਰ ਲਗਾਉਣੀ ਹੈ ਕਲਾਸ ਜਾਂ ਫਿਰ ਬਸ ਕਰ ਦਈਏ? ਤੁਸੀਂ ਦੱਸੋ, ਜੇ ਤੁਸੀਂ ਕਹੋਗੇ ਬਸ ਕਰ ਦਿਓ, ਬਸ ਕਰ ਦਾਂਗੇ, ਜੇ ਤੁਸੀਂ ਕਹੋਗੇ ਮੈਮ ਕਰਨੇ, ਮੈਂ ਤਾਂ ਕਰਵਾ ਦੂੰਗੀ। ਮੈਂ ਤਾਂ ਹਾਲੇ ਬਹੁਤ ਕੁਐਸਚਨਸ ਪਏ ਨੇ, ਹਾਲੇ ਇਸ ਤੋਂ ਬਾਅਦ ਲਿਟਰੇਚਰ ਦੇ ਹੋਰ ਕੁਐਸਚਨਸ ਹੈਗੇ ਨੇ, ਆਂਸਰ ਕਰੋ ਨੈਕਸਟ ਕੁਐਸਚਨ। ਇਹ ਬੱਚੇ ਦਾ ਨਾ ਮੈਸੇਜ ਆਇਆ ਸੀ ਇੱਕ ਮੈਨੂੰ ਕਿ ਮੈਮ ਇਹਦਾ ਤੁਸੀਂ ਚੂਜ਼ ਕਿਵੇਂ ਕੀਤਾ, ਹੈ ਨਾ, ਚੂਜ਼ ਕਿਵੇਂ ਕੀਤਾ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਬੱਚੇ। ਦੇਖੋ ਪਿਛੇਤਰ ਲਗਾ ਕੇ ਉਹ ਆਪਾਂ ਵਿਕਲਪ ਚੁਣਨੇ ਹੈਗੇ ਆ,
ਉਹ ਵਿਕਲਪ ਚੁਣਦੇ ਹੈਗੇ ਬੱਚੇ ਜਿਨ੍ਹਾਂ ਦਾ ਕੋਈ ਨਾ ਕੋਈ ਮਤਲਬ ਬਣਦਾ ਹੋਵੇ, ਠੀਕ ਹੈ। ਜਿੱਦਾਂ ਦੇਖੋ ਆਪਸ਼ਨ ਕੀ ਆਏਗਾ, ਆਪਸ਼ਨ ਕੀ ਆਏਗਾ ਤਾਂ ਆਪਾਂ ਨੂੰ ਪਤਾ ਆਪਸ਼ਨ ਡੀ ਆਏਗਾ, 1 and 4 ਬੱਚੇ। ਦੇਖੋ ਭਾਈ ਵਾਲ ਮੀਨਸ ਅਗਰ ਵਾਲ ਆਪਾਂ ਕੱਟ ਰਹੇ ਹਾਂ ਤਾਂ ਭਾਈ ਦਾ ਕੋਈ ਨਾ ਕੋਈ ਮੀਨਿੰਗ ਬਣ ਰਿਹਾ, ਠੀਕ ਹੈ। ਸੇਮ ਸਾਂਝੀ ਵਾਲ, ਠੀਕ ਹੈ। ਬਟ ਹੁਣ ਦੇਖੋ ਚਰਵਾਲ, ਚਰ ਚਰ ਕੋਈ ਬਣ ਰਿਹਾ ਵਰਡ ਮੈਨੂੰ ਦੱਸਿਓ, ਚਰ ਕੁਛ ਬਣ ਰਿਹਾ ਕਿ ਨਹੀਂ ਬਣ ਰਿਹਾ ਦੱਸਿਓ। ਫੇਸ ਜਿਵੇਂ ਕਵਾਲ ਹੋ ਗਿਆ, ਇਕੱਲਾ ਵਾਲ ਕੱਟ ਦੋ ਇਕੱਲਾ ਕੱਕਾ ਰਹਿ ਜਾਏਗਾ, ਦੱਸੋ, ਠੀਕ ਹੈ ਰਾਜੇ। ਤਾਂ ਆਪਸ਼ਨ ਨੰਬਰ ਡੀ ਆਏਗਾ। ਕਲੀਅਰ ਬੱਚੇ ਸਾਰਿਆਂ ਨੂੰ? ਬਾਕੀ ਵਾਲੇ ਕੁਐਸਚਨ ਪਏ ਹੈਗੇ ਨੇ, 2 ਮਿੰਟ ਸਰ ਤੁਹਾਡੇ ਨਾਲ ਗੱਲ ਕਰਦੇ ਨੇ, ਮੈਂ ਪਾਣੀ ਪੀ ਲਾਂ, ਠੀਕ ਆ। ਹਾਂ ਬਈ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਪਏ ਨੇ ਕੁਐਸਚਨ, ਖਾਲੇ ਕੁਐਸਚਨ ਕਾਫੀ ਪਏ ਨੇ। ਦੇਖੋ ਮੈਗਾ ਮੈਰਾਥਨ ਦਾ ਮਤਲਬ ਪਤਾ ਕੀ ਹੈ? ਆਪਣੇ ਲਈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਆਪਣੀ ਸ਼ਾਨ ਆਨ ਬਾਨ ਸਭ ਦੀ ਬੜੀ ਵੱਡੀ ਤਕੜੀ ਰਿਸਪੈਕਟ ਹੈ, ਵੈਲਿਊ ਹੈ। ਮੈਮ ਹਾਰਡਵਰਕ ਕਰ ਰਹੇ ਨੇ, ਅੱਜ ਆਪਾਂ ਟੈਂਪੂ ਪਲਟਾ ਦੇਣਾ, ਗੱਡੇ ਪਲਟਾ ਦੇਣੇ ਹੈ। ਡਰਨ ਵਾਲੇ ਤਾਂ ਬੰਦੇ ਹੈ ਹੀ ਨਹੀਂ, ਮੈਂ ਤਾਂ ਪਹਿਲਾਂ ਹੀ ਕਹਿਤਾ ਸੀਗਾ, ਮੈਂ ਕਿਹਾ ਮੈਮ ਡਰਦੇ ਡਰਦੇ ਨਹੀਂ ਗੇ, ਜੇ ਆਪਾਂ ਡਰ ਗਏ ਇਹਦਾ ਮਤਲਬ ਵੀ ਆਰ ਦਾ ਨੋਟ ਐਸਪਰੈਂਟ। ਪੇਪਰ ਪਹਿਲਾਂ ਆਪਾਂ ਕੱਢਣਾ ਹੈ, ਔਰ ਲੰਬੇ ਟਾਈਮ 'ਚ ਨਹੀਂ, ਇੱਕ ਹਫ਼ਤੇ ਦੇ। ਵੈਰੀ ਗੁੱਡ ਈਵਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਠੀਕ ਹੈ। ਮੇਰੇ ਤਾਂ ਚੈਂਪੀਅਨ ਹੋ ਯਾਰ, ਮੈਂ ਤਾਂ ਸਾਰਿਆਂ ਨੂੰ ਮੇਰੇ ਬੱਬਰ ਸ਼ੇਅਰ ਕਰਕੇ ਬੁਲਾਉਣਾ ਮੈਂ। ਔਰ ਬੱਬਰ ਸ਼ੇਅਰ ਹੁੰਦੇ ਆ ਨਾ, ਉਹ ਕਦੇ ਵੀ ਡਰਦੇ ਨਹੀਂ ਹੈ। ਉਹਨਾਂ ਦੇ ਦਿਮਾਗ 'ਚ ਪਤਾ ਕੀ ਚੀਜ਼ ਹੁੰਦੀ ਹੈ? ਯੈਸ, ਅਸੀਂ ਫਾਈਟਰ ਹਾਂ, ਅਸੀਂ ਕਰਾਂਗੇ। ਬਸ ਮੇਰੀ ਤੁਸੀਂ 2 ਚੀਜ਼ਾਂ ਯਾਦ ਕਰ ਲਿਆ ਕਰੋ ਕਿ ਕਿਤੇ ਜੇ ਇਹ ਚੀਜ਼ ਨਹੀਂ ਛੱਡਣੀ ਆਪਾਂ ਵੀ 49.50 ਆ ਗਏ ਪਰਸੈਂਟ, ਟੈਂਪੂ ਪਲਟ ਜਾਣਾ ਪੁਸ਼ ਤੋਂ ਹੀ, ਫਿਰ ਫਿਰ ਐਂ ਲੱਗਦਾ ਯਾਰ ਸਾਕਾ ਸ਼ਾਇਦ ਕਦੇ ਉੱਦਾਂ ਕਰ ਲੈਂਦੇ, ਸ਼ਾਇਦ ਐਂ ਕਰ ਲੈਂਦੇ, ਠੀਕ ਹੈ। ਤਾਂ ਦੂਜੀ ਗੱਲ ਧਿਆਨ ਦੇ ਲਓ ਕਿ ਜਿੰਨੀ ਵੀ ਕਲਾਸ ਹੈ ਨਾ, ਇਸ ਨੂੰ ਖੱਟ ਲਓ, ਫਾਇਦਾ ਖੱਟ ਲਓ। ਜੋ ਮੇਰਾ ਚੈਂਪੀਅਨ ਹੈ ਨਾ, ਉਹ ਡਰੇਗਾ ਨਹੀਂ, ਸਮਝ ਗਏ ਨਾ। ਸ਼ੇਰ ਨੇ ਸ਼ਿਕਾਰ ਕਰਨਾ, ਉਹ 4 ਕਦਮ ਪਿੱਛੇ ਜਾਏਗਾ, 4 ਕਦਮ ਪਿੱਛੇ ਜਾ ਕੇ ਉਹਨੇ ਜੰਪ ਮਾਰਨਾ ਹੈ, ਠੀਕ ਹੈ। ਸੈਸ਼ਨ ਨੂੰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ। ਔਰ ਇਹ ਜਿਹੜੇ ਕੁਐਸਚਨ ਹੈ ਨਾ, ਇਹ ਤੁਹਾਨੂੰ ਬਾਰ ਬਾਰ ਕਿਤੋਂ ਖਰੀਦਿਆ ਵੀ ਨਹੀਂ ਮਿਲਣੇ, ਠੀਕ ਹੈ। ਇਸ ਕਰਕੇ ਬਿਲਕੁਲ ਚੁੱਪ ਚਪੀਤੇ ਨਾਲ, ਬਹੁਤ ਧਮਾਕੇਦਾਰ, ਬਸ ਇੱਦਾਂ ਬੋਲੋ ਕਿ ਮੈਮ ਆਉਣ ਦਿਓ, ਬਸ ਅੱਜ ਅਸੀਂ ਕਰ ਹੀ ਦੇਣਾ। ਯਾਨੀ ਆਪਣਾ ਟਾਰਗੇਟ ਕੀ, ਆਪਣਾ ਟਾਰਗੇਟ ਸਮਝ ਲਓ, ਸਾਡਾ ਟਾਰਗੇਟ ਕੀ ਹੈ? ਸਾਡਾ ਟਾਰਗੇਟ ਹੈ ਸਿਰਫ 2 ਹਫ਼ਤਿਆਂ 'ਚ ਪੰਜਾਬੀ ਨੂੰ ਖਤਮ ਕਰਨਾ। ਪੰਜਾਬੀ, ਆਪਾਂ ਪੰਜਾਬੀ ਬੰਦੇ ਯਾਰ, ਆਪਾਂ ਡਿੱਗ ਸਕਦੇ ਹਾਂ, ਆਪਾਂ ਰਹਿ ਸਕਦੇ ਹਾਂ ਪੰਜਾਬੀ 'ਚ। ਸੋਚ ਕੇ ਦੇਖੋ ਕਿੱਡੀ ਵੱਡੀ ਮਤਲਬ ਪੰਜਾਬੀ 'ਚ ਅਗਰ ਆਪਾਂ ਰਹਿ ਗਏ। ਇੱਕ ਮੇਨ ਮਕਸਦ ਕੀ ਹੈ ਕਿ ਇਸ ਮੈਗਾ ਸੈਸ਼ਨ ਦੇ ਵਿੱਚ ਪੰਜਾਬੀ ਦਾ ਟੈਸਟ ਪਾਰ। ਸਾਰੇ ਜਣੇ ਬੋਲੋ ਮੇਰੇ ਨਾਲ, 25-25-50। ਇਸ ਮੈਗਾ ਸੈਸ਼ਨ ਦੇ ਵਿੱਚ ਹੀ ਆਪਾਂ ਬਸ ਗਾਹ ਪਾ ਨਹੀਂ ਕਰਨਾ, ਕਹਿੰਦਾ ਗਾਹ ਪਾ ਨਹੀਂ, ਮਤਲਬ ਪੇਪਰ ਪਾਸ ਕਰਕੇ ਦਿਖਾ, ਸਮਝ ਗਏ। ਇਸ ਕਰਕੇ ਤਾਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਕਰ ਲਓ। ਹਜੇ ਮੈਂ ਵੀ ਇਸ ਤੋਂ ਬਾਅਦ ਪੜ੍ਹੂੰਗਾ, ਕਿਉਂਕਿ ਇਹ ਬਹੁਤ ਮਿਹਨਤ ਕਰ ਕਰਕੇ, ਇੱਕ ਇੱਕ ਕੁਐਸਚਨ ਕਰ ਕਰਕੇ ਫਿਰ ਟੀਚਰ ਬਣਾਉਂਦਾ ਹੈ, ਠੀਕ ਹੈ। ਅਤੇ ਹਾਂਜੀ, ਹਾਂ ਕੀ ਬਾਤ ਹੈ, ਰਮਨਦੀਪ ਕੌਰ ਜੀ ਕਹਿੰਦੇ ਕਿ ਮੈਂ ਤਾਂ ਆਪ ਕਿਹਾ ਮੈਂ, ਮੈਨੂੰ ਕਿ ਆਉਣ ਦਿਓ, ਕਿਤੇ ਡਰਦੇ ਨਹੀਂ, ਐਵੇਂ ਕੌਣ ਕਹਿੰਦੇ ਕਿ ਬੱਸ ਕਰੀਏ। ਜਿਹਨੇ ਕਹਿ ਦੇਣਾ ਬੱਸ ਕਰੀਏ, ਫਿਰ ਉਹਦਾ ਹਾਲ ਵਿਗਾੜ ਦਿਓ, ਠੀਕ ਹੈ। ਵਿਹਾਰ ਤੂੰ ਦੱਸ ਕੇ ਕਿਵੇਂ ਕਿਹਾ ਬੱਸ ਕਰੀਏ, ਬੱਸ ਤਾਂ ਕਰਨਾ ਨਹੀਂ ਗਾ। ਮਤਲਬ ਨਾ, ਹੁਣ ਰੀਜਨ ਇਹ ਤੁਹਾਨੂੰ ਮੈਂ ਦੱਸ ਦਿੰਦਾ, ਸਾਨੂੰ ਬਾਹਰਲੇ ਸਟੇਟਾਂ ਦੇ ਬੱਚੇ ਪਤਾ ਕੀ ਕਹਿ ਰਹੇ, ਚੰਡੀਗੜ੍ਹ ਦੇ ਆਸ ਪਾਸ ਦੇ, ਤੁਸੀਂ ਪੰਜਾਬੀ 'ਚ ਲਾ ਦਿਓ ਜੀ, ਪੰਜਾਬੀ ਆਫਲਾਈਨ ਕਰਾ ਦਿਓ ਜੀ, ਸਾਨੂੰ ਅਸੀਂ ਇੰਨੇ ਪੈਸੇ ਦੇ ਦਿੰਦੇ, ਸਾਨੂੰ ਨੋਟਸ ਦੇ ਦਿਓ ਜੀ, ਸਾਨੂੰ ਆਹ ਕਰ ਦਿਓ, ਕਰ ਦਿਓ। ਆਪਣਾ ਮੇਨ ਮਕਸਦ ਕੀ ਹੈ ਕਿ ਆਪਣੇ ਲਈ ਬੜੀ ਬੇਇੱਜ਼ਤੀ ਵਾਲੀ ਗੱਲ ਹੋ ਜਾਣੀ ਜੇ ਪੰਜਾਬੀ 'ਚ ਆਪਾਂ ਪਿੱਛੇ ਰਹਿ ਗਏ।
ਤੁਹਾਨੂੰ ਬਿਲਕੁਲ ਫ੍ਰੀ ਲੰਗਰ ਪ੍ਰੋਵਾਈਡ ਕੀਤਾ ਜਾ ਰਿਹਾ, ਚੁੱਪ ਚਪੀਤੇ ਬੈਠੋ, ਨਾਲ ਕੋ ਚਾਹ ਲੈ ਲਓ, ਰਜ਼ਾਈ 'ਚ ਬੈਠ ਜਾਓ, ਮੁੱਗੜੀ ਮਾਰ ਲਓ, ਦੱਬੀ ਤੁਰੀ ਆਓ ਕੰਮ ਬਸ, ਠੀਕ ਹੈ। ਇਹਨਾਂ ਦੇ PDF ਵੀ ਤੁਹਾਨੂੰ ਦੇ ਦਾਂਗੇ, ਠੀਕ ਹੈ। ਹੱਸਦੇ ਰਹੋ, ਤੁਹਾਡੇ ਮੁੱਖ 'ਤੇ ਹਾਸੀ ਰਵੇ, ਬੱਠਲਰ ਦਾ ਜਿਗਰਾ ਕਰੋ ਵੱਡਾ ਸਾਰਾ, ਠੀਕ ਹੈ। ਟੈਨਸ਼ਨਾਂ ਨੂੰ ਖਤਮ ਕਰੋ, ਠੀਕ ਹੈ। ਇੱਕ ਵਾਰੀ ਸੈਸ਼ਨ ਸ਼ੇਅਰ ਕਰਕੇ ਆਓ, ਸਾਰੇ ਜਣੇ ਸ਼ੇਅਰ ਕਰਕੇ ਆਓ ਫਟਾਫਟ। ਕਾਸ਼ ਅਗਰ ਤੁਸੀਂ ਨਾ ਮੈਨੂੰ ਸੀਰੀਅਸਲੀ, ਮੇਰਾ ਬੁਖਾਰ ਬਖੂਰ ਠੀਕ ਹੋ ਜਾਣਾ, ਮੈਂ ਤੁਹਾਨੂੰ ਸੱਚ ਦੱਸਾਂ, ਬਹੁਤ ਵਧੀਆ ਹੋ ਜਾਣਾ, ਅਗਰ ਕਾਸ਼ ਤੁਸੀਂ ਸਟੇਟਸ ਲਾ ਕੇ ਕਹਿ ਦਿਓ ਵੀ ਵਾਕਈ ਦਿਲ ਤੋਂ ਖੁਸ਼ੀ ਆ। ਅਗਰ ਮੈਨੂੰ ਕੋਈ ਬੰਦੇ ਨੇ ਫੋਨ ਕਰਕੇ ਕਹਿ ਦੇਣਾ ਸਰ ਤੁਹਾਡੇ ਸਟੂਡੈਂਟਸ ਇੰਨੇ ਸਟਰੋਂਗ ਹੈ, ਸਟੇਟਸ ਲੱਗਿਆ ਹੋਇਆ ਉਹਨਾਂ ਦੇ, ਠੀਕ ਹੈ। ਬਸ ਇਹੀ ਚੀਜ਼ ਹੈ, ਸੀਰੀਅਸਲੀ ਬਹੁਤ ਰਿਸਪੈਕਟ ਹੈ ਤੁਹਾਡੀ ਮੇਰੀ ਨਜ਼ਰਾਂ 'ਚ, ਠੀਕ ਹੈ। ਆਪਾਂ ਬਹੁਤ ਵੱਡਾ ਕੰਮ ਕਰਨਾ ਹੈ, ਵੱਡਾ ਕੰਮ ਹੈ ਕਿ ਇਸ ਤੋਂ ਬਾਅਦ ਕੀ ਕਰਾਂਗੇ, ਅਗਲੇ ਹਫ਼ਤੇ ਤੁਹਾਨੂੰ ਟੈਸਟ ਦੇਵਾਂਗੇ ਬਿਲਕੁਲ ਫ੍ਰੀ ਹੈ, ਮਤਲਬ ਵੀ ਆਪਾਂ 50 ਕੁਐਸਚਨਾਂ ਦਾ ਟੈਸਟ ਬਣਾਵਾਂਗੇ, 25 ਉਹਦੇ 'ਚੋਂ ਕੱਢ ਲਏ, ਪਰ 5-7 ਟੈਸਟ ਤੁਹਾਨੂੰ ਕਰਾ ਕੇ ਨਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਹਾਂ PDF ਮਿਲ ਜਾਏਗਾ ਵੀ ਆਪਾਂ ਨੂੰ ਵੀ 5-7 ਮੌਕ ਟੈਸਟ ਬਣਾਵਾਂਗੇ ਆਪਾਂ, ਵੈਸੇ ਤਾਂ ਤੁਹਾਨੂੰ 20 ਦੇਵਾਂਗੇ, ਪਰ ਉਹਦੇ 'ਚੋਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਯਾਰ ਵੀ ਸਾਡਾ ਗੱਡਾ ਕਿਤੇ ਲੀਹੇ ਜਾ ਰਿਹਾ ਕਿ ਲੀਹੇ ਤੋਂ ਥੱਲੇ ਥੱਲੇ ਜਾ ਰਿਹਾ ਕਿਤੇ, ਹੈਂ ਕਿਤੇ ਕਾਣੋ ਤਾਂ ਨਹੀਂ ਕਿਤੇ ਗੱਡੇ ਦੇ ਪਹੀਆਂ 'ਚ ਕਿਤੇ ਗਰੀਸ ਕਰਨਾ ਪਵੇ, ਹੈਂ। ਇਸ ਕਰਕੇ ਤਾਂ ਖੁਸ਼ ਰਹਿਣਾ ਹੈ, ਖਿੱਚ ਦਿਓ, ਸ਼ੇਅਰ ਕਰ ਦਿਓ, ਲਾਈਕ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਕਹਿਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਐਂ ਅੰਗੂਠਾ ਹੀ ਤਾਂ ਨੱਪਣਾ ਹੈ, ਐਂ ਕਰਕੇ ਫੋਨ ਦੀ ਸਕਰੀਨ ਵਿੱਚ ਟਪਾ ਦਿਆ ਕਰੋ ਅੰਗੂਠਾ, ਠੀਕ ਹੈ। ਹਾਂ, ਕਲਾਸ ਖਤਮ, ਬਿਲਕੁਲ ਖਤਮ ਨਹੀਂ ਹੋਈ ਕੁਲਵੰਤ ਸਿੰਘ, ਕੋਈ ਕਲਾਸ ਖਤਮ ਨਹੀਂ ਗਈ, ਮੈਮ ਤਿਆਰ ਬੈਠੇ ਨੇ, ਗਰਮ ਪਾਣੀ ਪੀ ਕੇ ਆਏ ਆ, ਆ ਜਾਓ ਗਰਮ ਲਓ ਮੈਮ। ਪਹਿਲਾਂ ਮੈਨੂੰ ਇਹ ਦੱਸੋ ਕਿਹੜਾ ਬੱਬਰ ਸ਼ੇਰ ਨੂੰ ਫੀਵਰ ਹੋ ਗਿਆ, ਬੱਚੇ ਨੇ ਕਮੈਂਟ ਕੀਤਾ ਕਿ ਬੱਬਰ ਸ਼ੇਰ ਨੂੰ ਤਾਂ ਫੀਵਰ ਹੋਇਆ ਪਿਆ, ਕਿਹੜੇ ਬੱਬਰ ਸ਼ੇਰ ਨੂੰ ਫੀਵਰ ਹੋ ਗਿਆ ਮੈਨੂੰ ਦੱਸਿਓ। ਚਲੋ ਫਿਰ ਕਰੀਏ ਸਟਾਰਟ, ਹਾਲੇ ਤਾਂ ਪਏ ਨੇ ਕੁਐਸਚਨਸ, ਠੀਕ ਆ। PDF ਦੇਊਂਗੀ, ਪਰ PDF ਮੈਂ ਤੁਸੀਂ ਬੋਲਣ ਲੱਗੇ ਨਾ ਸੋਚਦੇ ਨਹੀਂ ਹੈਗੇ, ਤੁਸੀਂ ਮੇਰੀ ਮਿਹਨਤ ਦੇਖੋ, ਅਗਰ ਤੁਹਾਨੂੰ ਕਮੀ ਲੱਗ ਰਹੀ ਹੈ ਮੈਨੂੰ ਉਹ ਦੱਸੋ। ਮੈਂ ਹਮੇਸ਼ਾ ਕਿਹਾ ਬੱਚਿਆਂ ਨੂੰ ਵੀ ਅਗਰ ਕਮੀ ਹੈਗੀ ਹੈ ਨਾ ਕੁਐਸਚਨ ਦੇ ਵਿੱਚ ਤਾਂ ਉਹ ਤੁਸੀਂ ਮੈਨੂੰ ਮੈਸੇਜ ਕਰੋ, ਪਰ ਤੁਹਾਡਾ ਕੋਈ ਹੱਕ ਨਹੀਂ ਹੁੰਦਾ ਆਪਾਂ ਕਿਸੇ ਨੂੰ ਵੀ ਹਰਟ ਕਰਨ ਦਾ। ਤੁਸੀਂ ਬੋਲਣ ਲੱਗੇ ਸੋਚਦੇ ਨਹੀਂ ਹੈਗੇ ਵੀ ਆਪਾਂ ਬੋਲ ਕੀ ਰਹੇ ਹਾਂ ਟੀਚਰ ਨੂੰ, ਤਾਂ ਹੀ ਮੈਂ PDFs ਦੇਣੀਆਂ ਬੰਦ ਕਰੀਆਂ ਹੋਈਆਂ ਨੇ। ਚਲੋ ਠੀਕ ਹੈ, ਕੁਐਸਚਨ ਕਰਦੇ ਹਾਂ ਆਪਾਂ, ਪਹੁੰਚੀਆਂ ਧਿਆਨ ਨਾਲ ਆਂਸਰ ਕਰਿਓ ਨੈਕਸਟ ਕੁਐਸਚਨ ਦਾ, ਠੀਕ ਆ। ਪਹੁੰਚੀਆਂ ਕੰਗਣ ਬਾਂਕਾ ਗਜਰਾ ਦੁਆਰਾ ਵਰਤੇ ਜਾਣ ਵਾਲੇ ਗਹਿਣੇ ਹਨ, ਦੱਸੋ ਰਾਜੇ ਕਿਹੜੇ ਗਹਿਣੇ ਹਨ, ਆਪਣੇ ਪੈਰਾਂ ਦੇ ਗਹਿਣੇ ਆ, ਮਰਦਾਂ ਦੇ ਹੱਥਾਂ ਦੇ ਗਹਿਣੇ ਆ, ਮਰਦਾਂ ਦੇ ਕੰਗਣ ਆ ਬੱਚੇ, ਜਾਂ ਫਿਰ ਕੀ ਆਪਣੇ ਔਰਤਾਂ ਦੇ ਕੰਗਣ ਨੇ। ਆਂਸਰ ਕਰਿਓ, ਧਿਆਨ ਨਾਲ ਆਂਸਰ ਕਰਿਓ ਬੱਚੇ, ਸਾਰੇ ਜਾਣੇ ਧਿਆਨ ਨਾਲ ਆਂਸਰ, ਇਹ ਨਾ ਹੋਵੇ ਵੀ ਗਲਤ ਕਰ ਦਿਓ। ਕਿਉਂ, ਮੈਨੂੰ ਪਤਾ ਹੀ ਸੀ, ਮੈਨੂੰ ਪਤਾ ਹੀ ਸੀ ਰਾਜੇ, ਇਹ ਪਾਏ ਕਿੱਥੇ ਜਾਂਦੇ ਨੇ, ਬ੍ਰੈਸਲੇਟ ਨੇ, ਇਹ ਕੀ ਨੇ ਬ੍ਰੈਸਲੇਟ ਨੇ, ਇੱਥੇ ਪਾਉਂਦੇ ਬ੍ਰੈਸਲੇਟ ਹੈਗੇ ਨੇ ਬੱਚੇ, ਤਾਂ ਕੀ ਆ ਹੱਦ ਹੋ ਗਈ, ਮਰਦਾਂ ਦੇ ਕੰਗਣ ਨੇ, ਬ੍ਰੈਸਲੇਟਸ ਹੈਗੇ ਨੇ ਕਿਸਦੇ ਹੈਗੇ ਨੇ, ਆਪਣੇ ਮੈਨ ਦੇ ਹੈਗੇ ਨੇ, ਸਪੈਸ਼ਲ ਮੈਂ ਕਰਵਾਇਆ ਹੋਇਆ ਹੈਗਾ ਐਪ ਦੇ ਵਿੱਚ, ਫਿਰ ਵੀ ਆਂਸਰ ਗਲਤ ਕਰ ਰਹੇ ਹੋ ਬੱਚੇ। ਨੈਕਸਟ ਕੁਐਸਚਨ ਦੇਖੋ, ਕਿਹੜਾ ਸ਼ਬਦ ਉੜਕ, ਗਲਤ ਕਰੋਗੇ ਵੀ ਕੁਐਸਚਨ ਤੁਸੀਂ, ਕਿਹੜਾ ਸ਼ਬਦ ਉੜਕ ਦਾ ਸਮਾਨਾਰਥਿਕ ਸ਼ਬਦ ਨਹੀਂ ਹੈ, ਅਖੀਰ ਅੰਤ ਪਰਾਇਆ, ਤੇ ਆਪਣਾ ਕਿਹੜਾ ਹੋ ਗਿਆ ਬੱਚੇ ਛੇਕੜ। ਦੇਖੋ ਫੀਮੇਲ ਦੇ ਨਹੀਂ ਹੈਗੇ ਬੱਚੇ, ਫੀਮੇਲ ਦੇ ਨਹੀਂ ਆ, ਮੈਂ ਤਾਂ ਅੱਜ ਤੱਕ ਇਹੀ ਪੜਿਆ ਹੈਗਾ, ਫੀਮੇਲ ਦੇ ਨਹੀਂ ਆ, ਮੈਨ ਦੇ ਬ੍ਰੈਸਲੇਟ ਨੇ ਇਹ, ਠੀਕ ਆ ਜੀ। PDF ਮੈਂ ਤੁਹਾਨੂੰ ਦੱਸਦਾ ਰਿਹਾ ਯਾਰ, PDF ਮੈਂ ਜਾਣ ਬੁੱਝ ਕੇ ਦੇਣੀਆਂ ਬੰਦ ਕੀਤੀਆਂ ਨੇ, ਪਹਿਲਾਂ ਸੋਚ ਲਓ, ਬੋਲਣ ਲੱਗੇ ਪਹਿਲਾਂ ਸੋਚ ਲਓ, ਫਿਰ ਪੱਕਾ PDFs ਮਿਲਣੀਆਂ ਤੁਹਾਨੂੰ, ਖਾਸ ਕਰ ਮੇਰੀਆਂ ਤਾਂ ਯਾਰ, ਖਾਸ ਕਰ ਮੇਰੀ PDFs। ਹੁਣ ਕਰੋ ਆਂਸਰ,
ਕਿਹੜਾ ਸ਼ਬਦ ਉੜਕ ਦਾ ਸਮਾਨਾਰਥਕ ਸ਼ਬਦ ਨਹੀਂ ਹੈ? ਆਂਸਰ ਗਲਤ ਕਰੋਗੇ ਤੁਸੀਂ, ਪੱਕਾ ਆਂਸਰ ਗਲਤ ਕਰਨ ਵਾਲੇ ਹੋਏ। ਕੀ ਆਂਸਰ ਕਰ ਰਹੇ ਹੋ ਇਸ ਕੁਐਸਚਨ ਦਾ? ਸੀ। ਕਿਆ ਬਾਤ ਆ, ਸੀ ਆਂਸਰ ਕਰ ਰਹੇ ਹੋ, ਕਿਆ ਬਾਤ ਆ, ਵੈਰੀ ਗੁੱਡ ਯਾਰ, ਵੈਰੀ ਗੁੱਡ, ਮਜ਼ਾ ਆ ਗਿਆ ਮੈਨੂੰ ਤਾਂ, ਆਂਸਰ ਦਿੱਤਾ ਤੁਸੀਂ ਸਹੀ, ਵੈਰੀ ਗੁੱਡ। ਪਰਾਇਆ ਕੀ ਹੈ ਰਾਜੇ? ਨਹੀਂ ਆ, ਅਖੀਰ, ਅੰਤ ਐਂਡ ਸ਼ੇਕੜ, ਤਿੰਨੋਂ ਕੀ ਹੈਗਾ ਬੱਚੇ, ਇਸਦੇ ਸਮਾਨਾਰਥਿਕ ਹੈਗੇ ਨੇ। ਨੈਕਸਟ ਕੁਐਸਚਨ ਦੇਖੋ ਬੱਚੇ, ਸਾਰੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਆਂਸਰ ਕਰੋ ਜੀ, ਆਂਸਰ ਕਰੋ ਨੈਕਸਟ ਕੁਐਸਚਨ ਦਾ, ਆਂਸਰ ਕਰੋ, ਆਂਸਰ 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 ਕਰੋ ਬੱਚੇ, ਨੈਕਸਟ ਕੁਐਸਚਨ ਦਾ ਆਂਸਰ ਕਰੋ ਜੀ, ਆਂਸਰ ਦੇਖੋ। ਚਲੋ ਕੋਈ ਗੱਲ ਨਹੀਂ, ਆਪਾਂ ਡਾਊਟਸ ਰੱਖ ਲੈਂਦੇ ਹਾਂ, ਠੀਕ ਆ। ਕੁਐਸਚਨ ਜੇ ਤੁਹਾਨੂੰ ਲੱਗਦਾ ਹੈਗਾ ਵੀ ਮੈਨ ਦੇ ਨਹੀਂ ਹੈਗੇ ਬ੍ਰੈਸਲੇਟ, ਆਪਾਂ ਡਾਊਟਸ ਰੱਖ ਲੈਂਦੇ ਹਾਂ, ਕੱਲ੍ਹ ਕਲੀਅਰ ਕਰ ਦੂੰਗੀ, ਠੀਕ ਆ। ਪਰ ਦੇਖੋ ਜੇ ਅੱਜ ਮੈਂ ਠੀਕ ਰਹੀ, ਅੱਜ ਮੈਂ ਠੀਕ ਰਹੀ, ਮੈਨੂੰ ਦੱਸਿਆ ਮੇਰੀ ਅੱਖਾਂ ਦੁੱਖ ਰਹੀਆਂ ਨੇ, ਤਾਂ ਕੱਲ੍ਹ ਕਲਾਸ ਲਊਂਗੀ, ਠੀਕ ਆ, ਵੈਸੇ ਲਊਂਗੀ। ਆਂਸਰ ਕਰੋ, ਸਾਰੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਤਾਂ ਰਾਜੇ ਕਿਹੜੀ? ਆਪਣੀ ਉਹੀ ਟਕਸਾਲੀ ਹੋ ਗਈ, ਆਪਣੀ ਦਫ਼ਤਰੀ ਭਾਸ਼ਾ ਹੋ ਗਈ, ਆਪਣੀ ਮਿਆਰੀ ਭਾਸ਼ਾ ਹੋ ਗਈ, ਠੀਕ ਆ ਰਾਜੇ। ਨੈਕਸਟ ਕੁਐਸਚਨ ਦੇਖੋ, ਪੰਜਾਬੀ ਸਾਹਿਤ ਪਰੰਪਰਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਰਾਜੇ, ਆਂਸਰ ਦੱਸੋ, ਪੰਜਾਬੀ ਸਾਹਿਤ ਪਰੰਪਰਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ? ਆਪਣੇ ਬੁੱਲੇ ਸ਼ਾਹ ਜੀ, ਸ਼ੇਖ ਫਰੀਦ, ਗੁਰੂ ਨਾਨਕ ਜੀ, ਜਾਂ ਫਿਰ ਆਪਣੇ ਗੁਰੂ ਅੰਗਦ ਜੀ? ਧਿਆਨ ਨਾਲ ਆਂਸਰ ਕਰਿਓ ਨੈਕਸਟ ਕੁਐਸਚਨ ਦਾ। ਥੈਂਕ ਯੂ ਕਮਲਪ੍ਰੀਤ, ਥੈਂਕ ਯੂ ਵੈਰੀ ਮੱਚ ਬੱਚੇ, ਥੈਂਕ ਯੂ। ਤੁਹਾਨੂੰ ਪਤਾ ਹੁਣ ਮੇਰਾ ਸੀਰੀਅਸਲੀ ਮੇਰਾ ਨਾ ਗੱਲ ਦੁਖਣ ਲੱਗ ਗਿਆ, ਤਾਂ ਹੀ ਬਾਰ ਬਾਰ ਪਾਣੀ ਪੀ ਰਹੀ ਹਾਂ। ਸਾਡੇ ਫਰੀਦਕੋਟ, ਸਾਡਾ ਫਰੀਦਕੋਟ, ਠੀਕ ਆ, ਸਾਡਾ ਫਰੀਦਕੋਟ ਮੀਨਸ ਆਪਣੇ ਸਾਹਿਤ ਮੀਨਸ ਕਿਹੜੇ ਬੱਚੇ? ਆਪਣੇ ਫਾਦਰ ਆਫ ਕਲਾਸੀਕਲ ਲਿਟਰੇਚਰ, ਫਾਦਰ ਆਫ ਕਲਾਸੀਕਲ ਲਿਟਰੇਚਰ ਆ ਜੀ। ਆਪਾਂ ਨੂੰ ਕਿਹਨਾਂ ਨੂੰ ਬੋਲਦੇ? ਆਪਣੇ ਬਾਬਾ ਫਰੀਦ ਜੀ ਨੂੰ, ਸ਼ੱਕਰਗੰਜ ਬੋਲਦੇ ਆ, ਨਾਮ ਸਾਰੇ ਯਾਦ ਰੱਖਿਓ। ਸ਼ੇਖ ਸਰ 'ਤੇ ਸਾਡਾ ਫਰੀਦਕੋਟ ਦਾ ਨਾਮ ਬੱਚੇ, ਇਹਨਾਂ ਦੇ ਨਾਮ 'ਤੇ ਹੀ ਪਿਆ ਹੈਗਾ, ਠੀਕ ਆ ਰਾਜੇ। ਇਹਨਾਂ ਦੀ ਬਾਣੀ, ਠੀਕ ਆ, ਰਿਕਾਰਡਡ ਪੋਇਟ ਵੀ ਆਪਾਂ ਇਹਨਾਂ ਨੂੰ ਬੋਲਦੇ ਹਾਂ ਬੱਚੇ, ਆਪਣੇ ਸ਼ੇਖ ਫਰੀਦ ਜੀ ਨੂੰ, ਠੀਕ ਆ। ਇਹੀ ਆਪਣੇ ਸ਼ੇਖ ਫਰੀਦ ਜੀ, ਜਿਨ੍ਹਾਂ ਦੀ ਬਾਣੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ, ਇਬਨ ਬਤੂਤਾ, ਠੀਕ ਆ, ਉਹਨੇ ਵੀ ਵਿਜ਼ਿਟ ਕੀਤਾ ਸੀ, ਕਲੀਅਰ, ਠੀਕ ਆ। ਔਰਡਰ ਕਿਹੜਾ ਫੋਲੋ ਕੀਤਾ ਸੀ ਇਹਨਾਂ ਨੇ? ਚਿਸ਼ਤੀ ਔਰਡਰ ਫੋਲੋ ਕੀਤਾ ਸੀ। ਸਾਰੇ ਦੇ ਸਾਰੇ ਪੁਆਇੰਟਸ ਯਾਦ ਰੱਖਿਓ ਕਾਕੇ, ਠੀਕ ਆ ਕਾਕੇ, ਸਾਰੇ ਦੇ ਸਾਰੇ ਪੁਆਇੰਟਸ ਯਾਦ ਕਰਿਓ ਜੀ। ਤਵਰੰਗ ਕਿਹੜੇ ਵਿਅੰਜਨ ਹਨ? ਆਂਸਰ ਕਰੋ, ਆਂਸਰ ਕਰੋ ਮੈਮ, ਕੱਲ੍ਹ ਕਰਵਾ ਦੇਣਾ ਜੀ ਬਾਕੀ। ਨਹੀਂ ਨਹੀਂ ਰਾਜੇ, ਦੇਖੋ ਮੈਂ ਇੱਕ ਹਫ਼ਤੇ ਲਈ ਫਿਰ ਜਾ ਰਹੀ ਹਾਂ ਘਰ, ਤਾਂ ਹੀ ਤਾਂ ਮੈਂ ਮੈਰੇਥਨ ਲੈ ਲਈ, ਮੈਂ ਫਿਰ ਰੌਲਾ ਨਾ ਪਾਊਂਗੀ ਇੱਕ ਹਫ਼ਤਾ, ਪੂਰਾ ਪ੍ਰੋਪਰ ਪੜ੍ਹਦੇ ਰਹੋ, ਠੀਕ ਆ। ਆਂਸਰ ਕਰੋ, ਤਵਰੰਗ ਕਿਹੜੇ ਵਿਅੰਜਨ ਹਨ? ਮੈਂ ਪੂਰੀ 35 ਅੱਖਰੀ, 2 ਵਜੇ ਦੀ ਕਲਾਸ 'ਚ ਮੈਂ ਪੂਰੀ 35 ਅੱਖਰੀ ਦੱਸੀ ਹੋਈ ਆ, ਕਿਹੜੇ ਆਪਣੇ ਦੰਤੀ ਵਰਡ ਹੈਗੇ ਨੇ, ਕਿਹੜੇ ਦੰਤੀ ਹੈਗੇ ਨੇ, ਕਿਹੜੇ ਤਾਲਵੀ ਨੇ, ਕਿਹੜੇ ਕੰਠੀ ਨੇ, ਕਿਹੜੇ ਉਲਟੀ ਜੀਵੀ ਨੇ। ਹੁਣ ਜਿਹੜੇ ਬੱਚਿਆਂ ਨੇ 2 ਵਜੇ ਦੀ ਕਲਾਸ ਨਹੀਂ ਦੇਖੀ, ਜਾ ਕੇ ਦੇਖੋ ਬੱਚੇ। ਰੈਗੂਲਰ ਮੇਰੀ ਕਲਾਸ ਡੇਲੀ 2 ਵਜੇ ਹੁੰਦੀ ਆ, 5 ਵਜੇ ਹੁੰਦੀ ਆ ਆਪਣੀ GS GK ਦੀ ਕਲਾਸ, ਠੀਕ ਆ ਬੱਚੇ। ਹੁਣ ਤੁਹਾਡੇ 'ਤੇ ਆ, ਤੁਹਾਡੇ 'ਤੇ ਆ ਵੀ ਹੁਣ ਤੁਸੀਂ ਆ ਰਹੇ ਹੋ ਕਿ ਨਹੀਂ ਆ ਰਹੇ। ਤਾਂ ਕਿਹੜਾ ਬੱਚੇ, ਹਾਏ ਰੱਬਾ, ਬੀ ਆਂਸਰ ਕਰਤਾ, ਇਹ ਕੁਐਸਚਨ ਮੈਂ 2 ਵਜੇ ਵਾਲੀ ਕਲਾਸ 'ਚ ਕਰਵਾਇਆ ਹੋਇਆ ਹੈ ਤੁਹਾਨੂੰ, ਹੱਦ ਹੋ ਗਈ। ਇਹ ਆਏਗਾ ਦੰਤੀ ਬੋਲਦੇ ਆ, ਜਿਹੜੇ ਤਵਰੰਗ ਕਿਹੜੇ ਹੈਗੇ ਆ? ਦੰਤੀ, ਦੰਤੀ ਮੀਨਸ ਕਿ ਜਿਹਨੂੰ ਬੋਲਣ ਵੇਲੇ ਆਪਾਂ ਦੰਦ ਆਪਣੇ ਦੰਦਾਂ ਦੇ ਨਾਲ ਯੂਜ਼ ਕਰਦੇ ਹੈਗੇ ਆ ਰਾਜੇ, ਠੀਕ ਆ। ਹਾਂ ਹਾਂ, ਗੁਰਪ੍ਰੀਤ ਗੋਪੀ ਬੱਚੇ, ਗੁਰਪ੍ਰੀਤ ਗੋਪੀ ਬੱਚੇ, 3 ਕੁਐਸਚਨ ਮੈਂ ਡਾਊਟ ਦੇ ਵਿੱਚ ਰੱਖੇ ਨੇ, ਠੀਕ ਆ। 3 ਕੁਐਸਚਨ ਡਾਊਟ ਦੇ ਵਿੱਚ ਰੱਖੇ ਹੈਗੇ ਨੇ, ਇੱਕ ਆਪਣੀ ਬੁੱਕ ਸੀਗੀ, ਇੱਕ ਇਹ ਸੀ, ਇੱਕ ਆ ਪਿਛਲਾ ਕੁਐਸਚਨ ਬ੍ਰੈਸਲੇਟ ਵਾਲਾ, ਕੱਲ੍ਹ ਦੀ ਕਲਾਸ 'ਚ ਕਲੀਅਰ ਕਰੂੰਗੀ, ਠੀਕ ਆ ਰਾਜੇ।
ਨੋ ਵਰੀ। ਤੇ ਬਾਕੀ ਰਾਜੇ ਕਮੈਂਟ ਬਾਕਸ ਕਰਕੇ ਸਭ ਨੇ ਮੈਨੂੰ ਦੱਸਣਾ ਹੈਗਾ, ਮੈਨੂੰ ਹੌਸਲਾ ਅਫਜਾਈ ਦੇਣੀ ਹੈ ਸਭ ਨੇ, ਤੁਸੀਂ ਵੀ ਤੁਹਾਨੂੰ ਕਲਾਸ ਪਸੰਦ ਆਈ ਆ ਜਾਂ ਨਹੀਂ ਆਈ। ਕਲੀਅਰ ਬੱਚੇ ਸਭ ਨੂੰ? ਤਾਂ ਆਂਸਰ ਕਰੋ ਨੈਕਸਟ ਕੁਐਸਚਨ, ਸਰਪੇਸ਼ ਕੀ ਹੈ? ਸਰਪੇਸ਼ ਕੀ ਹੈ ਬੱਚੇ, ਸਰਪੇਸ਼ ਕੀ ਹੈ, ਆਂਸਰ ਕਰੋ ਨੈਕਸਟ ਕੁਐਸਚਨ ਦਾ। ਸਰਪੇਸ਼ ਕੀ ਆ? ਸਿਰ ਤੇ, ਸਿਰ ਤੇ ਹਾਈ, ਸਿਰ ਤੇ ਹੈੱਡ, ਨੋ ਡਾਊਟ ਹੈੱਡ ਔਰਨਾਮੈਂਟ ਹੈ ਬੱਚੇ। ਕਿਸਦਾ? ਮੈਨ ਦਾ। ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਸਰਪੇਸ਼ ਕੀ ਹੈ ਬੱਚੇ, ਹੈੱਡ ਔਰਨਾਮੈਂਟ ਹੈ ਵੋਮੈਨ ਦਾ, ਬਟ ਦਸਤਾਰ ਦੇ ਸਾਹਮਣੇ ਪਾਇਆ ਜਾਂਦਾ। ਸਪੈਸ਼ਲ ਮੈਂ ਥਿਊਰੀ ਲਿਖਵਾਇਆ ਵੀ ਹੋਇਆ ਹੈਗਾ, ਕਿੱਥੇ ਧਿਆਨ ਤੁਹਾਡਾ ਪਤਾ ਨਹੀਂ, ਇਹ ਟਰਬਨ ਦੇ ਨਾ ਇੱਧਰੋਂ ਸਾਈਡ 'ਤੇ ਜਾਂਦਾ ਹੁੰਦਾ ਹੈਗਾ ਸਰਪੇਸ਼, ਧਿਆਨ ਨਾਲ ਕਰਿਓ, ਹੈਗਾ ਹੈੱਡ ਔਰਨਾਮੈਂਟ ਹੀ ਆ। ਕੀ ਹੈ ਬੱਚੇ? ਆਪਣਾ ਹੈੱਡ ਔਰਨਾਮੈਂਟ ਹੀ ਹੈ, ਹੈੱਡ ਔਰਨਾਮੈਂਟ ਹੈ, ਬਟ ਕਿਸਦਾ ਬੱਚੇ? ਆਪਣਾ ਮੈਨ ਦਾ, ਠੀਕ ਆ। ਬਟ ਹੈ ਕਿਹੜਾ ਬੱਚੇ? ਜਿਹੜਾ ਦਸਤਾਰ ਦੇ ਸਾਹਮਣੇ ਪਾਇਆ ਜਾਂਦਾ ਉਸਨੂੰ ਬੋਲਦੇ ਆ ਸਰਪੇਸ਼। ਧਿਆਨ ਨਾਲ ਆਂਸਰ ਕਰਿਆ ਕਰੋ ਬੱਚਾ, ਧਿਆਨ ਨਾਲ। ਨੈਕਸਟ ਕੁਐਸਚਨ ਦੇਖੋ, ਵਟ ਇਜ਼ ਦਾ ਗ੍ਰੀਕ ਨੇਮ ਆਫ ਰਿਵਰ ਜੇਲਮ? ਹੁਣ ਕਰੋ ਆਂਸਰ, ਆਪਣਾ ਗ੍ਰੀਕ ਨੇਮ ਕੀ ਹੈ ਰਾਜੇ ਆਪਣੇ ਜੇਲਮ ਦਾ? ਗ੍ਰੀਕ ਨੇਮ ਬੱਚੇ ਕੀ ਹੈ ਜੇਲਮ ਦਾ, ਆਂਸਰ ਕਰੋ, ਕਿਉਂਕਿ ਆਂਸਰ ਕਰੋ ਬਸ, ਹੁਣ ਤਾਂ ਥੋੜ੍ਹੀ ਰਹਿ ਗਈ ਕਲਾਸ, ਹੁਣ ਨਾ ਹਾਰੋ ਹਿੰਮਤ। ਦੇਖੋ ਮੈਂ ਵੀ ਤਾਂ ਤੁਹਾਡੇ ਨਾਲ ਬਣੀ ਹੋਈ ਹਾਂ, ਤਾਂ ਤੁਹਾਨੂੰ ਵੀ ਬਣਨਾ ਚਾਹੀਦਾ, ਠੀਕ ਹੈ। ਗ੍ਰੀਕ ਨੇਮ ਕੀ ਹੈ ਦੱਸੋ ਰਾਜੇ? ਦੇਖੋ ਹਾਈਡ੍ਰੋਟਿਸ ਕਿਹਦਾ ਹੈਗਾ ਆਪਣਾ? ਇਹ ਹੈਗਾ ਬੱਚੇ ਆਪਣਾ ਰਾਵੀ ਦਾ, ਇਹ ਕੀ ਆਪਣਾ ਰਾਵੀ ਦਾ, ਯਾਦ ਹੋ ਗਈ ਨਾ, ਡਾਇਗ੍ਰਾਮ ਬਣਾਈ ਹੈਗੀ ਹੈ ਪੰਜਾਬ ਜੀਕੇ ਦੇ ਵਿੱਚ, ਪ੍ਰੋਪਰ ਹਰ ਇੱਕ ਚੀਜ਼ ਕਰਵਾਈ ਹੋਈ ਆ। ਹਾਈਫੈਸਿਸ, ਹਾਈਓ ਰੱਬਾ, ਹਾਈਫੈਸਿਸ ਕਿਸਦਾ ਹੈ? ਹਾਈਫੈਸਿਸ ਕਿਸਦਾ ਹੈ, ਆਂਸਰ ਦਿਓ। ਹਾਈਫੈਸਿਸ ਹੈ ਬੱਚੇ ਆਪਣਾ ਸਤਲੁਜ, ਇਹ ਕਿਸਕਾ ਨੇਮ ਹੈ? ਸਤਲੁਜ ਕਾ ਕੌਨ ਸਾ ਨੇਮ ਹੈ ਬੱਚੇ? ਗ੍ਰੀਕ ਨਾਮ ਹੈ। ਤੇ ਜੇਲਮ ਦਾ ਕਿਹੜਾ? ਹਾਏ ਦਸ ਪਸ, ਹਾਏ ਦਸ ਪਸ। ਆਹ ਹਲੇ ਦੇਖ ਲਓ, ਹੁਣ ਛਿੱਤਰ ਪੈਣ, ਹਲੇ ਵੀ ਡੀ ਆਂਸਰ ਕਰਦੇ ਪਏ ਹੋ ਤੁਸੀਂ। ਹਰਪ੍ਰੀਤ ਹੱਦ ਹੋ ਗਈ, ਸਤਵੀਰ, ਸਤਵੀਰ, ਸਤਵੀਰ ਆਂਸਰ ਤੈਂ ਗਲਤ ਕੀਤਾ, ਤੇ ਤੁਹਾਨੂੰ ਪੱਕਾ ਛਿੱਤਰ ਪੈਣ ਵਾਲੇ ਆ। ਪ੍ਰੋਪਰ ਡਾਇਗ੍ਰਾਮ ਬਣਾਈ ਹੈ ਕਿ ਨਹੀਂ ਮੈਪ ਦੇ ਵਿੱਚ ਸਤਵੀਰ ਕੌਰ? ਦੱਸੀ, ਫਿਰ ਵੀ ਆਂਸਰ ਗਲਤ ਕਰ ਰਹੇ ਹੋ ਤੁਸੀਂ। ਚੱਲ ਛੱਡ, ਕੋਈ ਨਾ, ਕੱਲ੍ਹ ਕਲਾਸ ਲੈਣੀ ਹੈ ਸਤਵੀਰ ਕੌਰ, ਦੇਖਦਾ ਮੈਂ ਤੇਰੀ ਤਾਂ ਪ੍ਰੋਪਰ ਕਲਾਸ ਲੈਣੀ ਹੈ ਕੱਲ੍ਹ ਮੈਂ। ਝੂਮਰ, ਝੂਮਰ ਨਾਚ ਦਾ ਹੈ, ਦੱਸੋ ਰਾਜੇ ਨੇ ਆਪਣਾ ਝੂਮਰ ਹੈਗਾ ਕਿੱਥੋਂ ਦਾ ਹੈਗਾ ਨਾਚ, ਦੱਸੋ। ਆਪਣੇ ਅੰਮ੍ਰਿਤਸਰ ਹੋ ਗਿਆ ਆਪਣਾ, ਠੀਕ ਆ, ਲਾਹੌਰ ਹੋ ਗਿਆ ਆਪਣਾ, ਸੰਦਲਬਾਰ ਹੋ ਗਿਆ ਜਾਂ ਆਪਣਾ ਮਿੰਟ ਗੁੰਮਰੀ ਹੋ ਗਿਆ। ਆਂਸਰ ਕਰੋ ਨੈਕਸਟ ਕੁਐਸਚਨ ਦਾ, ਕਿਉਂਕਿ ਆਂਸਰ ਕਰੋ, ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, ਆਂਸਰ ਕਰੋ ਜੀ ਨੈਕਸਟ ਕੁਐਸਚਨ ਦਾ। ਤੇ ਫਿਰ ਅਗਰ ਸਤਵੀਰ ਕੌਰ ਡਾਇਗ੍ਰਾਮ ਬਣਾਈ ਸੀ, ਫਿਰ ਆਂਸਰ ਕਿਵੇਂ ਗਲਤ ਕਰ ਸਕਦੇ ਹੋ ਰਾਜੇ? ਦਾ ਆਂਸਰ ਕੀ ਹੈ ਆਪਣਾ? ਸੰਦਲਬਾਰ, ਕਿਹੜਾ ਹੈਗਾ ਆਪਣਾ? ਸੰਦਲਬਾਰ। ਨੈਕਸਟ ਕੁਐਸਚਨ ਦੇਖੋ ਆਪਣਾ, ਨਾਨਕੀਆਂ, ਨਾਨਕੀਆਂ ਕਿਸਨੇ ਲਿਖਿਆ ਹੈ? ਆਈ ਥਿੰਕ ਹੁਣ ਤਾਂ ਥੋੜ੍ਹੇ ਕੁਐਸਚਨ ਰਹਿ ਗਏ, ਮੇਬੀ 2000 ਕੁਐਸਚਨ ਰਹਿ ਗਏ, ਹੋਰ ਹੈ ਨਹੀਂ ਜ਼ਿਆਦਾ ਕੁਐਸਚਨ। ਦੱਸੋ ਰਾਜੇ ਨਾਨਕੀਆਂ ਕਿਸਨੇ ਲਿਖਿਆ? ਆਪਣੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਆਪਣੇ ਨਾਨਕ ਸਿੰਘ, ਈਸ਼ਵਰ ਚੰਦਰ ਨੰਦਾ, ਜਾਂ ਫਿਰ ਆਪਣੇ ਪ੍ਰੋਫੈਸਰ ਮੋਹਨ ਸਿੰਘ? ਹੁਣ ਤਾਂ ਮੈਨੂੰ ਪਤਾ ਰਾਜੇ, ਹੁਣ ਤਾਂ ਬਸ ਥੋੜ੍ਹੇ ਰਹਿ ਗਏ ਕੁਐਸਚਨ, ਮੈਨੂੰ ਪਤਾ ਨਾ ਐਂਡ 'ਤੇ ਮੈਂ ਰੱਖੇ ਸੀਗੇ ਆਪਣੇ ਕੁਐਸਚਨ, ਇਹ ਬਸ ਬਣੇ ਰਹੋ, ਹੁਣ ਤਾਂ ਬਸ ਥੋੜ੍ਹੇ ਬਣੇ ਰਹੋ, ਹੁਣ ਨਾ ਹਿੰਮਤ ਹਾਰੋ, ਬਸ ਥੋੜ੍ਹੇ ਹੀ ਕੁਐਸਚਨ ਰਹਿ ਗਏ ਨੇ ਆਪਣੇ। ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, ਕਿਉਂਕਿ ਆਂਸਰ ਕਰੋ। ਤਾਂ ਆਪਸ਼ਨ ਕੀ ਆਏਗਾ ਬੱਚੇ ਆਪਣਾ? ਈ, ਪ੍ਰੋਫੈਸਰ ਮੋਹਨ ਸਿੰਘ, ਤੇ ਕਿਸੇ ਬੱਚੇ ਨੇ ਆਂਸਰ ਨਹੀਂ ਕੀਤਾ, ਈ ਆਂਸਰ ਆਏਗਾ ਬੱਚੇ। ਸਭ ਦਾ ਆਂਸਰ ਗਲਤ ਆ, ਸਭ ਦਾ ਆਂਸਰ ਗਲਤ ਆ। ਨਾਨਕੀਆਂ ਕਿਸਦੀ ਰਚਨਾ ਬੱਚੇ ਆਪਣੀ? ਨਾਨਕ ਸਿੰਘ, ਪ੍ਰੋਫੈਸਰ, ਸੋਰੀ, ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ ਦੀ ਹੈ ਬੱਚੇ ਆਪਣੀ, ਕਿਹੜੀ? ਨਾਨਕੀਆਂ, ਆ ਪਿਆ, ਠੀਕ ਆ। ਫਾਦਰ ਆਫ ਪੰਜਾਬੀ ਪੋਇਟਰੀ ਬੋਲਦੇ ਆ, ਇਹ ਚੀਜ਼ ਸਭ ਤੋਂ ਪਹਿਲਾਂ ਯਾਦ ਰੱਖਿਓ ਰਾਜੇ। ਪ੍ਰੋਫੈਸਰ ਮੋਹਨ ਸਿੰਘ, ਸਾਹਿਤਿਆ ਅਵਾਰਡ ਮਿਲਿਆ ਹੋਇਆ ਹੈਗਾ ਵੱਡਾ ਵੇਲਾ ਦੇ ਲਈ। ਇਹ ਸਾਰੇ ਮੇਰੇ ਨੋਟਸ ਜਿਹਨੇ ਨਾ ਐਪ ਦੇ ਵਿੱਚ ਆ,
ਠੀਕ ਆ, ਸਾਰੇ ਮੈਂ ਇੱਦਾਂ ਹੀ ਕਰਵਾ ਰਹੀ ਹਾਂ ਬੱਚਿਆਂ ਨੂੰ ਪ੍ਰੋਪਰ ਇੱਕ ਇੱਕ ਚੀਜ਼ ਰਾਜੇ, ਠੀਕ ਆ। ਹੋਰ ਕੀ ਸੀ, ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਵੱਡਾ ਵੇਲਾ, ਠੀਕ ਆ। ਜਿਹੜਾ ਆਪਣਾ ਫਾਊਂਡਿੰਗ ਮੈਂਬਰ ਹੈਗਾ ਬੱਚੇ ਬੱਚੇ ਕਿਸਦੇ, ਆਪਣੇ ਹਿੰਦ ਪਬਲਿਸ਼ਰਸ ਦੇ, ਆਲਸੋ ਜਿਹੜਾ ਖਾਲਸਾ ਕਾਲਜ ਪਟਿਆਲੇ ਵਾਲਾ, ਉਹ ਵੀ ਆਪਣੇ ਇਹਨਾਂ ਨੇ ਹੀ ਫਾਊਂਡ ਕੀਤਾ ਹੈ ਬੱਚੇ। ਪੰਜ ਦਰਿਆ ਮੈਗਜ਼ੀਨ ਸੀ, ਸਾਵੇਂ ਪੱਤਰ, ਆਵਾਜ਼ਾਂ, ਕੱਚ ਸੱਚ, ਬੂਹੇ, ਜਿੰਦਰੇ, ਅਦਵਾਤੇ, ਨਾਨਕੀਆਂ, ਕਸੁੰਬਰਾ ਤੇ ਪੰਜ ਦਰਿਆ, ਸਾਰੇ ਕਿਹਦੇ ਆ ਬੱਚੇ, ਆਪਣੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ। ਨੈਕਸਟ ਕੁਐਸਚਨ ਦੇਖੋ ਰਾਜੇ, ਅੱਜ ਕੱਲ ਤੇ ਭਲਕ, ਅੱਜ ਕੱਲ ਤੇ ਭਲਕ ਨਾਵਲ ਦਾ ਰਚੇਤਾ ਕੌਣ ਹੈ? ਜਿਹੜੇ ਬੱਚੇ ਨੇ ਇਹ ਆਂਸਰ ਕਰਤਾ ਨਾ, ਮੰਨ ਜੂ ਉਹਨੂੰ ਮੈਂ, ਜਿਹੜੇ ਬੱਚੇ ਨੇ ਇਹ ਆਂਸਰ ਕਰਤਾ ਬਸ ਮੰਨ ਜੂ ਉਸਨੂੰ ਮੈਂ, ਠੀਕ ਆ। ਬਸ ਥੋੜਾ ਹੀ ਰਹਿ ਗਿਆ ਹੁਣ ਤਾਂ, ਹੁਣ ਤਾਂ ਥੋੜਾ ਹੀ ਰਹਿ ਗਿਆ, ਬਸ ਥੋੜਾ ਹੀ ਰਹਿ ਗਿਆ, ਹੁਣ ਤਾਂ ਥੋੜੇ ਰਹਿ ਗਏ, ਤਿੰਨ ਚਾਰ ਕੁਐਸਚਨ ਹੋਣਗੇ ਵੱਧ ਤੋਂ ਵੱਧ, ਬਸ ਹੋਰ ਕੁਛ ਨਹੀਂ ਹੈਗਾ, ਬਣੇ ਰਹੋ। ਦੱਸੋ ਅੱਜ ਕੱਲ੍ਹ ਤੇ ਭਲਕ, ਜਿਹੜੇ ਬੱਚੇ ਨੇ ਇਹ ਕੁਐਸਚਨ ਕਰਤਾ ਨਾ, ਆਂਸਰ ਦਿੱਤਾ, ਬਸ ਉਹਨੂੰ ਨਾਮ ਮੇਰੇ ਵੱਲੋਂ, ਨਾਮ ਮੇਰੇ ਵੱਲੋਂ ਕਿ ਉਹਨੂੰ ਪਿੱਠ 'ਤੇ ਸ਼ਾਬਾਸ਼ੀ ਦਿਉਂਗੀ ਮੈਂ, ਠੀਕ ਆ। ਉਸ ਬੱਚੇ ਨੂੰ ਪਿੱਠ 'ਤੇ ਸ਼ਾਬਾਸ਼ੀ ਦਿੱਤੀ ਜਾਊਗੀ ਮੇਰੇ ਵੱਲੋਂ, ਆਂਸਰ ਕਰੋ, ਆਂਸਰ ਕਰੋ। ਬਸ ਬਸ ਮੈਨੂੰ ਪਤਾ ਹੀ ਸੀ, ਏ ਡੀ ਸੀ, ਏ ਡੀ ਸੀ, ਏ ਡੀ ਸੀ, ਉਹ ਏ ਡੀ ਸੀ, ਬੀ ਨੂੰ ਕਾਹਤੇ ਛੱਡਤਾ, ਬੀ ਵੀ ਕਰ ਦਿਓ, ਕਿਆ ਬਾਤ ਆ। ਰਾਜਵਿੰਦਰ ਸਿੰਘ ਦਾ ਆਂਸਰ ਆ ਗਿਆ ਬੀ, ਸਭ ਦੇ ਆਂਸਰ ਗਲਤ ਹੈ, ਸਭ ਦੇ ਆਂਸਰ ਗਲਤ ਹੈ, ਸੀ ਆਏਗਾ ਹਰਚਰਨ ਸਿੰਘ, ਮੈਨੂੰ ਪਤਾ ਹੀ ਸੀ ਗਲਤ ਕਰੋਗੇ। ਨਮਸਤੇ ਗੁਰਪ੍ਰੀਤ ਗੁਰੂ ਜੀ, ਬਟ ਤੁਸੀਂ ਬਹੁਤ ਲੇਟ ਹੋ ਗਏ ਬੱਚੇ, ਬਹੁਤ ਲੇਟ ਹੋ ਗਏ। ਕਣਕ ਦੀ ਬੱਲੀ, ਕਣਕ ਦੀ ਬੱਲੀ ਤੇ ਧੂਣੀ ਦੀ ਅੱਗ ਨਾਟਕਾਂ ਦਾ ਲੇਖਕ ਕੌਣ ਹੈ? ਆਂਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, ਕਣਕ ਦੀ ਬੱਲੀ ਤੇ ਧੂਣੀ ਦੀ ਅੱਗ ਨਾਟਕਾਂ ਦਾ ਲੇਖਕ ਕੌਣ? ਆਪਣੇ ਕਰਤਾਰ ਸਿੰਘ ਦੁੱਗਲ ਜੀ, ਬਲਵੰਤ ਗਾਰਗੀ ਹੋ ਗਏ ਬੱਚੇ, ਈਸ਼ਵਰ ਚੰਦਰ ਨੰਦਾ, ਜਾਂ ਫਿਰ ਆਪਣੇ ਪ੍ਰੋਫੈਸਰ ਮੋਹਨ ਸਿੰਘ, ਜਾਂ ਫਿਰ ਪ੍ਰੋਫੈਸਰ ਮੋਹਨ ਸਿੰਘ। ਆਂਸਰ ਕਰੋ ਬੱਚੇ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ, ਆਪਣੇ ਬਲਵੰਤ ਗਾਰਗੀ ਜੀ। ਕਿਉਂ ਫਿਰ ਵੀ ਸੀ ਕਰ ਰਹੇ ਹੋ ਆਂਸਰ? ਛਿੱਤਰ ਨਹੀਂ, ਹਾਂ ਟਲਦੇ ਨਹੀਂ ਹੈ ਨਾ ਤੁਸੀਂ, ਟਲਦੇ ਨਹੀਂ ਹੈਗੇ, ਹੈ ਨਾ, ਸਹੀ ਆਂਸਰ ਨਹੀਂ ਦੇ ਰਹੇ ਹੈਗੇ। ਤਾਂ ਆਪਣੇ ਕੌਣ ਆ ਬੱਚੇ? ਬਲਵੰਤ ਗਾਰਗੀ ਜੀ। ਅਤੇ ਇਹਨਾਂ ਬਾਰੇ ਥੋੜ੍ਹੇ ਪੁਆਇੰਟਸ ਹੈਗੇ ਨੇ, ਇਹ ਮੈਂ ਲਿਖ ਦਿੱਤੇ ਆ, ਪ੍ਰੋਪਰ ਬੱਚੇ ਯਾਦ ਕਰ ਲਿਓ, ਠੀਕ ਆ। ਆਪਣੇ ਬਲਵੰਤ ਗਾਰਗੀ ਜੀ, ਰੰਗ ਮੰਚ ਦੇ ਲਈ ਸਾਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ ਹੈਗਾ ਇਹਨਾਂ ਨੂੰ, ਪੰਜਾਬੀ ਡਰਾਮਾ ਹੈਗਾ ਗਗਨ ਮਹਿਤਾਲ, ਸਾਰੇ ਦੇ ਸਾਰੇ ਇਹਨਾਂ ਦੀਆਂ ਰਾਈਟਿੰਗਸ ਹੈਗੀਆਂ ਨੇ, ਆਪਣੇ ਬਲਵੰਤ ਗਾਰਗੀ ਜੀ। ਐਂਡ ਵੈਰੀ ਵੈਰੀ ਇੰਪੋਰਟੈਂਟ ਯਾਰ, ਆਹ ਚੀਜ਼ ਦਾ ਯਾਦ ਰੱਖਿਓ, ਦਾ ਨੇਕਡ ਟ੍ਰੈਂਗਲ, ਨੰਗੀ ਧੁੱਪ। ਮੈਂ ਐਪ ਦੇ ਵਿੱਚ ਵੀ ਕਿਹਾ ਹੋਇਆ ਸੀ ਬੱਚਿਆਂ ਨੂੰ ਵੀ, ਅਗਰ ਬੁੱਕ ਤੁਹਾਨੂੰ ਮਿਲ ਰਹੀ ਹੈ ਨਾ, ਪੜ੍ਹਿਓ, ਮੀਨਸ ਇੰਨਾ ਕੁਛ ਸੱਚ ਲਿਖਿਆ ਹੋਇਆ ਨਾ ਬੰਦੇ ਨੇ ਯਾਰ, ਇੱਕ ਵਾਰ ਤਾਂ ਪੜ੍ਹਨੀ ਚਾਹੀਦੀ ਹੈ ਤੁਹਾਨੂੰ, ਇੱਕ ਵਾਰ ਤਾਂ ਪੜ੍ਹਨੀ ਚਾਹੀਦੀ ਹੈ ਤੁਹਾਨੂੰ, ਬਟ ਮੁਸ਼ਕਲ ਆ ਵੀ ਮਿਲੇ, ਮੁਸ਼ਕਲ ਹੈ ਵੀ ਮਿਲੇ, ਠੀਕ ਆ ਰਾਜੇ। ਚਲੋ ਨੈਕਸਟ ਕੁਐਸਚਨ ਦੇਖੋ ਆਪਣਾ, ਕੀ ਹੈਗਾ, ਪੰਜਾਬੀ ਦੇ ਉਸ ਵਾਰਤਿਕ ਲਿਖਾਰੀ ਦਾ ਨਾਂ ਲਿਖੋ ਜਿਹੜਾ ਪ੍ਰਸਿੱਧ ਫਿਲਮੀ ਕਲਾਕਾਰ ਵੀ ਹੋਇਆ ਹੈ। ਹੁਣੀ ਕਰਵਾ ਕੇ ਹਟੀਆਂ, ਪਿੱਛੇ ਕੁਐਸਚਨ ਕਰਵਾ ਕੇ ਹਟੀਆਂ, ਜਿਹੜੇ ਬੱਚੇ ਨੇ ਪੂਰੀ ਕਲਾਸ ਦੇਖੀ ਆ ਉਹਨੂੰ ਇਹਦਾ ਆਂਸਰ ਆਉਂਦਾ ਹੀ ਹੋਏਗਾ। ਆਂਸਰ ਕਰੋ ਬੱਚੇ, ਪੰਜਾਬੀ ਦੇ ਉਸ ਵਾਰਤਿਕ ਲਿਖਾਰੀ ਦਾ ਨਾਂ ਲਿਖੋ ਜਿਹੜਾ ਪ੍ਰਸਿੱਧ ਫਿਲਮੀ ਕਲਾਕਾਰ ਵੀ ਹੋਇਆ ਹੈ। ਆਂਸਰ ਕਰੋ ਆਂਸਰ, ਨੈਕਸਟ ਕੁਐਸਚਨ ਦਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, ਆਂਸਰ ਕਰੋ ਹੁਣ। ਠੰਡੇ ਕਿਉਂ ਪੈ ਗਏ, ਠੰਡੇ ਕਿਉਂ ਪੈ ਗਏ ਮੈਨੂੰ ਦੱਸਿਓ, ਠੰਡੇ ਕਿਉਂ ਪੈ ਗਏ ਹੋ? ਤਾਂ ਰਾਜੇ ਸੋ ਈਜ਼ੀ, ਸੋ ਈਜ਼ੀ ਕੁਐਸਚਨ ਹੈਗਾ ਆਪਣੇ ਸਾਨੀ ਜੀ, ਬਲਰਾਜ ਸਾਨੀ ਜੀ ਹੈਗਾ ਰਾਜੇ, ਤੇ ਸਾਰੇ ਦੇ ਸਾਰੇ ਪੁਆਇੰਟਸ ਹੈਗੇ ਨੇ, ਪਹਿਲਾਂ ਵੀ ਕਰਵਾ ਚੁੱਕੀ ਹਾਂ। ਆਪਣੇ ਕੌਣ ਹੈਗੇ ਨੇ ਬੱਚੇ? ਫਿਲਮ ਐਂਡ ਸਟੇਜ ਐਕਟਰ, ਸਾਰੇ ਦੇ ਸਾਰੇ ਕੰਮ ਲਓ ਜੀ, ਲਓ ਪੈ ਗਿਆ ਭੋਗ, ਲਓ ਆਪਣੀ ਕਲਾਸ ਦਾ ਪੈ ਗਿਆ ਭੋਗ ਹੁਣ, ਠੀਕ ਆ ਰਾਜੇ। ਮੇਰੀ ਕਲਾਸ ਵਧੀਆ ਲੱਗੀ ਰਾਜੇ, ਵੱਧ ਤੋਂ ਵੱਧ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਗਿਲਸ ਮੈਂਟੋਰ ਨੂੰ ਬੱਚੇ। ਡੇਲੀ ਮੇਰੀ ਕਲਾਸ ਹੁੰਦੀ ਆ, 2 ਵਜੇ ਮੇਰੀ ਕਲਾਸ ਹੁੰਦੀ ਆ, ਰੈਗੂਲਰ ਕਲਾਸ, ਕਿਸ ਦੀ ਬੱਚੇ? ਆਪਣੀ ਪੰਜਾਬੀ ਗ੍ਰਾਮਰ ਦੀ, ਓਕੇ। ਅਤੇ 5 PM ਬੱਚੇ ਮੇਰੀ ਡੇਲੀ ਕਲਾਸ ਹੁੰਦੀ ਹੈ GS GK ਦੀ।
ਇੱਥੇ ਆਪਾਂ ਪੋਲੀਟੀ ਹਿਸਟਰੀ ਨਾ ਸਾਰੇ ਸਬਜੈਕਟ ਕਰਦੇ ਹਾਂ ਕਵਰ। ਅਤੇ ਹੁਣ ਦੱਸੋ ਅਗਰ ਕਿਸੇ ਬੱਚੇ ਨੂੰ ਕੋਈ ਡਾਊਟ ਆ, ਜਿਹੜੇ ਡਾਊਟ ਆ ਨਾ ਤਿੰਨ ਚਾਰ ਕੁਐਸਚਨਸ, ਕੋਈ ਗੱਲ ਨਹੀਂ ਮੈਂ ਕਲੀਅਰ ਕਰ ਦੂੰਗੀ, ਠੀਕ ਆ। ਨੋ ਡਾਊਟ, ਇੱਕ ਵੀ ਆਪਾਂ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ ਆਪਣਾ। ਅਤੇ ਸੈਸ਼ਨ ਨੂੰ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ, ਅਤੇ ਮੈਨੂੰ ਰਾਜੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਮੇਰਾ ਕੰਟੈਂਟ ਵਧੀਆ ਸੀ ਜਾਂ ਮੈਂ ਹੋਰ ਮਿਹਨਤ ਕਰਾਂ, ਹੋਰ ਕੀ ਚੀਜ਼ਾਂ ਐਡ ਕਰਾਂ। ਹਰ ਇੱਕ ਦਿਨ ਆਉਂਦਾ ਉਹਨਾਂ ਨੂੰ, ਹੁਣ ਉਹਨੂੰ ਟੈਨਸ਼ਨ ਹੋਈ ਪਈ, ਉਹ ਵੀ ਪਤਾ ਨਹੀਂ ਕਿਉਂ ਨਹੀਂ ਫੋਨ ਕਰ ਰਹੀ, ਈਵਨ ਕਿ ਮੈਂ ਫੋਨ ਚੱਕ ਵੀ ਨਹੀਂ ਰਹੀ ਉਹਨਾਂ ਦਾ। ਥੈਂਕ ਯੂ ਬੱਚੇ, ਥੈਂਕ ਯੂ ਯਾਰ, ਥੈਂਕ ਯੂ ਵੈਰੀ ਮੱਚ। ਹੁਣ ਦੱਸੋ ਕੋਈ ਡਾਊਟ ਆ ਤਾਂ ਆਪਾਂ ਸੈਸ਼ਨ ਨੂੰ ਕਰੀਏ, ਨਹੀਂ ਆਪਾਂ ਔਫ, ਠੀਕ ਆ। ਸੈਸ਼ਨ ਨੂੰ ਕਰੀਏ ਆਪਾਂ ਔਫ। ਸਰੋਜ, ਗੁਰਪ੍ਰੀਤ, ਜਸਵੀਰ, ਮਨਪ੍ਰੀਤ, ਗਗਨ, ਪਲਵੀ, ਅਮਨ, ਸਾਰੇ ਥੈਂਕ ਯੂ ਬੱਚੇ ਯਾਰ, ਥੈਂਕ ਯੂ ਵੈਰੀ ਮੱਚ। ਇੱਕ ਚੀਜ਼ ਲਾਸਟ ਐਂਡ, ਠੀਕ ਆ, ਬਸ 2 ਮਿੰਟ ਹੋਰ ਬਣੇ ਰਹੋ ਮੇਰੇ ਨਾਲ ਫਿਰ ਬਸ, ਠੀਕ ਆ। ਇੱਕ ਜਿਹੜੇ ਬੱਚੇ ਮੈਨੂੰ ਕਹਿ ਦਿੰਦੇ ਨੇ ਕਿ ਮੈਮ ਤੁਹਾਡੀ ਪਲੇਲਿਸਟ ਨਹੀਂ ਮਿਲ ਰਹੀ ਬੱਚੇ, ਤਾਂ ਪਲੇਲਿਸਟ ਨਾ ਆਪਣੀ ਆਪ ਹੀ ਆ, ਠੀਕ ਆ। ਮੈਂ ਪਲੇਲਿਸਟ, ਲਾਸਟ ਪਲੇਲਿਸਟ ਮੈਂ ਤੁਹਾਨੂੰ ਦਿਖਾ ਦੇਵਾਂ, ਬਸ ਇਹ ਚੈੱਕ ਕਰ ਲਓ, ਠੀਕ ਆ, ਆ ਪਈ ਆ ਮੇਰੀ ਪਲੇਲਿਸਟ। ਥੋੜ੍ਹਾ ਆਪਾਂ ਬੈਕ ਜਾਈਏ, ਆ ਦੇਖੋ ਆਪਣਾ ਚੈਨਲ ਆ ਨਾ ਗਿਲਸ ਮੈਂਟੋਰ। ਜਿਹੜੇ ਬੱਚਿਆਂ ਨੂੰ ਨੋਟੀਫਿਕੇਸ਼ਨ ਨਹੀਂ ਮਿਲਦੀ, ਪਹਿਲੀ ਗੱਲ ਤਾਂ ਇਹ ਬੱਚੇ ਸਾਰਿਆਂ ਨੇ ਕੀ ਕਰ ਲਓ, ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਮੇਰੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਮਿਲੂਗੀ, ਠੀਕ ਹੈ। ਈਵਨ ਕਿ ਹਰ ਇੱਕ ਕਲਾਸ ਦੀ ਤੁਹਾਨੂੰ ਅਪਡੇਟ ਮਿਲ ਜਾਏਗੀ, ਬੈਲ ਆਈਕੋਨ ਕਲਿੱਕ ਕਰ ਲਿਓ। ਪਲੇਲਿਸਟ ਜਿਹੜੀ ਕਹਿੰਦੇ ਹੋ ਬੱਚੇ, ਠੀਕ ਆ, ਪਲੇਲਿਸਟ ਦੇ ਵਿੱਚ ਜਾਇਓ, ਆ ਦੇਖੋ ਪਲੇਲਿਸਟ ਦੇ ਵਿੱਚ ਜਾਇਓ ਸਾਰਿਆਂ ਨੇ ਬੱਚੇ, ਆ ਪਈ ਮੇਰੀ ਪਲੇਲਿਸਟ ਜੀ ਕੇ ਐਮ ਸੀ ਕਿਊ 5 PM ਬਾਏ ਮਨਪ੍ਰੀਤ ਮੈਮ, ਠੀਕ ਆ। ਅਤੇ ਪੰਜਾਬੀ ਬਾਏ ਮਨਪ੍ਰੀਤ ਮੈਮ, ਆਸੋ ਕਿਹੜੀ ਹੋ ਗਈ ਬੱਚੇ ਆਪਣੀ, 1700 ਪੰਜਾਬੀ ਐਮ ਸੀ ਕਿਊ। ਇਹ ਸਾਰੀਆਂ ਦੀਆਂ ਸਾਰੀ ਬੱਚੇ ਮੇਰੀ ਪਲੇਲਿਸਟ ਹੈਗੀ ਆ, ਠੀਕ ਆ। ਚਾਹੇ ਆਪਾਂ ਹੀ ਕਲਿੱਕ ਕਰੋਗੇ, ਆ ਪਈ ਸਾਰੀਆਂ ਕਲਾਸਿਸ ਪਈਆਂ, ਆ ਦੇਖ ਲਓ। ਹੁਣ ਮੈਨੂੰ ਨਾ ਕਿਹਾ ਵੀ ਮੈਮ ਤੁਹਾਡੀ ਪਲੇਲਿਸਟ ਨਹੀਂ ਮਿਲ ਰਹੀ, ਫਿਰ ਦੇਖਿਓ, ਠੀਕ ਆ ਰਾਜੇ। ਤਾਂ ਡੇਲੀ ਮੇਰੇ ਨਾਲ ਬਣਿਆ ਕਰੋ, 2 ਵਜੇ ਆਪਾਂ ਪ੍ਰੋਪਰ ਚੀਜ਼ਾਂ ਕਵਰ ਕਰਾਂਗੇ। ਅਤੇ ਆਪਦੀ ਸੁਜੈਸ਼ਨ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਰਕੇ ਬੱਚੇ, ਠੀਕ ਆ, ਵੀ ਹੋਰ ਕੀ ਚੇਂਜਸ ਕਰ ਸਕਦੇ ਹਾਂ ਆਪਾਂ। ਅਤੇ 5 ਵਜੇ ਜ਼ਰੂਰ ਮਿਲਿਓ ਮੇਰੇ ਨਾਲ। ਤਾਂ ਹੁਣ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਐਂਡ ਬਿਲਕੁਲ ਵੈਲਕਮ ਟੂ ਆਲ ਨਿਊ ਸਟੂਡੈਂਟਸ। ਅਤੇ ਮੈਨੂੰ ਉਮੀਦ ਆ ਤੁਸੀਂ ਸਾਰੇ ਮੇਰੇ ਨਾਲ ਬਣੇ ਰਹੋਗੇ। ਚਲੋ ਥੈਂਕ ਯੂ, ਸਤਿ ਸ਼੍ਰੀ ਅਕਾਲ। ਹੁਣ ਮੇਰਾ ਦੁੱਖ ਰਿਹਾ ਗਲਾ, ਪਹਿਲਾਂ ਤਾਂ ਮੈਂ ਕਲਾਸ ਬੰਦ ਕਰਕੇ ਉਹਦੀ ਮਾਂ ਨੂੰ ਫੋਨ ਕਰਨਾ, ਮੰਮਾ ਨੂੰ, ਠੀਕ ਆ। ਉਹਨੇ ਕਹਿਣਾ ਵੀ ਪਤਾ ਨਹੀਂ ਇਹਨੇ ਕਿਉਂ ਨਹੀਂ ਫੋਨ ਕੀਤਾ, ਵੀ ਕਿੱਥੇ ਉਹਨੂੰ ਟੈਨਸ਼ ਮੇਰੀ ਮੰਮਾ ਨੂੰ ਟੈਨਸ਼ਨ ਹੋ ਜਾਣੀ ਵੀ ਕਿਤੇ ਕੁਛ ਹੋ ਹੀ ਨਾ ਗਿਆ ਹੋਵੇ। ਚਲੋ ਠੀਕ ਆ ਫਿਰ, ਬਾਏ, ਥੈਂਕ ਯੂ।